ਸਤਿ ਸ਼੍ਰੀ ਅਕਾਲ ਜੀ, ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਰਾਜੇ, ਆਪਾਂ ਨੂੰ ਪਤਾ ਹੈ ਇਸ ਐਤਵਾਰ ਆਪਣਾ ਐਗਜ਼ਾਮ ਹੈਗਾ ETT ਦਾ। ਇਹਦੇ ਵਾਸਤੇ ਅੱਜ ਆਪਾਂ ਇੱਕ ਖਾਸ ਕਲਾਸ ਲੈ ਕੇ ਆਏ ਹਾਂ। ਹਾਲਾਂਕਿ ਇਹ ਕਲਾਸ ਤੁਸੀਂ ਹਰ ਇੱਕ ਪੇਪਰ ਵਾਸਤੇ ਲਗਾ ਸਕਦੇ ਹੋ, ਚਾਹੇ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਦਾ ਪੇਪਰ ਦੇਣ ਜਾ ਰਹੇ ਹੋ ਜਾਂ ਕੋਈ ਹੋਰ ਜਿਹਦੇ ਵਿੱਚ ਪੰਜਾਬੀ ਲਾਜ਼ਮੀ ਦਾ ਪੇਪਰ ਪੁੱਛਿਆ ਜਾਊਗਾ। ਇਸ ਤੋਂ ਪਹਿਲਾਂ ਪਾਰਟ 1 ਆਪਣਾ ਆ ਚੁੱਕਿਆ ਪੰਜਾਬੀ ਵਿਆਕਰਨ ਦਾ, ਅੱਜ ਆਪਾਂ ਪਾਰਟ 2 ਕਰ ਰਹੇ ਹਾਂ ਜਿਹਦੇ ਵਿੱਚ ਆਪਾਂ ਪੰਜਾਬੀ ਸਾਹਿਤ ਨੂੰ ਕਵਰ ਕਰਾਂਗੇ। ਤੇ ਜਿਹੜੇ ਬੱਚਿਆਂ ਨੇ ਉਹ ਪਾਰਟ ਨਹੀਂ ਦੇਖਿਆ ਜਰੂਰ ਦੇਖ ਕੇ ਜਾਇਓ, ਪੇਪਰ ਦੇ ਵਿੱਚ ਤੁਹਾਨੂੰ 101% ਉਹ ਪਾਰਟ ਮਦਦਗਾਰ ਸਾਬਤ ਹੋਊਗਾ। ਜੇ ਕਲਾਸ ਵਧੀਆ ਲੱਗੂਗੀ ਤਾਂ ਲਾਈਕ ਸ਼ੇਅਰ ਕਰ ਦਿਓ। ਅੱਜ ਕਲਾਸ ਆਪਣੀ ਉਲਟ ਚੱਲੂਗੀ, ਯਾਨੀ ਕਿ ਕੁਐਸਚਨ ਨੰਬਰ 1 ਤੋਂ ਨਹੀਂ ਚੱਲੂਗੀ, 330 ਕੁਐਸਚਨ ਨੇ, ਉਲਟ ਆਪਾਂ ਕਲਾਸ ਲਾਵਾਂਗੇ। ਤਾਂ ਸ਼ੁਰੂ ਕਰਦੇ ਆਪਣੀ ਕਲਾਸ। ਜਿਵੇਂ ਕਿ ਆਪਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਉਸ ਪਰਮਾਤਮਾ ਦਾ ਨਾਮ ਲੈਣੇ ਹੁੰਦੇ ਆ, ਤਾਂ ਅੱਜ ਆਪਾਂ ਗੁਰਬਾਣੀ ਦੇ ਵਿੱਚੋਂ ਜਿਹੜੀ ਸਤਰਾਂ ਦੀ ਗੱਲ ਕਰ ਰਹੇ ਹਾਂ ਉਹ ਸਤਰਾਂ ਤੁਹਾਡੀ ਸਕਰੀਨ ਤੇ ਨੇ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੌਸ਼ੰਦਾ, ਤੁਦ ਸਭ ਕੁਝ ਮੈਨੂੰ ਸੋਪਿਆ ਜਾਂ ਤੇਰਾ ਬੰਦਾ। ਯਾਨੀ ਕਿ ਜਦੋਂ ਪਰਮਾਤਮਾ ਨੂੰ ਆਪਾਂ ਸਮਰਪਿਤ ਕਰ ਦਿੰਦੇ ਹਾਂ ਤਾਂ 100% ਜਿਹੜੇ ਨਤੀਜੇ ਹੁੰਦੇ ਰਾਜੇ ਉਹ ਪੋਜ਼ਿਟਿਵ ਹੀ ਆਉਣਗੇ। ਤੇ ਮੈਂ ਅਕਸਰ ਕਹਿੰਦਾ ਹੁੰਦਾ ਪੇਪਰ ਵਿੱਚ ਜਾਣ ਤੋਂ ਪਹਿਲਾਂ ਕਦੇ ਇਹ ਸੋਚ ਕੇ ਨਹੀਂ ਜਾਣਾ ਕਿ ਮੈਂ ਪੇਪਰ ਕਲੀਅਰ ਕਰਨਾ ਹੀ ਕਰਨਾ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਆਪਾਂ ਐਗਜ਼ਾਮ ਦੇ ਵਿੱਚ ਬੈਠ ਕੇ ਪ੍ਰੈਸ਼ਰ ਵਿੱਚ ਆ ਜਾਂਦੇ ਹਾਂ ਤੇ ਪ੍ਰੈਸ਼ਰ ਵਿੱਚ ਗਲਤੀਆਂ ਕਰਨ ਦੇ ਚਾਂਸ ਜਿਹੜੇ ਹੁੰਦੇ ਆ ਵੱਧ ਜਾਂਦੇ ਆ। ਤਾਂ ਹਮੇਸ਼ਾ ਇਹ ਕਹਿਣਾ ਕਿ ਮੈਂ ਆਪਣਾ 100% ਦੇ ਕੇ ਆਊਂਗਾ ਪਰਮਾਤਮਾ, ਜੇ ਸਫਲਤਾ ਬਖਸ਼ੀ ਤਾਂ ਵੀ ਤੇਰਾ ਸ਼ੁਕਰਾਨਾ, ਜੇ ਅਸਫਲਤਾ ਮਿਲੀ ਮੈਨੂੰ ਤਾਂ ਮੈਨੂੰ ਬਲ ਬਖਸ਼ੀ ਕਿ ਮੈਂ ਉਹਨੂੰ ਸਵੀਕਾਰ ਕਰ ਸਕਾਂ ਤੇ ਅੱਗੇ ਹੋਰ ਮਿਹਨਤ ਕਰ ਸਕਾਂ। ਤਾਂ ਸ਼ੁਰੂ ਕਰਦੇ ਹਾਂ ਰਾਜੇ ਕਲਾਸ। ਸਭ ਤੋਂ ਪਹਿਲਾਂ ਤੁਹਾਡੀ ਸਕਰੀਨ ਤੇ ਜਿਹੜਾ ਕੁਐਸਚਨ ਹੈਗਾ, ਕੁਐਸਚਨ ਜਸਟ ਰਿਵੀਜ਼ਨ ਪਰਪਸ ਵਾਸਤੇ ਆ। ਤੁਸੀਂ ਐਂਡ ਵਿੱਚ ਦੱਸਣਾ ਵੀ ਤੁਹਾਡੇ 330 ਦੇ ਵਿੱਚੋਂ ਕਿੰਨੇ ਕੁਐਸਚਨ ਠੀਕ ਹੋਏ ਆ। ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਦਾ ਨਾਮ ਕੀ ਸੀਗਾ? ਤਾਂ ਇੱਥੇ ਅਕਸਰ ਬੱਚੇ ਜਿਹੜੀ ਗਲਤੀ ਕਰਦੇ ਆ ਉਹ ਆਨਸਰ ਲਗਾ ਕੇ ਆਉਂਦੇ ਆ ਜੀ, ਠੀਕ ਹੈ ਜੀ, ਮਹਾਦੇਵ, ਜਦਕਿ ਇਹਨਾਂ ਦੇ ਵੱਡੇ ਭਰਾਤਾ ਦਾ ਨਾਮ ਸੀਗਾ ਜੀ ਪ੍ਰਿਥੀ ਚੰਦ। ਤੇ ਪ੍ਰਿਥੀ ਚੰਦ ਜੀ ਦਾ ਜਨਮ ਕਦੋਂ ਹੋਇਆ? ਪ੍ਰਿਥੀ ਚੰਦ ਜੀ ਦਾ ਜੇ ਆਪਾਂ ਜਨਮ ਦੀ ਗੱਲ ਕਰੀਏ ਤਾਂ 1558 ਦੇ ਵਿੱਚ ਹੋਇਆ। ਉਸ ਤੋਂ ਛੋਟੇ ਕਿਹੜੇ ਸੀਗੇ ਜੀ? ਮਹਾਦੇਵ ਜੀ। ਇਹਨਾਂ ਦਾ ਜਨਮ ਕਦੋਂ ਹੋਇਆ? 1560 ਨੂੰ ਹੋਇਆ। ਤੇ ਸਭ ਤੋਂ ਛੋਟੇ ਸੀਗੇ ਗੁਰੂ ਅਰਜਨ ਦੇਵ ਜੀ ਮਹਾਰਾਜ, ਇਹਨਾਂ ਦਾ ਜਨਮ ਹੋਇਆ ਜੀ 1563 ਨੂੰ। ਕਿੱਥੇ ਹੋਇਆ ਰਾਜੇ? ਗੋਇੰਦਵਾਲ ਸਾਹਿਬ, ਠੀਕ ਹੈ, ਗੋਇੰਦਵਾਲ ਸਾਹਿਬ। ਹੁਣ ਕਿਉਂ ਹੋਇਆ ਗੋਇੰਦਵਾਲ ਸਾਹਿਬ? ਤੁਹਾਨੂੰ ਯਾਦ ਹੋਊਗਾ ਇਹਨਾਂ ਦੇ ਨਾਨਾ ਜੀ ਕੌਣ ਨੇ? ਗੁਰੂ ਅਮਰਦਾਸ ਜੀ, ਠੀਕ ਹੈ ਜੀ। ਗੁਰੂ ਅਮਰਦਾਸ ਜੀ ਦੀ ਬੇਟੀ ਬੀਬੀ ਭਾਨੀ ਜੀ ਨਾਲ ਮੈਰਿਜ ਹੋਈ ਸੀਗੀ ਗੁਰੂ ਰਾਮਦਾਸ ਜੀ ਦੀ, ਭਾਈ ਜੇਠਾ ਜੀ ਦੀ, ਠੀਕ ਹੈ ਜੀ। ਤਾਂ ਇਸ ਕਰਕੇ ਇਹਨਾਂ ਦਾ ਜਨਮ ਕਿੱਥੇ ਹੋਇਆ? ਗੋਇੰਦਵਾਲ ਸਾਹਿਬ ਹੋਇਆ, ਕਿਉਂਕਿ ਤੀਜੇ ਪਾਤਸ਼ਾਹ ਨੇ ਵਸਾਇਆ ਸੀ ਨਾ ਗੋਇੰਦਵਾਲ ਸਾਹਿਬ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਕੌਣ ਸਨ? ਇੱਥੇ ਵੀ ਅਕਸਰ ਬੱਚੇ ਲਕਸ਼ਮੀ ਦਾਸ ਆਨਸਰ ਲਾ ਕੇ ਆਉਂਦੇ ਆ, ਜਦਕਿ ਵੱਡੇ ਪੁੱਤਰ ਕੌਣ ਸੀਗੇ? ਬਾਬਾ ਸ਼੍ਰੀ ਚੰਦ ਜੀ ਸੀਗੇ। ਬਾਬਾ ਸ਼੍ਰੀ ਚੰਦ ਜੀ ਦਾ ਜਨਮ ਕਦੋਂ ਹੋਇਆ? 1496 ਨੂੰ ਹੋਇਆ, 1494 ਨੂੰ ਹੋਇਆ। ਤੇ ਬਾਬਾ ਲਕਸ਼ਮੀ ਦਾਸ ਦਾ ਜਨਮ ਕਦੋਂ ਹੋਇਆ? 1496 ਨੂੰ ਹੋਇਆ। ਕਈ ਵਾਰੀ ਇਹ ਸੰਮਤ ਦੇ ਵਿੱਚ ਵੀ ਪੁੱਛ ਲੈਂਦੇ ਆ ਰਾਜੇ, ਸੰਮਤ ਤੁਹਾਨੂੰ ਪਤਾ ਹੈ ਹਮੇਸ਼ਾ ਅੱਗੇ ਚੱਲਦਾ ਹੈ, 57 ਸਾਲ, 1551 ਆ ਜਾਊਗਾ, 1553 ਆ ਜਾਊਗਾ। ਇਸ ਤੋਂ ਬਾਅਦ ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ। ਬਾਬਾ ਰਾਮ ਰਾਏ ਜੀ ਕਿਹੜੇ ਗੁਰੂ ਸਾਹਿਬ ਜੀ ਦੇ ਸਪੁੱਤਰ ਸਨ? ਤਾਂ ਬਾਬਾ ਰਾਮ ਰਾਏ ਜੀ ਕਿਹਨਾਂ ਦੇ ਸਪੁੱਤਰ ਸਨ? ਤੁਹਾਨੂੰ ਸ਼ਾਇਦ ਇਹ ਸਾਖੀ ਵੀ ਪਤਾ ਹੋਊਗੀ ਕਿ ਉਹਨਾਂ ਨੇ ਗੁਰਬਾਣੀ ਦੀਆਂ ਕੁਝ ਸਤਰਾਂ ਜਿਹੜੀਆਂ ਹੈਗੀਆਂ ਸੀਗੀਆਂ ਉਹ ਬਦਲਤੀਆਂ ਸੀਗੀਆਂ, ਜਿਹਦੇ ਕਰਕੇ ਉਹਨਾਂ ਨੂੰ ਪੰਥ ਵਿੱਚੋਂ ਛੇਕਤਾ ਸੀਗਾ। ਤੇ ਇਹ ਗੁਰੂ ਹਰਰਾਏ ਜੀ ਦੇ ਕੀ ਸੀਗੇ? ਸਪੁੱਤਰ ਸੀਗੇ, ਇਹ ਵੱਡੇ ਸਪੁੱਤਰ ਸੀਗੇ। ਬਾਬਾ ਰਾਮ ਰਾਏ ਜੀ ਵੱਡੇ ਸੀਗੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਛੋਟੇ ਸੀਗੇ, ਠੀਕ ਹੈ ਜੀ। ਅਗਰ ਆਪਾਂ ਬਾਬਾ ਰਾਮ ਰਾਏ ਜੀ ਦੀ ਗੱਲ ਕਰੀਏ ਤਾਂ 1646 ਈਸਵੀ ਨੂੰ ਇਹਨਾਂ ਦਾ ਜਨਮ ਹੋਇਆ ਸੀਗਾ, ਸੰਮਤ ਦੇ ਵਿੱਚ ਗੱਲ ਕਰੀਏ ਤਾਂ 1703 ਨੂੰ। ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕੀ ਸੀਗੇ ਰਾਜੇ? ਛੋਟੇ ਸਪੁੱਤਰ ਸੀਗੇ। ਉਹਨਾਂ ਦੇ ਜਨਮ ਦੀ ਵੀ ਆਪਾਂ ਗੱਲ ਕਰ ਲੈਂਦੇ ਹਾਂ, ਉਹਨਾਂ ਦਾ ਜਨਮ ਕਦੋਂ ਹੋਇਆ ਜੀ? 1600, ਠੀਕ ਹੈ ਜੀ, ਆਪਣਾ ਕਦੋਂ ਹੋਇਆ ਜੀ? 1656 ਨੂੰ ਹੋਇਆ। ਤੇ 1713 ਦੀ ਗੱਲ ਕਰ ਲਾਂਗੇ ਸੰਮਤ ਦੇ ਵਿੱਚ। ਤੇ ਇਹਨਾਂ ਨੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਾ ਕੇ ਕਹਿਤਾ ਸੀਗਾ, ਜਿਹੜੀ ਗੁਰਬਾਣੀ ਵਿੱਚ ਤੁੱਕ ਆਉਂਦੀ ਹੈ ਮਿੱਟੀ ਮੁਸਲਮਾਨ ਕੀ ਪੈੜੇ ਪਈ ਘੁਮਿਆਰ, ਇਹਨੂੰ ਕਹਿਤਾ ਸੀ ਮਿੱਟੀ ਬੇਈਮਾਨ ਦੀ, ਠੀਕ ਹੈ ਜੀ, ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ। ਅੱਗੇ ਗੱਲ ਕਰਦੇ ਹਾਂ,
ਗੁਰਬਾਣੀ ਦੀਆਂ 17 ਹੈਗੀਆਂ ਨੇ, ਸਤੀਆ ਇਹ ਨਾ ਆਖੀਅਨ ਜੋ ਮੜਿਆਂ ਲੱਗ ਜਲਨ, ਨਾਨਕ ਸਤੀਆ ਜਾਨੀਅਨ ਜੇ ਬਿਰਹਿ ਚੋਟ ਮਰਨ। ਇਹ ਜਿਹੜੀਆਂ 17 ਹੈਗੀਆਂ ਨੇ ਇਹ ਕਿਸ ਗੁਰੂ ਸਾਹਿਬ ਜੀ ਦੁਆਰਾ ਉਚਾਰੀਆਂ ਗਈਆਂ ਨੇ? ਤਾਂ ਤੁਹਾਨੂੰ ਯਾਦ ਹੋਊਗਾ ਸਤੀ ਪ੍ਰਥਾ, ਠੀਕ ਹੈ ਜੀ। ਸਤੀ ਪ੍ਰਥਾ ਦੀ ਮਨਾਈ ਕਿਹਨੇ ਕੀਤੀ ਸੀ, ਕਿਹੜੇ ਗੁਰੂ ਪਾਤਸ਼ਾਹ ਨੇ ਕੀਤੀ ਸੀਗੀ? ਤਾਂ ਤੁਸੀਂ ਆਂਸਰ ਲਗਾ ਸਕਦੇ ਹੋ ਸਤੀ ਪ੍ਰਥਾ, ਠੀਕ ਹੈ ਜੀ। ਵਿਧਵਾ ਦਾ ਪੁਨਰ ਵਿਆਹ, ਇਹ ਸਾਰਾ ਕੁਝ ਗੁਰੂ ਅਮਰਦਾਸ ਜੀ ਨੇ ਕੀਤਾ ਸੀਗਾ। ਤਾਂ ਇਹਦੇ ਵਿੱਚ ਮਹਾਰਾਜ ਕਹਿੰਦੇ ਆ ਵੀ ਸਤੀਆਂ ਉਹ ਨਹੀਂ ਹੈਗੀਆਂ ਜਿਹੜੀਆਂ ਆਪਣੇ ਪਤੀ ਦੇ ਨਾਲ ਸੜ ਜਾਂਦੀਆਂ। ਸਤੀਆਂ ਤਾਂ ਉਹ ਨੇ ਜਿਹੜੇ ਆਪਣੇ ਮਨ ਦੀ ਜਿਹੜੀ ਬੁਰਾਈ ਆ ਉਹਨੂੰ ਮਾਰ ਲੈਂਦੀਆਂ, ਠੀਕ ਹੈ ਜੀ। ਉਹ ਅਸਲੀ ਸਤੀਆਂ ਨੇ। ਅੱਗੇ ਗੱਲ ਕਰਦੇ ਹਾਂ ਆਪਾਂ, ਅੱਗੇ ਗੁਰਬਾਣੀ ਦੀਆਂ 17 ਹੈਗੀਆਂ ਨੇ। ਪੰਥ ਵਸੇ ਮੈਂ ਉਜੜਾ, ਮੇਰੇ ਮਨ ਚਾਓ ਘਨੇਰਾ। ਇਹ ਕਿੰਨਾ ਨੇ 17? ਇਹ ਕਿਹੜੇ ਗੁਰੂ ਸਾਹਿਬ ਜੀ ਦੁਆਰਾ ਰਚੀਆਂ ਗਈਆਂ ਨੇ? ਤਾਂ ਆਪਾਂ ਨੂੰ ਪਤਾ ਵੀ ਸਾਰਾ ਪਰਿਵਾਰ ਵਾਰਨ ਵਾਲੇ ਕੌਣ ਨੇ? ਸੰਤ ਸਿਪਾਹੀ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਨੇ ਕਿਹਾ ਸੀਗਾ। ਇਸ ਤੋਂ ਬਾਅਦ ਅੱਗੇ ਆਪਾਂ ਚੱਲਦੇ ਹਾਂ। ਗੁਰੂ ਅਰਜਨ ਦੇਵ ਜੀ ਦੇ ਮਾਤਾ ਦਾ ਨਾਮ ਤਾਂ ਮੈਂ ਦੱਸ ਕੇ ਹਟਿਆ, ਬੀਬੀ ਭਾਨੀ ਜੀ, ਠੀਕ ਹੈ ਜੀ। ਮਾਤਾ ਭਾਨੀ ਜੀ ਤੇ ਪਿਤਾ ਜੀ ਕੌਣ ਨੇ? ਭਾਈ ਜੇਠਾ ਜੀ, ਜਾਣੀ ਕਿ ਗੁਰੂ ਰਾਮਦਾਸ ਜੀ, ਠੀਕ ਹੈ ਜੀ। ਕੌਣ ਨੇ? ਗੁਰੂ ਰਾਮਦਾਸ ਜੀ ਪਿਤਾ ਨੇ। ਅੱਗੇ ਗੱਲ ਕਰਦੇ ਹਾਂ ਆਪਾਂ, ਭਾਈ ਜੇਠਾ ਜੀ ਕਿਸ ਗੁਰੂ ਸਾਹਿਬਾਨ ਜੀ ਦਾ ਪਹਿਲਾ ਨਾਮ ਹੈ? ਤਾਂ ਮੈਂ ਤੁਹਾਨੂੰ ਦੱਸਤਾ ਰਾਜੇ, ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਹੈ। ਜੇ ਕਈ ਵਾਰੀ ਪੁੱਛ ਲੈਂਦੇ ਹੁੰਦੇ ਆ ਭਾਈ ਲਹਿਣਾ ਜੀ ਕਿਹਦਾ ਪਹਿਲਾ ਨਾਮ ਹੈ, ਤਾਂ ਭਾਈ ਲਹਿਣਾ ਜੀ ਕਿਹਦਾ ਨਾਮ ਹੈ? ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਪਹਿਲਾ ਨਾਮ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਇੱਕ ਨਾਮ ਹੋਰ ਪੁੱਛਦੇ ਹੁੰਦੇ ਆ, ਤਿਆਗਮੱਲ। ਤਿਆਗਮੱਲ ਜਿਹੜਾ ਨਾਮ ਹੈਗਾ ਉਹ ਕਿਹੜੇ ਗੁਰੂ ਸਾਹਿਬ ਜੀ ਦਾ ਸੀਗਾ? ਪਹਿਲਾ ਨਾਮ ਗੁਰੂ ਤੇਗ ਬਹਾਦਰ ਜੀ ਦਾ ਨਾਮ ਸੀਗਾ, ਤੇ ਇਹਨਾਂ ਦਾ ਨਾਮ ਫਿਰ ਕਿਹਨੇ ਬਦਲਿਆ? ਗੁਰੂ ਤੇਗ ਬਹਾਦਰ ਜੀ ਦੇ ਪਿਤਾ ਕੌਣ ਨੇ? 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ। ਜਦੋਂ 1635 ਦੇ ਵਿੱਚ ਕਰਤਾਰਪੁਰ ਦੀ ਜੰਗ ਹੁੰਦੀ ਆ ਨਾ, ਤਾਂ ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਬੜੀ ਬਹਾਦਰੀ ਨਾਲ ਲੜਦੇ ਆ, ਤਾਂ ਇਹ ਤੇਗ ਜਿਹੜੀ ਹੁੰਦੀ ਆ ਬਹੁਤ ਬਹਾਦਰੀ ਨਾਲ ਚਲਾਉਂਦੇ ਆ, ਤਾਂ ਨਾਮ ਰੱਖ ਦਿੱਤਾ ਜਾਂਦਾ ਤੇਗ ਬਹਾਦਰ, ਠੀਕ ਹੈ ਜੀ। ਅੱਗੇ ਚੱਲਦੇ ਆ, ਅੱਗੇ ਆ ਗਿਆ ਜੀ। ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਸੱਚ ਖੰਡ ਦਾ। ਇਹ ਪੰਜ ਖੰਡ ਨੇ। ਇਹਨਾਂ ਪੰਜਾਂ ਖੰਡਾਂ ਦਾ ਕਰਮ ਵੀ ਯਾਦ ਰੱਖਣਾ। ਪਹਿਲਾਂ ਧਰਮ ਖੰਡ ਆਉਂਦਾ, ਫਿਰ ਗਿਆਨ ਖੰਡ, ਫਿਰ ਸਰਮ ਖੰਡ, ਫਿਰ ਕਰਮ, ਫਿਰ ਸੱਚ ਖੰਡ। ਇਹ ਜਪਜੀ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਇਹਦੀ ਚਰਚਾ ਕਰਦੇ ਆ, ਠੀਕ ਹੈ ਜੀ। ਇਹ ਯਾਦ ਰੱਖਣਾ ਕਿਹੜੀ ਬਾਣੀ ਦੇ ਵਿੱਚ ਚਰਚਾ ਹੋਈ ਆ, ਜਪਜੀ ਸਾਹਿਬ। ਅੱਗੇ ਗੱਲ ਕਰਦੇ ਆ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਛ ਖਾਏ। ਇਹ 17 ਕਿੰਨਾ ਦੀਆਂ ਨੇ ਜੀ? ਇਹ 17 ਹੈਗੀਆਂ ਨੇ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀਆਂ, ਠੀਕ ਹੈ ਜੀ। ਅੱਗੇ ਚੱਲਦੇ ਆ, ਤੁਹਾਨੂੰ ਪੁੱਛਿਆ ਜਾ ਸਕਦਾ ਗੁਰਮਤਿ ਕਾਵ ਦੇ ਵਿੱਚ 17 ਦੇ ਬਾਰੇ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ, ਗੁਰੂ ਕਾ ਬਾਜ਼ਾਰ ਦੀ ਸਥਾਪਨਾ ਕਿਸ ਗੁਰੂ ਸਾਹਿਬ ਜੀ ਨੇ ਕੀਤੀ ਸੀ? ਤਾਂ ਤੁਹਾਨੂੰ ਯਾਦ ਹੋਊਗਾ ਚੱਕ ਰਾਮਦਾਸਪੁਰ, ਜਿਹਨੂੰ ਅੱਜ ਕੱਲ ਆਪਾਂ ਅੰਮ੍ਰਿਤਸਰ ਸਾਹਿਬ ਕਹਿ ਦਿੰਦੇ ਹਾਂ। ਇਹਦੀ ਸਥਾਪਨਾ 4ਵੇਂ ਪਾਤਸ਼ਾਹ ਨੇ ਕੀਤੀ ਹੈ, ਕਿਉਂਕਿ ਗੁਰੂ ਅਮਰਦਾਸ ਜੀ ਨੇ ਕਿਹਾ ਸੀਗਾ ਵੀ ਤੁਸੀਂ ਜਾ ਕੇ ਇੱਕ ਨਵਾਂ ਨਗਰ ਵਸਾਓ, ਤੇ ਨਗਰ ਵਸਾਉਣ ਵਾਸਤੇ ਫਿਰ ਗੁਰੂ ਜੀ ਨੇ ਉੱਥੇ ਬਾਜ਼ਾਰ ਦੇ ਵਿੱਚ ਕੁਛ ਵਪਾਰੀ ਲੈ ਕੇ ਆਏ। ਤਾਂ ਵਪਾਰੀ ਕੌਣ ਲੈ ਕੇ ਆਏ ਸੀਗੇ? ਗੁਰੂ ਰਾਮਦਾਸ ਜੀ ਲੈ ਕੇ ਆਏ ਸੀਗੇ, ਠੀਕ ਹੈ ਜੀ। ਇਹ ਯਾਦ ਰੱਖਣਾ, ਠੀਕ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਅੱਛਾ ਇੱਕ ਆ ਵੀ ਯਾਦ ਰੱਖਣਾ, ਗੁਰੂ ਰਾਮਦਾਸ ਜੀ ਨੇ 52 ਵੱਖ ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਕੀ ਕੀਤਾ ਸੀਗਾ? ਸੱਦਾ ਦਿੱਤਾ ਸੀਗਾ ਗੁਰੂ ਕੇ ਬਾਜ਼ਾਰ ਦੀ ਸਥਾਪਨਾ ਕਰਨ ਵਾਸਤੇ। ਇਸ ਤੋਂ ਅਗਲੇ ਕੁਸ਼ਚਨ ਵੱਲ ਮੂਵ ਕਰਦੇ ਹਾਂ ਆਪਾਂ। ਘੋੜੀਆਂ ਜਿਹੜੀਆਂ ਕਿ ਵਿਆਹ ਸਮੇਂ ਗਾਏ ਜਾਣ ਵਾਲੇ ਖੁਸ਼ੀ ਦੇ ਗੀਤ ਹੈ ਰਾਜੇ, ਉਹ ਕਿਸ ਗੁਰੂ ਸਾਹਿਬ ਜੀ ਦੀ ਰਚਨਾ ਤੇ ਕਿਸ ਰਾਗ ਦੇ ਵਿੱਚ ਦਰਜ ਨੇ? ਹੁਣ ਤੁਸੀਂ ਮੈਨੂੰ ਕਮੈਂਟ ਵਿੱਚ ਇਹ ਦੱਸਣਾ ਵੀ ਘੋੜੀਆਂ ਕਿਹਦੇ ਵਿਆਹ ਤੇ ਗਾਈਆਂ ਜਾਂਦੀਆਂ, ਮੁੰਡੇ ਜਾਂ ਕੁੜੀ ਦੇ, ਤੇ ਜਿਹੜੇ ਸੁਹਾਗ ਹੁੰਦਾ ਉਹ ਕਿਹਦੇ ਵਿਆਹ ਤੇ ਗਾਇਆ ਜਾਂਦਾ। ਇਹ ਮੈਂ ਬਹੁਤ ਵਾਰੀ ਕਰਵਾਇਆ, ਤੁਸੀਂ ਇਹ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸਣਾ ਜ਼ਰੂਰ ਵੀ ਇਹ ਕਿਹਦੇ ਵਿਆਹ ਤੇ ਗਾਏ ਜਾਂਦੇ ਆ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਘੋੜੀਆਂ ਦੀ ਰਚਨਾ ਕੀਤੀ ਹੈ ਰਾਜੇ ਵਡਹੰਸ ਰਾਗ ਦੇ ਵਿੱਚ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਇਸ ਤੋਂ ਇਲਾਵਾ ਗੁਰੂ ਰਾਮਦਾਸ ਜੀ ਨੇ ਕੀ ਕੀਤਾ ਰਾਜੇ? ਲਾਵਾਂ ਦੀ ਰਚਨਾ ਵੀ ਕੀਤੀ ਹੈ, ਕਿਹਦੇ ਵਿੱਚ? ਸੂਈ ਰਾਗ ਦੇ ਵਿੱਚ। ਇਹ ਵੀ ਨਾਲ ਦੀ ਨਾਲ ਯਾਦ ਰੱਖ ਲਿਓ। ਅੱਗੇ ਚੱਲਦੇ ਹਾਂ ਜੀ। ਕਹਿੰਦੇ ਵਿਦਿਆ ਵਿਚਾਰੀ ਤਾਂ ਪਰ ਪੁਕਾਰੀ। ਹੁਣ ਤੁਸੀਂ ਮਾਸਟਰ ਬਣ ਜਾ ਰਹੇ ਹੋ ਨਾ, ਤਾਂ ਵਿਦਿਆ ਵਿਚਾਰ ਕੇ, ਜੇ ਵਿਦਿਆ ਵਿਚਾਰੀ ਮਤਲਬ ਜੇ ਵਿਦਿਆ ਪੜ੍ਹ ਕੇ
ਆਪਾਂ ਪਰਉਪਕਾਰ ਹੀ ਨਾ ਕੀਤਾ, ਉਹਨੂੰ ਗਿਆਨ ਨੂੰ ਅੱਗੇ ਵੰਡਿਆ ਹੀ ਨਾ, ਤਾਂ ਫਿਰ ਵਿੱਦਿਆ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈਗਾ। ਹੁਣ ਤੁਸੀਂ ਮਾਸਟਰ ਲੱਗੋਗੇ ਨਾ ਤਾਂ ਅੱਗੇ ਆਪਣਾ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ, ਤਾਂ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਇਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ। ਅੱਗੇ ਚੱਲਦੇ ਹਾਂ ਜੀ ਆਪਾਂ, ਅਗਲਾ ਕੁਐਸਚਨ ਆਪਣੇ ਕੋਲੇ ਆ ਗਿਆ ਜੀ, ਠੀਕ ਹੈ ਜੀ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਇਹ ਰਚਨਾ ਕਿਹਨਾਂ ਦੀ ਆ? ਇੱਥੇ ਵੀ ਬੱਚੇ ਅਕਸਰ ਗਲਤੀ ਕਰਦੇ ਆ ਰਾਜੇ, ਗੁਰੂ ਨਾਨਕ ਸਾਹਿਬ ਜੀ ਆਂਸਰ ਲਾ ਕੇ ਆਉਂਦੇ ਜਿਹੜਾ ਕਿ ਗਲਤ ਹੈ, ਇਹ ਭਗਤ ਕਬੀਰ ਜੀ ਦੀ ਰਚਨਾ ਹੈ, ਠੀਕ ਹੈ, ਇਹ ਯਾਦ ਰੱਖਣਾ। ਇਸ ਤੋਂ ਬਾਅਦ ਅਗਲੀ ਰਚਨਾ ਆ ਗਈ ਜੀ, ਗਗਨ ਦਮਾਮਾ ਬਾਜਿਓ ਭਰਿਓ ਨਿਸ਼ਾਨੇ ਘਾਓ, ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕਾ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਸ਼ਹੀਦਾਂ ਵਾਸਤੇ ਜਿਹੜੇ ਆਪਣੇ ਸਿੱਖ ਇਤਿਹਾਸ ਦੇ ਵਿੱਚ ਸ਼ਹੀਦ ਹੋਏ ਆ, ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਅਕਸਰ ਤੁਹਾਨੂੰ ਸ਼ਬਦ ਗੁਰਦੁਆਰਾ ਸਾਹਿਬ 'ਚ ਸੁਣਨ ਨੂੰ ਮਿਲ ਜਾਣਗੇ, ਤਾਂ ਇਹ ਵੀ ਭਗਤ ਕਬੀਰ ਜੀ ਦੀ ਰਚਨਾ ਹੈ, ਠੀਕ ਹੈ ਜੀ। ਇੱਥੇ ਵੀ ਬਾਬਾ ਫਰੀਦ ਜਾਂ ਫਿਰ ਆਪਾਂ ਭਾਈ ਗੁਰਦਾਸ ਜਾਂ ਫਿਰ ਆਪਾਂ ਕੀ ਕਰਦੇ ਹਾਂ, ਇੱਥੇ ਆਂਸਰ ਲਾ ਕੇ ਆਉਣੇ ਹੁੰਦੇ ਹਾਂ ਗੁਰੂ ਨਾਨਕ ਸਾਹਿਬ ਜੀ, ਜਿਹੜਾ ਕਿ ਰੋਂਗ ਆਂਸਰ ਹੈ, ਇਹ ਭਗਤ ਕਬੀਰ ਜੀ ਦੀ ਰਚਨਾ ਹੈ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ, ਦਸਮ ਗ੍ਰੰਥ ਸਾਹਿਬ ਦੇ ਵਿੱਚ ਚੰਡੀ ਦੀ ਵਾਰ ਦੀ ਰਚਨਾ ਜਿਹੜੀ ਹੈਗੀ ਆ, ਉਹਦੇ ਵਿੱਚ ਕੁੱਲ ਪੌੜੀਆਂ ਕਿੰਨੀਆਂ ਨੇ, ਠੀਕ ਹੈ ਜੀ। ਜੇ ਤਾਂ ਮੈਂ ਦੇਖੋ ਇਕੱਲੀਆਂ ਪੌੜੀਆਂ ਦੀ ਗੱਲ ਕਰਾਂ ਤਾਂ ਪੌੜੀਆਂ ਤਾਂ 54 ਨੇ, ਇੱਕ ਉਹਦੇ ਵਿੱਚ ਕੀ ਆ, 2 ਹੈ, ਠੀਕ ਹੈ ਜੀ, ਤਾਂ ਪੌੜੀਆਂ 54 ਨੇ। ਪਰ ਜੇ ਆਪਸ਼ਨ ਦੇ ਵਿੱਚ 54 ਨਹੀਂ ਦਿੱਤਾ ਹੋਇਆ, ਤੁਸੀਂ ਆਂਸਰ ਕੀ ਲਾ ਕੇ ਆਉਣਾ, 55, ਤੇ ਜੇ 54 ਦਿੱਤਾ ਹੋਊਗਾ ਤਾਂ ਪੌੜੀਆਂ 54 ਹੀ ਹੈਗੀਆਂ, ਇਹ ਯਾਦ ਰੱਖਣਾ। ਇਹ ਕੁਐਸਚਨ ਕਈ ਵਾਰੀ ਘੁੰਡੀ ਪਾ ਦਿੰਦੇ ਹੁੰਦੇ ਆ, PSSS ਬੋਰਡ 'ਚ ਪਹਿਲਾਂ ਇਹ ਕੁਐਸਚਨ ਆਇਆ ਹੋਇਆ, ਤਾਂ ਆ ਯਾਦ ਰੱਖ ਲਿਓ, ਠੀਕ ਹੈ ਜੀ। ਚੰਡੀ ਦੀ ਜਿਹੜੀ ਵਾਰ ਹੈਗੀ ਹੈ, ਦਸਮ ਗ੍ਰੰਥ ਦੇ ਵਿੱਚ ਮਹਾਰਾਜ ਲਿਖਦੇ ਹੈ, ਅਬ ਵਾਰ ਦੁਰਗਾ ਕੀ ਲਿਖਤੇ ਹੈ, ਠੀਕ ਹੈ ਜੀ, ਤੇ 55 ਇਹਦੇ ਵਿੱਚ ਕੁੱਲ ਗਿਣਤੀ ਹੈ, ਜਿਹਦੇ ਵਿੱਚ 54 ਪੌੜੀਆਂ ਨੇ ਤੇ ਇੱਕ ਕੀ ਆਉਂਦਾ, 2 ਆਉਂਦਾ। ਇਸ ਤੋਂ ਬਾਅਦ ਅੱਗੇ ਆਪਾਂ ਚੱਲਦੇ ਹਾਂ ਜੀ, ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਆਧਾਰਿਤ ਇੱਕ ਪੰਜਾਬੀ ਨਾਟਕ ਹੈ ਗਗਨ ਮੈਂ ਥਾਲ। ਗੁਰੂ ਸਾਹਿਬ ਜੀ ਨੇ ਆਰਤੀ ਲਿਖੀ ਹੈ ਨਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਤਾਂ ਇਹ ਜਿਹੜੀ ਨਾਟਕ ਹੈਗਾ ਇਹ ਕਿਹਨੇ ਲਿਖਿਆ ਰਾਜੇ, ਬਲਵੰਤ ਗਾਰਗੀ ਨੇ ਲਿਖਿਆ, ਠੀਕ ਹੈ ਜੀ, ਪੰਜਾਬੀ ਦੇ ਮਸ਼ਹੂਰ ਲੇਖਕ ਨੇ ਬਲਵੰਤ ਗਾਰਗੀ ਜੀ, ਨਾਟਕਕਾਰ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਜੀ, ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ। ਢਾਡੀ ਕਲਾ ਜਿਹੜੀ ਹੈਗੀ ਹੈ ਕਿਸ ਗੁਰੂ ਸਾਹਿਬ ਜੀ ਦੇ ਟਾਈਮ ਤੇ ਸ਼ੁਰੂ ਹੋਈ, ਤਾਂ ਢਾਡੀ ਕਲਾ ਦੇਖੋ ਜਿਹੜੇ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਹੈ ਉਹ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਤਾਂ ਉਹਨਾਂ ਨੇ ਬੀਰ ਰਸ ਭਰਨ ਵਾਸਤੇ ਢਾਡੀ ਕਲਾ ਸ਼ੁਰੂ ਕੀਤੀ, ਤੇ 2 ਢਾਡੀ ਬੜੇ ਮਸ਼ਹੂਰ ਹੋਏ ਆ, ਨੱਥਾ ਤੇ ਅਬਦੁੱਲਾ, ਠੀਕ ਹੈ ਜੀ, ਇਹ ਯਾਦ ਰੱਖਣਾ। ਨੱਥਾ ਤੇ ਅਬਦੁੱਲਾ ਢਾਡੀ ਬਹੁਤ ਮਸ਼ਹੂਰ ਹੋਏ ਆ, ਇਹ 6ਵੇਂ ਪਾਤਸ਼ਾਹ ਦੇ ਟਾਈਮ ਤੇ ਹੋਏ ਆ। ਜੇ ਤੁਹਾਨੂੰ ਪੁੱਛਣਗੇ ਕੀਰਤਨ ਦੀ ਕੀਰਤਨ ਪ੍ਰਥਾ ਕਦੋਂ ਸ਼ੁਰੂ ਹੋਈ ਹੈ, ਤਾਂ ਐਗਜ਼ਾਮ ਦੇ ਅਕੋਰਡਿੰਗ ਤੁਸੀਂ ਆਨਸਰ ਲਾਉਣਾ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ। ਹਾਲਾਂਕਿ ਕੀਰਤਨ ਤਾਂ ਗੁਰੂ ਨਾਨਕ ਸਾਹਿਬ ਜੀ ਵੀ ਕਰਦੇ ਸੀਗੇ, ਉਹਨਾਂ ਨਾਲ ਭਾਈ ਮਰਦਾਨਾ ਜੀ ਹੁੰਦੇ ਸੀਗੇ, ਪਰ ਆਪਾਂ ਪੇਪਰ ਵਾਸਤੇ ਪੜ੍ਹ ਰਹੇ ਹਾਂ ਤਾਂ ਆਨਸਰ ਤੁਸੀਂ ਕੀ ਲਾ ਕੇ ਆਓਗੇ, ਗੁਰੂ ਅਰਜਨ ਦੇਵ ਜੀ ਲਾ ਕੇ ਆਓਗੇ। ਅੱਗੇ ਆ ਗਿਆ ਜੀ, ਗੁਰੂ ਤੇਗ ਬਹਾਦਰ ਜੀ ਦੇ ਪਿਤਾ ਦਾ ਨਾਮ ਕੀ ਸੀਗਾ, ਤਾਂ ਆਪਾਂ ਪੜ੍ਹ ਕੇ ਗਏ ਹਾਂ, ਗੁਰੂ ਤੇਗ ਬਹਾਦਰ ਜੀ ਦੇ ਪਿਤਾ ਕੌਣ ਨੇ, ਗੁਰੂ ਹਰਗੋਬਿੰਦ ਸਾਹਿਬ ਜੀ, ਤੇ ਮਾਤਾ ਜੀ ਕੌਣ ਨੇ, ਮਾਤਾ ਨਾਨਕੀ ਜੀ, ਠੀਕ ਹੈ ਜੀ, ਬੇਬੇ ਨਾਨਕੀ ਅਲੱਗ ਨੇ, ਇਹ ਮਾਤਾ ਨਾਨਕੀ ਜੀ ਨੇ, ਠੀਕ ਹੈ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ 3ਜੇ ਮਹਿਲ ਸੀਗੇ, ਠੀਕ ਹੈ ਜੀ, ਮਹਿਲ ਦਾ ਮਤਲਬ ਹੁੰਦਾ ਸੁਪਤਨੀ। ਅੱਗੇ ਗੱਲ ਕਰਦੇ ਹਾਂ ਆਪਾਂ, ਗੁਰੂ ਨਾਨਕ ਦੇਵ ਜੀ ਦੁਆਰਾ ਆਸਾਂ ਕੀ ਵਾਰ ਦੀ ਬਾਣੀ ਕਿੰਨੇ ਪੌੜੀਆਂ ਦੇ ਵਿੱਚ ਉਚਾਰੀ ਗਈ ਹੈ, ਇਹ ਕੁਐਸਚਨ ਬਹੁਤ ਮਹੱਤਵਪੂਰਨ ਬਣ ਜਾਂਦਾ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ, ਤਾਂ 24 ਪੌੜੀਆਂ ਦੇ ਵਿੱਚ ਆਸਾਂ ਦੀ ਵਾਰ ਦੀ ਬਾਣੀ ਉਚਾਰੀ ਗਈ ਹੈ। 38 ਪੌੜੀਆਂ ਕਿਹਦੀਆਂ ਨੇ, ਜਪਜੀ ਸਾਹਿਬ ਦੀਆਂ, ਠੀਕ ਹੈ ਜੀ। ਜਪਜੀ ਸਾਹਿਬ ਕੀ ਹੈ ਰਾਜੇ, ਰਾਗ ਮੁਕਤ ਬਾਣੀ ਹੈ, ਕਿਸੇ ਵੀ ਰਾਗ ਦੇ ਵਿੱਚ ਨਹੀਂ ਹੈਗੀ। ਪਲੱਸ ਇਹਦੇ ਵਿੱਚ ਕੀ ਆ ਜਾਂਦੇ ਆ, 2 ਕੀ ਆ ਜਾਂਦੇ ਆ, 2 ਕੀ ਆ ਜਾਂਦੇ, ਇਹਦੇ ਵਿੱਚ ਸਲੋਕ ਆ ਜਾਂਦੇ ਆ ਜਿਹੜੇ ਪਵਨ ਗੁਰੂ ਪਾਣੀ ਪਿਤਾ ਲਏ ਆਪਾਂ ਪੜ੍ਹਦੇ ਹਾਂ ਪਾਠ ਤੋਂ ਬਾਅਦ। 54 ਪੌੜੀਆਂ ਕਿਹਦੀ ਕਿਹੜੀ ਬਾਣੀ 'ਚ ਆਉਂਦੀਆਂ ਨੇ, ਦੱਖਣੀ ਓਂਕਾਰ ਦੇ ਵਿੱਚ, ਠੀਕ ਹੈ ਜੀ, ਦੱਖਣੀ ਓਂਕਾਰ ਦੇ ਵਿੱਚ ਆਉਂਦੀਆਂ ਨੇ, ਠੀਕ ਹੈ। 73 ਪੌੜੀਆਂ ਕਿੱਥੇ ਆਉਂਦੀਆਂ ਨੇ, ਸਿੱਧ ਗੋਸ਼ਟ ਦੇ ਵਿੱਚ, ਮਹਾਰਾਜ ਨੇ ਸਿੱਧਾਂ ਨਾਲ ਕੀ ਕੀਤੀ ਹੈ, ਗੋਸ਼ਟੀ ਕੀਤੀ ਹੈ ਨਾ, ਤਾਂ ਉਹਦੇ ਵਿੱਚ ਆਉਂਦੀਆਂ ਨੇ। ਅੱਗੇ ਚੱਲਦੇ ਹਾਂ ਆਪਾਂ, ਚਲੋ ਆਹ ਕੁਐਸਚਨ ਆਪਣਾ ਰਿਪੀਟ ਹੋ ਗਿਆ, ਭਗਤ ਕਬੀਰ ਜੀ ਵਾਲਾ, ਗਗਨ ਦਮਾਮਾ ਵਾਜਿਓ ਵਾਲਾ।
ਅੱਗੇ ਗੱਲ ਕਰਦੇ ਹਾਂ ਜੀ, ਕਹਿੰਦੇ ਤਿਲਕ ਜੰਜੂ ਰਾਖਾ ਪ੍ਰਭੂ ਤਾਕਾ ਕਿਨੋ ਬੜੂ ਕਲੂ ਮੈਂ ਸਾਕਾ। ਠੀਕ ਹੈ, ਇਹ ਮਤਲਬ ਜਿਹੜੀਆਂ 17 ਹੈਗੀਆਂ ਤੁਸੀਂ ਸਮਝ ਗਏ ਹੋਵੋਗੇ। ਤਿਲਕ ਜੰਜੂ ਦਾ ਰਾਖਾ ਕੌਣ ਹੈ? ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ, ਹਿੰਦ ਦੀ ਚਾਦਰ, ਤੇ ਉਹਨਾਂ ਦੀ ਜਿਹੜੀ ਆਹ 17 ਹੈਗੀਆਂ ਨੇ, ਕਹਿੰਦੇ ਇਹ ਕਿਸ ਗੁਰੂ ਸਾਹਿਬ ਜੀ ਨੇ ਆਪਣੀ ਕਿਸ ਬਾਣੀ ਵਿੱਚ ਰਚੀਆਂ? ਤਾਂ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਬਾਣੀ ਹੈਗੀ ਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਰਜ ਕਰਵਾਈ ਹੈ, ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਆ, ਵਿਚਿੱਤਰ ਨਾਟਕ, ਉਹਦੇ ਵਿੱਚ ਉਹ ਆਪਣੇ ਪਿਤਾ ਜੀ ਦੀ ਸ਼ਹੀਦੀ ਦੀ ਗੱਲ ਕਰਦੇ ਆ ਕਿ ਜਦੋਂ ਪੰਡਿਤ ਕਿਰਪਾ ਰਾਮ ਆਇਆ ਸੀਗਾ, ਕਸ਼ਮੀਰੀ ਪੰਡਿਤ ਜਿਹੜਾ ਕਿ ਬੇਨਤੀ ਲੈ ਕੇ ਆਇਆ ਸੀ, ਤੇ ਗੁਰੂ ਸਾਹਿਬ ਜੀ ਕਦੋਂ ਸੀਗੇ? ਉਦੋਂ 9 ਸਾਲ ਦੀ ਉਮਰ ਦੀ ਸੀਗੀ, ਤੇ ਅਨੰਦਪੁਰ ਸਾਹਿਬ ਦੇ ਵਿੱਚ ਫਿਰ ਇਹਨਾਂ ਨੇ ਆਪਣੇ ਪਿਤਾ ਨੂੰ ਖੁਦ ਆਪਣੇ ਹੱਥੀ ਤੋਰਿਆ ਸੀਗਾ। ਕਾਹਦੇ ਵਾਸਤੇ? ਬਲੀਦਾਨ ਵਾਸਤੇ। ਤਾਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਰਚਾ ਕਰਦੇ ਆ ਆਪਣੇ ਵਿਚਿੱਤਰ ਨਾਟਕ ਦੇ ਵਿੱਚ। ਅੱਗੇ ਆ ਗਿਆ ਜੀ, ਕਹਿੰਦੇ ਜੀ ਮੂਸੇ ਕੀ ਵਾਰ ਦੀ ਧੁਨੀ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਿਸ ਵਾਰ ਦੇ ਨਾਲ ਹੈ? ਤਾਂ ਵਾਰਾਂ ਦੇ ਨਾਲ ਨਾਲ ਨਾ ਮਹਾਰਾਜ ਨੇ ਧੁਨੀਆਂ ਬਖਸ਼ੀਆਂ ਨੇ, ਠੀਕ ਹੈ ਜੀ, ਇਹ ਸਾਰੀਆਂ ਮੈਂ ਕਰਵਾਈਆਂ ਹੋਈਆਂ। ਤਾਂ ਮੂਸੇ ਕੀ ਵਾਰ ਦੀ ਜਿਹੜੀ ਧੁਨੀ ਹੈਗੀ ਹੈ ਰਾਜੇ, ਉਹ ਕਾਨਣਾ ਦੀ ਵਾਰ ਦੇ ਨਾਲ ਸੰਬੰਧਿਤ ਹੈ। ਠੀਕ ਹੈ, ਅੱਗੇ ਗੱਲ ਕਰਦੇ ਹਾਂ ਜੀ। ਜਿਹੜੀ ਆਸਾ ਦੀ ਵਾਰ ਹੈਗੀ ਹੈ ਰਾਜੇ, ਉਹ ਟੁੰਡੇ ਅਸਰਾਜੇ ਕੀ ਧੁਨੀ। ਠੀਕ ਹੈ ਜੀ, ਆਸਾ ਦੀ ਵਾਰ ਦਾ ਵੀ ਪੁੱਛਦੇ ਹੁੰਦੇ ਆ, ਉਹਦੇ ਵਾਸਤੇ ਹੁੰਦੀ ਹੈ ਟੁੰਡੇ ਅਸਰਾਜੇ ਕੀ ਧੁਨੀ। ਅੱਗੇ ਆ ਗਿਆ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਬਾਣੀ ਘੋੜੀਆਂ ਕਿਸ ਗੁਰੂ ਸਾਹਿਬ ਜੀ ਦੀ ਰਚਨਾ ਹੈ? ਤਾਂ ਮੈਂ ਹੁਣੇ ਤੁਹਾਨੂੰ ਦੱਸ ਕੇ ਗਿਆ ਵੀ ਘੋੜੀਆਂ ਕਿਹਨਾਂ ਦੇ? ਗੁਰੂ ਰਾਮਦਾਸ ਜੀ ਦੀ ਰਚਨਾ ਹੈ। ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਆ ਗਿਆ ਜੀ, ਕਹਿੰਦੇ ਤ੍ਰੈ ਗੁਣ ਮੈਂ ਵਰਤੇ ਸੰਸਾਰਾ, ਨਰਕ ਸੁਰਗ ਫਿਰੇ ਨਰਕ ਸੁਰਗ ਫਿਰ ਫਿਰ ਉਹ ਤਾਰਾ। ਠੀਕ ਹੈ, ਇਹ ਜਿਹੜੀ ਗੁਰਬਾਈ ਦੇ ਸ਼ਬਦ ਹੈਗੇ ਆ, ਗੁਰਬਾਣੀ ਦੇ ਸ਼ਬਦ ਹੈਗੇ ਆ, ਇਹਦੇ ਵਿੱਚ ਤ੍ਰੈ ਗੁਣ ਤੋਂ ਕੀ ਭਾਵ ਹੈ? ਤਿੰਨ ਗੁਣਾਂ ਦੀ ਮਹਾਰਾਜ ਨੇ ਗੱਲ ਕੀਤੀ ਹੈ, ਇਸ ਤਿੰਨ ਗੁਣਾਂ ਦਾ ਮਤਲਬ ਕੀ ਹੈ? ਤਾਂ ਇਹ ਜਿਹੜੀ ਬਾਣੀ ਹੈਗੀ ਹੈ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਚਾਰੀ ਹੋਈ ਹੈ, ਤੇ ਇਹਦੇ ਵਿੱਚ ਮਹਾਰਾਜ ਜਿਹੜੀ, ਠੀਕ ਹੈ ਜੀ, ਰਜੋ ਗੁਣ ਸਤੋ ਗੁਣ ਤਮੋ ਗੁਣ ਦੀ ਗੱਲ ਕਰ ਰਹੇ ਹੈ। ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਆ ਗਿਆ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਇੱਕ ਬਾਣੀ ਹੈ ਦਿਨ ਰਹਿਣ। ਠੀਕ ਹੈ ਜੀ, ਦਿਨ ਰਹਿਣ ਸਿਰਲੇਖ ਦੇ ਅੰਤਰਗਤ ਬਾਣੀ ਦਰਜ ਹੈ। ਇਹ ਕਿਹੜੇ ਗੁਰੂ ਸਾਹਿਬ ਜੀ ਦੀ ਬਾਣੀ ਹੈ? ਇਹ ਵੀ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਵੱਧ ਬਾਣੀ ਮਿਲਦੀ ਹੈ ਗੁਰੂ ਅਰਜਨ ਦੇਵ ਜੀ ਦੀ, 2218 ਸ਼ਬਦ ਮਿਲਦੇ ਹੈ। ਠੀਕ ਹੈ ਜੀ, ਤੇ ਜੇ ਆਪਾਂ ਗੱਲ ਕਰੀਏ ਦਿਨ ਰਹਿਣ ਦਾ ਮਤਲਬ ਕੀ ਹੈ, ਦਿਨ ਤੇ ਰਾਤ ਦੀ ਗੱਲ ਕੀਤੀ ਗਈ ਹੈ। ਅੱਗੇ ਚੱਲਦੇ ਹਾਂ ਜੀ ਆਪਾਂ। ਅਗਲਾ ਆ ਗਿਆ ਜੀ, ਗੁਰੂ ਨਾਨਕ ਦੇਵ ਜੀ ਦੇ ਦਰਸ਼ਨ, ਜੀਵਨ ਦਰਸ਼ਨ ਨਾਲ, ਠੀਕ ਹੈ ਜੀ, ਜਿਹੜੀ ਪੁਸਤਕ ਹੈਗੀ ਹੈ ਕੱਤਕ ਕੀ ਵਿਸਾਖ, ਉਹਦਾ ਕਰਤਾ ਕੌਣ ਹੈ, ਕਿਹਨੇ ਲਿਖੀ ਹੈ? ਇਹ ਲਿਖੀ ਹੈ ਜੀ ਕਰਮ ਸਿੰਘ ਹਿਸਟੋਰੀਅਨ ਨੇ ਲਿਖੀ ਹੈ। ਅੱਗੇ ਚੱਲਦੇ ਹਾਂ ਆਪਾਂ। ਅੱਗੇ ਆ ਗਿਆ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਜੂਲੀਆਂ, ਉਹ ਕਾਵਿ ਭੇਦ ਹੈ ਜਿਸ ਵਿੱਚ, ਠੀਕ ਹੈ ਜੀ, ਇਹਦੇ ਵਿੱਚ ਕੀ ਹੁੰਦਾ ਨਾ, ਇਹਦੇ ਵਿੱਚ ਆਪਾਂ ਜਦੋਂ ਅਰਦਾਸ ਕਰਦੇ ਹਾਂ ਤਾਂ ਆਪਾਂ ਹੱਥ ਇੱਦਾਂ ਜੋੜ ਦਿੰਦੇ ਹਾਂ ਨਾ, ਹੱਥ ਜੋੜਦੇ ਹਾਂ ਤਾਂ ਇੱਕ ਡੂਨੇ ਦੀ ਸ਼ਕਲ ਬਣ ਜਾਂਦੀ ਹੈ, ਜਿਹਦੇ ਵਿੱਚ ਆਪਾਂ ਪਰਮਾਤਮਾ ਅੱਗੇ ਕੀ ਕਰਦੇ ਹਾਂ, ਆਪਣੀ ਝੋਲੀ ਅੱਡ ਕੇ ਕੋਈ ਨਾ ਕੋਈ ਚੀਜ਼ ਮੰਗਦੇ ਹਾਂ। ਠੀਕ ਹੈ ਜੀ, ਤਾਂ ਜਿਹੜੀਆਂ ਇਹ ਹੈਗੀਆਂ ਨੇ, ਇਹ ਪੰਜਵੇਂ ਪਾਤਸ਼ਾਹ ਨੇ ਲਿਖੀਆਂ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਤਾਂ ਉਹਨਾਂ ਨੇ ਇਹ 4 ਅੰਜੂਲੀਆਂ ਲਿਖੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ। ਇਹ ਕਿੰਨੀਆਂ ਨੇ? 4 ਅੰਜੂਲੀਆਂ ਨੇ ਰਾਗ ਮਾਰੂ ਦੇ ਵਿੱਚ ਲਿਖੀਆਂ, ਤੇ ਇਹਦੇ ਵਿੱਚ ਅਰਜੋਈ ਦੀ ਧੁਨ ਪੈਦਾ ਹੁੰਦੀ ਹੈ। ਅਰਜੋਈ ਹੁੰਦਾ ਅਰਦਾਸ ਕਰਨੀ। ਠੀਕ ਹੈ ਜੀ, ਅੱਗੇ ਗੱਲ ਕਰਦੇ ਹਾਂ। ਅੱਗੇ ਆ ਗਿਆ ਜੀ, ਗੁਰਬਾਣੀ ਦੇ ਵਿੱਚ ਇੱਕ ਵਾਰ ਆਉਂਦੀ ਹੈ ਬਸੰਤ ਦੀ ਵਾਰ। ਠੀਕ ਹੈ ਜੀ, ਉਹ ਤੋਂ ਕੀ ਭਾਵ ਹੈ? ਬਸੰਤ ਦੀ ਵਾਰ ਦਾ ਭਾਵ ਕੀ ਹੈ ਰਾਜੇ? ਬਸੰਤ ਇੱਕ ਕੀ ਹੈ, ਇੱਕ ਵਿਸ਼ੇਸ਼ ਰੁੱਤ ਵੀ ਹੈ ਤੇ ਇੱਕ ਵਿਸ਼ੇਸ਼ ਰਾਗ ਵੀ ਹੈ। ਰਾਗ ਤੇ ਰੁੱਤ ਦੇ ਨਾਲ ਸੰਬੰਧਿਤ ਹੈ ਇਹਦਾ, ਇਸ ਵਾਰ ਦਾ। ਠੀਕ ਹੈ ਜੀ, ਵਿਸ਼ੇਸ਼ ਰੁੱਤ ਤੇ ਰਾਗ ਦੇ ਨਾਲ ਸੰਬੰਧਿਤ ਇਹ ਕੀ ਹੈ ਜੀ, ਵਾਰ ਹੈ। ਤੇ ਇਹਦੇ ਵਿੱਚ ਕੀ ਹੈ ਜੀ, ਮਹਾਰਾਜ ਨੇ 3 ਪੌੜੀਆਂ ਦੀ ਇਹ ਵਾਰ ਹੈ, ਕਿਉਂਕਿ ਇਹ ਵਾਰ ਹਜੇ ਅਧੂਰੀ ਹੈ। ਮੰਨਿਆ ਜਾਂਦਾ ਵੀ ਇਹ ਉਸ ਟਾਈਮ ਤੇ ਗੁਰੂ ਸਾਹਿਬ ਜੀ ਲੰਗਰ ਛਕਣ ਚਲੇ ਗਏ ਸੀ, ਕੋਈ ਲੰਗਰ ਦਾ ਬੁਲਾਵਾ ਆ ਗਿਆ ਸੀਗਾ, ਤੇ ਉਸ ਤੋਂ ਬਾਅਦ ਇਹ ਵਾਰ ਪੂਰੀ ਨਹੀਂ ਹੋਈ, ਇਹ ਮੰਨਿਆ ਜਾਂਦਾ ਇਤਿਹਾਸ ਦੇ ਵਿੱਚ। 5-5 ਤੁਕਾਂ ਦੀਆਂ ਇਹ ਪੌੜੀਆਂ ਨੇ, 3 ਪੌੜੀਆਂ। ਅੱਗੇ ਆ ਗਿਆ ਜੀ ਆਪਣਾ ਜਿਹੜਾ ਮਾਡਰਨ ਲਿਟਰੇਚਰ ਹੈਗਾ, ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਵਰਿਆਮ ਸੰਧੂ ਜੀ ਬਾਰੇ। ਕਹਿੰਦੇ ਜੀ ਵਰਿਆਮ ਸੰਧੂ ਨੂੰ ਕਿਸ ਕਹਾਣੀ ਸੰਗ੍ਰਹਿ ਵਾਸਤੇ ਪੰਜਾਬੀ ਸਾਹਿਤ ਅਕੈਡਮੀ ਅਵਾਰਡ ਮਿਲਿਆ?
ਸਾਹਿਤ ਦਾ ਸਭ ਤੋਂ ਵੱਡਾ ਅਵਾਰਡ ਕਿਹੜਾ ਹੁੰਦਾ? ਪੰਜਾਬੀ ਸਾਹਿਤ ਅਕੈਡਮੀ ਅਵਾਰਡ ਹੁੰਦਾ ਹੈ। ਤੇ ਇਹ ਵਰਿਆਮ ਸਿੰਧੂ ਨੂੰ ਕਾਹਦੇ ਵਾਸਤੇ ਮਿਲਿਆ ਸੀਗਾ? ਚੌਥੀ ਕੂਟ ਵਾਸਤੇ। ਤੇ ਚੌਥੀ ਕੂਟ ਜਿਹੜੀ ਹੈਗੀ ਹੈ ਇਹਨਾਂ ਨੇ ਕਦੋਂ 1998 ਦੇ ਵਿੱਚ ਲਿਖੀ ਸੀਗੀ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਭੱਜੀਆਂ ਬਾਹਾਂ, ਇਹ 1987 ਵਿੱਚ ਲਿਖੀ ਸੀਗੀ। ਅਗਲੇ ਕੁਸ਼ਚਨ ਵੱਲ ਮੂਵ ਕਰਦੇ ਹਾਂ। ਅੱਗੇ ਆ ਗਿਆ ਜੀ ਵਰਿਆਮ ਸੰਧੂ ਦੀ ਸਾਹਿਤਕ ਸਵੈ ਜੀਵਨੀ। ਦੋ ਸਵੈ ਜੀਵਨੀਆਂ ਨੇ ਇਹਨਾਂ ਦੀਆਂ। ਆਪਾਂ ਸਾਹਿਤਕ ਸਵੈ ਜੀਵਨੀ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੀ ਸਾਹਿਤਕ ਸਵੈ ਜੀਵਨੀ ਹੈਗੀ ਹੈ ਕੁਸ਼ਤੀ ਦਾ ਧਰੂ ਤਾਰਾ। ਇਸ ਤੋਂ ਬਾਅਦ ਅੱਗੇ ਆ ਗਿਆ ਜੀ ਕਹਿੰਦਾ ਏੜ ਲਿਖਿਆਂ ਵਿੱਚੋਂ ਕਿਸ ਸੰਗ੍ਰਹਿ ਦੇ ਵਿੱਚ ਪੰਜਾਬ ਵਿੱਚ ਪੈਦਾ ਹੋਈ ਖਾੜਕੂ ਲਹਿਰ ਤੇ ਅੱਤਵਾਦ ਨੂੰ ਪੇਸ਼ ਕੀਤਾ ਗਿਆ, ਠੀਕ ਹੈ ਜੀ। ਇਹ ਕਿਹੜੇ ਦੇ ਵਿੱਚ ਕੀਤਾ? ਇਹ ਆਪਣਾ ਜਿਹੜੀਆਂ ਆਹ ਦੋ ਕਵਿਤਾਵਾਂ, ਦੋ ਰਚਨਾਵਾਂ ਹੈਗੀਆਂ ਨੇ, ਚੌਥੀ ਕੂੜ ਤੇ ਭੱਜੀਆਂ ਬਾਹਾਂ, ਇਹਨਾਂ ਦੋਵਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਆਉਂਦਾ ਹੈ। ਅੱਗੇ ਚੱਲਦੇ ਹਾਂ ਜੀ ਆਪਾਂ। ਵਰਿਆਮ ਸੰਧੂ ਦਾ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ? ਸਭ ਤੋਂ ਪਹਿਲਾਂ ਵੀ ਯਾਦ ਰੱਖਣਾ, ਸਭ ਤੋਂ ਪਹਿਲਾਂ ਹੈਗਾ ਜੀ ਲੋਹੇ ਦੇ ਹੱਥ, ਠੀਕ ਹੈ ਜੀ। ਕਿਹੜਾ ਜੀ? ਲੋਹੇ ਦੇ ਹੱਥ। ਇਹ 1971 ਦੇ ਵਿੱਚ ਇਹਨਾਂ ਨੇ ਲਿਖਿਆ ਸੀਗਾ। ਅੱਗੇ ਆ ਗਿਆ ਜੀ ਜਨਮ ਕਿੱਥੇ ਹੋਇਆ ਵਰਿਆਮ ਸੰਧੂ ਜੀ ਦਾ ਜਨਮ? ਤਾਂ ਜਨਮ ਕਿੱਥੇ ਹੋਇਆ ਰਾਜੇ? ਅੰਮ੍ਰਿਤਸਰ ਦੇ ਵਿੱਚ ਹੋਇਆ। ਪੂਰਾ ਯਾਦ ਰੱਖ ਲਿਆ ਕਰੋ, 10 ਸਤੰਬਰ, ਠੀਕ ਹੈ ਜੀ, 1945 ਨੂੰ ਇਹਨਾਂ ਦੇ ਨਾਨਕੇ ਪਿੰਡ ਹੋਇਆ ਸੀਗਾ। ਤੇ ਪਿੰਡ ਦਾ ਨਾਮ ਵੀ ਜ਼ਰੂਰ ਯਾਦ ਰੱਖਣਾ, ਪਿੰਡ ਕਿਹੜਾ ਸੀਗਾ? ਚਵਿੰਡਾ, ਠੀਕ ਹੈ ਜੀ, ਚਵਿੰਡਾ ਪਿੰਡ ਹੈ। ਤੇ ਪਿਤਾ ਦਾ ਨਾਮ ਕੀ ਸੀਗਾ ਜੀ? ਦੀਦਾਰ ਸੰਧੂ, ਦੀਦਾਰ ਸਿੰਘ ਸੰਧੂ। ਤੇ ਮਾਤਾ ਦਾ ਨਾਮ ਕੀ ਸੀਗਾ ਜੀ? ਜੋਗਿੰਦਰ ਕੌਰ, ਠੀਕ ਹੈ ਜੀ, ਇਹ ਵੀ ਯਾਦ ਰੱਖ ਲਿਓ ਨਾਲ ਦੀ ਨਾਲ। ਅੱਗੇ ਚੱਲਦੇ ਹਾਂ ਜੀ। ਅੱਗੇ ਆ ਗਿਆ ਜੀ ਕੁਲਵੰਤ ਸਿੰਘ ਵਿਰਕ ਨੇ ਕਿਸ ਰਸਾਲੇ ਦੀ ਸੰਪਾਦਕੀ ਕੀਤੀ, ਠੀਕ ਹੈ ਜੀ, ਇਹ ਵੀ ਆਪਣੇ ਕਹਾਣੀਕਾਰ ਆ ਗਏ ਆ। ਕੁਲਵੰਤ ਸਿੰਘ ਜੀ ਨੇ ਕਿਹੜੇ ਰਸਾਲੇ ਦੀ, ਇਹ ਸਾਰੇ ਰਸਾਲੇ ਜਿਹੜੇ ਹੈਗੇ ਸੀ ਇਹਨਾਂ ਦੇ ਅੰਗਰੇਜ਼ੀ ਵਿੱਚ ਸੀਗੇ, ਕਿਹੜੇ ਕਿਹੜੇ? ਐਡਵਾਂਸ ਤੇ ਜਾਗ੍ਰਿਤੀ, ਇਹ ਇਹਨਾਂ ਨੇ 1954-55 ਦੇ ਵਿੱਚ ਕੀ ਕੀਤੇ ਸੀਗੇ? ਪ੍ਰਕਾਸ਼ਿਤ ਕੀਤੇ ਸੀਗੇ। ਏ ਤੇ ਬੀ ਆਂਸਰ ਆ ਜਾਊਗਾ। ਅੱਗੇ ਚੱਲਦੇ ਹਾਂ। ਅੱਗੇ ਆ ਗਿਆ ਜੀ ਕਿਸ ਕਹਾਣੀ ਸੰਗ੍ਰਹਿ ਲਈ ਕੁਲਵੰਤ ਸਿੰਘ ਵਿਰਕ ਨੂੰ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ? ਇਹ ਤਾਂ ਯਾਦ ਰੱਖਣਾ ਹੀ ਰੱਖਣਾ ਆਪਾਂ, ਨਵੇਂ ਲੋਕ, ਠੀਕ ਹੈ ਜੀ। ਅੱਗੇ ਚੱਲਦੇ ਹਾਂ। ਅੱਗੇ ਆ ਗਿਆ ਜੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨੂੰ ਅੰਤਰਰਾਸ਼ਟਰੀ ਪੱਧਰ ਤੇ ਕਹਾਣੀਕਾਰਾਂ ਦੀ ਸ਼੍ਰੇਣੀ ਵਿੱਚ ਕਿਸਨੇ ਖੜਾ ਕੀਤਾ? ਸਭ ਤੋਂ ਮਸ਼ਹੂਰ ਕਹਾਣੀ ਮੈਂ ਉਦਣ ਵੀ ਦੱਸਿਆ ਸੀਗਾ, ਇਹਨਾਂ ਸਭ ਤੋਂ ਮਸ਼ਹੂਰ ਕਹਾਣੀ ਕਿਹੜੀ ਹੈ? ਧਰਤੀ ਹੇਠਲਾ ਬੋਲਦ, ਠੀਕ ਹੈ ਜੀ, ਧਰਤੀ ਹੇਠਲਾ ਬੋਲਦ। ਪਿਛਲੇ ਕੁਸ਼ਚਨ ਦੇ ਵਿੱਚ ਯਾਦ ਰੱਖ ਲਿਓ, ਜਿਹੜਾ ਨਵੇਂ ਲੋਕ ਹੈਗਾ ਰਾਜੇ, ਨਵੇਂ ਲੋਕ ਜਿਹੜਾ ਹੈਗਾ 1968 ਦੇ ਵਿੱਚ ਇਹਨਾਂ ਨੇ ਲਿਖਿਆ ਸੀਗਾ, ਇਹ ਵੀ ਯਾਦ ਰੱਖ ਲਿਓ। ਚਲੋ ਅੱਗੇ ਚੱਲਦੇ ਹਾਂ। ਅੱਗੇ ਆ ਗਿਆ ਜੀ ਕੁਲਵੰਤ ਸਿੰਘ ਵਿਰਕ ਨੂੰ ਦੇਸ਼ ਦੀ ਵੰਡ ਮਗਰੋਂ ਕਿਹੜੀ ਨੌਕਰੀ ਮਿਲੀ? ਤਾਂ ਤੁਹਾਨੂੰ ਮੈਂ ਦੱਸਿਆ ਸੀਗਾ ਇਹ ਕਿਹੜੇ ਬਣ ਗਏ ਸੀ? ਲਿਜਾਨ ਅਫਸਰ ਬਣ ਗਏ ਸੀਗੇ। ਲਿਜਾਨ ਅਫਸਰ ਕਿਹੜਾ ਹੁੰਦਾ? ਜਿਹੜੀਆਂ ਕੁੜੀਆਂ ਜਾਂ ਔਰਤਾਂ ਪਾਕਿਸਤਾਨ 'ਚ ਰਹਿ ਗਈਆਂ ਹਿੰਦੁਸਤਾਨ ਦੀਆਂ, ਉਹਨਾਂ ਨੂੰ ਵਾਪਸ ਲੈ ਕੇ ਆਉਣਾ ਤੇ ਮੁੜ ਵਸਾਉਣਾ, ਠੀਕ ਹੈ ਜੀ, ਇਹਨਾਂ ਦਾ ਕੰਮ ਸੀਗਾ। ਤੇ ਇਹ, ਠੀਕ ਹੈ ਜੀ, ਪਹਿਲਾਂ ਤਾਂ ਆਪਾਂ ਗੱਲ ਕਰਦੇ 1942 ਵਿੱਚ ਇਹ ਕੀ ਕਰਦੇ ਆ? ਫੌਜ ਭਰਤੀ ਹੋ ਜਾਂਦੇ ਜਦੋਂ ਦੂਜਾ ਸੰਸਾਰ ਯੁੱਧ ਲੱਗਿਆ ਹੁੰਦਾ। ਉਸ ਤੋਂ ਬਾਅਦ ਫਿਰ 1947 ਵਿੱਚ ਲਿਆਨ ਅਫਸਰ ਬਣ ਜਾਂਦੇ ਆ। ਫਿਰ ਇਹ 1949 ਵਿੱਚ ਕੀ ਬਣ ਜਾਂਦੇ ਆ? ਲੋਕ ਸੰਪਰਕ ਅਧਿਕਾਰੀ ਬਣ ਜਾਂਦੇ ਆ। ਕਿਹਦੇ ਵਿੱਚ? ਠੀਕ ਹੈ ਜੀ, ਅਧਿਕਾਰੀ, ਠੀਕ ਹੈ, ਕਿਹਦੇ ਵਿੱਚ ਬਣਦੇ ਆ? ਆਪਣਾ ਇੱਕ ਡਿਪਾਰਟਮੈਂਟ ਹੈਗਾ ਮੁੜ ਵਸਾਊ, ਠੀਕ ਹੈ ਜੀ, ਮੁੜ ਵਸਾਊ ਵਿਭਾਗ ਜਲੰਧਰ ਦੇ ਵਿੱਚ ਬਣ ਜਾਂਦੇ ਆ। ਤਾਂ ਇਹਨਾਂ ਨੇ ਕਾਫੀ ਨੌਕਰੀਆਂ ਕੀਤੀਆਂ ਨੇ, ਇਹਨਾਂ ਦੀ ਜ਼ਿਕਰ ਆਪਾਂ ਥਿਊਰੀ ਵਿੱਚ ਕੀਤਾ ਹੋਇਆ, ਪੇਡ ਬੈਚ ਦੇ ਵਿੱਚ ਵੀ ਕੀਤਾ ਹੋਇਆ। ਅੱਗੇ ਆ ਗਿਆ ਜੀ ਡਾਕਟਰ ਨਰਿੰਦਰ ਸਿੰਘ ਜੀ ਦੀ, ਨਰਿੰਦਰ ਸਿੰਘ ਕਪੂਰ ਜੀ ਦੀ ਗੱਲ ਹੋ ਰਹੀ ਹੈ ਇੱਥੇ, ਠੀਕ ਹੈ ਜੀ। ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀ ਸਵੈ ਜੀਵਨੀ ਕਿਹੜੀ ਹੈ? ਧੁੱਪਾਂ ਛਾਵਾਂ, ਠੀਕ ਹੈ ਜੀ, ਇਹ ਯਾਦ ਰੱਖਣੀਆਂ ਸਵੈ ਜੀਵਨੀਆਂ। ਇਹ 21 ਦੇ ਵਿੱਚ ਇਹਨਾਂ ਨੇ ਕੀ ਹੈ ਜੀ, ਇਹ ਹਜੇ ਜਿੰਦਾ ਨੇ, ਠੀਕ ਹੈ ਜੀ, ਐਟ ਪ੍ਰੈਜੈਂਟ ਹੈਗੇ ਆ। ਤਾਂ 2021 ਦੇ ਵਿੱਚ ਲਿਖੀ ਇਹਨਾਂ ਨੇ ਧੁੱਪਾਂ ਛਾਵਾਂ। ਅੱਗੇ ਆ ਗਿਆ ਜੀ ਕਹਾਣੀਕਾਰ ਸੁਜਾਨ ਸਿੰਘ। ਸੁਜਾਨ ਸਿੰਘ ਨੇ ਪੰਜਾਬੀ ਦਾ ਗਿਆਨ ਅਤੇ ਪੰਜ ਗ੍ਰੰਥੀ ਪਾਠ ਕਿਸ ਤੋਂ ਸਿੱਖਿਆ? ਠੀਕ ਹੈ ਜੀ, ਸੁਜਾਨ ਸਿੰਘ ਬਾਰੇ ਆਪਾਂ ਗੱਲ ਕਰਦੇ ਹਾਂ ਤਾਂ ਇਹਨਾਂ ਨੇ ਭਾਈ ਕਰਮ ਸਿੰਘ ਤੇ ਭਾਈ ਦਿਆਲ ਸਿੰਘ ਤੋਂ ਸਿੱਖਿਆ। ਠੀਕ ਹੈ ਜੀ, ਏ ਤੇ ਬੀ ਦੋਨੇ ਆਂਸਰ ਆ ਜਾਣਗੇ ਆਪਣਾ, ਐਕਚੁਅਲੀ ਡੀ ਆਂਸਰ ਆਊਗਾ। ਅੱਗੇ ਗੱਲ ਕਰਦੇ ਹਾਂ ਜੀ ਇਹਨਾਂ ਦਾ ਬਚਪਨ ਦਾ ਨਾਮ, ਠੀਕ ਹੈ ਜੀ, ਇਹ ਵੀ ਬਹੁਤ ਸੁਜਾਨ ਸਿੰਘ ਦਾ ਬਚਪਨ ਨਾਨੀ ਜੀ ਦੇ ਨਾਲ ਕਿੱਥੇ ਬੀਤਿਆ? ਤਾਂ ਬਚਪਨ ਦੇ ਇਹਨਾਂ ਦਾ ਕਲਕੱਤੇ ਬੀਤਿਆ। ਤੁਹਾਨੂੰ ਦੱਸਿਆ ਸੀਗਾ ਵੀ ਇਹਨਾਂ ਨੂੰ ਉੱਥੇ ਪੜ੍ਹਨ 'ਚ ਵੀ ਪ੍ਰੋਬਲਮ ਆਈ ਸੀਗੀ,
ਕਿਉਂਕਿ ਇਹ ਪੰਜਾਬੀ ਦੇ ਵਿੱਚ ਪਹਿਲਾਂ ਪੜ੍ਹ ਕੇ ਗਏ ਆ ਪਿੰਡਾਂ ਦੇ ਵਿੱਚ, ਤੇ ਬਾਅਦ ਦੇ ਵਿੱਚ ਫਿਰ ਉੱਥੇ ਜਾਂਦੇ ਆ ਕਲਕੱਤੇ, ਕਿਉਂਕਿ ਇਹਨਾਂ ਦੇ ਮਦਰ ਫਾਦਰ ਦੀ ਡੈਥ ਹੋ ਜਾਂਦੀ ਹੈ ਤੇ ਨਾਨੀ ਨਾਨੀ ਤੇ ਨਾਨਾ ਜੀ ਇਹਨਾਂ ਨੂੰ ਕੀ ਕਰਦੇ ਨੇ, ਪਾਲਦੇ ਨੇ। ਅੱਗੇ ਚੱਲਦੇ ਹਾਂ ਜੀ ਆਪਾਂ, ਅੱਗੇ ਆ ਗਿਆ ਜੀ ਸੁਜਾਨ ਸਿੰਘ ਨੇ ਕਿਸ ਕਹਾਣੀ ਵਿੱਚ ਬੰਗਾਲੀ ਵਾਤਾਵਰਣ ਨੂੰ ਸਿਰਜਿਆ। ਠੀਕ ਹੈ ਜੀ, ਤਾਂ ਕਲਕੱਤੇ ਰਹੇ ਆ, ਠੀਕ ਹੈ, ਤਾਂ ਇਹਨਾਂ ਨੇ ਡੇਢ ਆਦਮੀ ਤੇ ਆਤਮਾ ਦੀ ਸ਼ਾਂਤੀ, ਇਹ ਯਾਨੀ ਕਿ ਸੀ ਆਂਸਰ ਆਊਗਾ ਆਪਣਾ। ਤੇ ਡੇਢ ਆਦਮੀ ਜਿਹੜਾ ਹੈਗਾ ਰਾਜੇ, ਇਹਨਾਂ ਨੇ 1958 ਦੇ ਵਿੱਚ ਇਹਨਾਂ ਦੀ ਰਚਨਾ ਹੈ 1958 ਦੇ ਵਿੱਚ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਏਡ ਦਿੱਤਿਆਂ ਵਿੱਚੋਂ ਨਰਿੰਦਰ ਸਿੰਘ ਕਪੂਰ ਵੱਲੋਂ ਅਨੁਵਾਦਿਤ ਰਚਨਾ ਕਿਹੜੀ ਹੈ, ਜਿਹਦਾ ਕੀ ਕੀਤਾ ਹੋਇਆ ਇਹਨਾਂ ਨੇ, ਅਨੁਵਾਦ ਕੀਤਾ ਹੋਇਆ। ਤਾਂ ਇਹਨਾਂ ਨੇ, ਠੀਕ ਹੈ ਜੀ, ਭਗਤ ਸਿੰਘ ਦੇ ਉੱਪਰ ਲਿਖਿਆ ਜੀ, ਸਦੀਵੀ ਵਿਦਰੋਹੀ ਭਗਤ ਸਿੰਘ। ਠੀਕ ਹੈ, ਇਹ ਯਾਦ ਰੱਖ ਲਿਓ, ਕਾਫੀ ਮਹੱਤਵਪੂਰਨ ਹੈ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਅੱਗੇ ਆ ਗਿਆ ਜੀ, ਕੰਧੇਰੇ ਚੜ ਕੇ ਵੇਖਿਆ ਅਮਰੀਕਾ। ਤਾਂ ਦੇਖੋ ਜਿੱਥੇ ਅਮਰੀਕਾ ਦੀ ਗੱਲ ਹੋ ਗਈ, ਤਾਂ ਇਹ ਕੀ ਆ ਗਿਆ, ਸਫ਼ਰਨਾਮਾ ਆ ਗਿਆ। ਠੀਕ ਹੈ ਜੀ, ਇਹ ਕੀ ਆ ਗਿਆ ਆਪਣਾ, ਸਫ਼ਰਨਾਮਾ ਆ ਗਿਆ। ਤੇ ਇਸ ਸਫ਼ਰਨਾਮੇ ਦੇ ਵਿੱਚ, ਠੀਕ ਹੈ ਜੀ, ਇਹਦਾ ਆਂਸਰ ਆਊਗਾ ਜੀ ਸੀ, ਸਫ਼ਰਨਾਮਾ। ਤੇ ਇਹ ਕਿਹੜੀ ਪੁਸਤਕ ਦੇ ਵਿੱਚ ਹੈ, ਇਹ ਹੈਗਾ ਜੀ ਆਪਣਾ ਪੁਸਤਕ ਹੈਗੀ ਆਪਣੀ ਸੱਚੋ ਸੱਚ ਹੈ। ਠੀਕ ਹੈ ਜੀ, 1991 ਦੇ ਵਿੱਚ ਆਈ ਸੀਗੀ ਸੱਚੋ ਸੱਚ 1991 ਦੇ ਵਿੱਚ। ਤਾਂ ਇਹਦੇ ਵਿੱਚ 11 ਕਾਂਡ ਸ਼ਾਮਿਲ ਕੀਤੇ ਹੈ। ਠੀਕ ਹੈ ਜੀ, ਤਾਂ ਇਹ ਇੱਕ ਸਫ਼ਰਨਾਮਾ ਹੈ। ਅੱਗੇ ਗੱਲ ਕਰਦੇ ਹਾਂ, ਨਰਿੰਦਰ ਸਿੰਘ ਕਪੂਰ ਨੇ ਕਿਸ ਵਿਸ਼ੇ ਵਿੱਚ PhD ਕੀਤੀ ਹੈ। ਤਾਂ ਇਹਨਾਂ ਨੇ ਪੱਤਰਕਾਰੀ ਦੇ ਵਿੱਚ ਕੀਤੀ ਹੈ, ਹਨਾ, ਆਪਾਂ ਸਾਰਿਆਂ ਨੇ ਪੜ੍ਹਿਆ ਬਹੁਤ ਡਿਟੇਲ ਦੇ ਵਿੱਚ, ਪੰਜਾਬੀ ਪੱਤਰਕਾਰੀ ਦੇ ਵਿੱਚ ਕੀਤੀ ਹੈ। ਤੇ ਕਦੋਂ ਕੀਤੀ ਹੈ ਇਹਨਾਂ ਨੇ, ਇਹਨਾਂ ਨੇ ਕੀਤੀ ਸੀ 1975 ਦੇ ਵਿੱਚ। ਅੱਗੇ ਚੱਲਦੇ ਹਾਂ ਜੀ, ਤੇ ਨਾਲ ਦੀ ਨਾਲ ਇਹਨਾਂ ਨੇ LLB ਵੀ ਕੀਤੀ ਹੋਈ ਹੈ। ਠੀਕ ਹੈ ਜੀ, 1977 ਦੇ ਵਿੱਚ। ਅੱਗੇ ਆ ਗਿਆ ਜੀ, ਕਿਸ ਅਖਬਾਰ ਨੇ ਨਰਿੰਦਰ ਸਿੰਘ ਕਪੂਰ ਦੇ ਵਿੱਚ ਪੜ੍ਹਨ ਦੀ ਰੁਚੀ ਵਿਕਸਿਤ ਕੀਤੀ? ਤਾਂ ਇਹ ਛਾਪੇਖਾਨੇ 'ਚ ਕੰਮ ਕਰਦੇ ਸੀ ਅਜੀਤ ਦੇ ਵਿੱਚ, ਤੇ ਉੱਥੇ ਹੀ ਇਹਨਾਂ ਦੇ ਪੜ੍ਹਨ ਦੀ ਰੁਚੀ ਪੈਦਾ ਹੋਈ। ਇੱਕ ਕੁਐਸਚਨ ਆਉਂਦਾ ਹੁੰਦਾ ਇਹਨਾਂ ਦੇ ਅੰਦਰ, ਪੜ੍ਹਨ ਦੀ ਚਟਕ ਕਿਹਨੇ ਲਾਈ ਹੈ? ਚਟਕ ਚਟਕ ਦੀ ਗੱਲ ਕਰਾਂਗੇ ਤਾਂ ਕੀ ਆਜੂਗਾ, ਸੈਂਟਰਲ ਲਾਇਬ੍ਰੇਰੀ ਆਪਣੀ ਜਿਹੜੀ ਹੈ ਪਟਿਆਲੇ ਦੀ। ਠੀਕ ਹੈ, ਉੱਥੇ ਆਂਸਰ ਤੁਸੀਂ ਇਹ ਲਾ ਕੇ ਆਉਣਾ, ਧਿਆਨ ਰੱਖਣਾ। ਅੱਗੇ ਆ ਗਿਆ ਜੀ, ਨਰਿੰਦਰ ਸਿੰਘ ਕਪੂਰ ਦੀਆਂ ਰਚਨਾਵਾਂ ਤੇ ਏਡ ਦਿੱਤਿਆਂ ਵਿੱਚੋਂ ਕਿਸ ਦਾ ਪ੍ਰਭਾਵ ਮਿਲਦਾ ਹੈ? ਤਾਂ ਇਹ ਸਾਰੇ ਜਿਹੜੇ ਪੱਛਮੀ ਜਿਹੜੇ ਸਾਹਿਤਕਾਰ ਹੈਗੇ ਆ, ਐਮਰਸਨ ਹੋ ਗਿਆ, ਬੇਕਨ ਹੋ ਗਿਆ, ਹੈਜਨਿਟ ਹੋ ਗਿਆ, ਇਹ ਸਾਰੇ ਮਿਲਦੇ ਆ, ਇਹਨਾਂ ਸਾਰਿਆਂ ਦਾ ਪ੍ਰਭਾਵ ਹੈ ਇਹਨਾਂ ਦੇ ਉੱਪਰ। ਅੱਗੇ ਆ ਗਿਆ ਜੀ, ਬਲਰਾਜ ਸਾਹਨੀ ਨੂੰ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਅਵਾਰਡ ਕਦੋਂ ਮਿਲਿਆ? ਤਾਂ ਇਹਨਾਂ ਨੂੰ ਮਿਲਿਆ ਸੀਗਾ ਜੀ 1971 ਦੇ ਵਿੱਚ। ਸਾਹਨੀ ਦੀਆਂ ਅੰਗਰੇਜ਼ੀ ਕਵਿਤਾਵਾਂ ਕਿਸ ਮੈਗਜ਼ੀਨ ਦੇ ਵਿੱਚ ਛਪਦੀਆਂ ਰਹੀਆਂ ਨੇ? ਤਾਂ ਸਟਾਰਟਿੰਗ ਵਿੱਚ ਇਹਨਾਂ ਦਾ ਰਾਵੀ ਨਾਂ ਦੀ ਮੈਗਜ਼ੀਨ ਦੇ ਵਿੱਚ ਇਹ ਕੀ ਹੈ ਜੀ, ਕਵਿਤਾਵਾਂ ਤੁਹਾਡੀਆਂ ਛਪਦੀਆਂ ਰਹੀਆਂ ਨੇ, ਇਹ ਯਾਦ ਰੱਖਣਾ। ਅੱਛਾ ਜੀ, ਇੱਕ ਪਿਛਲੇ ਕੁਐਸਚਨ ਦੇ ਵਿੱਚ ਕੀ ਹੈ, 1971 ਦੇ ਵਿੱਚ ਇਹਨਾਂ ਨੂੰ ਕੀ ਮਿਲਿਆ ਸੀਗਾ, ਇਹ ਜਿਹੜਾ ਅਵਾਰਡ ਮਿਲਿਆ ਨਾ, ਭਾਸ਼ਾ ਵਿਭਾਗ ਤੋਂ ਮਿਲਿਆ, ਇਹ ਜ਼ਰੂਰ ਯਾਦ ਰੱਖਣਾ, ਭਾਸ਼ਾ ਵਿਭਾਗ ਪੰਜਾਬ ਤੋਂ ਮਿਲਿਆ। ਠੀਕ ਹੈ ਜੀ, ਤੇ ਅੱਛਾ, ਇੱਕ ਇਹਨਾਂ ਨੂੰ 1969 ਦੇ ਵਿੱਚ ਇੱਕ ਅਵਾਰਡ ਹੋਰ ਮਿਲਿਆ, ਕਿਹੜਾ ਮਿਲਿਆ ਜੀ, ਪਦਮ ਸ਼੍ਰੀ, ਇਹ ਵੀ ਯਾਦ ਰੱਖ ਲਿਓ। ਇੱਕ ਇਹਨਾਂ ਨੂੰ 1965 ਦੇ ਵਿੱਚ ਕੀ ਮਿਲਿਆ, ਮੇਰਾ ਰੂਸੀ ਸਫ਼ਰਨਾਮਾ ਵਾਸਤੇ, ਮੇਰਾ ਰੂਸੀ ਸਫ਼ਰਨਾਮਾ, ਠੀਕ ਹੈ ਜੀ, ਇਹਦੇ ਵਾਸਤੇ ਵੀ ਮਿਲਿਆ ਇਹਨਾਂ ਨੂੰ ਅਵਾਰਡ। ਠੀਕ ਹੈ, 1965 ਦੇ ਵਿੱਚ ਇਹਦੇ ਵਾਸਤੇ ਅਵਾਰਡ ਕਿਹੜਾ ਮਿਲਿਆ, ਤਾਂ ਇਹਦੇ ਵਾਸਤੇ ਅਵਾਰਡ ਮਿਲਿਆ ਸੋਵੀਅਤ ਲੈਂਡ ਨਹਿਰੂ ਸਨਮਾਨ। ਠੀਕ ਹੈ ਜੀ, ਨਹਿਰੂ ਸਨਮਾਨ ਜਾਂ ਪੁਰਸਕਾਰ ਮਿਲਿਆ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ। ਅੱਗੇ ਆ ਗਿਆ ਜੀ, ਕਿਸ ਯੂਨੀਵਰਸਿਟੀ ਦੁਆਰਾ ਪ੍ਰਿੰਸੀਪਲ ਤੇਜਾ ਸਿੰਘ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਧੂਰਾ ਅਨੁਵਾਦ ਸੰਪਾਦਿਤ ਕਰਕੇ ਪ੍ਰਕਾਸ਼ਿਤ ਕਰਵਾਇਆ ਗਿਆ? ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਖੁਆਇਸ਼ ਸੀਗੀ ਵੀ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਉਤਾਰਾ ਹੈ ਅੰਗਰੇਜ਼ੀ ਵਿੱਚ ਕਰਨਗੇ, ਹਾਲਾਂਕਿ ਉਹਨਾਂ ਦੀ ਡੈਥ ਹੋ ਜਾਂਦੀ ਹੈ, ਕੁਛ ਕੁ ਪਾਰਟ ਹੀ ਉਹਨਾਂ ਨੇ ਕੀ ਕੀਤਾ ਸੀ, ਅੰਗਰੇਜ਼ੀ ਵਿੱਚ ਛਾਪਿਆ ਸੀਗਾ, ਤਾਂ ਛਪਵਾਇਆ ਨਹੀਂ ਸੀ, ਮਤਲਬ ਅਨੁਵਾਦ ਕੀਤਾ ਸੀਗਾ, ਤਾਂ ਉਹਨੂੰ ਛਪਵਾਇਆ ਕਿਹਨੇ ਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ। ਕਿਹਨੇ ਛਪਵਾਇਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਪਵਾਇਆ। ਠੀਕ ਹੈ, ਤਾਂ ਇਹ ਆਨਸਰ ਆ ਜਾਊਗਾ ਤੁਹਾਡਾ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਸਿਰਲੇਖ ਵੀ ਪੁੱਛ ਲੈਂਦੇ ਹੁੰਦੇ ਆ ਰਾਜੇ ਵੀ ਕਿਹੜੇ ਸਿਰਲੇਖ ਦੇ ਅਧੀਨ,
ਤਾਂ 1985 ਦੇ ਵਿੱਚ ਇਹ ਸਿਰਲੇਖ ਹੈਗਾ ਜੀ ਪਵਿੱਤਰ ਗ੍ਰੰਥ, ਠੀਕ ਹੈ ਜੀ, ਪਵਿੱਤਰ ਗ੍ਰੰਥ ਸਿਰਲੇਖ ਹੈ। ਅੱਗੇ ਚੱਲਦੇ ਹਾਂ ਜੀ, ਅੱਗੇ ਨਿਬੰਧਕਾਰੀ ਦਾ ਹਸਤਾਖਰ ਕਿਹਨੂੰ ਕਿਹਾ ਜਾਂਦਾ, ਠੀਕ ਹੈ, ਇਹ ਆਂਸਰ ਕਰਨਾ, ਤਾਂ ਪ੍ਰਿੰਸੀਪਲ ਤੇਜਾ ਸਿੰਘ ਜੀ ਨੂੰ ਕਿਹਾ ਜਾਂਦਾ। ਅੱਗੇ ਆ ਗਿਆ ਜੀ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਸਵੈ ਜੀਵਨੀ, ਇਹ ਸਵੈ ਜੀਵਨੀ ਇਹਨਾਂ ਦੀ ਕਿਹੜੀ ਹੈ ਜੀ, ਇਹਨਾਂ ਦੀ ਸਵੈ ਜੀਵਨੀ ਸਭ ਤੋਂ ਮਹੱਤਵਪੂਰਨ ਹੈ ਆਰਸੀ, ਬਹੁਤ ਪੇਪਰ ਵਿੱਚ ਪੁੱਛਿਆ ਜਾਂਦਾ, ਪੰਜਾਬੀ ਦੀ ਪਹਿਲੀ ਸਵੈ ਜੀਵਨੀ ਵੀ ਕਿਹਾ ਜਾਂਦਾ, ਪੰਜਾਬੀ ਦੀ ਪਹਿਲੀ ਸਵੈ ਜੀਵਨੀ ਵੀ ਇਸੇ ਨੂੰ ਕਿਹਾ ਜਾਂਦਾ, ਠੀਕ ਹੈ ਜੀ। ਤੁਸੀਂ ਕਮੈਂਟ ਵਿੱਚ ਇਹ ਦੱਸਣਾ ਵੀ ਇਹ ਕਿਹੜੇ ਸਾਲ ਦੇ ਵਿੱਚ ਪ੍ਰਕਾਸ਼ਿਤ ਹੋਈ ਸੀਗੀ, ਇਹ ਤੁਸੀਂ ਕਮੈਂਟ ਵਿੱਚ ਦੱਸ ਦਿਓ, ਮੈਂ ਨਹੀਂ ਮੈਂ ਅੱਗੇ ਕਿਸੇ ਨਾ ਕਿਸੇ ਕੁਐਸਚਨ ਵਿੱਚ ਕਵਰ ਕਰੂੰਗਾ। ਅੱਗੇ ਆ ਗਿਆ ਜੀ ਪ੍ਰਿੰਸੀਪਲ ਤੇਜਾ ਸਿੰਘ ਜੀ ਨੂੰ ਅਭਿਨੰਦਨ ਗ੍ਰੰਥ ਕਦੋਂ ਭੇਟ ਕੀਤਾ ਗਿਆ। ਅਭਿਨੰਦਨ ਗ੍ਰੰਥ ਹੁੰਦਾ ਜਿਹਦੇ ਵਿੱਚ ਉਸ ਕਵੀ ਦੀਆਂ ਕੀ ਹੁੰਦੀਆਂ ਨੇ ਚੰਗੀਆਂ ਗੱਲਾਂ ਜਾਂ ਚੰਗੇ ਆਚਾਰ ਜਾਂ ਚੰਗੀਆਂ ਜਿਹੜੀਆਂ ਰਚਨਾਵਾਂ ਹੁੰਦੀਆਂ ਨੇ ਉਹਨਾਂ ਦਾ ਜ਼ਿਕਰ ਕੀਤਾ ਹੁੰਦਾ। ਤਾਂ ਇਹਨਾਂ ਨੂੰ ਜਿਹੜਾ ਇਹ ਹੈਗਾ 1956 ਦੇ ਵਿੱਚ, ਉਸ ਟਾਈਮ ਤੇ ਪੈਪਸੂ ਸਰਕਾਰ ਸੀਗੀ, ਠੀਕ ਹੈ ਜੀ, ਪੈਪਸੂ ਬਾਅਦ ਦੇ ਵਿੱਚ ਮਰਜ ਹੋ ਗਿਆ ਸੀਗਾ, 1948 ਦੇ ਵਿੱਚ ਇਹ ਨਵੀਂ ਸਟੇਟ ਬਣੀ ਸੀਗੀ, ਠੀਕ ਹੈ, ਪ੍ਰਿੰਸਲੀ ਸਟੇਟ 8 ਰਿਆਸਤਾਂ ਨੂੰ ਮਿਲਾ ਕੇ ਬਣਾਈ ਗਈ ਸੀਗੀ, ਤਾਂ ਇਹਨਾਂ ਵੱਲੋਂ ਸਨਮਾਨ ਮਿਲਿਆ ਸੀ ਇਹਨਾਂ ਨੂੰ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ ਆਪਾਂ, ਅੱਗੇ ਆ ਗਿਆ ਜੀ ਪ੍ਰਿੰਸੀਪਲ ਤੇਜਾ ਸਿੰਘ ਜੀ ਨੂੰ ਕਿਸ ਭਾਸ਼ਾ, ਪ੍ਰਿੰਸੀਪਲ ਤੇਜਾ ਸਿੰਘ ਜੀ ਕਿਸ ਭਾਸ਼ਾ ਨੂੰ ਪੰਜਾਬੀ ਬੋਲੀ ਦਾ ਮੁੱਢਲਾ ਸਰੋਤ ਮੰਨਦੇ ਆ, ਤਾਂ ਇਹ ਜਿਹੜੇ ਮੰਨਦੇ ਆ ਇਹ ਵੈਦਿਕ ਭਾਸ਼ਾ ਨੂੰ ਸਰੋਤ ਮੰਨਦੇ ਆ, ਕੌਣ, ਪ੍ਰਿੰਸੀਪਲ ਤੇਜਾ ਸਿੰਘ ਜੀ। ਅੱਗੇ ਚੱਲਦੇ ਹਾਂ ਜੀ, ਪ੍ਰਿੰਸੀਪਲ ਤੇਜਾ ਸਿੰਘ ਜੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਕਦੋਂ ਪ੍ਰਿੰਸੀਪਲ ਬਣੇ, ਤਾਂ ਇਹ ਕਾਫੀ ਕਾਲਜਾਂ ਦੇ ਵਿੱਚ ਪ੍ਰਿੰਸੀਪਲ ਰਹੇ ਆ, ਤਾਂ ਮਹਿੰਦਰਾ ਕਾਲਜ ਦੇ ਵਿੱਚ 1959 ਵਿੱਚ ਆਉਂਦੇ ਆ, ਠੀਕ ਹੈ। ਅੱਗੇ ਚੱਲਦੇ ਹਾਂ ਆਪਾਂ, ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਸੰਬੰਧ ਏਡ ਲਿਖਿਆਂ ਵਿੱਚੋਂ ਕਿਹੜੀ ਲਹਿਰ ਦੇ ਨਾਲ ਸੀਗਾ, ਹਾਲਾਂਕਿ ਇਹ 1923 ਦੇ ਵਿੱਚ ਜੇਲ੍ਹ ਵੀ ਜਾਂਦੇ ਆ, ਠੀਕ ਹੈ ਜੀ, ਜੇਲ੍ਹ ਕਦ ਜਾਂਦੇ ਆ, ਅਕਾਲੀ ਲਹਿਰ ਦੇ ਵਿੱਚ ਜਿਹੜੇ ਰਸਾਲੇ ਛਾਪਦੇ ਸੀ ਇਹੀ ਛਾਪਦੇ ਸੀਗੇ, ਤੇ ਇਹ ਦੋਨੇ ਲਹਿਰਾਂ ਦੇ ਵਿੱਚ ਰਹੇ, ਅਕਾਲੀ ਲਹਿਰ ਤੇ ਸਿੰਘ ਸਭਾ ਲਹਿਰ, ਦੋਨਾਂ ਲਹਿਰਾਂ ਦੇ ਵਿੱਚ ਇਹਨਾਂ ਦੀ ਕੀ ਰਹੀ ਹੈ, ਸਰਗਰਮੀ ਰਹੀ ਹੈ। ਅੱਗੇ ਆ ਗਿਆ ਜੀ ਆਪਣਾ, ਪ੍ਰਿੰਸੀਪਲ ਤੇਜਾ ਸਿੰਘ ਜੀ ਨੇ MA ਕਿਸ ਵਿਸ਼ੇ ਵਿੱਚ ਪਾਸ ਕੀਤੀ ਹੈ, ਤਾਂ ਇਹਨਾਂ ਨੇ ਜਿਹੜੀ MA ਕੀਤੀ ਹੈ ਰਾਜੇ ਉਹ ਅੰਗਰੇਜ਼ੀ ਦੇ ਵਿੱਚ ਕੀਤੀ ਹੈ, ਠੀਕ ਹੈ ਜੀ, 1916 ਦੇ ਲਗਭਗ ਨੇੜੇ ਇਹਨਾਂ ਨੇ MA ਕੀਤੀ ਹੈ ਅੰਗਰੇਜ਼ੀ ਦੇ ਵਿੱਚ। ਅੱਗੇ ਆ ਗਿਆ ਜੀ ਇਹਨਾਂ ਦਾ ਮੁੱਢਲਾ ਨਾਮ, ਮੁੱਢਲਾ ਨਾਮ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹ ਜਨਮ ਵਜੋਂ ਕੀ ਸੀਗੇ, ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਸੀਗੇ, ਤੇ ਇਹਨਾਂ ਦਾ ਨਾਮ ਕੀ ਸੀਗਾ ਜੀ, ਇਹਨਾਂ ਦਾ ਨਾਮ ਸੀਗਾ ਤੇਜ ਰਾਮ, ਤੇ ਇਹਨਾਂ ਨੇ ਅੰਮ੍ਰਿਤ ਛਕ ਲਿਆ ਸੀਗਾ 5 ਸਾਲ ਦੀ ਉਮਰ ਦੇ ਵਿੱਚ, ਠੀਕ ਹੈ ਜੀ, ਕਿਉਂਕਿ ਇਹਨਾਂ ਦਾ ਜਿਹੜਾ ਮੁੱਢਲੀ ਸਿੱਖਿਆ ਹੈਗੀ ਆ ਉਹ ਗੁਰਦੁਆਰੇ ਜਾਂ ਫਿਰ ਜਿਹੜੇ ਆਹ ਮਦਰੱਸੇ ਹੁੰਦੇ ਆ ਇੱਥੇ ਇਹਨਾਂ ਦੀ ਕੀ ਹੋਈ ਸੀਗੀ, ਸਾਰੀ ਸਿੱਖਿਆ ਹੋਈ ਸੀ ਕਿਉਂਕਿ ਘਰ ਦੇ ਵਿੱਚ ਕੀ ਸੀਗੇ, ਬਹੁਤ ਗਰੀਬ ਸੀਗੇ। ਅੱਗੇ ਆ ਗਿਆ ਜੀ ਭਾਈ ਗੁਰਦਾਸ ਜੀ ਬਾਰੇ, ਇੱਕ ਭਾਈ ਗੁਰਦਾਸ ਜੀ ਆਪਾਂ ਨੂੰ ਪਤਾ ਹੈ ਗੁਰੂ ਅਰਜਨ ਦੇਵ ਜੀ ਦੇ ਟਾਈਮ ਤੇ ਹੋਏ ਆ, ਇੱਕ ਭਾਈ ਗੁਰਦਾਸ ਦੂਜਾ ਹੋਇਆ, ਠੀਕ ਹੈ ਜੀ, ਭਾਈ ਗੁਰਦਾਸ ਦੂਜਾ ਜਿਹੜਾ ਹੋਇਆ ਰਾਜੇ ਉਹ ਕਿਹੜੇ ਗੁਰੂ ਸਾਹਿਬ ਜੀ ਦੇ ਸਮੇਂ ਤੇ ਹੋਏ ਆ, ਤਾਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਤੇ ਹੋਏ ਆ, ਜਿਹੜੀ 41ਵੀਂ ਵਾਰ ਦੀ ਆਪਾਂ ਗੱਲ ਕਰਦੇ ਹਾਂ ਵੀ ਕਈ ਵਾਰੀ ਆਪਾਂ ਨੂੰ ਭੁਲੇਖਾ ਪੈ ਜਾਂਦਾ ਵੀ ਭਾਈ ਗੁਰਦਾਸ ਦੀਆਂ ਕਿੰਨੀਆਂ ਵਾਰਾਂ ਨੇ, 39 ਹੈ, 40 ਹੈ, 41 ਹੈ, ਜਿਹੜੀ ਆਪਾਂ 41ਵੀਂ ਵਾਰ ਦੀ ਗੱਲ ਕਰਦੇ ਹਾਂ ਨਾ ਉਹ ਭਾਈ ਗੁਰਦਾਸ ਦੂਜੇ ਦੀ ਵਾਰ ਹੈ, ਠੀਕ ਹੈ, ਤਾਂ ਇਹਨਾਂ ਦੀ ਇੱਕ ਹੀ ਵਾਰ ਮਿਲਦੀ ਹੈ ਇਤਿਹਾਸ ਦੇ ਵਿੱਚ, ਕਿਹੜੀ ਕਿਹੜੀ ਵਾਰ ਮਿਲਦੀ ਹੈ, ਵਾਰ ਸ਼੍ਰੀ ਭਗੌਤੀ ਜੀ ਕੀ, ਠੀਕ ਹੈ, ਜਿਹਨੂੰ ਆਪਾਂ 41ਵੀਂ ਵਾਰ ਕਹਿੰਦੇ ਹਾਂ। ਅੱਗੇ ਆ ਗਿਆ ਜੀ ਭਾਈ ਗੁਰਦਾਸ ਜੀ ਦੁਆਰਾ ਰਚਿਤ ਵਾਰਾਂ ਦੀ ਭਾਸ਼ਾ ਕਿਹੜੀ ਹੈ, ਇਹ ਹੁਣ ਭਾਈ ਗੁਰਦਾਸ ਜਿਹੜੇ ਕਿ ਗੁਰੂ ਅਮਰਦਾਸ ਜੀ ਦੇ ਭਤੀਜੇ ਸੀਗੇ ਉਹਨਾਂ ਦੀ ਗੱਲ ਕਰ ਰਹੇ ਹਾਂ ਆਪਾਂ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਲਿਖਾਰੀ ਰਹੇ ਆ, ਕਿਹਦੇ, ਆਦਿ ਗ੍ਰੰਥ ਸਾਹਿਬ ਦੇ, ਉਹਨਾਂ ਦੀ ਗੱਲ ਹੋ ਰਹੀ ਹੈ, ਠੀਕ ਹੈ ਜੀ। ਇਹਨਾਂ ਦੀ ਜਿਹੜੀਆਂ ਵਾਰਾਂ ਹੈਗੀਆਂ ਨੇ ਠੇਠ ਪੰਜਾਬੀ ਦੇ ਵਿੱਚ ਮਿਲਦੀਆਂ ਆਪਾਂ ਨੂੰ, ਠੀਕ ਹੈ, ਜਿਹੜੇ ਇਹਨਾਂ ਦੇ ਕਵਿਤ ਸਵਈਏ ਹੈਗੇ ਆ, ਠੀਕ ਹੈ ਜੀ, ਉਹ ਆਪਾਂ ਨੂੰ ਕਿਹਦੇ ਵਿੱਚ ਮਿਲਦੇ ਆ, ਬ੍ਰਜ ਭਾਸ਼ਾ ਦੇ ਵਿੱਚ ਮਿਲਦੇ ਆ, ਤੇ ਜਿਹੜੇ ਇਹਨਾਂ ਦੇ ਸੰਸਕ੍ਰਿਤ ਵਿੱਚ ਮਿਲਦੇ ਆ 6 ਸ਼ਲੋਕ। ਅੱਗੇ ਆ ਗਿਆ ਜੀ ਸੰਤ ਸਿੰਘ ਸੇਖੋਂ ਜੀ ਨੇ ਭਾਈ ਗੁਰਦਾਸ ਜੀ ਦੀ ਤੁਲਨਾ ਏਡ ਲਿਖੇ ਕਿਹੜੇ ਲੇਖਕਾਂ ਦੇ ਨਾਲ ਕੀਤੀ ਹੈ, ਤਾਂ ਸੰਤ ਸਿੰਘ ਸੇਖੋਂ ਜੀ ਨੇ ਇਹਨਾਂ ਦੀ ਜਿਹੜੀ ਤੁਲਨਾ ਹੈਗੀ ਆ ਜੌਨ ਮਿਲਟਨ ਨਾਲ ਕੀਤੀ ਹੈ। ਜੌਨ ਮਿਲਟਨ ਪੱਛਮੀ ਇੱਕ ਬਹੁਤ ਮਸ਼ਹੂਰ ਲੇਖਕ ਕਹਿ ਸਕਦੇ ਆ, ਇਹਦਾ ਇੱਕ ਮਹਾਂਕਾਵ ਬਹੁਤ ਮਸ਼ਹੂਰ ਹੋਇਆ, ਠੀਕ ਹੈ ਜੀ,
ਪ੍ਰਾਈਡਜ਼, ਠੀਕ ਹੈ ਜੀ, ਪ੍ਰਾਈਡਜ਼ ਲਾਸਟ, ਇਹਦਾ ਮਤਲਬ ਮਿਲਟਨ ਦਾ, ਜੌਨ ਮਿਲਟਨ ਦਾ ਬਹੁਤ ਮਸ਼ਹੂਰ ਮਹਾਂਕਾਵ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਨੇ ਕਿਹਾ? ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਬਾਣੀ ਦੀ ਕੁੰਜੀ ਕਿਹਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ। ਭਾਈ ਗੁਰਦਾਸ ਜੀ ਨੂੰ ਗੁਰਬਾਣੀ ਦੀ ਕੁੰਜੀ, ਵੇਦ ਵਿਆਸ, ਸੈਂਟ ਪੌਲ ਬਹੁਤ ਸਾਰੇ ਨਾਵਾਂ ਦੇ ਨਾਲ ਪੁਕਾਰਿਆ ਜਾਂਦਾ ਹੈ। ਭਾਈ ਗੁਰਦਾਸ ਜੀ ਦੀ ਕਿਹੜੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਸਾਰੇ ਪਿਆਰੇ ਸਿੱਖਾਂ ਦਾ ਵਰਣਨ ਕੀਤਾ ਗਿਆ? ਤਾਂ ਇਹ ਆਪਣੀ ਜਿਹੜੀ 11ਵੀਂ ਵਾਰ ਹੈਗੀ ਆ ਉਹਦੇ ਵਿੱਚ ਜ਼ਿਕਰ ਆਉਂਦਾ ਹੈ। ਅੱਗੇ ਚੱਲਦੇ ਹਾਂ ਜੀ। ਭਾਈ ਗੁਰਦਾਸ ਜੀ ਦੁਆਰਾ ਰਚਿਤ ਕਵਿਤ ਅਤੇ ਸਵਈਏ ਜਿਹੜੇ ਹੈਗੇ ਆ, ਡਾਕਟਰ ਰਤਨ ਸਿੰਘ ਜੱਗੀ ਨੇ ਉਹਨਾਂ ਨੂੰ ਕਿੰਨੇ ਭਾਗਾਂ 'ਚ ਵੰਡਿਆ? ਤਾਂ ਜੇ ਆਪਾਂ ਗੱਲ ਕਰੀਏ ਜਿਹੜੇ ਪਹਿਲਾਂ ਕਵਿਤ ਤੇ ਸਵਈਏ ਮਿਲੇ ਹੈ ਨਾ ਸਟਾਰਟਿੰਗ ਦੇ ਵਿੱਚ, ਠੀਕ ਹੈ ਜੀ, 1940 ਤੋਂ ਪਹਿਲਾਂ ਦੀ ਗੱਲ ਕਹਿਣਾ ਮੈਂ, ਜਿਹੜੇ ਪਹਿਲਾਂ ਕਵਿਤ ਸਵਈਏ ਮਿਲੇ ਸੀਗੇ, ਠੀਕ ਹੈ ਜੀ, ਉਹ ਮਿਲੇ ਸੀਗੇ 556, ਠੀਕ ਹੈ, ਜਿਹੜੇ ਕਿ ਬ੍ਰਜ ਭਾਸ਼ਾ ਦੇ ਵਿੱਚ ਹੈ। ਤੇ ਉਸ ਤੋਂ ਬਾਅਦ ਕੀ ਹੋਇਆ ਸੀਗਾ, ਭਾਈ ਵੀਰ ਸਿੰਘ ਜੀ ਨੇ ਖੋਜ ਕਰਕੇ, ਭਾਈ ਵੀਰ ਸਿੰਘ ਜੀ ਨੇ ਖੋਜ ਕਰਕੇ 119 ਕਵਿਤ ਸਵਈਏ ਹੋਰ ਲੱਭੇ ਹੈ। ਤਾਂ ਟੋਟਲ ਦੀ ਅਗਰ ਆਪਾਂ ਗੱਲ ਕਰਾਂਗੇ ਟੋਟਲ 675 ਹੈ। ਤੇ ਇਹਨਾਂ ਨੂੰ ਦੋ ਭਾਗਾਂ 'ਚ ਵੰਡਿਆ ਗਿਆ, ਕਿਹੜੇ ਕਿਹੜੇ ਭਾਗਾਂ 'ਚ ਵੰਡਿਆ ਗਿਆ ਇਹ ਵੀ ਪੁੱਛ ਲੈਂਦੇ ਹੁੰਦੇ ਆ। ਇੱਕ ਦੇ ਵਿੱਚ ਤਾਂ ਇਹਨਾਂ ਨੇ ਵਿਆਖਿਆ ਕੀਤੀ ਹੈ, ਇੱਕ ਤਾਂ ਵਿਆਖਿਆ ਪ੍ਰਧਾਨ ਨੇ, ਠੀਕ ਹੈ ਜੀ, ਵਿਆਖਿਆ ਪ੍ਰਧਾਨ, ਤੇ ਇੱਕ ਦੇ ਵਿੱਚ ਭਾਈ ਗੁਰਦਾਸ ਜੀ ਦਾ ਅਨੁਭਵ ਹੈ ਆਪਣੀ ਜ਼ਿੰਦਗੀ ਦਾ। ਇੱਕ ਹੈਗੇ ਨੇ ਅਨੁਭਵ ਪ੍ਰਧਾਨ ਹੈਗੇ ਆ, ਇੱਕ ਵਿਆਖਿਆ ਪ੍ਰਧਾਨ। ਅੱਗੇ ਵਾਹਿਗੁਰੂ ਸ਼ਬਦ ਦੀ ਅੱਖਰ ਕ੍ਰਮ ਅਨੁਸਾਰ ਅਧਿਆਤਮਿਕ ਵਿਆਖਿਆ ਭਾਈ ਗੁਰਦਾਸ ਜੀ ਨੇ ਕਿਸ ਰਚਨਾ ਵਿੱਚ ਕੀਤੀ? ਤਾਂ ਵਾਹਿਗੁਰੂ ਸ਼ਬਦ ਦੀ ਜਿਹੜੀ ਰਚਨਾ ਕੀਤੀ ਇਹਨਾਂ ਨੇ ਵਾਰਾਂ ਦੇ ਵਿੱਚ ਵੀ ਕੀਤੀ ਹੈ ਤੇ ਸਲੋਕਾਂ ਦੇ ਵਿੱਚ ਵੀ ਕੀਤੀ ਹੈ, ਦੋਵਾਂ ਦੇ ਵਿੱਚ ਕੀਤੀ ਹੈ ਰਾਜੇ। ਅੱਗੇ ਭਾਈ ਗੁਰਦਾਸ ਜੀ ਨੇ ਮੇਹਣਿਆਂ ਦਾ ਜ਼ਿਕਰ ਕਿਹਨਾਂ ਲਈ ਕੀਤਾ? ਤਾਂ ਇਹਨਾਂ ਨੇ ਵਾਰਾਂ ਦੇ ਵਿੱਚ ਮੇਹਣਿਆਂ ਦਾ ਜ਼ਿਕਰ ਵੀ ਕੀਤਾ ਰਾਜੇ, ਤੇ ਕਿਹਨਾਂ ਵਾਸਤੇ ਕੀਤਾ? ਜਿਹੜੇ ਬੇਮੁਖ ਹੁੰਦੇ ਆ, ਗੁਰੂ ਤੋਂ ਬੇਮੁਖ ਹੋ ਜਾਂਦੇ ਆ। ਭਾਈ ਗੁਰਦਾਸ ਜੀ ਦੀ ਕਿਹੜੀ ਵਾਰ ਨੂੰ ਗਿਆਨ ਰਤਨਾਵਲੀ ਦੇ ਵਜੋਂ ਜਾਣਿਆ ਜਾਂਦਾ? ਇਹ ਤਾਂ ਬਹੁਤ ਹੀ ਮਹੱਤਵਪੂਰਨ ਹੈ, ਪਹਿਲੀ ਜਿਹੜੀ ਵਾਰ ਹੈਗੀ ਹੈ ਗਿਆਨ ਰਤਨਾਵਲੀ ਦੇ ਵਜੋਂ ਜਾਣਿਆ ਜਾਂਦਾ। ਅੱਗੇ ਆ ਗਿਆ ਜੀ, ਭਾਈ ਗੁਰਦਾਸ ਜੀ ਦੁਆਰਾ ਵਾਰਾਂ ਵਿਚਲੇ ਛੰਦ ਕਿਹੜੇ ਨੇ? ਤਾਂ ਇਹਨਾਂ ਦੀਆਂ ਜਿੰਨੀਆਂ ਵੀ ਵਾਰਾਂ ਹੈਗੀਆਂ ਨੇ ਉਹਨਾਂ ਵਿੱਚ ਇੱਕ ਹੀ ਛੰਦ ਵਰਤਿਆ ਗਿਆ, ਨਿਸ਼ਾਨੀ ਛੰਦ, ਠੀਕ ਹੈ ਜੀ। ਇਹ ਭੁਲੇਖਾ ਪਾਉਣ ਵਾਸਤੇ ਮੈਂ ਤੁਹਾਨੂੰ ਆਪਸ਼ਨ ਏ ਤੇ ਬੀ ਦਿੱਤੀ ਸੀਗੀ, ਜੇ ਲਾਈਵ ਕਲਾਸ ਹੁੰਦੀ ਮੈਨੂੰ ਪੱਕਾ ਪਤਾ ਸੀ ਸਾਰਿਆਂ ਨੇ ਕੀ ਕਰਨਾ ਸੀਗਾ, ਸੀ ਆਨਸਰ ਲਾਉਣਾ ਸੀਗਾ। ਗੁਰੂ ਰਾਮਦਾਸ ਜੀ ਨੇ ਭਾਈ ਗੁਰਦਾਸ ਜੀ ਨੂੰ ਸਿੱਖ ਮਿਸ਼ਨਰੀ ਵਜੋਂ ਕਿੱਥੇ ਨਿਯੁਕਤ ਕੀਤਾ? ਤਾਂ ਗੁਰੂ ਸਾਹਿਬ ਜੀ ਨੇ ਫਿਰ ਸਿੱਖੀ ਦੇ ਪ੍ਰਚਾਰ ਵਾਸਤੇ ਇਹਨਾਂ ਨੂੰ ਸਿੱਖ ਮਿਸ਼ਨਰੀ ਵਜੋਂ ਵੱਖਰੀ ਵੱਖਰੀ ਜਗ੍ਹਾ ਤੇ ਭੇਜਿਆ ਸੀਗਾ, ਜਿਵੇਂ ਆਗਰਾ, ਬਨਾਰਸ, ਤੇ ਇਹ ਆਗਰਾ ਗਏ ਸੀਗੇ ਸਿੱਖ ਮਿਸ਼ਨਰੀ ਵਜੋਂ, ਠੀਕ ਹੈ ਜੀ, ਉੱਥੇ ਕਾਫੀ ਦੇਰ ਰਹੇ ਹੈ। ਤਾਂ ਹੀ ਤਾਂ ਇਹਨਾਂ ਦੇ ਜਿਹੜੇ ਸਟਾਰਟਿੰਗ ਦੀਆਂ ਵਾਰਾਂ ਹੈਗੀਆਂ ਉਹਦੇ ਵਿੱਚ ਕੁਛ 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 ਆਪਾਂ ਨੂੰ ਭਾਸ਼ਾ ਜਿਹੜੀ ਮਿਲਦੀ ਆ ਬ੍ਰਜ ਮਿਲਦੀ ਹੈ, ਪਰ ਜਿਹੜੀਆਂ ਬਾਕੀ ਸਾਰੀਆਂ ਵਾਰਾਂ ਨੇ ਓਵਰਆਲ ਉਹ ਠੇਠ ਪੰਜਾਬੀ ਦੇ ਵਿੱਚ ਨੇ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ, ਭਾਈ ਗੁਰਦਾਸ ਜੀ ਦੀਆਂ ਰਚਿਤ ਵਾਰਾਂ ਦੀ ਕੁੱਲ ਗਿਣਤੀ ਕਿੰਨੀ ਹੈ? ਤਾਂ ਹੁਣ ਇੱਥੇ ਕਹਾਣੀ ਆ ਜਾਂਦੀ ਹੈ, ਜਿਹੜੀ ਵਾਰਾਂ ਦੀ ਗਿਣਤੀ ਹੈ ਰਾਜੇ ਕੁੱਲ 40 ਹੈ। ਭਾਈ ਕਾਹਨ ਸਿੰਘ ਨਾਭਾ ਜਾਂ ਭਾਈ ਵੀਰ ਸਿੰਘ ਜੀ ਨੇ 40 ਮੰਨੀ ਹੈ, ਜਿਹੜੇ ਪੁਰਾਣੇ ਸਰੋਤ ਨੇ ਉਹ 39 ਮੰਨਦੇ ਆ, ਪਰ 40 ਮੰਨੀ ਜਾਂਦੀ ਹੈ ਕਿਉਂਕਿ ਜਿਹੜੀ 40ਵੀਂ ਵਾਰ ਹੈਗੀ ਆ ਉਹਦੀ ਜਿਹੜੀ ਕਾਵਿ ਸ਼ੈਲੀ ਹੈਗੀ ਆ ਉਹ 39 ਵਾਰਾਂ ਦੇ ਨਾਲ ਮਿਲਦੀ ਹੈ। ਤਾਂ ਟੋਟਲ ਕਿੰਨੀਆਂ ਵਾਰਾਂ ਆ ਜਾਣਗੀਆਂ ਜੀ? 40 ਵਾਰਾਂ ਆ ਜਾਣਗੀਆਂ। ਅੱਗੇ ਚੱਲਦੇ ਹਾਂ ਜੀ, ਭਾਈ ਗੁਰਦਾਸ ਜੀ ਨੇ ਕਿਹਨਾਂ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਧਾਰਨ ਕੀਤੀ ਸੀਗੀ? ਤਾਂ ਭਾਈ ਗੁਰਦਾਸ ਜੀ ਨੇ ਗੁਰੂ ਰਾਮਦਾਸ ਜੀ ਤੋਂ ਪ੍ਰਭਾਵਿਤ ਹੋ ਕੇ, ਤੇ ਗੁਰੂ ਅਮਰਦਾਸ ਜੀ ਦੇ ਭਤੀਜੇ ਸੀ ਨਾ, ਤਾਂ ਗੁਰੂ ਰਾਮਦਾਸ ਜੀ ਨਾਲ ਕਾਫੀ ਦੇਰ ਰਹੇ ਨੇ, ਤਾਂ ਗੁਰੂ ਰਾਮਦਾਸ ਜੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਕੀ ਕੀਤੀ? ਸਿੱਖੀ ਧਾਰਨ ਕੀਤੀ। ਕਹਿੰਦੇ ਜੀ ਮੇਰੇ ਜਾਣ ਮਗਰੋਂ ਪਾਤਰ, ਸੁਰਜੀਤ ਪਾਤਰ ਜੀ ਬਾਰੇ ਗੱਲ ਹੋ ਰਹੀ ਹੈ, ਕਿਹਨੇ ਕਿਹਾ ਸੀਗਾ ਵੀ ਮੇਰੇ ਜਾਣ ਮਗਰੋਂ ਜਿਹੜੇ ਪਾਤਰ ਹੈਗੇ ਨੇ ਉਹ ਪੰਜਾਬੀ ਕਾਵਿ ਦੀ ਮਿਸਾਲ ਜਗਾ ਕੇ ਰੱਖੇਗਾ? ਇਹ ਬੋਲ ਕਿਹਨਾਂ ਦੇ ਨੇ, ਕਿਹਨੇ ਕਿਹਾ ਜੀ ਪਾਤਰ ਸਾਹਿਬ ਨੂੰ ਇਹ ਗੱਲ? ਤਾਂ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਕਿਹਾ। ਅੱਗੇ ਗੱਲ ਕਰਦੇ ਹਾਂ ਜੀ, ਕਿਹੜੇ ਸਾਲ ਦੇ ਵਿੱਚ ਸੁਰਜੀਤ ਪਾਤਰ ਜੀ ਨੂੰ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀਗਾ? ਤਾਂ 2012 ਦੇ ਵਿੱਚ ਕੀਤਾ ਗਿਆ ਸੀ ਇਹਨਾਂ ਨੂੰ ਪਦਮ ਸ਼੍ਰੀ ਨਾਲ। ਅੱਗੇ ਆ ਗਿਆ ਜੀ, ਏਡ ਦਿੱਤਿਆਂ ਵਿੱਚੋਂ ਕਿਹੜਾ ਸੁਰਜੀਤ ਪਾਤਰ ਜੀ ਦਾ ਅਖੀਰਲਾ ਕਾਵਿ ਸੰਗ੍ਰਹਿ ਹੈ? ਤਾਂ ਸੁਰਜਮੀਨ ਇਹਨਾਂ ਦਾ ਕੀ ਹੈ ਜੀ? ਸਭ ਤੋਂ ਅਖੀਰਲਾ ਹੈ, ਤੇ ਤੁਸੀਂ ਮੈਨੂੰ ਈਅਰ ਕੀ ਕਰਨਾ ਕਮੈਂਟ ਬਾਕਸ 'ਚ ਦੱਸਣਾ ਸੁਰਜਮੀਨ ਦਾ। ਅੱਗੇ ਗੱਲ ਕਰਦੇ ਹਾਂ ਜੀ, ਛੰਦ ਮੁਕਤ ਕਵਿਤਾ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ ਹੈ?
ਬਹੁਤ ਹੀ ਮਹੱਤਵਪੂਰਨ ਆ, ਜਿਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਸੈਲਾਨੀ ਛੰਦ ਵੀ ਕਹਿ ਦਿੰਦੇ ਹਾਂ। ਠੀਕ ਹੈ ਜੀ, ਇਹਨਾਂ ਨੇ ਕਿਹਾ ਸੀ ਜਿਹੜੀ ਛੰਦਬੱਧ ਕਿਰਤਾ ਹੁੰਦੀ ਹੈ ਇਹਨਾਂ ਨੂੰ ਐਂ ਲੱਗਦੀ ਹੈ ਜਿਹੜੀ ਨਵਾਬੀ ਪ੍ਰਭਾਵ ਦੇ ਅਧੀਨ ਬੰਨੀ ਹੁੰਦੀ ਹੈ। ਤੇ ਛੰਦ ਮੁਕਤ ਕਵਿਤਾ ਦਾ ਜਿਹੜਾ ਮੋਢੀ ਹੈਗਾ ਰਾਜੇ ਉਹ ਕੌਣ ਹੈ? ਪ੍ਰੋਫੈਸਰ ਪੂਰਨ ਸਿੰਘ ਜੀ ਹੈ। ਅੱਗੇ ਆ ਗਿਆ ਜੀ ਖੁੱਲੇ ਘੁੰਡ, ਇਹ ਜਿਹੜੀ ਕਵਿਤਾ ਹੈਗੀ ਹੈ ਇਹਦੇ ਵਿੱਚ ਅੱਧ ਮਿੱਟੀ ਨੂੰ ਸ਼ਾਮਿਲ ਕੀਤਾ ਗਿਆ। ਜਿਹੜੀ ਅੱਧ ਮਿੱਟੀ ਹੈਗੀ ਹੈ ਰਾਜੇ ਇਹ ਕਿਹਨਾਂ ਦੀ ਰਚਨਾ ਹੈਗੀ ਹੈ? ਭਾਈ ਨੰਦ ਲਾਲ ਜੀ ਦੀ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਅੱਗੇ ਆ ਗਿਆ ਜੀ ਪੰਜਾਬੀ ਯੂਨੀਵਰਸਿਟੀ ਨੇ ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਕਿਸ ਸਿਰਲੇਖ ਦੇ ਹੇਠ ਪ੍ਰਕਾਸ਼ਿਤ ਕੀਤਾ? ਤਾਂ ਇਹ ਜਿਹੜਾ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਹੈ ਨਾ, ਇਹ ਜਿਹੜਾ ਸਿਰਲੇਖ ਹੈਗਾ ਇਸ ਸਿਰਲੇਖ ਦੇ ਹੇਠ ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਕਵਿਤਾਵਾਂ ਨੂੰ ਕੀ ਕੀਤਾ ਗਿਆ ਰਾਜੇ? ਪ੍ਰਕਾਸ਼ਿਤ ਕੀਤਾ ਗਿਆ। ਅੱਗੇ ਆ ਗਿਆ ਜੀ ਕਿਸ ਯੂਨੀਵਰਸਿਟੀ ਨੇ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਹਿੰਦੀ ਨਿਬੰਧਾਂ ਦਾ ਕੰਨਿਆਦਾਨ ਅਤੇ ਹੋਰ ਲੇਖ ਨਾਮ ਹੇਠ ਅਨੁਵਾਦ ਕਰਕੇ ਪੁਸਤਕ ਨੂੰ ਛਾਪਿਆ? ਤਾਂ ਇਹ ਆਪਾਂ ਗੱਲ ਕਰੀਏ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਹ ਕੰਮ ਕੀਤਾ, ਇਹ ਪੰਜਾਬੀ ਦੇ ਵਿੱਚ ਛਾਪੇ ਗਏ ਆ ਭਾਈ। ਅੱਗੇ ਆ ਗਿਆ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਕਿਸ ਪ੍ਰਵਿਰਤੀ ਦੇ ਮਾਲਕ ਸਨ, ਯਾਨੀ ਕਿ ਕਿਸ ਤਰ੍ਹਾਂ ਦੇ ਇਹ ਆਪਣੀ ਸ਼ੈਲੀ ਰੱਖਦੇ ਆ? ਤਾਂ ਇਹ ਰੋਮਾਂਸਵਾਦੀ ਕੀ ਸੀਗੇ? ਠੀਕ ਹੈ ਜੀ, ਰੋਮਾਂਸਵਾਦੀ ਕੀ ਸੀਗੇ? ਲੇਖਕ ਸੀਗੇ। ਅੱਗੇ ਆ ਗਿਆ ਜੀ ਇਹਨਾਂ ਦੀ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਪਹਿਲੀ ਪੰਜਾਬੀ ਖੁੱਲੀ ਕਵਿਤਾ। ਇੱਥੇ ਬੱਚਿਆਂ ਨੂੰ ਨਾ ਬੜੀ ਕਨਫਿਊਜ਼ਨ ਹੁੰਦੀ ਹੈ। ਠੀਕ ਹੈ ਜੀ, ਇੱਥੇ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਦਾ, ਠੀਕ ਹੈ, ਜਿੱਥੇ ਖੁੱਲੇ ਵਰਡ ਆਊਗਾ ਤਾਂ ਇਹਨਾਂ ਦਾ ਨਾਮ ਹੀ ਆਊਗਾ, ਖੁੱਲੇ ਮੈਦਾਨ। ਠੀਕ ਹੈ ਜੀ, ਨਾ ਖੁੱਲੇ ਮੈਦਾਨ ਨਾਮ ਦੀ ਪੁਸਤਕ ਇਹਨਾਂ ਨੇ ਕੀ ਕੀਤੀ ਸੀ? ਪ੍ਰਕਾਸ਼ਿਤ ਕੀਤੀ ਸੀ। ਉਹਦੇ ਵਿੱਚ ਪੰਜਾਬੀ ਦੀ ਇਹ ਪਹਿਲੀ ਪੁਸਤਕ ਮੰਨੀ ਜਾਂਦੀ ਹੈ, ਜੇ ਤਾਂ ਪੰਜਾਬੀ ਦੀ ਪਹਿਲੀ, ਠੀਕ ਹੈ ਜੀ, ਖੁੱਲੀ ਕਵਿਤਾ ਵਾਲੀ ਪੁਸਤਕ ਦੀ ਗੱਲ ਹੋਊਗੀ, ਖੁੱਲੀ ਕਵਿਤਾ ਵਾਲੀ ਪੁਸਤਕ, ਠੀਕ ਹੈ ਜੀ, ਜੇ ਇਹਦੀ ਗੱਲ ਹੋਊਗੀ ਤਾਂ ਆਂਸਰ ਆ ਜਾਊਗਾ ਜੀ ਆਪਣੇ ਕੋਲੇ ਖੁੱਲੇ ਮੈਦਾਨ। ਪਰ ਜੇ ਇਹਦੇ ਵਿੱਚ ਕਵਿਤਾ ਦੀ ਗੱਲ ਹੋਊਗੀ ਤਾਂ ਕਵਿਤਾ ਆ ਗਈ ਹੈ ਜੀ ਪੂਰਨ ਨਾਥ ਜੋਗੀ, ਕਿਉਂਕਿ ਇਹਨਾਂ ਨੇ ਭਗਤ ਪੂਰਨ ਜੀ ਨੂੰ ਬਹੁਤ ਪੜ੍ਹਿਆ ਸੀਗਾ। ਅੱਗੇ ਆ ਗਿਆ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਸਵੈ ਜੀਵਨੀ ਦਾ ਅਨੁਵਾਦ ਕਿਸਨੇ ਕੀਤਾ? ਠੀਕ ਹੈ ਜੀ, ਇੱਕ ਤਾਂ ਹੁੰਦਾ ਲਿਖੀ ਹੈ, ਲਿਖੀ ਤਾਂ ਉਹਨਾਂ ਨੇ ਖੁਦ ਹੀ ਹੈ, ਪਰ ਉਹਨੂੰ ਪੰਜਾਬੀ ਦੇ ਵਿੱਚ, ਕਿਉਂਕਿ ਇਹਨਾਂ ਨੇ ਅੰਗਰੇਜ਼ੀ ਦੇ ਵਿੱਚ ਲਿਖੀ ਹੈ ਭਾਈ, ਇਹਨੂੰ ਪੰਜਾਬੀ ਦੇ ਵਿੱਚ ਕਿਹਨੇ ਕੀਤਾ? ਤਾਂ ਇਹਨੂੰ ਪੰਜਾਬੀ ਵਿੱਚ ਕੀਤਾ ਡਾਕਟਰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ। ਕਦੋਂ ਕੀਤਾ ਰਾਜੇ? 1954 ਦੇ ਵਿੱਚ ਕੀਤਾ। ਉਹਦਾ ਸਿਰਲੇਖ ਕੀ ਰੱਖਿਆ ਇਹਨਾਂ ਨੇ? ਜ਼ਿੰਦਗੀ ਦੇ ਰਾਹਾਂ ਤੇ। ਠੀਕ ਹੈ ਜੀ, ਜ਼ਿੰਦਗੀ ਦੇ ਰਾਹਾਂ ਤੇ, ਤੇ ਅੰਗਰੇਜ਼ੀ ਵਿੱਚ ਕੀ ਸੀਗਾ? ਔਨ ਦਾ ਪਾਥ ਆਫ ਲਾਈਫ, ਇਹ ਲਿਖੀ ਆ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਆਪ। ਅੱਗੇ ਗੱਲ ਕਰਦੇ ਹਾਂ ਜੀ, ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਕਿੰਨਾਂ ਨਾਵਾਂ ਦੇ ਨਾਲ ਹੋਰ ਪੁਕਾਰਿਆ ਜਾਂਦਾ ਹੈ? ਪੰਜਾਬ ਦਾ ਛੇਵਾਂ ਦਰਿਆ, ਰੋਮਾਂਸਵਾਦ ਪ੍ਰਵਿਰਤੀ ਦਾ ਕਵੀ, ਨਰੋਲ ਆਤਮਾ ਦਾ ਕਵੀ, ਇਹ ਸਾਰੇ ਜਿਹੜੇ ਨਾਮ ਹੈਗੇ ਰਾਜੇ ਇਹ ਆਪਣੇ ਲਏ ਜਾਂਦੇ ਆ ਕਿਹਨਾਂ ਵਾਸਤੇ? ਪ੍ਰੋਫੈਸਰ ਪੂਰਨ ਸਿੰਘ ਵਾਸਤੇ। ਅੱਛਾ, ਪੰਜਾਬ ਦਾ ਛੇਵਾਂ ਦਰਿਆ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਕਹਿੰਦੇ ਆ ਜੇ ਪੇਪਰ 'ਚ ਆ ਗਿਆ ਹਰਿੰਦਰ। ਠੀਕ ਹੈ ਜੀ, ਹੁਣ ਧਿਆਨ ਨਾਲ ਸੁਣ ਲਿਓ ਗੱਲ, ਜੇ ਪੇਪਰ 'ਚ ਆ ਗਿਆ ਜੀ ਹਰਿੰਦਰ ਨਾਥ, ਠੀਕ ਹੈ ਜੀ, ਚਟੋਪਾਧਿਆਇ ਦੇ ਅਨੁਸਾਰ ਪੰਜਾਬ ਦਾ ਛੇਵਾਂ ਦਰਿਆ ਕਿਹੜਾ? ਤਾਂ ਉਹਨਾਂ ਨੇ ਛੇਵਾਂ ਦਰਿਆ ਭਾਈ ਵੀਰ ਸਿੰਘ ਜੀ ਨੂੰ ਵੀ ਕਿਹਾ। ਠੀਕ ਹੈ ਜੀ, ਕਿਹਦੇ ਅਕੋਰਡਿੰਗ? ਹਰਿੰਦਰ ਨਾਥ ਚਟੋਪਾਧਿਆਇ ਦੇ ਅਕੋਰਡਿੰਗ। ਜੇ ਵੈਸੇ ਕਹਿ ਦੇਣਗੇ ਪੰਜਾਬ ਦਾ ਛੇਵਾਂ ਦਰਿਆ ਕਿਹੜਾ, ਤਾਂ ਫਿਰ ਆਂਸਰ ਆਊਗਾ ਜੀ ਪ੍ਰੋਫੈਸਰ ਪੂਰਨ ਸਿੰਘ। ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਭਾਈ ਵੀਰ ਸਿੰਘ ਜੀ ਨਾਲ ਮੁਲਾਕਾਤ ਕਿੱਥੇ ਹੁੰਦੀ ਹੈ? ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਜੀ ਪਹਿਲਾਂ ਕੀ ਹੋ ਗਏ ਸੀਗੇ? ਇਹ ਭਿਕਸ਼ੂ ਬਣ ਗਏ ਸੀਗੇ, ਬੋਧੀ ਬਣ ਗਏ ਸੀ। ਤਾਂ ਇਹ ਆਪਣੇ ਮਤਲਬ ਧਰਮ ਦੇ ਵਿੱਚ ਵਾਪਸ ਕਦੋਂ ਆਏ ਆ? ਜਦੋਂ ਇਹਨਾਂ ਦਾ ਮਿਲਾਪ ਹੁੰਦਾ ਹੈ ਭਾਈ ਵੀਰ ਸਿੰਘ ਜੀ ਨਾਲ ਇੱਕ ਸਿੱਖ ਵਿਦਿਅਕ ਕਾਨਫਰੰਸ ਸਿਆਲਕੋਟ ਦੇ ਵਿੱਚ 1912 ਦੇ ਵਿੱਚ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਏਲਿਖਿਆਂ ਵਿੱਚੋਂ ਕਿਹੜਾ ਰਸਾਲਾ ਕੱਢਿਆ? ਤਾਂ ਇਹਨਾਂ ਨੇ ਜਿਹੜਾ ਇਹ ਰਸਾਲਾ ਕੱਢਿਆ ਰਾਜੇ, ਇਹ ਰਸਾਲਾ ਜਿਹੜਾ ਕੱਢਿਆ ਇਹਨਾਂ ਨੇ ਥੰਡਰਿੰਗ ਡਾਊਨ, ਇਹ ਸੀਗਾ ਇੱਕ ਹਫ਼ਤਾਵਾਰੀ, ਠੀਕ ਹੈ ਜੀ, ਇੱਕ ਪੱਤਰਿਕਾ ਸੀਗੀ, ਸੋਰੀ ਮਹੀਨਾਵਾਰੀ ਪੱਤਰਿਕਾ ਸੀਗੀ। ਠੀਕ ਹੈ ਜੀ, ਮਹੀਨਾਵਾਰ ਇੱਕ ਪੱਤਰਿਕਾ ਸੀਗੀ ਇਹ, ਤੇ ਜਿਹਦੇ ਵਿੱਚ ਇਹਨਾਂ ਨੇ ਅੰਗਰੇਜ਼ਾਂ ਦੇ ਵਰਖਲਾਫ਼ ਲਿਖਦੇ ਸੀਗੇ। ਇੱਕ ਇਹ ਇੰਗਲਿਸ਼ ਜਰਨਲ ਸੀਗਾ, ਠੀਕ ਹੈ ਜੀ, ਇੰਗਲਿਸ਼ ਜਰਨਲ ਸੀਗਾ, ਅੰਗਰੇਜ਼ਾਂ ਦੇ ਵਰਖਲਾਫ਼ ਲਿਖਦੇ ਸੀਗੇ, ਕਿਉਂਕਿ ਉਸ ਟਾਈਮ ਤੇ ਆਪਣੇ ਉੱਪਰ ਕੌਣ ਰਾਜ ਕਰ ਰਹੇ ਸੀਗੇ? ਅੰਗਰੇਜ਼ ਰਾਜ ਕਰ ਰਹੇ ਸੀਗੇ।
ਤਾਂ ਅੱਗੇ ਚੱਲਦੇ ਹਾਂ ਜੀ ਆਪਾਂ। ਕਹਿੰਦੇ ਜੀ ਇਹ ਲਿਖਿਆ ਵਿੱਚੋਂ ਕਿਹੜੀ ਕਿਤਾਬ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਲਿਖੀ ਹੈ? ਤਾਂ ਇਹਨਾਂ ਨੇ ਸਵਾਮੀ ਰਾਮ ਤੀਰਥਾ, ਠੀਕ ਹੈ ਜੀ, ਜਿਹਨਾਂ ਦਾ ਪ੍ਰਭਾਵ ਇਹਨਾਂ ਤੇ ਕਾਫੀ ਰਿਹਾ। ਜੇ ਆਪਾਂ ਧਿਆਨ ਨਾਲ ਪੜ੍ਹੀਏ ਤਾਂ ਲਾਈਫ ਆਫ ਸਵਾਮੀ ਰਾਮ ਤੀਰਥਾ ਇਹਨਾਂ ਦੀ ਪੁਸਤਕ ਹੈ ਅੰਗਰੇਜ਼ੀ ਦੀ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੀ ਹੈ ਇਹ ਟੋਕੀਓ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਹੋਏ ਹੈ, ਠੀਕ ਹੈ ਜੀ, ਟੋਕੀਓ ਯੂਨੀਵਰਸਿਟੀ, ਠੀਕ ਹੈ ਜੀ, ਤੁਹਾਨੂੰ ਦੱਸਿਆ ਹੋਇਆ ਮੈਂ। ਤੇ ਟੋਕੀਓ ਯੂਨੀਵਰਸਿਟੀ ਕਿੱਥੇ ਪੈਂਦੀ ਹੈ? ਜਾਪਾਨ ਦੇ ਵਿੱਚ ਪੈਂਦੀ ਹੈ। ਤਾਂ ਪ੍ਰੋਫੈਸਰ ਪੂਰਨ ਸਿੰਘ ਜੀ ਕਿਸ ਦੇਸ਼ ਦੇ ਵਿੱਚ ਉਚੇਰੀ ਪੜ੍ਹਾਈ ਕਰਨ ਜਾਂਦੇ ਹੈ? ਤਾਂ ਜਾਪਾਨ ਜਾਂਦੇ ਹੈ। ਤਾਂ ਫਿਰ ਜਾਪਾਨ ਜਾਣ ਤੋਂ ਪਹਿਲਾਂ ਫਿਰ ਇਹ ਦੋ ਭਾਸ਼ਾ ਸਿੱਖ ਕੇ ਜਾਂਦੇ ਹੈ, ਜਾਪਾਨੀ ਤੇ ਜਰਮਨ, ਠੀਕ ਹੈ ਜੀ, ਇਹ ਦੋਨੇ ਭਾਸ਼ਾ ਕੀ ਕਰਦੇ ਹੈ? ਇਹ ਸਿੱਖ ਕੇ ਜਾਂਦੇ ਹੈ। ਅੱਗੇ ਗੱਲ ਕਰਦੇ ਹਾਂ ਜੀ, ਭਾਈ ਵੀਰ ਸਿੰਘ ਜੀ ਨੂੰ ਕਿਸ ਕਿਰਤ ਦੇ ਲਈ ਸਾਹਿਤਕ ਅਕਾਡਮੀ ਅਵਾਰਡ ਮਿਲਿਆ? ਤਾਂ ਕਿਹੜੀ ਕਿਰਤ ਵਾਸਤੇ ਮਿਲਿਆ ਜੀ? ਮੇਰੇ ਸਾਈਆਂ ਜੀਓ, ਮੇਰੇ ਸਾਈਆਂ ਜੀਓ ਜਿਹੜਾ ਹੈਗਾ ਰਾਜੇ, ਇਹਨਾਂ ਨੂੰ ਅਵਾਰਡ ਕਦੋਂ ਮਿਲਿਆ? 1953 ਦੇ ਵਿੱਚ ਅਵਾਰਡ ਮਿਲਿਆ ਸੀਗਾ, ਠੀਕ ਹੈ ਜੀ, ਕਿਹਨਾਂ ਨੂੰ? ਭਾਈ ਵੀਰ ਸਿੰਘ ਜੀ ਨੂੰ, ਸੋਰੀ, 1955 ਵਿੱਚ ਅਵਾਰਡ ਮਿਲਿਆ ਤੇ 1953 ਵਿੱਚ ਲਿਖੀ ਗਈ ਹੈ ਮੇਰੇ ਸਾਈਆਂ ਜੀਓ, 1953 ਵਿੱਚ ਲਿਖੀ ਗਈ ਹੈ ਬੇਟਾ। ਤੇ ਜਿਹੜਾ ਅਵਾਰਡ ਮਿਲਿਆ ਉਹ ਮਿਲਿਆ ਜੀ 1955 ਨੂੰ, ਇਹ ਗੱਲ ਨੋਟ ਕਰ ਲਿਓ। ਅੱਗੇ ਚੱਲਦੇ ਹਾਂ ਜੀ ਆਪਾਂ, ਅੱਗੇ ਆਪਣਾ ਪੰਜਾਬ ਐਂਡ ਸਿੰਧ ਬੈਂਕ ਦੀ ਗੱਲ ਕਰਾਂਗੇ। ਉੱਥੇ ਜਿਹੜੀਆਂ ਤਿੰਨ ਮਹਾਨ ਜਿਹੜੀਆਂ ਸ਼ਖਸੀਅਤਾਂ ਹੈਗੀਆਂ ਨੇ, ਜਿਹਦੇ ਵਿੱਚ ਆਪਾਂ ਗੱਲ ਕਰੀਏ ਤਰਲੋਚਨ ਸਿੰਘ ਜੀ, ਭਾਈ ਵੀਰ ਸਿੰਘ ਜੀ ਤੇ ਸੁੰਦਰ ਸਿੰਘ ਮਜੀਠੀਆ, ਜਿਹੜੇ ਕਿ SGPC ਦੇ ਪਹਿਲੇ ਪ੍ਰਧਾਨ ਸੀਗੇ। ਜਿਸ ਟਾਈਮ 1920 ਚ SGPC ਬਣਦੀ ਹੈ, 1925 ਵਿੱਚ ਤਾਂ ਫਿਰ ਦੁਬਾਰਾ ਐਕਟ ਪਾਸ ਹੁੰਦਾ, ਉਦੋਂ ਫਿਰ ਬਾਬਾ ਖੜਕ ਸਿੰਘ ਜੀ ਪ੍ਰਧਾਨ ਬਣਦੇ ਹੈ। ਤਾਂ ਭਾਈ ਵੀਰ ਸਿੰਘ ਜੀ ਨੇ ਕਿਸ ਬੈਂਕ ਦੇ ਸਹਿ ਸੰਸਥਾਪਕ ਨੇ? ਤਾਂ ਇਹ ਪੰਜਾਬ ਐਂਡ ਸਿੰਧ ਬੈਂਕ ਦੇ ਕੀ ਨੇ? ਸਹਿ ਸੰਸਥਾਪਕ ਨੇ। ਤਾਂ ਪੰਜਾਬ ਐਂਡ ਜਿਹੜਾ ਸਿੰਧ ਬੈਂਕ ਹੈਗਾ ਰਾਜੇ, ਇਹ ਕਦੋਂ ਹੋਂਦ ਦੇ ਵਿੱਚ ਆਇਆ ਸੀਗਾ? 24 ਜੂਨ, ਠੀਕ ਹੈ ਜੀ, 1908 ਨੂੰ ਹੋਂਦ 'ਚ ਆਇਆ ਸੀਗਾ। ਤੇ ਇਹਦਾ ਹੈੱਡਕੁਆਟਰ ਕਿੱਥੇ ਹੈ? ਨਵੀਂ ਦਿੱਲੀ ਵਿਖੇ ਹੈ, ਠੀਕ ਹੈ ਜੀ, ਕਈ ਵਾਰੀ ਪੁੱਛ ਲੈਂਦੇ ਹੁੰਦੇ ਆ। ਅੱਗੇ ਚੱਲਦੇ ਹਾਂ ਜੀ ਆਪਾਂ, ਅੱਗੇ ਆ ਗਿਆ ਜੀ, ਪੰਜਾਬੀ ਸਾਹਿਤ ਦੇ ਵਿੱਚ ਰਬਾਈ ਲਿਖਣ ਦੀ ਪਿਰਤ ਕਿਸਨੇ ਪਾਈ? ਹਾਲਾਂਕਿ ਇਹ ਰਬਾਈ ਨੂੰ, ਰਬਾਈ ਹੁੰਦੀ ਕੀ ਹੈ ਮੈਂ ਬਾਅਦ 'ਚ ਦੱਸਦਾ, ਹਾਲਾਂਕਿ ਰਬਾਈ ਨੂੰ ਕੀ ਕਿਹਾ ਇਹਨਾਂ ਨੇ, ਭਾਈ ਵੀਰ ਸਿੰਘ ਜੀ ਨੇ ਤੁਰਿਆਈ ਕਿਹਾ, ਤੁਰਿਆਈ, ਠੀਕ ਹੈ ਜੀ। ਰਬਾਈ ਕੀ ਹੁੰਦੀ ਹੈ? ਰਬਾਈ ਨੂੰ ਅੱਜ ਕੱਲ੍ਹ ਇੱਕ ਹੀ ਸਿੰਗਰ ਗਾਉਂਦਾ, ਡਾਕਟਰ ਸਤਿੰਦਰ ਸਿੰਘ ਸਰਤਾਜ, ਠੀਕ ਹੈ, ਸਤਿੰਦਰ ਸਰਤਾਜ ਨਹੀਂ ਹੈ ਜਿਹੜਾ। ਤਾਂ ਰਬਾਈ ਦਾ ਜਿਹੜਾ ਮੀਨਿੰਗ ਹੈਗਾ ਨਾ, ਇਹ ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ, ਇਹਨੂੰ ਤਰਨਾ ਵੀ ਕਹਿ ਦਿੰਦੇ ਹਾਂ ਆਪਾਂ, ਠੀਕ ਹੈ ਜੀ। ਇਹਦੇ 'ਚ ਨਾ ਚਾਰ ਪਦ ਹੁੰਦੇ ਆ, ਪਹਿਲੇ ਦੋ ਜਿਹੜੇ ਹੁੰਦੇ ਆ ਉਹ 'ਚ ਖਿਆਲ ਹੁੰਦਾ, ਤੇ ਅਗਲੇ ਪਦ ਦੇ ਵਿੱਚ ਕੀ ਕੀਤਾ ਜਾਂਦਾ, ਵਿਅੰਗ ਕੱਸਿਆ ਜਾਂਦਾ, ਤੇ ਲਾਸਟ ਦੇ ਵਿੱਚ ਕੀ ਆ ਜਾਂਦਾ, ਇਹਦਾ ਸਿੱਟਾ ਕੱਢਦੇ ਆ, ਠੀਕ ਹੈ ਜੀ। ਤਾਂ ਇਹ ਜਿਹੜਾ ਹੈਗਾ ਹੈ, ਇਹ ਰਬਾਈ ਲਿਖਣ ਦੀ ਜਿਹੜੀ ਪਿਰਤ ਹੈਗੀ ਆ, ਭਾਈ ਵੀਰ ਸਿੰਘ ਜੀ ਨੇ ਪਾਈ ਸੀਗੀ, ਠੀਕ ਹੈ ਜੀ, ਇਹ ਨੋਟ ਕਰ ਲਿਓ। ਅੱਗੇ ਚੱਲਦੇ ਹਾਂ ਜੀ ਆਪਾਂ, ਤੇ ਇਹ, ਅੱਛਾ, ਇਹ ਕਿਹੜੀ ਰਬਾਈ ਜਿਹੜੀ ਲਿਖੀ ਹੈ ਇਹਨਾਂ ਨੇ? ਲਹਿਰਾਂ ਦੇ ਹਾਰ, ਠੀਕ ਹੈ ਜੀ, ਲਹਿਰਾਂ ਦੇ ਹਾਰ ਦੇ ਵਿੱਚ ਲਿਖੀ ਹੈ, ਠੀਕ ਹੈ ਜੀ। ਇਹ 1921 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਭਾਈ ਵੀਰ ਸਿੰਘ ਜੀ ਦਾ। ਅੱਗੇ ਚੱਲਦੇ ਹਾਂ ਜੀ ਆਪਾਂ, ਜੇ ਕਿਸੇ ਨੂੰ ਕਲਾਸ ਲੱਗੂਗੀ ਬੜੀ ਫਾਸਟ ਚੱਲ ਰਹੀ ਹੈ ਤਾਂ ਤੁਸੀਂ ਯੂਟਿਊਬ ਤੇ ਜਾ ਕੇ ਸਲੋ ਵੀ ਕਰ ਸਕਦੇ ਆ। ਅੱਗੇ ਆ ਗਿਆ ਜੀ, ਮਟਕੋ ਲਾਰੇ ਪੁਸਤਕ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਸੀਗਾ? ਤਾਂ ਮਟਕੋ ਲਾਰੇ ਜਿਹੜੀ ਹੈਗੀ ਆ, 6 ਭਾਗਾਂ 'ਚ ਵੰਡਿਆ ਗਿਆ ਰਾਜੇ। ਇਹਦੇ ਵਿੱਚ ਕਸ਼ਮੀਰ ਗਏ ਸੀਗੇ ਭਾਈ ਵੀਰ ਸਿੰਘ ਜੀ, ਉੱਥੋਂ ਦੇ ਨਜ਼ਾਰਿਆਂ ਦਾ ਕੀ ਕੀਤਾ ਗਿਆ, ਵਰਣਨ ਕੀਤਾ ਗਿਆ। ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿਹੜੇ ਕਿਹੜੇ ਨੇ। ਕਹਿੰਦਾ ਜੀ, ਮਟਕੋ ਹੁਲਾਰੇ 1924 ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਲਿਖਿਆ, ਜੋ ਭਾਈ ਸਾਹਿਬ ਕੁਦਰਤ ਦੇ ਕਵੀ, ਕੁਦਰਤ ਦੇ ਪਿਆਰੇ, ਕੁਦਰਤ ਦੇਵੀ ਦੇ ਮਹਿਮਾਨ ਆਦਿ ਨਾਵਾਂ ਦੇ ਨਾਲ ਸੰਬੋਧਨ ਕਰਦੇ ਆ, ਠੀਕ ਹੈ ਜੀ। ਤਾਂ ਇਹਦੇ ਵਿੱਚ, ਠੀਕ ਹੈ ਜੀ, ਰਸ ਰੰਗ ਸ਼ੋ, ਪੱਥਰ ਕੰਬਣੀਆਂ, ਕਸ਼ਮੀਰ ਨਜ਼ਾਰੇ, ਲੱਲੀ, ਲੰਮੀ ਕਵਿਤਾ, ਨਿਸ਼ਾਦ ਤੇ ਨੂਰਜਾਂ, ਫਰਾਮ ਮੁਰਜ ਦੀ ਬਿਲਕਣੀ, ਇਹ ਸਾਰੇ ਜਿਹੜੇ ਹੈਗੇ ਨੇ 6 ਦੇ 6 ਭਾਗ ਸ਼ਾਮਿਲ ਕੀਤੇ ਗਏ ਨੇ, ਇਹ ਯਾਦ ਰੱਖ ਲਿਓ। ਅੱਗੋਂ ਆ ਗਿਆ ਜੀ, ਕਿਹੜੇ ਵਿਦਵਾਨ ਵੱਲੋਂ ਭਾਈ ਵੀਰ ਸਿੰਘ ਜੀ ਦੀ ਨਵੀਨ ਕਵਿਤਾ ਦਾ ਮੋਢੀ ਕਿਹਾ? ਕਿਹੜੇ ਵਿਦਵਾਨ ਨੇ ਭਾਈ ਵੀਰ ਸਿੰਘ ਜੀ ਨੂੰ ਨਵੀਨ ਕਵਿਤਾ ਦਾ ਮੋਢੀ ਕਿਹਾ? ਤਾਂ ਇਸ ਡਾਕਟਰ ਸੁਰਿੰਦਰ ਸਿੰਘ ਕੋਹਲੀ ਨੇ ਕਿਹਾ। ਅੱਗੇ ਆ ਗਿਆ ਜੀ, ਭਾਈ ਵੀਰ ਸਿੰਘ ਜੀ ਨੇ ਕਿਹੜਾ ਪੰਜਾਬੀ ਸਪਤਾਹਿਕ, ਸਪਤਾਹਿਕ ਹੁੰਦਾ ਹਫ਼ਤੇ ਬਾਅਦ, ਕਿਹੜਾ ਅਖ਼ਬਾਰ ਕੀਤਾ ਸੀਗਾ? ਤਾਂ ਇਹ ਖਾਲਸਾ ਸਮਾਚਾਰ,
ਇਹ 1899 ਨੂੰ ਕੀਤਾ ਸੀਗਾ ਭਾਈ ਵੀਰ ਸਿੰਘ ਜੀ ਨੇ, ਇਹ ਅੱਜ ਵੀ ਸ਼ਬਦ ਹੈ ਤੇ ਇਹ 17 ਨਵੰਬਰ 1800 ਠੀਕ ਹੈ ਜੀ ਇਹ ਕੀਤਾ ਸੀਗਾ। 17 ਨਵੰਬਰ ਨੂੰ ਕੀ ਹੁੰਦਾ, ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੁੰਦਾ ਹੈ ਠੀਕ ਹੈ ਜੀ। ਤਾਂ ਇਹ ਜੇ ਮੈਂ ਗੱਲ ਕਰਾਂ ਤੇ 1990 ਤੱਕ ਇਹ ਆਪਣਾ ਅੰਮ੍ਰਿਤਸਰ ਤੋਂ ਛਪਦਾ ਰਿਹਾ ਠੀਕ ਹੈ ਜੀ, ਅੰਮ੍ਰਿਤਸਰ ਸਾਹਿਬ ਤੋਂ ਛਪਦਾ ਰਿਹਾ ਹੈ। ਉਸ ਤੋਂ ਬਾਅਦ ਇਹ ਕਿੱਥੇ ਛਪਣਾ ਸ਼ੁਰੂ ਹੋ ਗਿਆ, ਦਿੱਲੀ ਤੋਂ, ਤੇ ਦਿੱਲੀ ਕੌਣ ਛਪਦਾ ਹੈ, ਅੱਜ ਵੀ ਛਪਦਾ ਇਹ, ਦਿੱਲੀ ਕੌਣ ਛਪਦਾ, ਇੱਕ ਸਦਨ ਬਣਿਆ ਹੋਇਆ ਭਾਈ ਵੀਰ ਸਿੰਘ ਸਾਹਿਤ ਸਦਨ ਠੀਕ ਹੈ ਜੀ। ਤਾਂ 1990 ਤੱਕ ਕਿੱਥੇ ਛਪਦਾ ਰਿਹਾ, ਇਹ ਛਪਦਾ ਰਿਹਾ ਜੀ ਅੰਮ੍ਰਿਤਸਰ, ਇਹ ਕੁਸ਼ਚਨ ਆਉਂਦਾ ਹੁੰਦਾ। ਅੱਗੇ ਗੱਲ ਕਰਦੇ ਹਾਂ ਜੀ, ਪੰਜਾਬੀ ਭਾਸ਼ਾ ਵਿੱਚ ਲਿਖਿਆ ਗਿਆ ਪਹਿਲਾ ਨਾਟਕ ਠੀਕ ਹੈ ਜੀ, ਪੰਜਾਬੀ ਭਾਸ਼ਾ ਚ ਲਿਖਿਆ ਗਿਆ ਪਹਿਲਾ ਨਾਟਕ ਕਿਹੜਾ, ਰਾਜਾ ਲੱਖ ਦਾਤਾ ਸਿੰਘ। ਇਹ ਲਗਭਗ 1910 ਦੇ ਨੇੜੇ ਤੇੜੇ ਲਿਖਿਆ ਗਿਆ ਸੀਗਾ, ਇਹ ਯਾਦ ਰੱਖ ਲਿਓ। ਮੇਰੇ ਸਾਈਆਂ ਜੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਰਾਜੇ ਠੀਕ ਹੈ ਜੀ, ਇਹ ਕਿਹਨਾਂ ਦੀ ਕਵਿਤਾ ਹੈ, ਭਾਈ ਵੀਰ ਸਿੰਘ ਜੀ ਦੀ, ਇਹ 1953 ਚ ਲਿਖੀ ਸੀ ਇਹਨਾਂ ਨੇ, ਤੇ 55 ਚ ਇਹਨਾਂ ਨੂੰ ਕੀ ਮਿਲਿਆ, ਅਵਾਰਡ ਮਿਲਿਆ। ਰਾਣਾ ਸੂਰਤ ਸਿੰਘ, ਇਹ ਇੱਕ ਮਹਾਂਕਾਵ ਹੈ ਠੀਕ ਹੈ ਜੀ ਭਾਈ ਵੀਰ ਸਿੰਘ ਜੀ ਦਾ, ਇਹ ਵੀ 1905। ਤੇ ਜੇ ਬਾਬਾ ਨੌ ਸਿੰਘ ਦੀ ਗੱਲ ਕਰੀਏ ਤਾਂ ਪੂਰਾ ਨਾਮ ਕੀ ਹੈ, ਸੁਭਾਗ ਜੀ ਠੀਕ ਹੈ ਜੀ, ਪੂਰਾ ਇਸ ਕਾਵ ਦਾ ਨਾਮ ਹੈਗਾ ਸੁਭਾਗ ਜੀ ਠੀਕ ਹੈ, ਦਾ ਸੁਧਾਰ ਹੱਥੀ ਬਾਬਾ ਨੌ ਸਿੰਘ, ਬਾਬਾ ਨੌ ਸਿੰਘ, ਬਾਬਾ ਨੌ ਸਿੰਘ ਜੀ ਦੀ ਸਮਾਧ ਹੈਗੀ ਹੈ ਨਾ ਆਪਾਂ ਜੇ ਅੰਮ੍ਰਿਤਸਰ ਜਾਈਏ ਤਾਂ ਠੀਕ ਹੈ ਜੀ। ਤਾਂ ਇਹ ਉਦੋਂ ਲਿਖਿਆ ਸੀ ਇਹਨਾਂ ਨੇ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਭਾਈ ਵੀਰ ਸਿੰਘ ਜੀ ਨੂੰ ਮੁਕਟ ਮਣੀ ਕਿਸਨੇ ਕਿਹਾ, ਤਾਂ ਮੁਕਟ ਮਣੀ ਕਿਹਨਾਂ ਨੇ ਕਿਹਾ, ਇਹਨਾਂ ਨੂੰ ਧਨੀ ਰਾਮ ਚਾਤਰਿਕ ਜੀ ਨੇ ਕਿਹਾ ਠੀਕ ਹੈ ਜੀ, ਇਹ ਯਾਦ ਰੱਖ ਲਿਓ ਮੁਕਟ ਮਣੀ ਠੀਕ ਹੈ ਜੀ। ਇਸ ਤੋਂ ਇਲਾਵਾ ਇੱਕ ਦੋ ਨਾਮ ਉਹਨਾਂ ਨੇ ਹੋਰ ਪੁਕਾਰਿਆ, ਤੁਸੀਂ ਉਹ ਕਮੈਂਟ ਵਿੱਚ ਦੱਸ ਸਕਦੇ ਹੋ। ਅੱਗੇ ਆ ਗਿਆ ਜੀ, ਪੰਜਾਬੀ ਭਾਸ਼ਾ ਦਾ ਪਹਿਲਾ ਨਾਵਲ ਕਿਹੜਾ ਸੀਗਾ, ਇੱਥੇ ਹੁਣ ਨਾਵਲ ਦੀ ਗੱਲ ਹੋ ਰਹੀ ਹੈ, ਬਹੁਤ ਮਹੱਤਵਪੂਰਨ ਹੈ, ਤਾਂ ਤੁਹਾਡੇ ਵਾਸਤੇ ਸੁੰਦਰੀ ਨਾਵਲ ਠੀਕ ਹੈ ਜੀ, ਇਹ ਸਭ ਤੋਂ ਪਹਿਲਾ ਪੰਜਾਬੀ ਭਾਸ਼ਾ ਦਾ ਪਹਿਲਾ ਨਾਵਲ ਵੀ ਹੈ ਤੇ ਭਾਈ ਵੀਰ ਸਿੰਘ ਜੀ ਦਾ ਵੀ ਪਹਿਲਾ ਨਾਵਲ ਹੈ ਠੀਕ ਹੈ ਜੀ। ਤਾਂ ਇਹ ਕਦੋਂ ਪ੍ਰਕਾਸ਼ਿਤ ਹੋਇਆ ਸੀਗਾ, 1898 ਦੇ ਵਿੱਚ ਠੀਕ ਹੈ। ਅੱਗੇ ਚੱਲਦੇ ਹਾਂ ਜੀ, ਅੱਛਾ ਨਾਲ ਆ ਵੀ ਯਾਦ ਰੱਖ ਸਕਦੇ ਤੁਸੀਂ ਚਿੱਟਾ ਲਹੂ, ਇਹ 1932 ਦੇ ਵਿੱਚ ਨਾਨਕ ਸਿੰਘ ਜੀ ਦਾ, ਨਾਵਲਕਾਰ ਨਾਨਕ ਸਿੰਘ ਜੀ ਦਾ ਸਭ ਤੋਂ ਮਹੱਤਵਪੂਰਨ ਨਾਵਲ ਹੈ। ਤੂਤਾਂ ਵਾਲਾ ਖੂਹ ਕਿਹਦਾ, ਇਹ ਹੈਗਾ ਜੀ ਸੋਹਣ ਸਿੰਘ ਸ਼ੀਤਲ ਠੀਕ ਹੈ ਜੀ, ਸੋਹਣ ਸਿੰਘ ਸ਼ੀਤਲ। ਤੇ ਪਵਿੱਤਰ ਪਾਪੀ, ਇਹ ਵੀ ਨਾਨਕ ਸਿੰਘ ਜੀ ਦਾ ਠੀਕ ਹੈ। ਇੱਥੇ ਫਿਲਮ ਵੀ ਬਣੀ ਹੈ, ਇੱਕ ਫਿਲਮ ਬਣੀ ਸੀਗੀ 1970 ਦੇ ਵਿੱਚ। ਅੱਗੇ ਚੱਲਦੇ ਹਾਂ, ਅੱਗੇ ਆ ਗਿਆ ਜੀ, ਏਡ ਦਿੱਤੇ ਕੰਮਾਂ ਵਿੱਚੋਂ ਕਿਹੜੀਆਂ ਲਿਖਤਾਂ ਦੇ ਵਿੱਚ ਭਾਈ ਵੀਰ ਸਿੰਘ ਜੀ ਨੇ 18ਵੀਂ ਸਦੀ ਦੇ ਸਿੱਖ ਇਤਿਹਾਸ ਨੂੰ ਮੁੜ ਤੋਂ ਸੁਰਜੀਤ ਕੀਤਾ। ਤਾਂ ਜਿੰਨੀਆਂ ਵੀ ਇਹ ਉੱਪਰ ਦਿੱਤੀਆਂ ਗਈਆਂ ਨੇ ਸਾਰੀਆਂ, ਜਿਵੇਂ ਸਤਵੰਤ ਕੌਰ, ਸਤਵੰਤ ਕੌਰ ਦੇ ਦੋ ਪਾਰਟ ਨੇ ਠੀਕ ਹੈ, ਸਤਵੰਤ ਕੌਰ ਜਿਹੜਾ ਇਹਨਾਂ ਦੀ ਰਚਨਾ ਹੈਗੀ ਹੈ ਨਾ, ਉਹਦੇ ਦੋ ਪਾਰਟ ਨੇ। ਪਹਿਲਾ ਪਾਰਟ 1900 ਦੇ ਵਿੱਚ ਆਇਆ ਸੀਗਾ, ਦੂਜਾ ਪਾਰਟ ਕਦੋਂ ਆਇਆ, 1927 ਦੇ ਵਿੱਚ। ਵਿਜੇ ਸਿੰਘ ਠੀਕ ਹੈ ਜੀ, ਇਹ ਵੀ ਇੱਕ ਮਹਾਂਕਾਵ ਹੈ, ਇਹ 1800 ਲਗਭਗ 99 ਦੇ ਵਿੱਚ ਛਾਪਿਆ ਸੀਗਾ। ਤੇ ਸੁੰਦਰੀ 1898 ਦੇ ਵਿੱਚ, ਸੁੰਦਰੀ ਦੇ ਵਿੱਚ ਵੀ ਇਹਨਾਂ ਨੇ ਇੱਕ ਔਰਤ ਦੀ ਕਹਾਣੀ ਲਿਖੀ ਹੈ, ਜਿਹੜੀ ਕਿ ਆਪਣੇ ਸਿੱਖ ਸੰਘਰਸ਼ ਨੂੰ ਸਮਰਪਿਤ ਹੈ, ਤੇ ਉਹਦੇ ਹਸਬੈਂਡ ਦੀ ਡੈਥ ਹੋ ਜਾਂਦੀ ਹੈ, ਤੇ ਬਾਅਦ ਦੇ ਵਿੱਚ ਉਹ ਮਤਲਬ ਕਿ ਜਿਹੜਾ ਉਹਨੂੰ ਸ਼ਾਂਤੀ ਮਿਲਦੀ ਹੈ, ਫਿਰ ਉਹ ਮਤਲਬ ਕਿ ਧਰਮ ਦੇ ਨਾਲ ਗੁਰਮਤ ਦੇ ਵਿੱਚ ਆ ਕੇ ਹੀ ਸ਼ਾਂਤੀ ਮਿਲਦੀ ਹੈ। ਅੱਗੇ ਆ ਗਿਆ ਜੀ, ਭਾਈ ਵੀਰ ਸਿੰਘ ਜੀ ਨੇ ਖਾਲਸਾ ਟ੍ਰੈਕਟ ਸੋਸਾਇਟੀ ਦੀ ਸਥਾਪਨਾ ਕਦੋਂ ਕੀਤੀ। ਟ੍ਰੈਕਟ ਹੁੰਦੇ ਆ ਰਸਾਲੇ, ਛੋਟੇ ਛੋਟੇ ਰਸਾਲੇ, ਤੇ ਇਹ ਤਾਂ ਕੀਤੀ ਸੀ ਕਿਉਂਕਿ ਉਸ ਟਾਈਮ ਤੇ ਅੰਗਰੇਜ਼ ਕ੍ਰਿਸਚਨਿਟੀ ਦਾ ਬਹੁਤ ਪ੍ਰਚਾਰ ਕਰ ਰਹੇ ਸੀ, ਆਪਣੇ ਧਰਮ ਦਾ ਬਹੁਤ ਪ੍ਰਚਾਰ ਕਰ ਰਹੇ ਸੀਗੇ। ਤਾਂ ਆਪਣੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਭਾਈ ਵੀਰ ਸਿੰਘ ਜੀ ਨੇ ਵੀ ਕੀ ਕੀਤੀ ਸੀਗੀ, ਇੱਕ ਵਜ਼ੀਰ ਹਿੰਦ ਪ੍ਰੈਸ ਦੀ ਸਥਾਪਨਾ ਕੀਤੀ ਸੀਗੀ, ਤੇ ਉਹਦੇ ਅੰਡਰ ਹੀ ਖਾਲਸਾ ਟ੍ਰੈਕਟ ਸੋਸਾਇਟੀ ਦੀ ਵੀ ਸਥਾਪਨਾ ਕੀਤੀ ਗਈ ਹੈ ਰਾਜੇ। ਇਹ ਕਦੋਂ ਕੀਤੀ ਗਈ ਹੈ, 1892 ਦੇ ਵਿੱਚ ਕੀਤੀ ਗਈ ਹੈ ਠੀਕ ਹੈ ਜੀ। ਜੇ ਮੈਂ ਪਹਿਲਾ ਟ੍ਰੈਕਟ ਦੱਸਾਂ, ਇਹਦੇ ਅੰਦਰ ਪਹਿਲਾ ਰਸਾਲਾ ਕਿਹੜਾ ਛਾਪਿਆ ਗਿਆ ਠੀਕ ਹੈ ਜੀ, ਪੁੱਛ ਸਕਦੇ ਆ ਤੁਹਾਨੂੰ, ਪਹਿਲਾ ਟ੍ਰੈਕਟ ਕਿਹੜਾ ਛਾਪਿਆ ਗਿਆ, ਤਾਂ ਉਹ ਸੀਗਾ ਜੀ ਪ੍ਰਾਰਥਨਾ, ਇਹਦੇ ਵਿੱਚ ਮਹਾਰਾਜ ਰਣਜੀਤ ਸਿੰਘ ਜੀ ਦੇ ਜੀਵਨ ਤੇ ਆਧਾਰਿਤ ਹੈ। ਤੇ ਜੇ ਮੈਂ ਇਸ ਸੋਸਾਇਟੀ ਦਾ ਟਾਈਟਲ ਵੀ, ਇਹ ਸੋਸਾਇਟੀ ਕਿਹੜੇ ਟਾਈਟਲ ਦੇ ਅਧੀਨ ਕੰਮ ਕਰਦੀ ਸੀਗੀ, ਤਾਂ ਨਿਰਗੁਣ ਆਰਿਆ ਠੀਕ ਹੈ ਜੀ, ਨਿਰਗੁਣ
ਆਰਿਆ ਟਾਈਟਲ ਦੇ ਅਧੀਨ ਕੰਮ ਕਰਦੀ ਸੀ ਤੇ ਇਹਦੇ ਅੰਡਰ ਹੀ ਦੋ ਮਹਾਨ ਰਚਨਾਵਾਂ ਜਾਣੀ ਕਿ ਟ੍ਰੈਕਟ ਛਪੇ ਸੀਗੇ, ਕਿਹੜੇ ਕਿਹੜੇ? ਸ਼੍ਰੀ ਗੁਰੂ ਕਲਗੀਧਰ, ਠੀਕ ਹੈ ਜੀ, ਚਮਤਕਾਰ, ਤੇ ਸ਼੍ਰੀ ਗੁਰੂ ਨਾਨਕ ਚਮਤਕਾਰ। ਠੀਕ ਹੈ ਜੀ, ਸ਼੍ਰੀ ਗੁਰੂ ਨਾਨਕ ਚਮਤਕਾਰ ਇਹ ਯਾਦ ਰੱਖ ਲਿਓ। ਠੀਕ ਹੈ ਜੀ, ਇਹ 1925 ਦੇ ਵਿੱਚ ਤੇ 1928 ਦੇ ਵਿੱਚ ਛਾਪਿਆ ਗਿਆ। ਅੱਗੇ ਚੱਲਦੇ ਹਾਂ ਜੀ ਆਪਾਂ, ਅੱਗੇ ਆ ਗਿਆ ਜੀ ਭਾਈ ਵੀਰ ਸਿੰਘ ਜੀ ਨੇ ਸਰਦਾਰ ਵਜੀਰ ਸਿੰਘ ਜੀ ਨਾਲ ਮਿਲ ਕੇ ਕਿਸ ਪ੍ਰੈਸ ਨੂੰ ਚਲਾਇਆ? ਤਾਂ ਤੁਹਾਨੂੰ ਮੈਂ ਦੱਸਿਆ ਵਜੀਰ ਹਿੰਦ ਪ੍ਰੈਸ। ਠੀਕ ਹੈ ਜੀ, ਇਹ ਜਿਹੜੀ ਪ੍ਰੈਸ ਹੈਗੀ ਹੈ ਵਜੀਰ ਹਿੰਦ ਪ੍ਰੈਸ, ਇਹਨਾਂ ਨੇ 1892 ਵਿੱਚ ਲਾਈ ਸੀਗੀ। ਠੀਕ ਹੈ ਜੀ, ਤੇ 1898 ਦੇ ਵਿੱਚ ਸਾਰਾ ਕੰਟਰੋਲ ਕਿਹਦੇ ਕੋਲੇ ਆ ਗਿਆ ਸੀਗਾ? ਭਾਈ ਵੀਰ ਸਿੰਘ ਜੀ ਕੋਲੇ ਆ ਗਿਆ ਸੀਗਾ। ਅੱਗੇ ਆ ਗਿਆ ਜੀ ਭਾਈ ਵੀਰ ਸਿੰਘ ਜੀ ਨੇ ਸੰਸਕ੍ਰਿਤ ਅਤੇ ਸਿੱਖ ਸਾਹਿਤ ਦੀ ਸਿੱਖਿਆ ਕਿਹਨਾਂ ਤੋਂ ਪ੍ਰਾਪਤ ਕੀਤੀ ਹੈ? ਤਾਂ ਇੱਥੇ ਹੁਣ ਗਿਆਨੀ ਹਰਭਜਨ ਸਿੰਘ ਜੀ ਦਾ ਜ਼ਿਕਰ ਆਊਗਾ, ਇਹਨਾਂ ਤੋਂ ਇਹਨਾਂ ਨੇ ਪ੍ਰਾਪਤ ਕੀਤੀ ਸੀਗੀ। ਠੀਕ ਹੈ ਜੀ, ਸੰਸਕ੍ਰਿਤ ਤੇ ਸਿੱਖ ਸਾਹਿਤ ਦੀ ਸਿੱਖਿਆ। ਅੱਗੇ ਆ ਗਿਆ ਜੀ ਭਾਈ ਵੀਰ ਸਿੰਘ ਜੀ ਦੇ ਪਿਤਾ ਜੀ ਨੇ ਸੰਸਕ੍ਰਿਤ ਦੀ ਕਿਸ ਰਚਨਾ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ? ਭਾਈ ਵੀਰ ਸਿੰਘ ਜੀ ਤੇ ਨਾ ਦੋ ਬੰਦਿਆਂ ਦਾ ਬਹੁਤ ਪ੍ਰਭਾਵ ਰਿਹਾ। ਠੀਕ ਹੈ, ਇੱਕ ਇਹਨਾਂ ਦੇ ਪਿਤਾ ਜੀ ਡਾਕਟਰ ਚਰਨ ਸਿੰਘ ਤੇ ਇੱਕ ਇਹਨਾਂ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ। ਠੀਕ ਹੈ ਜੀ, ਇਹਨਾਂ ਦੇ ਪਿਤਾ ਜੀ ਦੀ ਇੱਕ ਰਚਨਾ ਸੀਗੀ ਸ਼ਕੁੰਤਲਾ, ਉਹਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ, ਕਿਉਂਕਿ ਇਹਨਾਂ ਦੇ ਪਿਤਾ ਜੀ ਕੀ ਸੀਗੇ? ਡਾਕਟਰ ਚਰਨ ਸਿੰਘ, ਉਹ ਜ਼ਿਆਦਾਤਰ ਹਿੰਦੀ ਸੰਸਕ੍ਰਿਤ ਦੇ ਵਿੱਚ ਕੀ ਕਰਦੇ ਸੀਗੇ? ਰਚਨਾਵਾਂ ਕਰਦੇ ਸੀਗੇ। ਅੱਗੇ ਚੱਲਦੇ ਹਾਂ ਜੀ ਆਪਾਂ, ਅਗਲੇ ਕੁਸ਼ਚਨ ਵੱਲ ਮੂਵ ਕਰਦੇ ਹਾਂ। ਅੱਗੇ ਆ ਗਿਆ ਜੀ ਭਾਈ ਵੀਰ ਸਿੰਘ ਜੀ ਦੇ ਪਿਤਾ ਜੀ ਤੇ ਨਾਨਾ ਜੀ ਦਾ ਨਾਮ ਦੱਸੋ। ਇਹ ਤਾਂ ਹੀ ਪਿਤਾ ਜੀ ਦਾ ਨਾਮ ਤੇ ਨਾਨਾ ਜੀ ਦਾ ਨਾਮ ਪੁੱਛਿਆ ਗਿਆ। ਪਿਤਾ ਦਾ ਨਾਮ ਹੈਗਾ ਜੀ ਡਾਕਟਰ ਚਰਨ ਸਿੰਘ ਤੇ ਨਾਨਾ ਜੀ ਹੈਗੇ ਨੇ ਗਿਆਨੀ ਹਜ਼ਾਰਾ ਸਿੰਘ ਜੀ। ਅੱਗੇ ਗੱਲ ਕਰਦੇ ਹਾਂ ਜੀ ਭਾਈ ਵੀਰ ਸਿੰਘ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਤੁਹਾਨੂੰ ਇਹ ਵੀ ਪਤਾ ਹੋਊਗਾ ਭਾਈ ਵੀਰ ਸਿੰਘ ਜੀ ਦਾ ਜਿਹੜਾ ਖਾਨਦਾਨ ਹੈਗਾ ਉਹ ਕੌੜਾ ਮੱਲ ਦੇ ਨਾਲ ਸੰਬੰਧਿਤ ਹੈ। ਕੌੜਾ ਮੱਲ ਜੀ ਕੌਣ ਨੇ? ਜਿਨ੍ਹਾਂ ਨੂੰ ਆਪਣਾ ਜਿਹੜਾ ਸਿੱਖ ਇਤਿਹਾਸ ਹੈਗਾ ਉਹ ਪਿਆਰ ਦੇ ਨਾਲ ਮਿੱਠਾ ਮੱਲ ਵੀ ਕਹਿੰਦਾ, ਜਿਨ੍ਹਾਂ ਨੇ ਜੰਗਲਾਂ ਵਿੱਚ ਲੁਕੇ ਹੋਏ ਆਪਣੇ ਉਸ ਟਾਈਮ ਤੇ ਜਿਹੜੇ 18ਵੀਂ ਸਦੀ ਦੇ ਜਿਹੜੇ ਯੋਧੇ ਸੀਗੇ ਉਹਨਾਂ ਵਾਸਤੇ ਲੰਗਰ ਪਹੁੰਚਾਇਆ ਸੀਗਾ, ਤਾਂ ਕਰਕੇ ਉਹਨਾਂ ਨੂੰ ਮਿੱਠਾ ਮੱਲ ਕਿਹਾ ਜਾਂਦਾ। ਤਾਂ ਇੱਥੇ ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਜਨਮ ਕਦੋਂ ਹੋਇਆ? 5 ਨਵੰਬਰ 1872 ਨੂੰ ਅੰਮ੍ਰਿਤਸਰ ਵਿਖੇ ਹੋਇਆ ਭਾਈ ਵੀਰ ਸਿੰਘ ਜੀ ਦਾ ਜਨਮ। ਠੀਕ ਹੈ ਜੀ, ਇਹ ਯਾਦ ਰੱਖ ਲਿਓ। ਤੇ ਪਿੰਡ ਕਿਹੜਾ ਜੀ? ਪਿੰਡ ਵੀ ਯਾਦ ਰੱਖ ਲਿਓ ਜੇ ਤੁਸੀਂ ਯਾਦ ਰੱਖਣਾ ਚਾਹੁੰਦੇ ਆ, ਤਾਂ ਪਿੰਡ ਹੈਗਾ ਜੀ ਕਟੜਾ ਗੜਬਾ ਸਿੰਘ। ਠੀਕ ਹੈ ਜੀ, ਕਟੜਾ ਗੜਬਾ ਸਿੰਘ ਇਹਨਾਂ ਦਾ ਪਿੰਡ ਹੈ, ਇਹ ਯਾਦ ਰੱਖਣਾ। ਠੀਕ ਹੈ ਜੀ, ਤਾਂ ਇੱਕ ਇਹਨਾਂ ਦੇ ਨਾਮ ਤੇ ਟਿਕਟ ਵੀ ਜਾਰੀ ਹੁੰਦੀ ਹੈ 1972 ਦੇ ਵਿੱਚ। ਇਹਨੂੰ ਕਿਵੇਂ ਯਾਦ ਰੱਖਣਾ? ਜਦੋਂ ਇਹਨਾਂ ਦਾ 100ਵਾਂ ਜਨਮ ਦਿਨ ਸੀਗਾ ਨਾ, 100ਵਾਂ ਜਨਮ ਦਿਨ ਦੇ ਬਰਸੀ ਤੇ ਇਹਨਾਂ ਦੇ ਪੰਜਾਬ ਆਪਣੀ ਹਿੰਦੁਸਤਾਨ ਸਰਕਾਰ ਨੇ ਜਾਂ ਆਪਾਂ ਕਹਿ ਸਕਦੇ ਹਾਂ ਇੰਡੀਅਨ ਸਰਕਾਰ ਨੇ ਇੱਕ ਟਿਕਟ ਜਾਰੀ ਕੀਤੀ ਹੈ ਇਹਨਾਂ ਦੇ ਨਾਮ ਤੇ। 1872 ਨੂੰ ਜਨਮ ਹੋਇਆ ਸੀਗਾ ਤੇ 1972 ਨੂੰ ਕੀ ਜਾਰੀ ਹੋਈ ਸੀਗੀ? ਟਿਕਟ ਜਾਰੀ ਹੋਈ ਸੀਗੀ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸੁਖਮਣੀ ਦੀ ਰਚਨਾ। ਆਪਾਂ ਨੂੰ ਪਤਾ ਰਾਜੇ ਸੁਖਮਣੀ ਰਚਨਾ ਕਿਹਨਾਂ ਦੀ ਹੈ? ਇਹ 5ਵੇਂ ਪਾਤਸ਼ਾਹ ਜੀ ਦੀ ਰਚਨਾ ਹੈਗੀ ਹੈ, 24 ਅਸ਼ਟਪਦੀਆਂ ਨੇ ਇਹਦੇ ਵਿੱਚ ਤੇ ਇਹ ਰਾਮਸਰ ਸਰੋਵਰ ਦੇ ਕੰਢੇ ਤੇ ਬੈਠ ਕੇ ਮਹਾਰਾਜ ਨੇ ਕੀ ਆ ਉਚਾਰੀ ਹੈ। ਅੱਗੇ ਗੱਲ ਕਰਦੇ ਹਾਂ ਜੀ, ਅੱਗੇ ਆ ਗਿਆ ਜੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਦੇ ਡੱਬੀ ਬਾਜ਼ਾਰ ਦੇ ਵਿੱਚ ਬੌਲੀ ਸਾਹਿਬ ਦਾ ਨਿਰਮਾਣ ਕਰਵਾਇਆ। ਕਈ ਵਾਰ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਵੀ ਬੌਲੀ ਸਾਹਿਬ ਦਾ ਨਿਰਮਾਣ ਉਹ ਕਹਿ ਦਿੰਦੇ ਆ ਵੀ ਗੁਰੂ ਅਮਰਦਾਸ ਜੀ ਨੇ ਕਰਵਾਇਆ, ਹਾਲਾਂਕਿ ਡੱਬੀ ਬਾਜ਼ਾਰ ਦੇ ਵਿੱਚ 1599 ਦੇ ਵਿੱਚ ਕਾਲ ਪੈ ਗਿਆ ਸੀਗਾ ਤੇ ਉਦੋਂ ਗੁਰੂ ਸਾਹਿਬ ਜੀ ਨੇ ਉੱਥੇ ਜਾ ਕੇ ਇੱਕ ਬੌਲੀ ਦਾ ਨਿਰਮਾਣ ਕਰਵਾਇਆ ਤੇ ਉੱਥੇ ਮੁਸਲਮਾਨਾਂ ਦੀ ਸੇਵਾ ਵੀ ਕੀਤੀ ਤੇ ਇਸੇ ਕਰਕੇ ਜਿਹੜਾ ਅਕਬਰ ਹੈਗਾ ਉਹ ਗੁਰੂ ਅਮਰਦਾਸ ਜੀ ਨੂੰ ਤਾਂ ਮਿਲਿਆ ਹੀ ਮਿਲਿਆ ਸੀਗਾ, ਗੁਰੂ ਅਰਜਨ ਦੇਵ ਜੀ ਨੂੰ ਵੀ ਮਿਲਿਆ ਸੀਗਾ। ਠੀਕ ਹੈ ਜੀ, ਅੱਗੇ ਗੱਲ ਕਰਦੇ ਹਾਂ ਜੀ, ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ। ਸ਼੍ਰੀ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ? ਤਾਂ ਧਿਆਨ ਰੱਖਣਾ ਜੇ ਗੱਲ ਕਰਨਗੇ ਆਦਿ ਗ੍ਰੰਥ ਸਾਹਿਬ ਦੀ, ਠੀਕ ਹੈ ਜੀ, ਆਦਿ ਗ੍ਰੰਥ ਸਾਹਿਬ ਦੀ ਗੱਲ ਕਰਨਗੇ ਤਾਂ ਉਹਦੇ ਵਿੱਚ 5 ਗੁਰੂਆਂ ਦੀ ਬਾਣੀ ਦਰਜ ਹੈ, ਕਿਉਂਕਿ ਆਦਿ ਗ੍ਰੰਥ ਤੋਂ ਬਾਅਦ ਜਿਹੜੀ ਨਵੀਂ ਪੋਥੀ ਤਿਆਰ ਹੁੰਦੀ ਹੈ ਦਮਦਮਾ ਸਾਹਿਬ ਵਾਲੀ ਬੀੜ, ਜਿਹਨੂੰ ਮਹਾਰਾਜ ਨੇ 3 ਅਕਤੂਬਰ 1708 ਦੇ ਵਿੱਚ ਨੰਦੇੜ ਦੇ ਵਿੱਚ ਕੀ ਦਿੱਤਾ ਸੀਗਾ? ਗੁਰੂ ਦਾ ਦਰਜਾ ਦਿੱਤਾ ਸੀਗਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤਾਂ 3 ਅਕਤੂਬਰ 1708 ਦੇ ਵਿੱਚ। ਤੇ ਫਿਰ ਇਹਨੂੰ ਆਪਾਂ ਕਹਿ ਦਿੰਦੇ ਹੁੰਦੇ ਹਾਂ, ਇਸੇ ਬੀੜ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਸ਼੍ਰੀ ਗੁਰੂ ਗ੍ਰੰਥ ਸਾਹਿਬ, ਹਨਾ, ਇਹ ਆਪਣੇ
ਐਟ ਪ੍ਰੈਜੈਂਟ ਗੁਰੂ ਨੇ, ਤੇ ਇਹਨਾਂ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਦੱਸਦਾ ਬੇਟੇ? 6 ਗੁਰੂਆਂ ਦੀ। ਪਹਿਲੇ 5 ਗੁਰੂ ਸਾਹਿਬਾਨ ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ, 11 ਭੱਟਾਂ ਦੀ ਬਾਣੀ ਹੈ, 15 ਭਗਤਾਂ ਦੀ ਬਾਣੀ ਹੈ, ਠੀਕ ਹੈ, 30 ਰਾਗ ਨੇ, ਇਸ ਤੋਂ ਇਲਾਵਾ 4 ਗੁਰਸਿੱਖਾਂ ਦੀ ਬਾਣੀ ਹੈ। ਕਈ ਜਗ੍ਹਾ ਤੇ 3 ਗੁਰਸਿੱਖ ਵੀ ਮਿਲ ਜਾਣਗੇ, ਕਿਉਂਕਿ ਕਈ ਜਗ੍ਹਾ ਤੇ ਭਾਈ ਮਰਦਾਨਾ ਜੀ ਦਾ ਜ਼ਿਕਰ ਨਹੀਂ ਆਉਂਦਾ ਗਾ, ਠੀਕ ਹੈ ਜੀ। ਚਲੋ ਜੀ, ਅੱਗੇ ਗੱਲ ਕਰਦੇ ਹਾਂ ਜੀ। ਸਾਈਂ ਮੀਆਂ ਮੀਰ ਜੀ ਜਿਨ੍ਹਾਂ ਤੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਸੀਗੀ ਆਪਣੇ 5ਵੇਂ ਪਾਤਸ਼ਾਹ ਨੇ, ਕਦੋਂ ਰਖਵਾਈ ਸੀਗੀ ਇਹ ਤੁਸੀਂ ਕਮੈਂਟ ਕਰ ਦਿਓ। 1500 ਕਦੋਂ ਰਖਵਾਈ ਸੀ? 1500 ਮੈਂ ਦੱਸਤਾ, 1500 ਤੋਂ ਅਗਲਾ ਜਿਹੜਾ ਈਅਰ ਹੈਗਾ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ, ਕਿਉਂਕਿ ਮੈਂ ਬਹੁਤ ਵਾਰੀ ਕਰਵਾਇਆ ਹੋਇਆ ਇਹ ਕੁਐਸਚਨ ਹੈ। ਤੇ ਇਹ ਤੁਸੀਂ ਦੱਸਣਾ ਵੀ ਸਾਈਂ ਮੀਆਂ ਮੀਰ ਜੀ ਦਾ ਜਨਮ ਕਦੋਂ ਹੋਇਆ? ਤਾਂ 11 ਅਗਸਤ 1550 ਨੂੰ ਹੋਇਆ ਸੀਗਾ, ਠੀਕ ਹੈ ਜੀ, ਇਹ ਯਾਦ ਰੱਖ ਲਿਓ। ਅੱਗੇ ਗੱਲ ਕਰਦੇ ਹਾਂ ਜੀ। ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਮ ਇਹ ਚਲੋ ਤੁਹਾਨੂੰ ਮੈਂ ਦੱਸ ਦਿੱਤਾ, ਤਿਆਗਮੱਲ। ਤੇ ਇਹ 1635 ਦੇ ਵਿੱਚ ਕਰਤਾਰਪੁਰ ਵਾਲੀ ਜੰਗ ਹੋਈ ਸੀਗੀ, ਤਾਂ ਉਹਦੇ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਇਹਨਾਂ ਦੇ ਪਿਤਾ ਜੀ ਹੈਗੇ, ਉਹਨਾਂ ਦਾ ਨਾਮ ਚੇਂਜ ਕਰਤਾ, ਇਹਨਾਂ ਦਾ ਤਿਆਗਮੱਲ ਰੱਖਤਾ ਸੀ, ਤੇਗ ਬਹਾਦਰ ਰੱਖਤਾ ਸੀਗਾ। ਅੱਗੇ ਗੱਲ ਕਰਦੇ ਹਾਂ ਜੀ। ਜਦੋਂ ਮੱਖਣ ਸ਼ਾਹ ਲੁਭਾਣਾ ਵਪਾਰੀ ਦਾ ਜਹਾਜ਼ ਡੁੱਬ ਰਿਹਾ ਸੀ ਤਾਂ ਉਸਨੇ ਕਿੰਨੀਆਂ ਮੋਹਰਾਂ ਸੁੱਖੀਆਂ ਸੀਗੀਆਂ? ਇਹ ਤੁਹਾਨੂੰ ਇੱਕ ਨਾ ਇੱਕ ਸਾਖੀ ਜ਼ਿਕਰ ਆਉਂਦਾ, ਇੱਕ ਸਾਖੀ ਆਉਂਦੀ ਹੁੰਦੀ ਹੈ ਬਾਬਾ ਬਕਾਲਾ, ਠੀਕ ਹੈ, ਜਦੋਂ 8ਵੇਂ ਪਾਤਸ਼ਾਹ ਜਿਹੜੇ ਹੈਗੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਿੱਲੀ ਵਿਖੇ ਆਪਣੇ ਅੰਤਿਮ ਸਵਾਸ ਲੈ ਰਹੇ ਹੁੰਦੇ ਆ, ਤਾਂ ਉਹ ਕਹਿ ਦਿੰਦੇ ਬਾਬਾ ਬਕਾਲਾ। ਤੇ ਬਾਬਾ ਬਕਾਲਾ ਜੋ ਜਾਂਦੇ ਆ ਨਾ, ਤਾਂ ਮੱਖਣ ਸ਼ਾਹ ਲਵਾਣਾ ਜਾਂਦੇ ਆ, ਤਾਂ ਉਹ 22 ਮੰਜੀਆਂ ਹੁੰਦੀਆਂ ਨੇ, 22 ਬੰਦੇ ਗੁਰੂ ਬਣ ਕੇ ਬੈਠੇ ਹੁੰਦੇ ਨੇ। ਤੇ ਮੱਖਣ ਸ਼ਾਹ ਲਵਾਣਾ ਨਾ ਵਪਾਰੀ ਸੀਗਾ, ਉਹ ਸਮੁੰਦਰੀ ਜਹਾਜ਼ 'ਚ ਜਾ ਰਿਹਾ ਹੁੰਦਾ ਤਾਂ ਉਹਦਾ ਜਹਾਜ਼ ਡੁੱਬਣ ਲੱਗਦਾ, ਤਾਂ ਉਹ ਸੁੱਖਦਾ ਉੱਥੇ ਬੈਠਾ ਬੈਠਾ ਵੀ ਮਹਾਰਾਜ ਅੱਗੇ ਅਰਦਾਸ ਕਰਦਾ ਵੀ ਜੇ ਮੈਂ ਇੱਥੋਂ ਬਚ ਜੂੰਗਾ, ਇਸ ਤੂਫਾਨ ਤੋਂ ਬਚ ਜੂੰਗਾ, ਤਾਂ ਮੈਂ 500 ਮੋਹਰਾਂ ਭੇਂਟ ਕਰੂੰਗਾ ਤੁਹਾਨੂੰ। ਤਾਂ ਉਹ 22 ਮੰਜੀਆਂ ਉੱਥੇ ਹੁੰਦੀਆਂ, 22 ਗੁਰੂ ਬਣੇ ਬੈਠੇ ਹੁੰਦੇ ਆ, ਤਾਂ ਸਾਰਿਆਂ ਦੇ ਅੱਗੇ ਜਾ ਕੇ ਨਾ 5-5 ਮੋਹਰਾਂ ਰੱਖਦਾ, ਸਾਰਿਆਂ ਅੱਗੇ ਜਾ ਕੇ ਨਾ 5-5 ਮੋਹਰਾਂ ਰੱਖਦਾ, ਕੋਈ ਨਹੀਂ ਬੋਲਦਾ, ਸਾਰੇ 5-5 ਮੋਹਰਾਂ ਲੈ ਲੈਂਦੇ ਆ, ਤਾਂ ਸਮਝ ਜਾਂਦਾ ਵੀ ਸਾਰੇ ਨਕਲੀ ਨੇ ਇਹ। ਫਿਰ ਉਹਨੂੰ ਪਤਾ ਲੱਗਦਾ ਵੀ ਇੱਕ ਗੁਰੂ ਹੋਰ ਨੇ ਜਿਹੜੇ ਬਕਾਲੇ ਬੈਠੇ ਨੇ, ਠੀਕ ਹੈ ਜੀ, ਬਕਾਲੇ ਹੀ 22 ਮੰਜੀਆਂ ਲੱਗੀਆਂ ਸੀ, ਤੇ ਉਹ ਕਹਿੰਦੇ ਇੱਕ ਗੁਰੂ ਹੋਰ ਨੇ ਜਿਹੜੇ ਭੋਰੇ 'ਚ ਬੈਠੇ ਨੇ, ਤਾਂ ਜਦੋਂ ਜਾਂਦਾ ਮਿਲਣ ਵਾਸਤੇ ਬਾਹਰ ਮਾਤਾ ਗੁਜਰ ਕੌਰ ਜੀ ਬੈਠੇ ਹੁੰਦੇ ਆ, ਤਾਂ ਬੇਨਤੀ ਕਰਦਾ ਵੀ ਉਹਨਾਂ ਨੂੰ ਬੁਲਾ ਦਿਓ, ਤਾਂ ਜਦੋਂ ਗੁਰੂ ਮਹਾਰਾਜ ਜੀ ਅੱਗੇ 5 ਮੋਹਰਾਂ ਰੱਖਦਾ ਤਾਂ ਗੁਰੂ ਜੀ ਹੱਸਣ ਲੱਗ ਜਾਂਦੇ ਆ, ਕਹਿੰਦੇ 500 ਸੁੱਖ ਕੇ ਤੂੰ 5 ਭੇਂਟ ਕਰ ਰਿਹਾ, ਤਾਂ ਫਿਰ ਉਹ ਖੁਸ਼ੀ ਨਾਲ ਕਹਿ ਦਿੰਦਾ ਗੁਰੂ ਲੱਭ ਦੋ ਰੇ, ਗੁਰੂ ਲੱਭ ਦੋ ਰੇ, ਜਾਣੀ ਕਿ ਗੁਰੂ ਲੱਭ ਗਿਆ। ਤਾਂ 500 ਮੋਹਰਾਂ ਇਹ ਸੁੱਖੀਆਂ ਹੁੰਦੀਆਂ ਇਹਨੇ, ਠੀਕ ਹੈ ਜੀ, ਇਹ ਯਾਦ ਰੱਖਣਾ। ਤੁਹਾਨੂੰ ਕਈ ਜਗ੍ਹਾ ਤੇ 2-2 ਮੋਹਰਾਂ ਵੀ ਆ ਜਾਣਗੀਆਂ ਵੀ 2-2 ਮੋਹਰਾਂ ਭੇਂਟ ਕਰਦਾ, ਪਰ ਜਿਹੜੀ ਸਹੀ ਇਤਿਹਾਸ ਦੇ ਵਿੱਚ ਹੈਗਾ ਉਹ 5-5 ਮੋਹਰਾਂ ਭੇਂਟ ਕਰਦਾ। ਅੱਗੇ ਆ ਗਿਆ ਜੀ, ਰਾਣੀ ਚੰਪਾ ਕਿਸ ਦੀ ਵਿਧਵਾ ਸੀਗੀ? ਹੁਣ ਇਹ ਰਾਣੀ ਚੰਪਾ ਕੌਣ ਹੈ? ਰਾਣੀ ਚੰਪਾ ਉਹ ਹੈ ਜਿਹਦੇ ਤੋਂ, ਠੀਕ ਹੈ ਜੀ, ਗੁਰੂ ਤੇਗ ਬਹਾਦਰ ਜੀ ਨੇ 500 ਰੁਪਏ ਦੇ ਵਿੱਚ ਜ਼ਮੀਨ ਖਰੀਦੀ ਸੀ। ਐਕਚੁਅਲੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਨੇ ਖਰੀਦੀ ਸੀ, ਬੀਬੇ ਨਾਨਕੀ ਜੀ ਨੇ, ਤੇ ਤਾਂ ਹੀ ਤਾਂ ਚੱਕ ਨਾਨਕੀ, ਕਿਹਦਾ ਨਾਮ ਹੈ ਚੱਕ ਨਾਨਕੀ? ਆਪਣਾ ਆਨੰਦਪੁਰ ਸਾਹਿਬ ਦਾ ਨਾਮ, ਤੇ ਇੱਕ ਨਾਮ ਹੋਰ ਆ ਉਹਦਾ ਮਾਖੋਵਾਲ, ਕਿਉਂਕਿ ਉੱਥੇ ਮਾਖੋਵਾਲ ਨਾਮ ਦਾ ਡਾਕੂ ਰਹਿੰਦਾ ਸੀਗਾ। ਤਾਂ ਰਾਣੀ ਚੰਪਾ ਜਿਹੜੀ ਹੈਗੀ ਆ ਨਾ, ਉਹ ਗੁਰੂ ਘਰ ਦੀ ਕੀ ਸੀਗੀ, ਸੇਵਕ ਸੀਗੀ, ਤੇ ਉਹਦੀ ਇੱਛਾ ਸੀਗੀ ਵੀ ਕਰਤਾਰਪੁਰ ਸਾਹਿਬ ਦੇ ਨੇੜੇ ਤੇੜੇ ਗੁਰੂ ਸਾਹਿਬ ਜੀ ਕੀ ਕਰਨ, ਕੋਈ ਨਾ ਕੋਈ ਜਗ੍ਹਾ ਵਸਾਉਣ। ਤੇ ਰਾਜਾ ਦੀਪ ਚੰਦ ਦੀ ਕੀ ਸੀਗੀ? ਪਤਨੀ ਸੀਗੀ। ਰਾਜਾ ਦੀਪ ਚੰਦ ਜੀ ਦੀ ਜੋ ਡੈਥ ਹੋ ਜਾਂਦੀ ਹੈ, ਤਾਂ ਉਹਦੇ ਸੰਸਕਾਰ ਤੇ ਜਾਂਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਬੇਬੇ ਨਾਨਕੀ ਜੀ। ਅੱਗੇ ਆ ਗਿਆ ਜੀ, ਗੁਰੂ ਤੇਗ ਬਹਾਦਰ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 9ਵੇਂ ਪੁੱਤਰ ਸੀਗੇ, ਤਾਂ ਸਭ ਤੋਂ ਛੋਟੇ ਪੁੱਤਰ ਸੀਗੇ, ਠੀਕ ਹੈ ਜੀ, ਸਭ ਤੋਂ ਛੋਟੇ ਪੁੱਤਰ ਸੀਗੇ, ਸਭ ਤੋਂ ਵੱਡੇ ਪੁੱਤਰ ਸੀਗੇ ਬਾਬਾ ਗੁਰਦਿੱਤਾ ਜੀ, ਠੀਕ ਹੈ ਜੀ। ਤਾਂ ਇਹ ਜੇ ਆਪਾਂ ਹੁਣ ਦੱਸਣਾ ਹੋਵੇ ਵੀ 9ਵੇਂ ਸੀਗੇ, ਤਾਂ 5ਵੇਂ ਪੁੱਤਰ ਸੀਗੇ, ਠੀਕ ਹੈ ਜੀ। ਬਾਕੀ ਸਾਰਿਆਂ ਦੇ ਨਾਮ ਮੈਂ ਅੱਗੇ ਜਾ ਕੇ ਦੱਸੂਗਾ, ਇੱਕ ਕੁਐਸਚਨ ਆਊਗਾ। ਅੱਗੇ ਆ ਗਿਆ ਜੀ, ਬਾਬਾ ਬਕਾਲਾ ਵਿਖੇ ਸੋਢੀਆਂ ਨੇ ਕਿੰਨੀਆਂ ਮੰਜੀਆਂ ਦੀ ਸਥਾਪਨਾ ਕਰ ਲਈ? ਤਾਂ ਕਿੰਨੇ ਗੁਰੂ ਬਣ ਕੇ ਬੈਠ ਗਏ ਸੀਗੇ ਨਕਲੀ? ਤਾਂ 22 ਗੁਰੂ ਬਣ ਕੇ ਬੈਠ ਗਏ ਸੀਗੇ। ਅੱਗੇ ਆ ਗਿਆ ਜੀ, ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿੰਨੇ ਕਿਲਿਆਂ ਦਾ ਨਿਰਮਾਣ ਕਰਵਾਇਆ? ਹਾਲਾਂਕਿ ਕਈ ਜਗ੍ਹਾ ਤੇ 3-4 ਦਾ ਜ਼ਿਕਰ ਆਉਂਦਾ, ਪਰ ਜਿਹੜਾ ਤੁਸੀਂ ਪੇਪਰ ਦੇ ਵਿੱਚ ਆਨਸਰ ਲਾ ਕੇ ਆਉਣਾ ਰਾਜੇ, ਇਹਨਾਂ ਨੇ 5 ਕਿਲਿਆਂ ਦਾ ਨਿਰਮਾਣ ਕਰਵਾਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਕਿਹੜੇ ਕਿਹੜੇ ਕਿਲੇ ਨੇ? ਕਿਲਾ ਆਨੰਦਗੜ੍ਹ ਸਾਹਿਬ, ਕਿਲਾ ਲੋਹਗੜ੍ਹ ਸਾਹਿਬ, ਕਿਲਾ ਫਤਿਹਗੜ੍ਹ ਸਾਹਿਬ, ਕਿਲਾ ਹੋਲਗੜ੍ਹ ਸਾਹਿਬ ਤੇ ਕਿਲਾ ਕੇਸਗੜ੍ਹ ਸਾਹਿਬ। ਇਹ 5 ਕਿਲੇ ਨੇ।
ਅੱਗੇ ਆ ਗਿਆ ਜੀ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਕੌਣ ਕੌਣ? ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਕਦੋਂ ਨੀਹਾਂ ਦੇ ਵਿੱਚ ਨਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ? ਤਾਂ ਇਹ ਆਪਾਂ ਦੇਖੋ ਜੇ ਤਾਂ ਆਪਾਂ ਸਣ ਯਾਦ ਰੱਖਣਾ ਸਣ 1704 ਹੀ ਆਊਗਾ, ਠੀਕ ਹੈ ਜੀ, ਕਿਉਂਕਿ ਨਾ ਉਸ ਟਾਈਮ ਤੇ ਬਿਕਰਮੀ ਸੰਮਤ ਚੱਲਦੀ ਸੀ 1761 ਤੇ ਚਮਕੌਰ ਦੀ ਜੰਗ ਵੀ 1704 ਦੇ ਵਿੱਚ ਹੀ ਹੁੰਦੀ ਹੈ, ਯਾਨੀ ਕਿ ਚਾਰੇ ਸਾਹਿਬਜ਼ਾਦੇ ਜਿਹੜੇ ਸ਼ਹੀਦ ਹੁੰਦੇ ਆ ਨਾ 1704 ਦੇ ਵਿੱਚ ਹੀ ਹੋ ਜਾਂਦੇ ਆ। ਪਰ ਡੇਟਾਂ ਦੀ ਪਿੱਛੇ ਆਪਾਂ ਗੱਲ ਕਰੀਏ ਤਾਂ 27 ਦਸੰਬਰ 1704 ਨੂੰ ਛੋਟੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਆ, ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ ਆਪਾਂ, ਅੱਗੇ ਆ ਗਿਆ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰਬੰਦੀ। ਪਹਿਲਾਂ ਕੀ ਹੁੰਦਾ ਸੀ ਨਾ ਸਾਡੇ ਸਿੱਖ ਇਤਿਹਾਸ ਦੇ ਵਿੱਚ, ਦਸਤਾਰਬੰਦੀ ਕੀਤੀ ਜਾਂਦੀ ਸੀ ਜਦੋਂ ਬੱਚਾ 8-10 ਸਾਲ ਦਾ ਹੋ ਜਾਂਦਾ ਸੀ ਨਾ, ਉਹਦੀ ਦਸਤਾਰਬੰਦੀ ਹੁੰਦੀ ਸੀਗੀ। ਹਾਲਾਂਕਿ ਇਹ ਰਿਵਾਜ ਅੱਜ ਕੱਲ ਹੌਲੀ ਹੌਲੀ ਅਲੋਪ ਹੋ ਰਿਹਾ, ਤਾਂ ਇਹ ਜਿਹੜੀ ਦਸਤਾਰਬੰਦੀ ਹੁੰਦੀ ਆ ਤਾਂ ਪਹਿਲੀ ਵਾਰੀ ਦਸਤਾਰ ਬੰਨੀ ਜਾਂਦੀ ਹੈ ਜਿਹੜੀ ਦਸਤਾਰ ਮਾਮਾ ਲੈ ਕੇ ਆਉਂਦਾ। ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰਬੰਦੀ ਲਖਨੌਰ ਵਿਖੇ ਹੋਈ ਸੀ। ਇਹਨਾਂ ਦੇ ਮਾਮਾ ਜੀ ਕੌਣ ਸੀਗੇ? ਕਿਰਪਾਲ ਚੰਦ ਜੀ, ਮਾਤਾ ਗੁਜਰ ਕੌਰ ਜੀ ਦੇ ਭਰਾ ਸੀਗੇ ਕਿਰਪਾਲ ਚੰਦ ਜੀ, ਉਹਨਾਂ ਵੱਲੋਂ ਕੀਤੀ ਜਾਂਦੀ ਹੈ ਇਹਨਾਂ ਦੀ ਦਸਤਾਰਬੰਦੀ। ਚਲੀਏ ਜੀ ਅੱਗੇ, ਅਗਲੇ ਪ੍ਰਸ਼ਨ ਵੱਲ ਮੂਵ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਕਿਹੜੀ ਭਾਸ਼ਾ ਦਾ ਪ੍ਰਯੋਗ ਨਹੀਂ ਕੀਤਾ? ਬਹੁਤ ਜ਼ਿਆਦਾ ਮਹੱਤਵਪੂਰਨ ਕੁਐਸਚਨ ਹੈ। ਗੁਰੂ ਸਾਹਿਬ ਜੀ ਨੇ ਫਾਰਸੀ ਦੇ ਵਿੱਚ ਵੀ ਕੀ ਲਿਖਿਆ? ਜ਼ਫਰਨਾਮਾ, ਠੀਕ ਹੈ ਜੀ। ਗੁਰੂ ਸਾਹਿਬ ਜੀ ਨੇ ਬ੍ਰਜ ਭਾਸ਼ਾ ਦਾ ਵੀ ਪ੍ਰਯੋਗ ਕੀਤਾ, ਗੁਰੂ ਜੀ ਨੇ ਸੰਸਕ੍ਰਿਤ ਦਾ ਵੀ ਪ੍ਰਯੋਗ ਕੀਤਾ, ਪੰਜਾਬੀ ਦੇ ਵਿੱਚ ਵੀ ਰਚਨਾਵਾਂ ਕੀਤੀਆਂ ਗੁਰਮੁਖੀ ਦੇ ਵਿੱਚ, ਤੇ ਕਿਹੜੀ ਭਾਸ਼ਾ ਦਾ ਪ੍ਰਯੋਗ ਨਹੀਂ ਕੀਤਾ? ਅਰਬੀ ਭਾਸ਼ਾ ਨਹੀਂ ਕਦੇ ਵਰਤੀ। ਅੱਗੇ ਗੱਲ ਕਰਦੇ ਹਾਂ ਜੀ, ਮਸੰਦ ਪ੍ਰਥਾ ਦਾ ਅੰਤ ਕਿਸਨੇ ਕੀਤਾ? ਮਸੰਦ ਪ੍ਰਥਾ ਕਿਹਨੇ ਸ਼ੁਰੂ ਕੀਤੀ ਸੀਗੀ? ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ। ਮਸੰਦਦਾਰ ਹੁੰਦੇ ਸੀਗੇ, ਮਸੰਦ ਦਾ ਮਤਲਬ ਹੁੰਦਾ, ਮਸੰਦਦਾਰ ਦਾ ਮਤਲਬ ਹੁੰਦਾ ਜਿਹੜਾ ਕਿ ਜਿਵੇਂ ਆਪਾਂ ਅੱਜ ਕੱਲ੍ਹ ਕਹਿ ਦਿੰਦੇ ਜਥੇਦਾਰ, ਜਿਹੜਾ ਅੱਗੇ ਜਾ ਕੇ ਕੀ ਕਰਦਾ? ਸਿੱਖਿਆਵਾਂ ਦਾ ਪ੍ਰਚਾਰ ਕਰਦਾ, ਗੁਰਬਾਣੀ ਦਾ ਪ੍ਰਚਾਰ ਕਰਦਾ। ਤਾਂ ਇਹ ਜਿਹੜੇ ਮਸੰਦ ਸੀਗੇ ਬਾਅਦ ਦੇ ਵਿੱਚ ਕੀ ਹੋ ਗਏ ਸੀਗੇ? ਬੇਈਮਾਨ ਹੋ ਗਏ ਸੀ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਕੜਾਇਆਂ 'ਚ ਪਾ ਕੇ ਤਲਤਾ ਸੀਗਾ, ਠੀਕ ਹੈ ਜੀ। ਇੱਕ ਲੰਮੀ ਸਾਖੀ ਆ, ਫਿਰ ਆਪਾਂ ਕਿਤੇ ਗੱਲ ਕਰਾਂਗੇ। ਅੱਗੇ ਆ ਗਿਆ ਜੀ, ਤਲਵੰਡੀ ਸਾਬੋ ਨੂੰ ਹੋਰ ਕਿਹੜੇ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ? ਜਦੋਂ ਮਹਾਰਾਜ ਖਦਰਾਣੇ ਦੇ ਢਾਬ ਦੀ ਜੰਗ ਹੁੰਦੀ ਹੈ 1705 ਦੇ ਵਿੱਚ, ਜਿੱਥੇ 40 ਮੁਕਤੇ ਸ਼ਹੀਦ ਹੁੰਦੇ ਆ, ਤਾਂ ਉਸ ਤੋਂ ਬਾਅਦ ਭਾਈ ਡੱਲੇ ਜੀ ਦੇ ਕਹਿਣ ਤੇ ਗੁਰੂ ਸਾਹਿਬ ਜੀ ਕਿੱਥੇ ਆਉਂਦੇ ਆ? ਦਮਦਮਾ ਸਾਹਿਬ, ਉੱਥੇ ਆ ਕੇ ਦਮ ਲੈਂਦੇ ਆ ਗੁਰੂ ਸਾਹਿਬ, ਠੀਕ ਹੈ, ਤਾਂ ਉਹਨੂੰ ਕਹਿ ਦਿੰਦੇ ਦਮਦਮਾ ਸਾਹਿਬ। ਤੇ ਤਲਵੰਡੀ ਸਾਬੋ ਨੂੰ ਕੀ ਕਹਿ ਦਿੰਦੇ ਆ? ਹੋਰ ਨਾਮ ਕੀ ਉਹਦਾ ਤਲਵੰਡੀ ਸਾਬੂ ਦਾ? ਗੁਰੂ ਕੀ ਕਾਸ਼ੀ ਤੇ ਦਮਦਮਾ ਸਾਹਿਬ, ਦੋਨੇ ਦੇ ਨਾਮ ਆ ਜਾਣਗੇ ਤਾਂ ਆਪਣਾ ਆਂਸਰ ਕੀ ਆਜੂਗਾ? ਏ ਤੇ ਬੀ ਆਜੂਗਾ। ਅੱਗੇ ਗੱਲ ਕਰੀਏ ਜੀ, ਆਦਿ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਸਥਾਨ ਤੇ ਦਿੱਤਾ? ਤੁਹਾਨੂੰ ਮੈਂ ਦੱਸਦਾ ਬੇਟੇ, ਨੰਦੇੜ 1708, 3 ਅਕਤੂਬਰ, ਠੀਕ ਹੈ ਜੀ, 3 ਅਕਤੂਬਰ 1708 ਨੂੰ ਮਹਾਰਾਜ ਨੇ ਕਿਹਾ ਸੀਗਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਦੋਂ ਮਹਾਰਾਜ ਜੀ ਨੇ ਕਹਿਤਾ ਸੀ ਵੀ ਸਾਡੇ ਜਿਹੜਾ ਅੰਤਿਮ ਸਮਾਂ ਹੈਗਾ ਨੇੜੇ ਹੈ, ਤਾਂ ਸੰਗਤ ਨੇ ਕਿਹਾ ਸੀ ਵੀ ਅਸੀਂ ਕਿਹਨਾਂ ਨੂੰ ਗੁਰੂ ਮੰਨਾਂਗੇ, ਤਾਂ ਗੁਰੂ ਸਾਹਿਬ ਜੀ ਨੇ ਫਿਰ ਇਹ ਹੁਕਮ ਜਾਰੀ ਕੀਤਾ ਸੀਗਾ। ਅੱਗੇ ਚੱਲਦੇ ਹਾਂ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਕੁੱਲ ਕਿੰਨੇ ਕਵੀ ਸੀਗੇ? ਤਾਂ ਟੋਟਲ 52 ਕਵੀ ਸੀਗੇ ਮਹਾਰਾਜ ਦੇ ਦਰਬਾਰ ਦੇ ਵਿੱਚ। ਜਿਹੜਾ ਮੁੱਖ ਕਵੀ ਸੀਗਾ ਉਹਦਾ ਨਾਮ ਕੀ ਸੀਗਾ? ਉਹਦਾ ਨਾਮ ਸੀਗਾ ਜੀ ਸੈਨਾਪਤ, ਠੀਕ ਹੈ ਜੀ। ਅੱਗੇ ਚੱਲਦੇ ਹਾਂ, ਅੱਗੇ ਆ ਗਿਆ ਜੀ, ਖਾਲਸਾ ਪੰਥ ਦੀ ਸਥਾਪਨਾ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਬੁਲਾਵੇ ਤੇ ਆਏ ਪੰਜ ਪਿਆਰਿਆਂ ਦਾ ਸਹੀ ਕਰਮਵਾਰ ਕਿਹੜਾ ਹੈ? ਤਾਂ ਪੰਜ ਪਿਆਰਿਆਂ ਦਾ ਕਰਮਵਾਰ ਬਹੁਤ ਪੁੱਛਦੇ ਹੁੰਦੇ ਆ, ਇਹਨੂੰ ਯਾਦ ਕਰਨ ਦੀ ਤਰੀਕ ਵੀ ਮੈਂ ਦੱਸ ਦੂੰਗਾ, ਠੀਕ ਹੈ ਜੀ। ਇਹਦੇ ਵਿੱਚ ਜਿਹੜਾ ਆਂਸਰ ਆਊਗਾ ਡੀ। ਦੇਖੋ ਸਭ ਤੋਂ ਪਹਿਲਾਂ ਬੰਦੇ ਦੇ ਅੰਦਰ ਕੀ ਹੋਣੀ ਚਾਹੀਦੀ ਹੈ? ਦਇਆ ਹੋਣੀ ਚਾਹੀਦੀ ਹੈ। ਜੇ ਬੰਦੇ ਅੰਦਰ ਦਇਆ ਹੋਊਗੀ, ਬੰਦਾ ਕੀ ਬਣ ਜੂਗਾ? ਧਾਰਮਿਕ ਬਣ ਜੂਗਾ, ਯਾਨੀ ਕਿ ਧਰਮ ਸਿੰਘ, ਠੀਕ ਹੈ ਜੀ। ਧਾਰਮਿਕ ਹੋਊਗਾ ਤਾਂ ਬੰਦੇ ਅੰਦਰ ਕੀ ਆਜੂਗੀ? ਹਿੰਮਤ ਵੀ ਆਜੂਗੀ ਦੁੱਖਾਂ ਦੇ ਨਾਲ ਲੜਨ ਦੀ। ਫਿਰ ਬੰਦਾ ਕੀ ਹੋਜੂਗਾ? ਮੋਕਮ ਹੋਜੂਗਾ, ਤੇ ਫਿਰ ਬੰਦਾ ਕੀ ਹੋਜੂਗਾ? ਸਾਹਿਬ ਦੇ ਨਾਲ ਮੇਲ ਹੋਜੂਗਾ। ਧਰਮ ਸਿੰਘ, ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਕਮ ਸਿੰਘ ਤੇ ਸਾਹਿਬ ਸਿੰਘ, ਇਹ ਪੁਰਾਣੇ ਨਾਮ ਨੇ ਜਿਹੜੇ ਮੈਂ ਲਿਖੇ ਹੋਏ ਆ। ਜਿਹੜੇ ਅੰਮ੍ਰਿਤ ਛਕਣ ਤੋਂ ਬਾਅਦ ਫਿਰ ਇਹਨਾਂ ਦੇ ਨਾਮ ਪਿੱਛੇ ਕੀ ਲਗਾਤਾ ਸੀ? ਮਹਾਰਾਜ ਨੇ ਸਿੰਘ ਲਗਾਤਾ ਸੀਗਾ। ਅੱਗੇ ਆ ਗਿਆ ਜੀ, ਗੁਰੂ ਗੋਬਿੰਦ ਸਿੰਘ ਜੀ ਤੇ ਬਹਾਦਰ ਸ਼ਾਹ ਦੀ ਮੁਲਾਕਾਤ ਕਿੱਥੇ ਹੁੰਦੀ ਹੈ? ਤੇ ਬਹਾਦਰ ਸ਼ਾਹ ਦੀ ਫਿਰ ਗੁਰੂ ਸਾਹਿਬ ਜੀ ਮਦਦ ਨਹੀਂ ਕਰਦੇ ਗੇ ਬਾਅਦ ਚ ਆਏ, ਹਾਲਾਂਕਿ ਉਹ ਮੁੱਕਰ ਜਾਂਦਾ, ਤਾਂ ਇਹਨਾਂ ਦੀ ਮੁਲਾਕਾਤ ਆਗਰੇ ਵਿਖੇ ਹੁੰਦੀ ਹੈ। ਅੱਗੇ ਚੰਡੀ ਦੀ ਵਾਰ ਦੇ ਵਿੱਚ ਕੁੱਲ ਕਿੰਨੀਆਂ ਪੌੜੀਆਂ? ਮੈਂ ਦੱਸਿਆ ਸੀ ਨਾ ਕੁਐਸਚਨ ਦੇ ਵਿੱਚ, ਜੇ ਇਕੱਲੀਆਂ ਪੌੜੀਆਂ ਆ ਜਾਣਗੀਆਂ ਤਾਂ 54 ਲਾ ਕੇ ਆਉਣੀਆਂ ਨੇ, ਠੀਕ ਹੈ ਜੀ। ਜੇ ਉੱਥੇ ਆਪਸ਼ਨ 55 ਪਈ ਹੋਈ ਫਿਰ ਤੁਸੀਂ 55 ਲਾਓਗੇ।
ਅੱਗੇ ਆ ਗਿਆ ਜੀ ਪੀਰ ਬੁੱਧੂ ਸ਼ਾਹ ਜੀ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਵੱਡੇ ਮੁਰੀਦ ਸੀਗੇ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਵਾਸਤੇ ਕਿੰਨੇ ਸੈਨਿਕ ਲੈ ਕੇ ਆਏ ਸੀਗੇ? ਤਾਂ ਉਹਨਾਂ ਨੇ ਆਪਣੇ ਸਾਰੇ ਪੁੱਤ, ਯਾਨੀ ਕਿ 4 ਦੇ 4 ਪੁੱਤ ਸ਼ਹੀਦ ਕਰਵਾ ਲਏ ਸੀਗੇ ਤੇ 700 ਸੈਨਿਕ ਲੈ ਕੇ ਆਏ ਸੀਗੇ। ਤਾਂ ਏ ਤੇ ਬੀ ਦੋਨੇ ਆਂਸਰ ਆ ਜਾਊਗਾ, ਠੀਕ ਹੈ ਜੀ। ਅੱਗੇ ਆ ਗਿਆ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਕਦੋਂ ਛੱਡਿਆ? ਠੀਕ ਹੈ ਜੀ, ਅਨੰਦਪੁਰ ਸਾਹਿਬ ਦਾ ਕਿਲ੍ਹਾ ਕਦੋਂ ਛੱਡਿਆ ਮਹਾਰਾਜ ਨੇ? ਤਾਂ ਅਨੰਦਪੁਰ ਸਾਹਿਬ ਦੀ ਜਿਹੜੀ ਪਹਿਲੀ ਲੜਾਈ ਹੁੰਦੀ ਰਾਜੇ ਉਹ 1701 ਦੇ ਵਿੱਚ ਹੁੰਦੀ ਹੈ। ਹਾਲਾਂਕਿ ਉਦੋਂ ਬਾਅਦ ਟਕਾ ਹੋ ਗਿਆ ਸੀ ਪਰ ਫਿਰ ਦੁਬਾਰਾ ਘੇਰਾ ਪਾ ਲਿਆ ਸੀ ਇਹਨਾਂ ਨੇ। ਤਾਂ ਉਸ ਤੋਂ ਬਾਅਦ ਫਿਰ ਮਹਾਰਾਜ ਕੀ ਕਰਦੇ ਨੇ, ਕਿਲ੍ਹਾ ਛੱਡਦੇ ਨੇ ਕਿਲ੍ਹਾ। ਹਾਲਾਂਕਿ ਮਹਾਰਾਜ ਛੱਡਣਾ ਨਹੀਂ ਚਾਹੁੰਦੇ ਸੀਗੇ, ਸੰਗਤ ਦੇ ਕਹਿਣ ਤੇ ਹੀ ਮਹਾਰਾਜ ਨੇ ਕਿਲ੍ਹਾ ਛੱਡਿਆ ਸੀਗਾ। ਤਾਂ ਇਹ ਜਿਹੜਾ ਕਿਲ੍ਹਾ ਛੱਡਿਆ ਜਾਂਦਾ ਰਾਜੇ ਉਸ ਟਾਈਮ ਤੇ 20 ਦਸੰਬਰ 1704 ਨੂੰ ਛੱਡਿਆ ਜਾਂਦਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਅੱਗੇ ਆ ਗਿਆ ਜੀ ਸ਼ਾਹ ਹੁਸੈਨ ਦਾ ਦੇਹਾਂਤ ਕਦੋਂ ਹੁੰਦਾ? ਹਾਲਾਂਕਿ ਇਹ ਤੁਹਾਡੇ ਮੈਂਸ਼ਨ ਤਾਂ ਨਹੀਂ ਹੈਗਾ ਪਰ ਕਈ ਵਾਰੀ ਪੁੱਛ ਲੈਂਦੇ ਆ, ਇਸ ਕਰਕੇ ਮੈਂ ਇਹ ਕੁਸ਼ਚਨ ਪਾਤਾ। 1593 ਦੇ ਵਿੱਚ ਇਹਦਾ ਕੀ ਹੁੰਦਾ ਜੀ, ਦੇਹਾਂਤ ਹੁੰਦਾ, ਤੇ 1539 ਦੇ ਵਿੱਚ ਕੀ ਹੋਇਆ ਸੀ, ਇਹਦਾ ਜਨਮ ਹੋਇਆ ਸੀ ਸ਼ਾਹ ਹੁਸੈਨ ਦਾ। ਅੱਗੇ ਆ ਗਿਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਫਰੀਦ ਜੀ ਦੀ ਕੁੱਲ ਕਿੰਨੀ ਬਾਣੀ ਹੈ? ਬਾਬਾ ਫਰੀਦ ਜੀ ਦੇ ਰਾਜੇ 112 ਸਲੋਕ ਨੇ ਤੇ 4 ਸ਼ਬਦ ਦਰਜ ਨੇ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ, ਸ਼ੇਖ ਫਰੀਦ ਜੀ ਕਿਹਨਾਂ ਦੇ ਮੁਰਸ਼ਦ, ਸ਼ੇਖ ਫਰੀਦ ਜੀ ਦੇ ਮੁਰਸ਼ਦ ਕੌਣ ਸੀਗੇ, ਯਾਨੀ ਕਿ ਉਹਨਾਂ ਦੇ ਗੁਰੂ ਕੌਣ ਸੀਗੇ? ਸ਼ੇਖ ਫਰੀਦ ਜੀ ਕੌਣ ਨੇ? ਬਾਬਾ ਫਰੀਦ ਜੀ ਦੀ ਗੱਲ ਹੋ ਰਹੀ ਹੈ। ਇਹਨਾਂ ਦੇ ਮੁਰਸ਼ਦ ਸੀਗੇ ਕੁਤਬਦੀਨ ਬਖਤਿਆਰ ਕਾਕੀ ਜੀ। ਤੇ ਸ਼ਾਹ ਹੁਸੈਨ ਦੇ ਪਿਤਾ ਦਾ ਨਾਮ ਕੀ ਸੀਗਾ ਰਾਜੇ? ਇਹ ਵੀ ਕੁਸ਼ਚਨ ਬਹੁਤ ਆਇਆ ਹੋਇਆ ਮਾਸਟਰ ਕੇਡਰ ਦੇ ਵਿੱਚ। ਸ਼ੇਖ ਉਸਮਾਨ ਉਹਦਾ ਨਾਮ ਸੀਗਾ। ਬੁੱਲੇ ਸ਼ਾਹ ਨੇ ਕਿਹੜੇ ਕਾਵਿ ਰੂਪ ਦੇ ਵਿੱਚ ਸਿਰਜਣਾ ਨਹੀਂ ਕੀਤੀ, ਠੀਕ ਹੈ ਜੀ? ਬੁੱਲੇ ਸ਼ਾਹ ਨੇ ਕਿਹੜੇ ਕਾਵਿ ਰੂਪ ਦੇ ਵਿੱਚ ਸਿਰਜਣਾ ਨਹੀਂ ਕੀਤੀ ਪੁੱਛਿਆ, ਠੀਕ ਹੈ ਜੀ। ਇਹਨਾਂ ਨੇ ਕਾਫੀਆਂ ਵੀ ਲਿਖੀਆਂ ਨੇ, ਅਠਵਾਰੇ ਵੀ ਲਿਖੇ ਹੈ, ਸ਼ੇਰੀਫੀਆਂ ਵੀ ਲਿਖੀਆਂ ਨੇ, ਇਹਨਾਂ ਨੇ ਸੁਤਰਨਾਮਾ ਨਹੀਂ ਲਿਖਿਆ, ਠੀਕ ਹੈ ਜੀ। ਅੱਗੇ ਚੱਲਦੇ ਹਾਂ। ਅੱਗੇ ਇੱਕ ਇਹ ਰਚਨਾ ਹੈਗੀ ਹੈ, ਕਹਿੰਦਾ ਜੀ ਹੀਰ ਰਾਂਝੇ ਦੇ ਹੋ ਗਏ ਮੇਲੇ, ਭੁੱਲੀ ਹੀਰ ਟੁੰਡੇਂਦੇ ਵੇਲੇ, ਠੀਕ ਹੈ। ਰਾਂਝਾ ਯਾਰ ਬੁੱਕਲ ਦੇ ਵਿੱਚ ਖੇਲੇ, ਮੈਨੂੰ ਸੁਧਰਈ ਨਾ ਸਾਰ। ਇਹ ਜਿਹੜੀਆਂ 17 ਹੈਗੀਆਂ ਨੇ ਇਹ ਕਿਹੜੀਆਂ, ਕਿਹਦੀਆਂ ਕਾਵਿ ਰਚਨਾਵਾਂ ਨੇ? ਤਾਂ ਇਹ ਬੁੱਲੇ ਸ਼ਾਹ ਦੀਆਂ ਨੇ ਜੀ, ਠੀਕ ਹੈ, ਇਹ ਯਾਦ ਰੱਖ ਲਿਓ। ਅੱਗੇ ਆ ਗਿਆ ਜੀ ਗੰਜੇ ਸ਼ੱਕਰ ਜਾਂ ਸ਼ੱਕ ਗੰਜਰ, ਸ਼ੱਕੇ ਗੰਜਰ ਆਪਾਂ ਕਿਹਨੂੰ ਕਹਿ ਦਿੰਦੇ ਹਾਂ, ਠੀਕ ਹੈ ਜੀ। ਇਹ ਸ਼ੱਕਰ ਗੰਜੇ ਜਿਹੜੇ ਹੈਗੇ ਆ ਸੂਫੀ ਸੰਤ, ਇਹ ਆਪਣੇ ਬਾਬਾ ਫਰੀਦ ਜੀ ਦੇ ਨਾਮ ਦੇ ਨਾਲ ਲੱਗਦਾ, ਠੀਕ ਹੈ ਜੀ। ਇਹ ਮੈਂ ਤੁਹਾਨੂੰ ਪੜ੍ਹਾ ਵੀ ਦਿੰਦਾ, ਦੇਖੋ ਇੱਕ ਮੈਂ ਇੱਥੇ ਫੋਟੋ ਐਡ ਕੀਤੀ ਹੋਈ ਹੈ। ਤਾਂ ਇਹ ਦੇਖੋ ਇਹਨਾਂ ਦਾ ਜਿਹੜਾ ਜਨਮ ਹੋਇਆ ਪਿੰਡ ਖੋਤਵਾਲ ਜ਼ਿਲ੍ਹਾ ਮੁਲਤਾਨ ਦੇ ਵਿੱਚ ਹੋਇਆ ਸੀਗਾ, ਤੇ ਮੌਤ ਹੋਈ ਹੈ ਜੀ ਪਾਕਪਟਨ, ਇੱਥੇ ਇਹਨਾਂ ਦੀ ਮਜ਼ਾਰ ਹੈ। ਤੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਇਹਨਾਂ ਦੇ ਗੁਰੂ ਨੇ, ਤੇ ਇਹਨਾਂ ਨੂੰ ਕਹਿ ਦਿੰਦੇ ਆ ਗੰਜ ਇਹ ਸ਼ੱਕਰ ਵੀ ਕਹਿ ਦਿੰਦੇ ਆ, ਸ਼ੇਖ ਉਲ ਆਲਮ ਵੀ ਕਹਿ ਦਿੰਦੇ ਆ, ਤੇ ਸ਼ੱਕਰ ਗੰਜ ਵੀ ਕਹਿ ਦਿੰਦੇ ਆ। ਤੇ ਪੂਰਾ ਨਾਮ ਕੀ ਸੀਗਾ? ਫਰੀਦੁਦੀਨ ਮਸਊਦ ਗੰਜ ਸ਼ੱਕਰ। ਅੱਗੇ ਗੱਲ ਆ ਗਈ ਆ ਜੀ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਰ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਤਾਂ ਇਹ ਆਪਣਾ ਆਨੰਦ ਸਾਹਿਬ ਰਾਮਕਲੀ ਮਹੱਲਾ ਤੀਜਾ, ਯਾਨੀ ਕਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਆ ਰਾਜੇ, ਇਹ ਯਾਦ ਰੱਖਣਾ। ਅੱਗੇ ਆ ਗਿਆ ਜੀ ਗਗਨ ਮੈਂ ਰਾਵ ਥਵ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਤਾਂ ਇਹ ਆਰਤੀ ਗੁਰੂ ਨਾਨਕ ਦੇਵ ਜੀ ਨੇ ਉਚਾਰੀ ਆ ਜੀ, ਠੀਕ ਹੈ। ਅੱਗੇ ਚੱਲਦੇ ਹਾਂ ਜੀ ਆਪਾਂ। ਤੂੰ ਮੇਰਾ ਪਿਤਾ, ਤੂੰ ਮੇਰੇ ਮਾਤਾ, ਤੂੰ ਮੇਰਾ ਬੰਧੂ, ਤੂੰ ਮੇਰਾ ਭਰਾਤਾ, ਠੀਕ ਹੈ, ਤੂੰ ਮੇਰਾ ਰਾਖਾ ਸਭਣੀ ਥਾਈ, ਠੀਕ ਹੈ ਜੀ। ਇਹ ਕਿਹਨਾਂ ਨੇ ਕਿਹਾ? ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਤਾ ਜੀ ਵਾਸਤੇ। ਹਾਲਾਂਕਿ ਉਹ ਆਪਣੇ ਗੁਰੂ ਮੰਨਦੇ ਸੀ, ਪਿਤਾ ਜੀ ਤਾਂ ਉਹਨਾਂ ਦੇ ਚਲੋ ਇੱਕ ਦੁਨਿਆਵੀ ਰਿਸ਼ਤਾ ਸੀਗਾ, ਪਰ ਉਹ ਉਹਨਾਂ ਨੂੰ ਕੀ ਮੰਨਦੇ ਸੀ? ਆਪਣੇ ਗੁਰੂ ਸੀਗੇ, ਗੁਰੂ ਧਾਰਿਆ ਹੋਇਆ ਸੀਗਾ। ਤਾਂ ਇਹ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਨੇ ਉਚਾਰਿਆ ਆਪਣੇ ਪਿਤਾ ਜੀ ਗੁਰੂ ਰਾਮਦਾਸ ਜੀ ਵਾਸਤੇ। ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਕਦੋਂ ਕੀਤਾ? 1601 ਦੇ ਵਿੱਚ ਬੇਟਾ ਇਹਨਾਂ ਨੇ ਕੀ ਕੀਤਾ ਸੀਗਾ, ਆਪਣਾ ਸ਼ੁਰੂ ਕੀਤਾ ਸੀ, ਤੇ 1604 ਦੇ ਵਿੱਚ ਕੀ ਹੋਈ ਸੀਗੀ, ਸੰਪੂਰਨਤਾ ਹੋਈ ਸੀਗੀ। ਤੇ ਇਹਦੇ ਜਿਹੜੇ ਲਿਖਾਰੀ ਸੀਗੇ ਉਹ ਕੌਣ ਸੀਗੇ? ਭਾਈ ਗੁਰਦਾਸ ਜੀ ਸੀਗੇ, ਇਹ ਆਪਾਂ ਸਭ ਨੂੰ ਪਤਾ ਹੈ। ਲਿਖਾਰੀ ਕੌਣ ਸੀਗੇ? ਭਾਈ ਗੁਰਦਾਸ ਜੀ, ਠੀਕ ਹੈ ਜੀ। ਇਸਦੇ ਪਹਿਲੇ ਗ੍ਰੰਥੀ ਕਿਹੜੇ ਸੀਗੇ? ਜਦੋਂ ਪਹਿਲੇ ਗ੍ਰੰਥੀ ਜਦੋਂ ਪ੍ਰਕਾਸ਼ ਕੀਤਾ ਗਿਆ ਤਾਂ ਬਾਬਾ ਬੁੱਢਾ ਜੀ, ਠੀਕ ਹੈ ਜੀ। ਕੌਣ ਸੀਗੇ? ਬਾਬਾ ਬੁੱਢਾ ਜੀ ਸੀਗੇ। ਤਾਂ ਆਪਾਂ ਇੱਕ ਵਾਰੀ ਚੈੱਕ ਕਰੀਏ ਜਰਾ ਵੀਡੀਓ ਆਪਣੀ ਠੀਕ।
ਰਹੀ ਹੈ। ਚਲੋ ਜੀ, ਤਾਂ ਰਿਕਾਰਡਿੰਗ ਆਪਣੀ ਬਿਲਕੁਲ ਠੀਕ ਚੱਲ ਰਹੀ ਹੈ, ਤਾਂ ਆਪਾਂ ਬਹੁਤ ਮਤਲਬ ਦੇਖੋ ਵੀ ਕੁਐਸਚਨ ਕਵਰ ਕਰ ਲਏ ਆ 1 ਘੰਟੇ ਦੇ ਵਿੱਚ। ਅਦਰਵਾਈਜ਼ ਜੇ ਆਪਾਂ ਲਾਈਵ ਕਰਦੇ ਤਾਂ ਤੁਹਾਡਾ ਟਾਈਮ ਬਹੁਤ ਵੇਸਟ ਹੋਣਾ ਸੀਗਾ। ਤਾਂ ਇਸ ਕਰਕੇ ਦੇਖੋ ਆਪਾਂ ਨੂੰ, ਮੈਂ ਪਹਿਲਾਂ ਕਹਿੰਦਾ ਹੁੰਦਾ ਵੀ ਚੰਗੇ ਟੀਚਰ ਦਾ ਜ਼ਰੂਰ ਸਾਥ ਦਿਆ ਕਰੋ। ਆਪਾਂ ਕੋਈ ਤੁਹਾਡਾ ਟਾਈਮ ਨਹੀਂ ਖਰਾਬ ਕਰਨਾ ਚਾਹੁੰਦੇ ਸੀਗੇ, ਕੋਈ ਵਿਊਜ਼ ਵਾਸਤੇ ਵੀ ਤੁਹਾਨੂੰ 4 ਘੰਟੇ ਬਿਠਾ ਕੇ ਤੇ 100 ਕੁਐਸਚਨ ਕਵਰ ਕਰਾਉਂਦੇ, ਤਾਂ ਮੈਂ ਪੂਰੀ ਕੋਸ਼ਿਸ਼ ਕੀਤੀ। ਅੱਜ ਪੂਰਾ ਦਿਨ ਮੈਂ 1 ਮਿੰਟ ਵੀ ਨਹੀਂ ਉੱਠਿਆ, ਸਿਰਫ ਇਸ ਕਰਕੇ ਵੀ ਚਲੋ ਕਿਸੇ ਭੈਣ ਭਰਾ ਦਾ ਕੋਈ ਸ਼ਾਇਦ ਫਾਇਦਾ ਹੋ ਜਾਵੇ, ਤੇ ਅਗਰ ਨੌਕਰੀ ਲੱਗੂਗਾ ਤਾਂ ਸਾਰੀ ਉਮਰ ਕੀ ਕਰੂਗਾ, ਅਸੀਸਾਂ ਦਊਗਾ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਰੋਜ਼ਗਾਰ ਮਿਲਣਾ ਬਹੁਤ ਔਖਾ ਰਾਜੇ। ਅੱਗੇ ਗੱਲ ਕਰਦੇ ਹਾਂ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸਲੋਕ ਮਿਲਦੇ ਆਪਾਂ ਨੂੰ, ਤਾਂ ਕਈ ਜਗ੍ਹਾ ਤੇ 62 ਮਿਲੂਗਾ, ਕਈ ਜਗ੍ਹਾ 63, ਪਰ ਜਿਹੜਾ ਸਹੀ ਹੈਗਾ ਰਾਜੇ ਉਹ 63 ਸਲੋਕ ਨੇ, ਠੀਕ ਹੈ ਜੀ, ਇਹ ਯਾਦ ਰੱਖਣਾ। ਅਕਬਰ ਕਿਹੜੇ ਗੁਰੂ ਸਾਹਿਬ ਜੀ ਨੂੰ ਮਿਲਣ ਲਈ ਗੋਇੰਦਵਾਲ ਸਾਹਿਬ ਗਿਆ ਸੀਗਾ? ਤਾਂ ਅਕਬਰ ਗੁਰੂ ਅਮਰਦਾਸ ਜੀ ਨੂੰ ਮਿਲਦਾ, ਤੇ ਫਿਰ ਗੁਰੂ ਅਮਰਦਾਸ ਜੀ ਕਹਿ ਦਿੰਦੇ ਆ ਵੀ ਮੈਨੂੰ ਮਿਲਣ ਤੋਂ ਪਹਿਲਾਂ ਕੀ ਕਰਨਾ ਪਊਗਾ, ਲੰਗਰ ਛਕਣਾ ਪਊਗਾ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਨਾ, ਸੰਗਤ ਮਸਤ ਪ੍ਰਸੀਡ ਪੰਗਤ, ਠੀਕ ਹੈ ਜੀ, ਸੰਗਤ ਪੰਗਤ ਵਿੱਚ ਬੈਠੂਗੀ, ਪਹਿਲਾਂ ਸੰਗਤ ਵਿੱਚ ਆਉਣ ਤੋਂ ਪਹਿਲਾਂ ਪੰਗਤ 'ਚ ਬੈਠਣਾ ਜ਼ਰੂਰੀ ਹੈ। ਤਾਂ ਉਸ ਟਾਈਮ ਤੇ ਜਿਹੜਾ ਭੇਦਭਾਵ ਸੀਗਾ ਅਮੀਰ ਗਰੀਬਾਂ ਦਾ, ਉਹ ਮਿਟਾਉਣ ਵਾਸਤੇ ਮਹਾਰਾਜ ਨੇ ਕੀਤਾ ਸੀਗਾ। ਤਾਂ ਆ ਚਲੋ, ਆਪਾਂ ਨੂੰ ਪਤਾ ਹੀ ਹੈ ਰਾਜੇ, ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਦਾ ਨਾਮ ਕੀ ਸੀਗਾ? ਇਹ ਆਪਾਂ ਪੜ੍ਹ ਕੇ ਗਏ ਹਾਂ, ਤੁਸੀਂ ਇਹਦਾ ਆਂਸਰ ਕਰ ਸਕਦੇ ਹੋ, ਪ੍ਰਿਥੀ ਚੰਦ, ਹਨਾ, ਤੁਹਾਨੂੰ ਮੈਂ ਪੜ੍ਹਾਇਆ। ਸਭ ਤੋਂ ਛੋਟੇ ਕੌਣ ਨੇ? ਗੁਰੂ ਅਰਜਨ ਦੇਵ ਜੀ। ਤੇ ਗੁਰੂ ਅਰਜਨ ਦੇਵ ਜੀ ਦੀ ਮਾਤਾ ਦਾ ਨਾਮ ਕੀ ਸੀਗਾ? ਬੀਬੀ ਭਾਨੀ ਜੀ, ਠੀਕ ਹੈ, ਇਹ ਸਾਰਾ ਮੈਂ ਤੁਹਾਨੂੰ ਕਰਵਾਤਾ ਪਿੱਛੇ। ਅੱਗੇ ਆ ਗਿਆ ਜੀ, ਅਦਿੱਤਿਆਂ ਵਿੱਚੋਂ ਕਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੈਗੀ? ਤਾਂ ਦੇਖੋ, ਸ਼ਸਤਰ ਨਾਮ ਮਾਲਾ, ਅਕਾਲ ਉਸਤਤ, ਜਾਪ ਸਾਹਿਬ, ਇਹ ਸਾਰੀਆਂ ਕੀ ਨੇ? ਗੁਰੂ ਮਹਾਰਾਜ ਦੀਆਂ ਰਚਨਾਵਾਂ ਨੇ। ਸੁਖਮਣੀ ਸਾਹਿਬ ਕੀ ਹੈ ਜੀ? 5ਵੇਂ ਪਾਤਸ਼ਾਹ ਦੀ ਰਚਨਾ ਹੈ। ਅੱਗੇ ਆ ਗਿਆ ਜੀ, ਮੰਜੀਦਾਰਾਂ ਦੀ ਕੁੱਲ ਸੰਖਿਆ, ਮੰਜੀਆਂ ਕਿਹਨੇ 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 ਦੱਸਿਆ ਤੁਹਾਨੂੰ ਮੈਂ, ਮੰਜੀਆਂ ਕਿਹਨੇ ਥੋਪੀਆਂ ਸੀਗੀਆਂ, ਠੀਕ ਹੈ ਜੀ, ਮੰਜੀਆਂ, ਤਾਂ ਮੰਜੀਆਂ ਜਿਹੜੀਆਂ ਹੈਗੀਆਂ ਨੇ, ਇਹ ਟੋਟਲ 22 ਮੰਜੀਆਂ ਗੁਰੂ ਅਮਰਦਾਸ ਪਾਤਸ਼ਾਹ ਨੇ, ਠੀਕ ਹੈ ਜੀ, ਗੁਰੂ ਅਮਰਦਾਸ ਪਾਤਸ਼ਾਹ ਨੇ, ਠੀਕ ਹੈ ਜੀ, ਇਹ ਯਾਦ ਰੱਖਣਾ ਨਾ, 22 ਮੰਜੀਆਂ। ਤੇ 22 ਮੰਜੀਆਂ ਦੇ ਵਿੱਚ ਦੋ ਸਿਰਫ ਕੀ ਸੀਗੀਆਂ? ਲੇਡੀਜ਼ ਸੀਗੀਆਂ। ਦੋ ਸਿਰਫ ਕੀ ਸੀਗੀਆਂ ਤੁਹਾਡੀਆਂ? ਲੇਡੀਜ਼ ਸੀਗੀਆਂ, ਬਾਕੀ ਸਾਰੀਆਂ ਕੀ ਸੀਗੀਆਂ? ਜੈਂਟਸ ਸੀਗੇ, ਠੀਕ ਹੈ ਜੀ, ਇਹ ਯਾਦ ਰੱਖਿਓ। ਚਲੋ ਜੀ, ਤੇ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਵੀ ਦਿੰਦਾ, ਸ਼ਾਇਦ ਮੈਂ ਫੋਟੋ ਲਾਈ ਸੀਗੀ, ਚਲੋ ਆਈ ਨਹੀਂ ਫੋਟੋ, ਸ਼ਾਇਦ ਨਾ ਲਾਈ ਤਾਂ ਸੀਗੀ। ਅੱਗੇ ਗੱਲ ਕਰਦੇ ਹਾਂ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਹੈ? ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ 30 ਰਾਗ ਨੇ, ਤੇ ਗੁਰੂ ਅਰਜਨ ਦੇਵ ਜੀ ਦੇ ਵੀ 30 ਰਾਗ ਨੇ। ਤੇ ਜੇ ਮੈਂ ਗੁਰੂ ਰਾਮਦਾਸ ਜੀ ਦੀ ਗੱਲ ਕਰੂੰਗਾ ਰਾਜੇ, ਗੁਰੂ ਰਾਮਦਾਸ ਜੀ ਦੇ 29 ਰਾਗ ਨੇ, ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਦੱਸਦਾ ਕਹਾਣੀ ਕੀ ਹੈ, ਕਈ ਜਗ੍ਹਾ ਤੇ 30 ਵੀ ਮਿਲ ਜਾਣਗੇ ਤੁਹਾਨੂੰ। ਦੇਖੋ, PEE++ ਬੋਰਡ ਦੇ ਵਿੱਚ ਜਦੋਂ ਆਪਾਂ ਆਂਸਰ ਲਾਉਣੇ, ਆਪਾਂ 30 ਲਾ ਕੇ ਆਉਣਾ, ਕਿਉਂਕਿ ਉਹਨਾਂ ਨੇ 29 ਠੀਕ ਨਹੀਂ ਕੀਤਾ ਸੀ। ਪਰ ਮਾਸਟਰ ਕੇਡਰ, PTET, ਜਿੱਥੇ ਵੀ ਤੁਸੀਂ ਜਾਓਗੇ ਨਾ, ਤਾਂ ਜਿਵੇਂ ਹੁਣ PSPCL ਦਾ ਪੇਪਰ ਹੋਇਆ ਲੇਟੈਸਟ, ਤਾਂ ਉਹਦੇ ਵਿੱਚ ਵੀ 29 ਠੀਕ ਕੀਤੇ ਇਹਨਾਂ ਨੇ, ਠੀਕ ਹੈ, ਤਾਂ 29 ਹੀ ਲਾ ਕੇ ਆਉਣੇ ਆ ਤੁਸੀਂ ਗੁਰੂ ਰਾਮਦਾਸ ਜੀ ਦੇ। ਅੱਗੇ ਆ ਗਿਆ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਹੜੇ ਗੁਰੂ ਸਾਹਿਬ ਜੀ ਦੀ ਬਾਣੀ ਸਭ ਤੋਂ ਵੱਧ ਦਰਜ ਹੈ? ਤਾਂ ਗੁਰੂ, ਠੀਕ ਹੈ ਜੀ, ਕਿਹੜੇ ਗੁਰੂ ਦੀ ਹੈ? ਗੁਰੂ ਅਰਜਨ ਦੇਵ ਜੀ ਦੇ। ਕਿੰਨੇ ਨੇ? 2218, ਠੀਕ ਹੈ ਜੀ, ਸ਼ਬਦ ਮਿਲਦੇ ਨੇ। ਅੱਗੇ ਆ ਗਿਆ ਜੀ, ਚਲੋ ਸੱਭਿਆਚਾਰ ਦਾ ਕੁਐਸਚਨ ਆ ਗਿਆ ਆਪਣਾ, ਇਹਦੇ ਬਾਰੇ ਵੀ ਆਪਾਂ ਗੱਲ ਕਰ ਲੈਂਦੇ ਹਾਂ, ਵਿੱਚ ਵਿੱਚ ਮਿਕਸ ਕੁਐਸਚਨ ਪਾਏ ਹੋਏ ਆ ਆਪਾਂ। ਤਾਂ ਸੱਭਿਆਚਾਰ ਕੀ ਹੁੰਦਾ ਰਾਜੇ? ਸੱਭਿਆਚਾਰ ਪਰਿਵਰਤਨਸ਼ੀਲ ਹੁੰਦਾ, ਕਿਉਂਕਿ ਸੱਭਿਆਚਾਰ ਦੀ ਸਿਰਜਣਾ ਕੌਣ ਕਰਦੇ ਆ? ਲੋਕ ਸਮੂਹ ਕਰਦਾ, ਠੀਕ ਹੈ ਜੀ। ਅੱਗੇ ਆ ਗਿਆ ਜੀ, ਇਹ ਲਿਖਿਆ ਵਿੱਚੋਂ ਕਿਹੜੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਨਹੀਂ ਹੈਗੀ? ਹੁਣ ਦੇਖੋ, ਸਿੱਧ ਗੋਸ਼ਟ, ਪੱਟੀ, ਆਸਾਂ ਕੀ ਵਾਰ, ਇਹ ਸਾਰੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆ, ਤੇ ਆਨੰਦ ਸਾਹਿਬ ਕੀ ਦੀ ਆ? 3ਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਆ, ਠੀਕ ਹੈ ਜੀ। ਤੇ ਇੱਕ ਸ਼ਾਇਦ ਮੈਂ ਪਿੱਛੇ, ਹੁਣ ਮੈਨੂੰ ਧਿਆਨ ਆ ਰਿਹਾ ਵਿੱਚ ਬੈਠੇ ਬੈਠੇ, ਕਿਉਂਕਿ ਦਿਮਾਗ 'ਚ ਬਹੁਤ ਗੱਲਾਂ ਚੱਲਦੀਆਂ ਹੁੰਦੀਆਂ ਜਦੋਂ ਬੰਦਾ ਕਲਾਸ ਲਾ ਰਿਹਾ ਹੁੰਦਾ। ਮੈਨੂੰ ਲੱਗਦਾ ਵੀ ਸ਼ਾਇਦ ਮੈਂ ਗਲਤ ਨਾ ਦੱਸ ਗਿਆ ਹੋਵਾਂ, ਜਿਹੜੇ ਗੁਰੂ ਅਮਰਦਾਸ ਜੀ ਆ ਰਾਜੇ, ਫਿਰ ਵੀ ਨੋਟ ਕਰ ਲਿਓ, ਹੋ ਸਕਦਾ ਤੁਸੀਂ ਕਮੈਂਟ ਪਹਿਲਾਂ ਹੀ ਕਰਨ ਲੱਗ ਜਾਓ। ਤਾਂ ਗੁਰੂ ਅਮਰਦਾਸ ਜੀ ਨੇ ਕੀ ਕੀਤੀ ਸੀਗੀ ਰਾਜੇ? ਮੰਜੀਆਂ ਦੀ ਸਥਾਪਨਾ ਕੀਤੀ ਸੀਗੀ, ਠੀਕ ਹੈ ਜੀ, 22 ਮੰਜੀਆਂ। ਤੇ ਜਿਹੜੇ ਮਸੰਦ ਥਾਪੇ ਸੀਗੇ, ਉਹ ਗੁਰੂ ਰਾਮਦਾਸ ਪਾਤਸ਼ਾਹ, ਯਾਨੀ ਕਿ ਚੌਥੇ ਪਾਤਸ਼ਾਹ ਨੇ, ਠੀਕ ਹੈ, ਇਹ ਯਾਦ ਰੱਖ ਲਿਓ। ਤੇ 22 ਮੰਜੀਆਂ ਸੀਗੀਆਂ ਰਾਜੇ, ਮੰਜੀਆਂ ਦੇ ਅੱਗੇ ਜਿਹੜੀਆਂ ਇਹਨਾਂ ਦੀਆਂ ਸਬ ਬ੍ਰਾਂਚਾਂ ਹੁੰਦੀਆਂ ਸੀ, ਉਹਨੂੰ ਕਹਿੰਦੇ ਸੀਗੇ ਪੀੜੀਆਂ। ਕੀ ਕਹਿ ਦਿੰਦੇ ਸੀਗੇ?
ਪੀੜ੍ਹੀਆਂ ਕਹਿ ਦਿੰਦੇ ਸੀਗੇ ਇਹਨਾਂ ਦੀਆਂ ਸਬ ਬ੍ਰਾਂਚਾਂ ਹੁੰਦੀਆਂ ਸੀਗੀਆਂ। ਅੱਗੇ ਗੱਲ ਕਰਦੇ ਹਾਂ ਜੀ ਚਿੱਟਾ ਲਹੂ, ਚਲੋ ਆਪਾਂ ਨੂੰ ਪਤਾ ਹੀ ਹੈ ਰਾਜੇ ਕਿਹਦੀ ਹੈ, ਨਾਨਕ ਸਿੰਘ ਜੀ ਦੀ ਹੈ ਰਚਨਾ, ਮੈਂ ਕਰਵਾਤੀ ਤੁਹਾਨੂੰ ਪਿੱਛੇ। ਡਾਕਟਰ ਦੇਵ ਕਿਸ ਦੀ ਰਚਨਾ ਹੈਗੀ ਰਾਜੇ? ਅੰਮ੍ਰਿਤਾ ਪ੍ਰੀਤਮ ਦੀ। ਤੇ ਅੰਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਕਿਹੜੀ ਹੈ? ਸਿੱਧੀ ਟਿਕਟ। ਇਹ ਵੀ ਯਾਦ ਰੱਖ ਲਿਓ, ਇਹ ਵੀ ਬਹੁਤ ਵਾਰੀ ਪੁੱਛਦੇ ਹੁੰਦੇ ਆ ਅੰਮ੍ਰਿਤਾ ਪ੍ਰੀਤਮ ਜੀ ਬਾਰੇ, ਠੀਕ ਹੈ ਜੀ, ਇਹ ਯਾਦ ਰੱਖਣਾ ਤੁਸੀਂ ਸਾਰਾ ਕੁਝ। ਚਲੋ ਜੀ ਅੱਗੇ ਮੂਵ ਕਰਦੇ ਹਾਂ ਜੀ ਆਪਾਂ। ਆਰਤੀ ਜਿਹੜੀ ਰਾਜੇ ਓਮ ਜੈ ਜਗਦੀਸ਼, ਇਹ ਕਿਹਨਾਂ ਨੇ ਲਿਖੀ ਹੈ ਰਾਜੇ? ਪੰਡਿਤ ਸ਼ਰਧਾ ਰਾਮ ਫਲੋਰੀ ਜੀ ਨੇ ਲਿਖੀ ਹੈ। ਅੱਗੇ ਆ ਗਿਆ ਜੀ ਨਾਵਲ ਦਿੱਲੀ ਕੀ ਗਲੀਆਂ, ਠੀਕ ਹੈ ਜੀ, ਇਹ ਵੀ ਕਿਹਦਾ ਹੈਗਾ ਜੀ? ਅੰਮ੍ਰਿਤਾ ਪ੍ਰੀਤਮ ਦਾ। ਹੁਣ ਕਈ ਬੰਦੇ ਕਹਿਣਗੇ ਸਰ ਵੀ ਅੰਮ੍ਰਿਤਾ ਪ੍ਰੀਤਮ ਸਿਲੇਬਸ ਦੇ ਵਿੱਚ ਨਹੀਂ ਹੈਗੀ, ਤਾਂ ਮੈਂ ਵਾਰ ਵਾਰ ਕਹਿ ਰਿਹਾ ਵੀ ਸਾਹਿਤ ਦੇ ਕੁਸ਼ਚਨ ਇਧਰੋਂ ਉਧਰੋਂ ਸਲਾਈਟਲੀ ਆ ਸਕਦੇ ਆ, ਤੇ ਆਪਾਂ ਜਿਹੜੀਆਂ ਮਸ਼ਹੂਰ ਰਚਨਾਵਾਂ ਹੈਗੀਆਂ ਨੇ ਉਹਨੂੰ ਕਵਰ ਕਰਨਾ। ਅੱਗੇ ਆ ਗਿਆ ਜੀ ਕਿਹੜਾ ਲੋਕ ਗਾਇਕ ਪ੍ਰਸਿੱਧ ਹੈ ਜੋ ਪੰਜਾਬ ਦੇ ਨਾਈਟ ਐਂਗਲ, ਯਾਨੀ ਕਿ ਪੰਜਾਬ ਦੀ ਕੋਇਲ, ਕੌਣ ਹੈ ਜੀ? ਸੁਰਿੰਦਰ ਕੌਰ। ਅੱਗੇ ਆ ਗਿਆ ਜੀ ਪੰਜਾਬੀ ਨਾਵਲ ਦਾ ਪਿਤਾਮਾ, ਯਾਨੀ ਕਿ ਪੰਜਾਬੀ ਨਾਵਲ ਦਾ ਪਾਪਾ ਕਿਹਨੂੰ ਕਹਿੰਦੇ ਆ? ਤਾਂ ਪੰਜਾਬੀ ਨਾਵਲ ਦਾ ਪਾਪਾ ਹੈਗਾ ਜੀ ਨਾਨਕ ਸਿੰਘ। ਅੱਗੇ ਆ ਗਿਆ ਜੀ ਮਹਾਨ ਕੋਸ਼ ਸਿੱਖ ਸਾਈਕਲੋਪੀਡੀਆ, ਤਾਂ ਸਿੱਖ ਵਿਸ਼ਵ ਕੋਸ਼ ਕਿਹਨਾਂ ਨੇ ਲਿਖਿਆ ਜੀ? ਭਾਈ ਕਾਨ ਸਿੰਘ ਨਾਭਾ ਜੀ ਨੇ ਲਿਖਿਆ। ਅੱਗੇ ਆ ਗਿਆ ਜੀ ਮਸ਼ਹੂਰ ਕਵਿਤਾ ਹੈਗੀ ਜੀ ਮੱਕੇ ਗਏ ਗੱਲ ਮੁੱਕਦੀ ਨਾਹੀਂ, ਇਹ ਬੁੱਲੇ ਸ਼ਾਹ ਦੀਆਂ ਕਾਫੀਆਂ ਹੈ, ਠੀਕ ਹੈ ਜੀ, ਮੱਕੇ ਗਏ ਗੱਲ ਮੁੱਕਦੀ ਨਾਹੀਂ। ਜੰਗਨਾਮਾ ਕਿਹਨੇ ਲਿਖਿਆ ਜੀ? ਜੰਗਨਾਮਾ ਲਿਖਿਆ ਜੀ ਸ਼ਾਹ ਮੁਹੰਮਦ ਨੇ। ਅੱਗੇ ਆ ਗਿਆ ਜੀ ਪੰਜਾਬ ਦਾ ਪਹਿਲਾ ਸੂਫੀ ਕਵੀ ਜਿਸਨੇ ਆਪਣੇ ਰਹੱਸਵਾਦੀ ਵਿਚਾਰਾਂ ਨੂੰ ਪ੍ਰਗਟ ਕਰਨ ਵਾਸਤੇ ਕਾਫੀ ਰੂਪ ਨੂੰ ਅਪਣਾਇਆ, ਠੀਕ ਹੈ ਜੀ, ਕਾਫੀਆਂ ਸਭ ਤੋਂ ਪਹਿਲਾਂ ਕਿਹਨੇ ਯੂਜ਼ ਕੀਤੀਆਂ ਆਪਣੇ ਵਿਚਾਰ ਪ੍ਰਗਟ ਕਰਨ ਵਾਸਤੇ? ਕੁਸ਼ਚਨ ਨੂੰ ਧਿਆਨ ਨਾਲ ਦੇਖਣਾ ਤੇ ਫੇਰ ਕਮੈਂਟ ਕਰਨਾ, ਤਾਂ ਇਹ ਵਾਰਿਸ ਸ਼ਾਹ ਆਜੂਗਾ, ਸੋਰੀ ਵਾਰਿਸ ਸ਼ਾਹ ਕਹਿ ਰਿਹਾ, ਸ਼ਾਹ ਹੁਸੈਨ ਆਜੂਗਾ, ਠੀਕ ਹੈ ਜੀ, ਸ਼ਾਹ ਹੁਸੈਨ, ਠੀਕ ਹੈ ਜੀ। ਇੱਕ ਮਿੰਟ ਰੁਕੋ, ਇਹਦਾ ਆਂਸਰ ਆਜੂਗਾ ਰਾਜੇ ਸ਼ਾਹ ਹੁਸੈਨ, ਠੀਕ ਹੈ ਜੀ। ਚਲੋ ਜੀ ਅੱਗੇ ਚੱਲਦੇ ਹਾਂ। ਬੁੱਲੇ ਸ਼ਾਹ ਦੇ ਕਾਵਿ ਕਿਸ ਰੂਪ ਲਈ ਮਸ਼ਹੂਰ ਹੈ? ਤਾਂ ਬੁੱਲੇ ਸ਼ਾਹ ਦੀਆਂ ਕਾਫੀਆਂ ਮਸ਼ਹੂਰ ਹੈ ਭਾਈ। ਅੱਗੇ ਗੱਲ ਕਰਦੇ ਹਾਂ ਜੀ ਵਾਰਿਸ ਸ਼ਾਹ ਤੋਂ ਇਲਾਵਾ ਹੀਰ ਰਾਂਝੇ ਦੇ ਕਿੱਸੇ ਲਈ ਕੌਣ ਮਸ਼ਹੂਰ ਹੈ? ਦੇਖੋ ਇੱਕ ਤਾਂ ਹੀਰ ਲਿਖਿਆ ਕਿੱਸਾ ਵਾਰਿਸ ਸ਼ਾਹ ਨੇ, ਇਸ ਤੋਂ ਇਲਾਵਾ ਹੋਰ ਕੌਣ ਮਸ਼ਹੂਰ ਹੈ ਜੀ? ਦਮੋਦਰ ਨੇ ਵੀ ਹੀਰ ਲਿਖੀ ਹੋਈ ਹੈ। ਕਹਿੰਦਾ ਜੀ ਇਹ ਲਿਖਿਆ ਵਿੱਚੋਂ ਕਿਸ ਲੇਖਕ ਤੇ ਉਸਦੀ ਰਚਨਾ ਦਾ ਜੋੜਾ ਗਲਤ ਹੈ? ਤਾਂ ਦੇਖੋ ਪੀਲੂ ਮਿਰਜ਼ਾ ਸਾਹਿਬਾ ਪੀਲੂ ਨੇ ਲਿਖਿਆ, ਹੀਰ ਰਾਂਝਾ ਵਾਰਿਸ ਸ਼ਾਹ ਨੇ, ਸੱਸੀ ਪੁੰਨੂ ਹਾਸ਼ਮ ਸ਼ਾਹ ਨੇ। ਕਾਦਰ ਯਾਰ ਨੇ ਕੀ ਲਿਖਿਆ ਰਾਜੇ? ਇਹ ਗਲਤ ਹੈ। ਕਾਦਰ ਯਾਰ ਨੇ ਕੀ ਲਿਖਿਆ? ਕਾਦਰ ਯਾਰ ਨੇ ਕੀ ਲਿਖਿਆ ਜੀ? ਆਪਣਾ ਪੂਰਨ ਭਗਤ, ਠੀਕ ਹੈ ਜੀ, ਕਾਦਰ ਯਾਰ ਨੇ ਕੀ ਲਿਖਿਆ? ਪੂਰਨ ਭਗਤ ਲਿਖਿਆ। ਤੇ ਸੋਹਣੀ ਮਾਈਵਾਲ ਕਿਹਨੇ ਲਿਖਿਆ? ਫਜ਼ਲ ਸ਼ਾਹ ਨੇ, ਫਜ਼ਲ ਸ਼ਾਹ ਨੇ ਲਿਖਿਆ, ਠੀਕ ਹੈ ਜੀ, ਇਹ ਯਾਦ ਰੱਖ ਲਿਓ, ਤੁਹਾਨੂੰ ਪੁੱਛਿਆ ਜਾ ਸਕਦਾ। ਅੱਗੇ ਆ ਗਿਆ ਜੀ ਹੀਰ ਰਾਂਝੇ ਨੂੰ ਕਿੱਸੇ ਦੇ ਰੂਪ ਦੇ ਵਿੱਚ ਪੇਸ਼ ਕਰਨ ਵਾਲਾ ਪਹਿਲਾ ਸੂਫੀ ਕਵੀ, ਠੀਕ ਹੈ ਜੀ, ਇਹ ਤਾਂ ਸਭ ਨੂੰ ਪਤਾ ਹੀ ਹੋਊਗਾ, ਵਾਰਿਸ ਸ਼ਾਹ। ਅੱਗੇ ਆ ਗਿਆ ਜੀ ਪਹਿਲੇ ਪੰਜਾਬੀ ਕਵੀ ਜਿਸਨੇ ਰੱਬ ਨਾਲ ਮਿਲਾਪ ਦੀ ਇੱਛਾ ਨੂੰ ਪ੍ਰਗਟ ਕਰਨ ਲਈ ਪਤਨੀ ਅਤੇ ਪਤੀ ਦੇ ਮਨੁੱਖੀ ਰਿਸ਼ਤੇ ਦੀ ਪ੍ਰਤੀਕ ਦੀ ਵਰਤੋਂ ਕੀਤੀ? ਤਾਂ ਇਹ ਬਾਬਾ ਫਰੀਦ ਜੀ ਨੇ ਕੀਤੀ ਹੈ ਜੀ ਵਰਤੋਂ, ਠੀਕ ਹੈ ਜੀ, ਇਹ ਯਾਦ ਰੱਖਣਾ ਤੁਸੀਂ। ਅੱਗੇ ਗੱਲ ਕਰਦੇ ਹਾਂ ਜੀ ਆਪਾਂ ਪੰਜਾਬੀ ਸਾਹਿਤ ਦਾ ਵਰਡਜ਼ਵਰਥ ਕਿਸ ਨੂੰ ਕਿਹਾ ਜਾਂਦਾ? ਤਾਂ ਇਹ ਵੀ ਭਾਈ ਵੀਰ ਸਿੰਘ ਜੀ ਨੂੰ ਕਿਹਾ ਜਾਂਦਾ ਵਰਡਜ਼ਵਰਥ, ਠੀਕ ਹੈ ਜੀ, ਇਹ ਇੱਕ ਸਾਊਥ ਦਾ ਕਵੀ ਹੈ, ਉਹਦੇ ਨਾਮ ਦੇ ਉੱਪਰ ਨਾਮ ਲਿਆ ਜਾਂਦਾ ਇਹਨਾਂ ਦਾ। ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ, ਠੀਕ ਹੈ ਜੀ, ਮਾਡਰਨ ਪੰਜਾਬੀ ਲਿਟਰੇਚਰ ਦੇ ਪਿਤਾਮਾ ਕੌਣ ਨੇ? ਉਹ ਵੀ ਭਾਈ ਵੀਰ ਸਿੰਘ ਜੀ ਨੇ, ਠੀਕ ਹੈ ਜੀ, ਇਹ ਯਾਦ ਰੱਖਣਾ, ਇੱਥੋਂ ਕੁਸ਼ਚਨ ਬਹੁਤ ਬਣਨੇ ਆਪਣੇ। ਪੰਜਾਬੀ ਦਾ ਸੈਂਟ ਪੌਲ ਕਿਹਨੂੰ ਕਹਿੰਦੇ ਹੈ? ਭਾਈ ਗੁਰਦਾਸ ਜੀ ਨੂੰ ਕਹਿੰਦੇ ਹੈ। ਹੀਰ ਰਾਂਝੇ ਦੇ ਕਿੱਸੇ ਵਿੱਚ ਕਿਹੜੇ ਦਰਿਆ ਦਾ ਜ਼ਿਕਰ ਕੀਤਾ ਗਿਆ? ਚਨਾਬ ਦਾ, ਜਿਹਨੂੰ ਆਪਾਂ ਚਨਾਬ ਦਰਿਆ ਵੀ ਕਹਿ ਦਿੰਦੇ ਹਾਂ ਪੰਜਾਬੀ ਚ, ਅੱਜ ਕੱਲ੍ਹ ਚਨਾਬ ਕਹਿ ਦਿੰਦੇ ਆ। ਅੱਗੇ ਆ ਗਿਆ ਜੀ ਆਪਣਾ ਪੂਰਨ ਭਗਤ ਦਾ ਜਿਹੜਾ ਕਿੱਸਾ ਹੈਗਾ ਰਾਜੇ, ਉਹ ਕਿਹਦੀ ਰਚਨਾ ਹੈਗੀ ਆ? ਕਾਦਰ ਯਾਰ ਦੀ। ਤੇ ਇੱਕ ਇਹ ਵੀ ਪੁੱਛਦੇ ਹੁੰਦੇ ਪੂਰਨ ਭਗਤ ਦੀ ਜਿਹੜੀ ਅਸਲੀ ਮਾਂ ਸੀਗੀ ਉਹਦਾ ਨਾਮ ਕੀ ਸੀਗਾ ਰਾਜੇ? ਇਸ਼ਰਾਂ। ਤੇ ਜਿਹੜੀ ਮਤਰੇਈ ਮਾਂ ਸੀਗੀ, ਮਤਰੇਈ ਮਾਂ ਦਾ ਨਾਮ ਕੀ ਸੀਗਾ ਜੀ? ਲੂਣਾ, ਠੀਕ ਹੈ ਜੀ। ਇਹਦੇ ਫਾਦਰ ਸਾਹਿਬ ਦਾ ਨਾਮ ਦੱਸਣਾ ਰਾਜਾ ਕਿਹੜਾ ਸੀਗਾ, ਠੀਕ ਹੈ, ਤੁਸੀਂ ਕਮੈਂਟ ਕਰਨਾ ਮੈਨੂੰ।
ਸੱਸੀ ਪੁੰਨੂ ਦੇ ਕਿੱਸੇ ਵਾਸਤੇ ਕੌਣ ਮਸ਼ਹੂਰ ਹੈ ਜੀ? ਸੱਸੀ ਪੁੰਨੂ ਦਾ ਜਿਹੜਾ ਕਿੱਸਾ ਹੈਗਾ ਉਹਦੇ ਵਾਸਤੇ ਕੌਣ ਮਸ਼ਹੂਰ ਹੈ? ਹਾਸ਼ਮ ਸ਼ਾਹ। ਠੀਕ ਹੈ ਜੀ, ਇਹ ਯਾਦ ਰੱਖਿਓ। ਅੱਗੇ ਆ ਗਿਆ ਜੀ ਪੰਜਾਬੀ ਭਾਸ਼ਾ ਦਾ ਮੁੱਢਲਾ ਕਵੀ ਬਾਬਾ ਫਰੀਦ ਜੀ। ਠੀਕ ਹੈ ਜੀ, ਅੱਗੇ ਪੰਜਾਬੀ ਸਾਹਿਤ ਦਾ ਬਾਬਾ ਬੁੱਢ ਕਿਹਨੂੰ ਕਿਹਾ ਜਾਂਦਾ ਹੈ? ਇਹ ਵੀ ਕੁਸ਼ਚਨ ਤੁਹਾਡੇ ਵਾਸਤੇ ਬਹੁਤ ਮਹੱਤਵਪੂਰਨ ਬਣ ਜਾਊਗਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਤਾਂ ਪੰਜਾਬੀ ਸਾਹਿਤ ਦਾ ਬਾਬਾ ਬੁੱਢ ਕਹਿ ਦਿੰਦੇ ਆ ਸੰਤ ਸਿੰਘ ਸੇਖੋਂ ਨੂੰ ਕਹਿੰਦੇ ਆ। ਕਿਸ ਗੁਰੂ ਜੀ ਨੂੰ ਬਾਲਾ ਪ੍ਰੀਤਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ? ਠੀਕ ਹੈ ਜੀ, ਇਹ ਆਪਣੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਜਿਹੜੇ 5 ਸਾਲ ਦੀ ਉਮਰ ਚ ਗੱਦੀ ਤੇ ਬੈਠਦੇ ਨੇ ਤੇ 8 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾਉਂਦੇ ਆ, ਤਾਂ ਉਹਨਾਂ ਨੂੰ ਕਿਹਾ ਜਾਂਦਾ ਜੀ ਬਾਲਾ ਪ੍ਰੀਤਮ। ਕਹਿੰਦਾ ਜੀ ਕਿਸ ਸਿੱਖ ਸ਼ਖਸੀਅਤ ਨੂੰ 6ਵੇਂ ਗੁਰੂ ਤੱਕ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਤਾਜਪੋਸ਼ੀ ਕਰਨ ਦਾ ਮਾਣ ਪ੍ਰਾਪਤ ਹੈ? ਤਾਂ ਬਾਬਾ ਬੁੱਢਾ ਜੀ ਨੇ ਸਭ ਦੀ ਤਾਜਪੋਸ਼ੀ ਕੀਤੀ ਹੈ ਜੀ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ। ਅੱਗੇ ਆ ਗਿਆ ਜੀ ਖਾਲਸਾ ਸਮਾਚਾਰ ਦੀ ਸਥਾਪਨਾ ਇਲਖਿਆਂ ਵਿੱਚੋਂ ਕਿਸਨੇ ਕੀਤੀ? ਚਲੋ ਆਪਾਂ ਪੜ੍ਹ ਲਿਆ ਹੈ ਰਾਜੇ, 1899 ਦੇ ਵਿੱਚ ਭਾਈ ਵੀਰ ਸਿੰਘ ਜੀ ਨੇ ਕੀਤੀ ਸੀਗੀ। ਠੀਕ ਹੈ, ਅੱਗੇ ਚੱਲਦੇ ਹਾਂ ਜੀ ਦਿਲਰੁਬਾ ਨਾਮ ਦੇ ਸਾਜ ਦੀ ਖੋਜ। ਤਾਂ ਦੇਖੋ ਪਹਿਲਾਂ ਇੱਕ ਨਾ ਸਾਜ ਤਾਊਸ ਹੁੰਦਾ ਸੀ, ਤਾਊਸ ਉਹ ਬਹੁਤ ਭਾਰਾ ਹੁੰਦਾ ਸੀ, ਉਹ 6ਵੇਂ ਪਾਤਸ਼ਾਹ ਨੇ ਕੀਤਾ ਸੀਗਾ, ਤੇ ਉਹਦਾ ਜਿਹੜਾ ਮਾਡਰਨ ਰੂਪ ਹੈ ਜੀ ਉਹ ਹੈਗਾ ਦਿਲਰੁਬਾ। ਠੀਕ ਹੈ ਜੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀ ਕੀਤਾ ਸੀਗਾ ਰਾਜੇ? ਇਹ ਕੀਤਾ ਸੀਗਾ ਦੇਖੋ। ਠੀਕ ਹੈ, ਇਹ ਤਾਊਸ, ਇਹ ਹੈਗਾ ਦਿਲਰੁਬਾ, ਇਹਦਾ ਥੋੜਾ ਵੱਡਾ ਆਕਾਰ ਹੁੰਦਾ ਸੀਗਾ, ਉਹ ਹੁੰਦਾ ਸੀ ਤਾਊਸ, ਉਹ ਮੋਰ ਦੀ ਸ਼ੇਪ ਦਾ ਹੁੰਦਾ ਤਾਊਸ। ਅੱਗੇ ਆ ਗਿਆ ਜੀ ਸਿੱਖ ਮਿਸਲਾਂ ਦੀ ਕੁੱਲ ਕਿੰਨੀ ਗਿਣਤੀ ਸੀਗੀ? ਤਾਂ ਸਿੱਖ ਟੋਟਲ 12 ਮਿਸਲਾਂ ਸੀ, ਜਿਵੇਂ ਸ਼ੁਕਰ ਚੱਕੀਆ ਮਿਸਲ, ਫਜਰ ਜਿਵੇਂ ਸ਼ੁਕਰ ਚੱਕੀਆ ਮਿਸਲ, ਘਨੱਈਆ ਮਿਸਲ, ਭੰਗੀ ਮਿਸਲ, ਠੀਕ ਹੈ ਜੀ, ਕਰੋੜ ਸਿੰਘੀਆ ਮਿਸਲ, ਆਲੂ ਵਾਲੀਆ ਮਿਸਲ, ਠੀਕ ਹੈ ਜੀ, ਇਹ ਸਾਰੀਆਂ ਯਾਦ ਰੱਖਣੀਆਂ ਨੇ। ਅੱਗੇ ਆ ਗਿਆ ਜੀ ਤੁਸੀਂ ਮੈਚ ਕਰਨਾ ਮੁਕਤਸਰ ਸਾਹਿਬ ਦਾ ਨਾਮ ਕੀ ਹੈ ਜੀ? ਮੁਕਤਸਰ ਸਾਹਿਬ, ਠੀਕ ਹੈ ਜੀ, ਮੁਕਤਸਰ ਸਾਹਿਬ ਨੂੰ ਕਹਿ ਦਿੰਦੇ ਆ ਖਦਰਾਣੇ ਦੀ ਢਾਬ, ਆਨੰਦਪੁਰ ਸਾਹਿਬ ਹੈ ਜੀ ਮਾਖੋਵਾਲ, ਤੇ ਅੰਮ੍ਰਿਤਸਰ ਨੂੰ ਕਹਿ ਦਿੰਦੇ ਆ ਜੀ ਚੱਕ ਰਾਮਦਾਸਪੁਰ। ਠੀਕ ਹੈ, ਇਹ ਯਾਦ ਰੱਖ ਲਿਓ। ਪਹਿਲਾ ਤੇ ਅੱਛਾ ਤਲਵੰਡੀ ਸਾਬੋ, ਦਮਦਮਾ ਸਾਹਿਬ, ਠੀਕ ਹੈ ਜੀ, ਇਹ ਯਾਦ ਰੱਖਣਾ ਤੁਸੀਂ। ਤਾਂ ਕੀ ਆਂਸਰ ਆਊਗਾ? 4-1-3-2, ਮਤਲਬ ਬੀ ਆਂਸਰ ਆਊਗਾ। ਠੀਕ ਹੈ ਜੀ, ਵੇਖ ਲਿਓ ਰਾਜੇ ਆਂਸਰ ਮੈਚ ਕਰ ਲਿਓ, ਮੈਂ ਬਸ ਤੁਹਾਨੂੰ ਉੱਤੇ ਟਿਕ ਕਰਵਾਤਾ। ਠੀਕ ਹੈ ਜੀ, ਬੀ ਨਹੀਂ ਆਊਗਾ, ਸੀ ਆਂਸਰ ਆਊਗਾ ਜੀ, ਸੀ। ਠੀਕ ਹੈ, ਚੈੱਕ ਕਰ ਲਿਓ, ਮੈਂ ਤਾਂ ਹੀ ਮੈਂ ਕਿਹਾ ਆਂਸਰ ਚੈੱਕ ਕਰ ਲਿਓ। ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਆ ਗਿਆ ਜੀ ਏੜ ਦਿੱਤੇ ਗੁਰੂ ਸਾਹਿਬਾਨਾਂ ਦੇ ਵਿੱਚੋਂ ਕਿਹੜਾ ਜਿਹੜਾ ਜੋੜਾ ਹੈਗਾ ਖੂਨ ਦੇ ਰਿਸ਼ਤੇ ਦੇ ਵਿੱਚ ਨਹੀਂ ਹੈਗਾ? ਦੇਖੋ ਹੁਣ ਗੁਰੂ ਰਾਮਦਾਸ ਜੀ ਦੇ ਬੇਟੇ ਕੌਣ ਨੇ? ਗੁਰੂ ਅਰਜਨ ਸਾਹਿਬ ਜੀ। ਗੁਰੂ ਅਰਜਨ ਸਾਹਿਬ ਜੀ ਦੇ ਬੇਟੇ ਕੌਣ ਨੇ? ਗੁਰੂ ਹਰਗੋਬਿੰਦ ਸਾਹਿਬ ਜੀ। ਠੀਕ ਹੈ ਜੀ, ਗੁਰੂ ਤੇਗ ਬਹਾਦਰ ਜੀ ਦੇ ਬੇਟੇ ਕੌਣ ਨੇ? ਗੁਰੂ ਗੋਬਿੰਦ ਸਿੰਘ ਮਹਾਰਾਜ। ਤੇ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦੇ ਵਿੱਚ ਕੀ ਹੈ ਜੀ? ਕੋਈ ਬਲੱਡ ਰਿਲੇਸ਼ਨ ਨਹੀਂ ਹੈਗਾਗਾ। ਠੀਕ ਹੈ, ਹਾਲਾਂਕਿ ਜੋਤ ਤਾਂ ਇੱਕੋ ਹੀ ਹੈ, ਆਪਾਂ ਦੁਨਿਆਵੀ ਦੌਰ ਤੇ ਕਹਿ ਰਹੇ ਹਾਂ ਪੇਪਰ ਦੇ ਪੁਆਇੰਟ ਆਫ ਵਿਊ ਤੋਂ। ਇਹ ਲਿਖੀਆਂ ਰਚਨਾਵਾਂ ਵਿੱਚੋਂ ਕਿਹੜੀ ਇੱਕ ਦਲੀਪ ਕੌਰ ਟਿਵਾਣਾ ਦੀ ਸਵੈ ਜੀਵਨੀ ਹੈ? ਠੀਕ ਹੈ ਜੀ, ਇਹ ਵੀ ਬਹੁਤ ਚੱਲ, ਹਾਲਾਂਕਿ ਤੁਹਾਨੂੰ ਮੈਂ ਕਹਿ ਰਿਹਾ ਵੀ ਵਾਰ ਵਾਰ ਵੀ ਕਈ ਚੀਜ਼ਾਂ ਆਪਾਂ ਨੂੰ ਪੜ੍ਹਨੀਆਂ ਪੈ ਰਹੀਆਂ ਨੇ, ਤਾਂ ਨੰਗੇ ਪੈਰਾਂ ਦਾ ਸਫ਼ਰ। ਅੱਗੇ ਆ ਗਿਆ ਜੀ ਪੰਜਾਬੀ ਨਾਵਲ ਦਾ ਪਿਤਾਮਾ ਕਿਹਨੂੰ ਕਹਿ ਦਿੰਦੇ ਆ? ਪੰਜਾਬੀ ਨਾਵਲ, ਇਹ ਦੁਬਾਰਾ ਰਿਪੀਟ ਹੋ ਗਿਆ, ਨਾਨਕ ਸਿੰਘ। ਠੀਕ ਹੈ ਜੀ, ਪੰਜਾਬੀ ਭਾਸ਼ਾ ਦਾ ਪਹਿਲਾ ਕਵੀ, ਇਹ ਵੀ ਰਿਪੀਟ ਹੋ ਗਿਆ। ਠੀਕ ਹੈ ਜੀ, ਇਹ ਲਿਖਿਆਂ ਵਿੱਚੋਂ ਸਭ ਤੋਂ ਘੱਟ ਉਮਰ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲਾ ਕੌਣ ਆ ਜੀ? ਬਿਰਾਂ ਦਾ ਸੁਲਤਾਨ, ਸ਼ਿਵ ਕੁਮਾਰ ਬਟਾਲਵੀ, ਤੇ ਲੂਣਾ। ਲੂਣਾ ਇਹਨਾਂ ਦੀ ਮਹੱਤਵਪੂਰਨ ਕੀ ਸੀਗੀ? ਰਚਨਾ ਸੀਗੀ। ਠੀਕ ਹੈ, ਅੱਗੇ ਚੱਲਦੇ ਹਾਂ, ਜਿਹਦੇ ਕਰਕੇ ਇਹਨਾਂ ਨੂੰ ਕੀ ਮਿਲਿਆ ਜੀ? ਅਵਾਰਡ ਮਿਲਿਆ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਅੱਗੇ ਆ ਗਿਆ ਜੀ ਪੰਜਾਬੀ ਨਾਟਕ ਦਾ ਪਿਤਾਮਾ ਕਿਹਨੂੰ ਕਿਹਾ ਜਾਂਦਾ? ਈਸ਼ਵਰ ਚੰਦਰ ਨੰਦਾ ਨੂੰ ਕਿਹਾ ਜਾਂਦਾ। ਅੱਗੇ ਆ ਗਿਆ ਜੀ ਕਿਸ ਗੁਰੂ ਜੀ ਨੇ ਕੀਰਤਪੁਰ ਸਾਹਿਬ ਵਿਖੇ ਆਯੁਰਵੈਦਿਕ ਹਰਬਲ ਮੈਡੀਸਨ ਹਸਪਤਾਲ ਤੇ ਇੱਕ ਖੋਜ ਕੇਂਦਰ ਬਣਾਇਆ? ਤੇ ਜਿਹੜੇ ਆਪਣੇ ਨਾ 7ਵੇਂ ਪਾਤਸ਼ਾਹ ਸੀਗੇ ਗੁਰੂ ਹਰਰਾਏ ਸਾਹਿਬ ਜੀ। ਠੀਕ ਹੈ ਜੀ, ਮੈਂ ਨਾ ਥੱਲੇ ਬੈਠ ਕੇ ਕਲਾਸ ਲਾ ਰਿਹਾ ਇਸ ਕਰਕੇ ਥੋੜਾ ਜਿਹਾ ਬੈਠਣਾ ਅਨਕੰਫਰਟੇਬਲ ਹੋ ਰਿਹਾ। ਤਾਂ ਗੁਰੂ ਹਰਰਾਏ ਸਾਹਿਬ ਜੀ ਨੇ ਬਣਾਇਆ ਸੀ, ਦਾਰਾ ਸ਼ੇਖੋ ਨਹੀਂ ਸੀਗਾ, ਜਿਹੜਾ ਦਾਰਾ ਸ਼ੇਖੋ ਜਹਾਂਗੀਰ ਦਾ ਸੀਗਾ, ਦਾਰਾ ਸ਼ੇਖੋ ਜਿਹੜਾ ਸੀਗਾ ਨਾ ਉਹਦਾ ਇਲਾਜ ਕੀਤਾ ਸੀਗਾ ਗੁਰੂ ਮਹਾਰਾਜ ਨੇ ਆਪਣੇ ਹਰਬਲ ਮੈਡੀਸਨ ਦੇ ਨਾਲ। ਤੇ ਇੱਕ ਕੁਐਸਚਨ ਆਉਂਦਾ ਹੁੰਦਾ ਵੀ ਕਿਹੜੇ ਗੁਰੂ ਸਾਹਿਬ ਜੀ ਦਾ ਜਨਮ ਸਥਾਨ ਤੇ ਜੋਤੀ ਜੋਤ ਸਥਾਨ ਜਿਹੜਾ ਹੈਗਾ ਉਹ ਸੇਮ ਹੀ ਹੈ? ਤਾਂ ਇੱਕੋ ਇੱਕ ਪਾਤਸ਼ਾਹ ਨੇ ਗੁਰੂ ਹਰਰਾਏ ਸਾਹਿਬ, ਜਿਨ੍ਹਾਂ ਦਾ ਜੋਤੀ ਜੋਤ ਸਥਾਨ ਵੀ ਕੀਰਤਪੁਰ ਹੈ ਤੇ
ਜਨਮ ਸਥਾਨ ਵੀ ਕੀਰਤਪੁਰ ਹੈ। ਅੱਗੇ ਆ ਗਿਆ ਜੀ ਮਸ਼ਹੂਰ ਨਾਵਲ ਮੜੀ ਦਾ ਦੀਵਾ। ਚਲੋ ਇਹ ਤਾਂ ਬਹੁਤ ਮਸ਼ਹੂਰ ਹੈ, ਮੈਨੂੰ ਲੱਗਦਾ ਤੁਸੀਂ ਇਹ ਤਾਂ ਆਪਣੇ ਆਪ ਕਮੈਂਟ ਕਰ ਸਕਦੇ ਹੋ। ਮੜੀ ਦਾ ਜਿਹੜਾ ਦੀਵਾ ਹੈਗਾ ਰਾਜੇ, ਉਹ ਕਿਹਨਾਂ ਦੀ ਰਚਨਾ ਹੈਗੀ ਹੈ, ਇਹ ਤੁਸੀਂ ਮੈਨੂੰ ਕਮੈਂਟ ਕਰ ਦਿਓ। ਠੀਕ ਹੈ ਜੀ, ਕਿਹਨਾਂ ਦੀ ਹੈ? ਗੁਰਦਿਆਲ ਸਿੰਘ ਜੀ ਦੀ। ਠੀਕ ਹੈ, ਪੋਹ ਪਟਾਲੇ ਤੋਂ ਪਹਿਲਾਂ ਵੀ ਇਹਨਾਂ ਦੀ ਹੈ। ਨਾਨਕ ਸਿੰਘ ਜੀ ਦਾ ਮੁੱਢਲਾ ਨਾਮ ਕੀ ਸੀਗਾ? ਤਾਂ ਹੰਸ ਰਾਜ ਇਹਨਾਂ ਦਾ ਕੀ ਸੀਗਾ ਜੀ? ਮੁੱਢਲਾ ਨਾਮ ਸੀਗਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਾਰਸ ਕੌਣ ਬਣੇ ਨੇ? ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਾਰਸ ਬਣੇ ਨੇ ਗੁਰੂ ਹਰ ਰਾਏ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਬੇਟੇ ਸੀ ਨਾ, ਬਾਬਾ ਗੁਰਦਿੱਤਾ ਜੀ, ਠੀਕ ਹੈ ਜੀ, ਗੁਰਦਿੱਤਾ ਜੀ ਦੇ ਬੇਟੇ ਨੇ ਗੁਰੂ ਹਰ ਰਾਏ ਜੀ। ਠੀਕ ਹੈ ਜੀ, ਦੇਖੋ ਦਾਦੇ ਤੋਂ ਪੋਤੇ ਕੋਲ ਗੱਦੀ ਜਾਂਦੀ ਹੈ, ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤੋਂ ਕਿਹਦੇ ਕੋਲ ਜਾਂਦੀ ਹੈ? ਪੋਤੇ ਕੋਲੋਂ ਦਾਦੇ ਕੋਲ ਗੱਦੀ ਜਾਂਦੀ ਹੈ। ਤਾਂ ਇਹ ਮਹਾਰਾਜ ਨੇ ਸਮਝਾਉਣ ਵਾਸਤੇ ਵੀ ਇੱਕ 5 ਸਾਲ ਦੇ ਬੱਚੇ ਨੂੰ ਵੀ ਪਹਿਲਾਂ ਸਮਝ ਆ ਸਕਦੀ ਹੈ ਤੇ ਇੱਕ ਬਜ਼ੁਰਗ ਨੂੰ ਵੀ ਲੇਟ ਸਮਝ ਆ ਸਕਦੀ ਹੈ, ਹਨਾ। ਇਹ ਮਹਾਰਾਜ ਨੇ ਸਮਝਾਉਣ ਵਾਸਤੇ ਆਪਾਂ ਨੂੰ ਇਹ ਕੁਤਕ ਕੀਤਾ ਸੀਗਾ। ਅੱਗੇ ਆ ਗਿਆ ਜੀ ਅਜਿੱਤੇ, ਕਿਹੜੇ ਸੂਫੀ ਸੰਤਾਂ ਵਿੱਚੋਂ ਕਿਸਨੇ ਭਾਰਤੀ ਧਰਤੀ ਨੂੰ ਪੈਰਾਡਾਈਜ਼ ਕਿਹਾ? ਤਾਂ ਭਾਰਤੀ ਧਰਤੀ ਨੂੰ ਪੈਰਾਡਾਈਜ਼ ਕਿਹਨੇ ਕਿਹਾ ਜੀ? ਇਹ ਕਿਹਾ ਜੀ ਅਮੀਰ ਖੁਸਰੋ ਨੇ। ਠੀਕ ਹੈ, ਤੇ ਇੱਕ ਮੈਂ ਨਾਲ ਦਿਆਂ ਬੇਨਤੀ ਕਰ ਦਿੰਦਾ, ਹੋ ਸਕਦਾ ਕਲਾਸ ਦੇ ਵਿੱਚ ਡਿਸਟਰਬੈਂਸ ਆਉਂਦੀ ਹੋਵੇ ਰਾਜੇ, ਥੋੜ੍ਹਾ ਜਿਹਾ ਚੱਕਰ ਇਹ ਆ ਵੀ ਕਮਰੇ ਇੱਕ ਵਿੱਚ ਹੀ ਏਸੀ ਲੱਗਾ ਹੋਇਆ ਤੇ ਸਾਰੇ ਸੁੱਤੇ ਪਏ ਆ, ਕਲਾਸ ਇਸ ਕਰਕੇ ਥੋੜ੍ਹੀ ਜੀ ਮੈਂ ਲਗਾ ਰਿਹਾ, ਪਰ ਮਤਲਬ ਥੋੜ੍ਹੀ ਡਿਸਟਰਬੈਂਸ ਤੁਹਾਨੂੰ ਮਹਿਸੂਸ ਹੋ ਰਹੀ ਹੋਊਗੀ, ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ, ਕਿਉਂਕਿ ਦਿਨੇ ਰਿਕਾਰਡ ਨਹੀਂ ਕਰ ਪਾਇਆ, ਕੁਐਸਚਨ ਲਿਖਣ ਤੇ ਟਾਈਮ ਬਹੁਤ ਲੱਗ ਗਿਆ, ਪੂਰਾ ਦਿਨ ਲੱਗ ਗਿਆ ਲਿਖਣ ਤੇ। ਤਾਂ ਇਸ ਕਰਕੇ ਬੇਨਤੀ ਆ ਵੀ ਕਲਾਸ ਨੂੰ ਲਾਈਕ ਸ਼ੇਅਰ ਕਰ ਦਿਓ, ਸ਼ੇਅਰ ਕਰ ਦਿਓ, ਕਿਉਂਕਿ ਚੰਗੀਆਂ ਚੀਜ਼ਾਂ ਸ਼ੇਅਰ ਕਰੋਗੇ ਕਰ ਭਲਾ ਹੋ ਭਲਾ ਵਾਲੀ ਗੱਲ ਹੁੰਦੀ ਹੈ। 12 ਮਾਹ ਦੀ ਰਚਨਾ ਕਿਸਨੇ ਕੀਤੀ ਹੈ? ਤਾਂ 12 ਮਾਹ ਦੀ ਰਚਨਾ ਰਾਜੇ ਦੇਖੋ, ਦੋ ਆਪਣੇ ਗੁਰੂ ਸਾਹਿਬ ਜੀ ਨੇ ਕੀਤੀ ਹੈ, ਗੁਰੂ ਨਾਨਕ ਸਾਹਿਬ ਜੀ ਨੇ ਵੀ ਕੀਤੀ ਹੈ ਤੁਖਾਰੀ ਰਾਗ ਦੇ ਵਿੱਚ, ਠੀਕ ਹੈ ਜੀ, ਤੇ ਆਪਣੇ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ ਹੈ ਮਾਝ ਰਾਗ ਦੇ ਵਿੱਚ, ਗੁਰੂ ਅਰਜਨ ਦੇਵ ਜੀ ਸਾਹਿਬ ਨੇ, ਠੀਕ ਹੈ ਜੀ, ਕਿਹਦੇ ਵਿੱਚ ਕੀਤੀ ਹੈ? ਮਾਝ ਰਾਗ ਦੇ ਵਿੱਚ ਕੀਤੀ ਹੈ। 12 ਮਾਹ ਮਤਲਬ 12 ਮਹੀਨਿਆਂ ਦੀ ਗੱਲ ਕੀਤੀ ਗਈ ਹੈ, ਇਹਦੇ ਵਿੱਚ 12 ਮਹੀਨਿਆਂ ਦੇ ਵਿੱਚ ਆਪਾਂ ਕੀ ਕਰਨਾ ਮਹਾਰਾਜ ਨੇ ਸਮਝਾਇਆ। ਅੱਗੇ ਆ ਗਿਆ ਜੀ ਆਪਾਂ ਗੁਰੂ ਸਾਹਿਬ ਜੀ ਤੇ ਉਹਨਾਂ ਦੇ ਮਹਿਲ ਦੱਸਣੇ ਨੇ ਵੀ ਕੌਣ ਕੌਣ, ਤੇ ਗੁਰੂ ਅੰਗਦ ਦੇਵ ਜੀ ਦੇ ਮਹਿਲ ਕੌਣ ਨੇ? ਮਾਤਾ ਖੀਵੀ ਜੀ, ਠੀਕ ਹੈ ਜੀ। ਤੇ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤੇ ਗੁਰੂ ਅਮਰਦਾਸ ਜੀ ਦੇ ਪਤਨੀ ਕੌਣ ਨੇ? ਮਾਤਾ ਮਨਸਾ ਦੇਵੀ ਜੀ, ਗੁਰੂ ਤੇਗ ਬਹਾਦਰ ਜੀ ਦੇ ਮਾਤਾ ਗੁਜਰ ਕੌਰ ਜੀ, ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ, ਠੀਕ ਹੈ ਜੀ, ਇਹ ਵੇਖ ਲਿਓ ਆਂਸਰ ਕਿਹੜਾ ਆਊਗਾ। ਅੱਗੇ ਕਹਿੰਦੇ ਆ ਜੀ ਕਿਸ ਨੂੰ ਪੰਜਾਬੀ ਸਾਹਿਤ ਦਾ ਟੈਗੋਰ ਕਿਹਾ ਜਾਂਦਾ ਹੈ? ਠੀਕ ਹੈ, ਪੰਜਾਬੀ ਸਾਹਿਤ ਦਾ ਟੈਗੋਰ ਕਿਹਨੂੰ ਕਹਿ ਦਿੰਦੇ ਆ? ਤੁਹਾਨੂੰ ਕਈ ਜਗ੍ਹਾ ਤੇ ਵਾਰਿਸ ਸ਼ਾਹ ਵੀ ਮਿਲ ਜੂਗਾ, ਪਰ ਨਾਲ ਦੀ ਨਾਲ ਆਪਾਂ ਇਹ ਵੀ ਯਾਦ ਰੱਖਣਾ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਵੀ ਕਹਿ ਦਿੰਦੇ ਆ। ਅੱਗੇ ਗੱਲ ਕਰਦੇ ਆ ਜੀ ਯੋਧਿਆਂ ਦੀ ਮਹਿਮਾ ਦੇ ਵਿੱਚ ਲਿਖੀ ਗਈ ਬਿਰਤਾਂਤਿਕ ਕਵਿਤਾ। ਤਾਂ ਯੋਧਿਆਂ ਦੀ ਮਹਿਮਾ ਦੇ ਵਿੱਚ ਆਪਾਂ ਕੀ ਲਿਖਦੇ ਆ? ਵਾਰ ਲਿਖਦੇ ਆ, ਵਾਰ। ਲਾਹੌਰ ਦੇ ਵਿੱਚ ਡੇਰਾ ਸਾਹਿਬ ਵਿਖੇ ਕਿਸ ਦੀ ਸ਼ਹੀਦੀ ਦਿਵਸ ਉੱਤੇ ਜੋੜ ਮੇਲਾ ਲੱਗਦਾ ਹੈ? ਠੀਕ ਹੈ ਜੀ, ਲਾਹੌਰ ਦੇ ਵਿੱਚ ਨਾ ਡੇਰਾ ਸਾਹਿਬ ਆ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਹੈ। ਠੀਕ ਹੈ ਜੀ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ, ਠੀਕ ਹੈ ਜੀ, ਇਹ ਯਾਦ ਰੱਖ ਲਿਓ। ਅੱਗੇ ਆ ਗਿਆ ਜੀ ਕਿਸ ਅਨੁਸਾਰ ਪੰਜਾਬ ਜਿਉਂਦਾ ਹੀ ਗੁਰਾਂ ਦੇ ਨਾਂ ਤੇ ਹੈ? ਤਾਂ ਤੁਹਾਨੂੰ ਦੱਸਿਆ ਹੀ ਹੈ ਇਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ, ਠੀਕ ਹੈ ਜੀ, ਕਾਵਿ ਸੰਗ੍ਰਹਿ ਹੈ। ਪੰਜਾਬ ਦੇ ਵਿੱਚ ਨਵਾਂ ਸੰਮਤ ਕਦੋਂ ਮਨਾਇਆ ਜਾਂਦਾ ਹੈ? ਤੁਹਾਨੂੰ ਮੈਂ ਕੱਲ੍ਹ ਕਰਵਾਇਆ ਸੀਗਾ ਨਵਾਂ ਸਾਲ ਕਦੋਂ ਆਉਂਦਾ? ਚੇਤਰ ਦੀ 1ਮ ਨੂੰ, ਠੀਕ ਹੈ, ਚੇਤ ਮਹੀਨੇ ਦੇ ਵਿੱਚ ਮਨਾਇਆ ਜਾਂਦਾ। ਤਾਂ ਇਹ ਯਾਦ ਰੱਖ ਲਿਓ, ਚੇਤ ਵਿਸਾਖ ਜੇਠ ਹਾੜ ਸੌਣ ਭਾਦੋ, ਸਾਵਣ ਨਹੀਂ ਹੁੰਦਾ ਰਾਜੇ, ਸੌਣ ਲਿਖਣਾ ਇਹਨੂੰ, ਠੀਕ ਹੈ, ਤੁਸੀਂ ਸ਼ੁੱਧ ਦੇ ਵਿੱਚ। ਅੱਸੂ ਕੱਤਕ ਮੱਗਰ ਪੋਹ ਮਾਘ ਫੱਗਣ, ਠੀਕ ਹੈ, ਯਾਦ ਰੱਖ ਲਿਓ ਦੇਸੀ ਮਹੀਨੇ ਵੀ। ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਦੇ ਵਿੱਚ ਮੇਲਾ ਕਿੱਥੇ ਲੱਗਦਾ ਰਾਜੇ? ਲੁਧਿਆਣੇ ਲੱਗਦਾ। ਅੱਗੇ ਆ ਗਿਆ ਜੀ ਇਤਿਹਾਸ ਦੇ ਅਨੁਸਾਰ ਖਿਦਰਾਣੇ ਦਾ ਯੁੱਧ ਕਦੋਂ ਹੋਇਆ? 1705 ਨੂੰ ਹੋਇਆ, ਠੀਕ ਹੈ, ਇਹ ਯਾਦ ਰੱਖਿਓ। ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਦੀ ਬੇਨਤੀ ਮੰਨ ਕੇ ਬੇਦਾਵਾ ਪਾੜਿਆ ਸੀਗਾ? ਤਾਂ ਭਾਈ ਮਾਹ ਸਿੰਘ ਜੀ ਦੇ ਕਹਿਣ ਤੇ, ਹਨਾ, 40 ਮੁਕਤਿਆਂ ਦੇ ਵਿੱਚੋਂ ਕੌਣ ਸੀਗੇ? ਭਾਈ ਮਾਹ ਸਿੰਘ ਜੀ ਸੀਗੇ ਜਿਨ੍ਹਾਂ ਨੇ ਬੇਨਤੀ ਕੀਤੀ ਸੀ। ਮਹਾਰਾਜ ਨੇ ਕਿਹਾ ਸੀਗਾ, ਮਹਾਰਾਜ ਨੇ ਬੇਨਤੀ ਕੀਤੀ ਸੀ, ਦੱਸੋ ਤੁਹਾਨੂੰ ਦੁਬਾਰਾ ਸਵਾਸ ਬਖਸ਼ ਦਿੰਦੇ ਆ, ਤੇ ਇਹਨਾਂ ਨੇ ਕਿਹਾ ਸੀ ਨਹੀਂ ਮਹਾਰਾਜ ਜਿਹੜਾ ਬੇਦਾਵਾ ਹੈਗਾ ਉਹ ਪਾੜ ਦਿਓ ਬਸ। ਹੋਲੀ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ?
ਹਾਲਾਂਕਿ ਕੱਲ੍ਹ ਬੱਚੇ ਮੈਨੂੰ ਕਹਿ ਰਹੇ ਸੀ ਸਰ ਵੀ ਇਹ ਤਾਂ ਸੱਭਿਆਚਾਰਕ ਦੇ ਨਾਲ ਰਿਲੇਟਡ ਤਾਂ ਹੈ ਹੀ ਨਹੀਂ ਗਾ ਸਿਲੇਬਸ, ਪਰ ਮੈਂ ਤੁਹਾਨੂੰ ਕਹਿ ਰਿਹਾ ਵੀ ਇਹ ਕੁਛ ਨਹੀਂ ਪਤਾ ਲੱਗਦਾ ਹੁੰਦਾ ਕਈ ਵਾਰੀ, ਤਾਂ ਇੱਕ ਦੋ ਕੁਸ਼ਚਨ ਪੜ੍ਹ ਲਓ, ਤੁਹਾਡਾ ਹੀ ਬੈਨੀਫਿਟ ਹੈ, ਫੱਗਣ ਦੇ ਵਿੱਚ ਮਨਾਇਆ ਜਾਂਦਾ, ਠੀਕ ਹੈ ਜੀ, ਇਹ ਯਾਦ ਰੱਖਣਾ ਤੁਸੀਂ। ਅੱਗੇ ਚੱਲਦੇ ਹਾਂ ਜੀ। ਪੰਜਾਬ ਦੀ ਧਰਤੀ ਦੇ ਵਿੱਚ ਉੱਤੇ ਕਿੰਨੇ ਵੇਦ ਰਚੇ ਗਏ? ਪੰਜਾਬ ਦੀ ਧਰਤੀ ਤੇ ਰਾਜੇ ਚਾਰ ਵੇਦ ਰਚੇ ਗਏ। ਚਾਰ ਵੇਦ ਕਿਹੜੇ ਕਿਹੜੇ? ਆਪਣੇ ਇਹ ਆਪਣੇ ਦਰਿਆਵਾਂ ਦੇ ਉੱਪਰ ਕੰਢੇ ਉੱਪਰ ਰਚੇ ਗਏ, ਤਾਂ ਹੀ ਤਾਂ ਜਿਹੜੀ ਵੇਦਾਂ ਦੀ ਭਾਸ਼ਾ ਮਿਲਦੀ ਹੈ ਆਪਣੀ, ਹਨਾ, ਪੰਜਾਬੀ ਤੋਂ ਪਹਿਲਾਂ ਵੇਦਾਂ ਦੀ ਭਾਸ਼ਾ ਮਿਲਦੀ ਹੈ। ਰਿਗਵੇਦ, ਸਾਮਵੇਦ, ਇਸ ਤੋਂ ਇਲਾਵਾ ਹੋਰ ਕਿਹੜਾ ਹੁੰਦਾ? ਯਜੁਰਵੇਦ ਹੁੰਦਾ, ਤੇ ਇੱਕ ਹੁੰਦਾ ਜੀ ਅਥਰਵ ਵੇਦ, ਠੀਕ ਹੈ ਜੀ, ਚਾਰ ਵੇਦ ਨੇ ਇਹ। ਅੱਗੇ ਆ ਗਿਆ ਜੀ, ਪੰਜਾਬ ਨੂੰ ਸਪਤ ਸਿੰਧੂ ਕਿਸ ਕਾਲ ਚ ਕਿਹਾ ਜਾਂਦਾ ਸੀਗਾ? ਤਾਂ ਪੰਜਾਬ ਨੂੰ ਸੱਤਾਂ ਦਰਿਆਵਾਂ ਦੀ ਧਰਤੀ ਵੀ ਕਹਿੰਦੇ ਸੀਗੇ ਰਾਜੇ, ਇਹ ਰਿਗਵੇਦ ਕਾਲ ਦੇ ਵਿੱਚ ਹੀ ਕਹਿੰਦੇ ਸੀਗੇ। ਕਹਿੰਦਾ ਜੀ ਭਾਰਤੀ ਸੱਭਿਆਚਾਰ ਦਾ ਮਹਾਨ ਸਰੋਤ ਕਿਹੜਾ ਵੇਦ ਹੈ? ਜਿਹਦੇ ਵਿੱਚ ਪੰਜਾਬੀ ਸੱਭਿਆਚਾਰ ਦਾ, ਭਾਰਤੀ ਸੱਭਿਆਚਾਰ ਦਾ ਮਹਾਨ ਸਰੋਤ ਹੈ ਮੰਨਿਆ ਜਾਂਦਾ, ਉਹ ਕਿਹਨੂੰ ਕਿਹਾ ਜਾਂਦਾ ਰਾਜੇ? ਰਿਗਵੇਦ ਨੂੰ ਕਿਹਾ ਜਾਂਦਾ ਹੈ। ਅੱਗੇ ਆ ਗਿਆ ਜੀ, ਸੱਭਿਆਚਾਰ ਦਾ ਸਿਰਜਣਹਾਰ ਕੌਣ ਹੁੰਦਾ ਹੈ? ਮੈਂ ਤੁਹਾਨੂੰ ਦੱਸ ਕੇ ਹਟਿਆ, ਸੱਭਿਆਚਾਰ ਨੂੰ ਕੌਣ ਸਿਰਜਦਾ ਰਾਜੇ? ਲੋਕ ਸਿਰਜਦੇ ਆ, ਲੋਕ ਸਮੂਹ। ਅੱਗੇ ਆ ਗਿਆ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਗੁਰਤਾ ਗੱਦੀ ਕਾਲ ਕਿੰਨਾ ਹੈ? ਤਾਂ ਤੁਹਾਨੂੰ ਪਤਾ ਰਾਜੇ 1675 ਦੇ ਵਿੱਚ ਮਹਾਰਾਜ ਸ਼ਹੀਦ ਹੁੰਦੇ ਆ, ਗੁਰੂ ਤੇਗ ਬਹਾਦਰ ਜੀ ਉਦੋਂ 9 ਸਾਲ ਦੀ ਉਮਰ ਸੀਗੀ। ਕਿੰਨੀ ਉਮਰ ਸੀਗੀ? 9 ਸਾਲ ਦੀ ਉਮਰ ਸੀਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਬਾਲਕ ਗੋਬਿੰਦ ਰਾਏ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਵੀ 30 ਮਾਰਚ, ਠੀਕ ਹੈ ਜੀ, 1699 ਨੂੰ ਫਿਰ ਇਹ ਕੀ ਹੁੰਦਾ ਜੀ, ਵਿਸਾਖੀ ਵਾਲੇ ਦਿਨ ਖਾਲਸਾ ਪੰਥ ਸਜਾਇਆ ਜਾਂਦਾ। ਕਈ 13 ਅਪ੍ਰੈਲ ਕਹਿ ਦਿੰਦੇ ਆ, ਪਰ 30 ਮਾਰਚ ਆਊਗਾ। ਕਿਉਂ 30 ਮਾਰਚ ਆਊਗਾ ਉਹਦਾ ਮੈਂ ਅੱਗੇ ਜਾ ਕੇ ਜਵਾਬ ਦਊਂਗਾ, ਇੱਕ ਕੁਸ਼ਚਨ ਆਊਗਾ ਉਹਦਾ ਜਵਾਬ ਵੀ ਤੁਹਾਨੂੰ ਮੈਂ ਮਿਲ ਜਾਊਗਾ। ਅੱਗੇ ਆ ਗਿਆ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕ੍ਰਿਤ ਦੀ ਵਿੱਦਿਆ ਕਿਸ ਤੋਂ ਪ੍ਰਾਪਤ ਕੀਤੀ? ਠੀਕ ਹੈ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਸਕ੍ਰਿਤ ਦੀ ਵਿੱਦਿਆ ਜਿਹੜੀ ਹੈਗੀ ਹੈ ਰਾਜੇ, ਉਹ ਪੰਡਿਤ ਹਰਜਸ ਤੋਂ ਪ੍ਰਾਪਤ ਕੀਤੀ ਸੀਗੀ, ਠੀਕ ਹੈ ਜੀ। ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਗੁਰਮੁਖੀ ਦੀ, ਠੀਕ ਹੈ ਜੀ, ਗੁਰਮੁਖੀ ਦੀ ਵੀ ਪੁੱਛ ਲੈਂਦੇ ਹੁੰਦੇ ਆ, ਤਾਂ ਗੁਰਮੁਖੀ ਭਾਈ ਮਤੀ ਦਾਸ ਤੇ ਭਾਈ ਸਾਹਿਬ ਚੰਦ ਜੀ, ਠੀਕ ਹੈ ਜੀ, ਇਹਨਾਂ ਤੋਂ ਪ੍ਰਾਪਤ ਕੀਤੀ ਹੈ। ਤੇ ਘੋੜ ਸਵਾਰੀ ਮਹਾਰਾਜ ਨੇ ਕਿਤੋਂ ਸਿੱਖੀ ਹੈ? ਭਾਈ ਬਜਰ ਸਿੰਘ, ਠੀਕ ਹੈ, ਇਹ ਵੀ ਕੁਸ਼ਚਨ ਆ ਸਕਦਾ, ਘੋੜ ਸਵਾਰੀ ਕਿਤੋਂ ਸਿੱਖੀ ਸੀਗੀ? ਭਾਈ ਬਜਰ ਸਿੰਘ ਜੀ ਤੋਂ ਸਿੱਖੀ ਸੀ ਮਹਾਰਾਜ ਨੇ। ਅੱਗੇ ਗੱਲ ਕਰਦੇ ਹਾਂ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਰਬੀ ਤੇ ਫਾਰਸੀ ਦੀ ਵਿੱਦਿਆ ਕਿਸ ਤੋਂ ਪ੍ਰਾਪਤ ਕੀਤੀ? ਹਾਲਾਂਕਿ ਅਰਬੀ ਯੂਜ਼ ਨਹੀਂ ਕੀਤੀ, ਪਰ ਇਹਨਾਂ ਨੂੰ ਆਉਂਦੀ ਸੀਗੀ, ਠੀਕ ਹੈ ਜੀ। ਤਾਂ ਅਰਬੀ ਤੇ ਇਹਦੀ ਜਿਹੜੀ ਵਿੱਦਿਆ ਹੈਗੀ ਆ ਮਹਾਰਾਜ ਨੇ, ਇੱਕ ਮਿੰਟ ਜੀ, ਠੀਕ ਹੈ, ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਠੀਕ ਹੈ ਜੀ, ਆਪਣੀ ਅਰਬੀ ਤੇ, ਠੀਕ ਹੈ ਜੀ, ਫਾਰਸੀ ਦੀ ਵਿੱਦਿਆ ਕਿਹਨਾਂ ਤੋਂ ਪ੍ਰਾਪਤ ਕੀਤੀ ਆ? ਤਾਂ ਦੇਖੋ ਇਹ ਕੀਤੀ ਆ ਜੀ ਪੀਰ ਮੁਹੰਮਦ ਤੋਂ, ਠੀਕ ਹੈ, ਇਹ ਯਾਦ ਰੱਖਣਾ। ਅੱਗੇ ਗੱਲ ਕਰਦੇ ਹਾਂ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਨਾਲ ਕਿਰਪਾਲ ਚੰਦ ਦਾ ਰਸਤਾ ਕੀ ਸੀਗਾ? ਤੁਹਾਨੂੰ ਮੈਂ ਦੱਸਿਆ ਵੀ ਇਹਨਾਂ ਦਸਤਾਰਬੰਦੀ ਇਹਨਾਂ ਦੇ ਮਾਮਾ ਜੀ ਨੇ ਕੀਤੀ ਸੀ, ਕਿਰਪਾਲ ਚੰਦ ਜੀ ਨੇ, ਤੁਹਾਨੂੰ ਕਰਵਾਇਆ ਨਾ ਮੈਂ। ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਗਾਰਾ ਵੀ ਬਣਾਇਆ ਸੀਗਾ, ਉਹਨੂੰ ਕਹਿੰਦੇ ਸੀਗੇ ਰਣਜੀਤ ਨਗਾਰਾ। ਇਹ ਲੰਗਰ ਬੰਨ ਸਮੇਂ ਤੇ ਯੁੱਧ ਦੇ ਸਮੇਂ ਵਜਾਇਆ ਜਾਂਦਾ ਸੀਗਾ, ਰਣਜੀਤ ਨਗਾਰਾ। ਅੱਗੇ ਆ ਗਿਆ ਜੀ, ਪਾਉਂਟਾ ਸਾਹਿਬ ਦੀ ਸਥਾਪਨਾ ਵੀ ਕਿਹਨੇ ਕੀਤੀ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਹਿਰ ਦੀ ਸਥਾਪਨਾ ਕੀਤੀ ਹੈ। ਤੇ ਮੈਂ ਨਾ ਕਲਾਸ ਦੇ ਐਂਡ ਤੱਕ ਜ਼ਰੂਰ ਜਾਇਓ, ਕਲਾਸ ਦੇ ਐਂਡ ਵਿੱਚ ਮੈਂ 3-4 ਥਿਊਰੀ ਦੀਆਂ ਸਲਾਈਡਾਂ ਪਾਈਆਂ ਨੇ, ਜਿਹਦੇ ਵਿੱਚੋਂ ਡੈਫੀਨੇਟਲੀ ਤੁਹਾਡੇ 5 ਤੋਂ 6 ਕੁਸ਼ਚਨ ਬਣਨਗੇ, ਇਹ ਗਰੰਟੀ ਹੈ। ਜੋ ਪੇਪਰ ਦੇ ਕੇ ਆਉਂਗੇ ਨਾ, ਉਹ ਸਲਾਈਡਾਂ ਦੇਖ ਲਿਓ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ, ਠੀਕ ਹੈ ਜੀ। ਯਮੁਨਾ ਦੇ ਕੰਢੇ ਹੈ ਜੀ ਇਹ ਪਾਉਂਟਾ ਸਾਹਿਬ। ਅੱਗੇ ਆ ਗਿਆ ਜੀ, ਦੇ ਸ਼ਿਵਾ ਪਰ ਮੋਹੇ ਹੈ, ਸ਼ੁਭ ਕਰਮਨ ਤੇ ਕਬੂ ਨਾ ਟਰੋ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਹੈ, ਠੀਕ ਹੈ ਜੀ। ਅੱਗੇ ਆ ਗਿਆ ਜੀ, ਤਲਵੰਡੀ ਸਾਬੋ, ਤਲਵੰਡੀ ਸਾਬੋ ਨੂੰ ਕੀ ਕਹਿ ਦਿੰਦੇ? ਦਮਦਮਾ ਸਾਹਿਬ ਵੀ ਕਹਿ ਦਿੰਦੇ, ਗੁਰੂ ਕੀ ਕਾਂਸ਼ੀ ਵੀ ਕਹਿ ਦਿੰਦੇ ਆ। ਏ ਤੇ ਬੀ ਆਂਸਰ ਆ ਜਾਊਗਾ। ਗੁਰੂ ਕੀ ਨਗਰੀ ਕਿਹਨੂੰ ਕਹਿ ਦਿੰਦੇ? ਅੰਮ੍ਰਿਤਸਰ ਨੂੰ ਕਹਿ ਦਿੰਦੇ ਆ। ਅੱਗੇ ਆ ਗਿਆ ਜੀ, ਚਰਨ ਪੌਲ ਨਾਮਕ ਪ੍ਰਥਾ ਦਾ ਅੰਤ ਕਿਸਨੇ ਕੀਤਾ? ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਕੀਤਾ ਰਾਜੇ? ਦੇਖੋ ਪਹਿਲਾਂ ਕੀ ਹੁੰਦਾ ਸੀਗਾ ਨਾ, ਚਰਨਾਂ ਦੇ ਜਿਹੜੇ ਗੁਰੂ ਧਾਰਨਾ ਅੱਗੇ, ਤਾਂ ਚਰਨ ਧੋ ਕੇ ਉਹ ਪੀਣਾ ਪੈਂਦਾ ਸੀ ਪਾਣੀ, ਤਾਂ ਫਿਰ ਗੁਰੂ ਧਾਰਦਾ ਸੀਗਾ।
ਠੀਕ ਹੈ ਜੀ। ਇਸ ਚੀਜ਼ ਦਾ ਜਿਹੜਾ ਅੰਤ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ, ਠੀਕ ਹੈ ਜੀ। ਕਿਵੇਂ ਕੀਤਾ? ਅੰਮ੍ਰਿਤ ਛਕਾ ਕੇ। ਅੱਗੇ ਆ ਗਿਆ ਜੀ ਜਫ਼ਰਨਾਮਾ। ਜਫ਼ਰਨਾਮਾ ਕੀ ਹੈ ਜੀ? ਫਤਿਹ ਦੀ ਚਿੱਠੀ, ਠੀਕ ਹੈ ਜੀ। ਜਿਹੜੀ ਫਤਿਹ ਦੀ ਚਿੱਠੀ ਜਿਹੜੀ ਕਿ ਔਰੰਗਜ਼ੇਬ ਨੂੰ ਲਿਖੀ ਮਹਾਰਾਜ ਨੇ, ਠੀਕ ਹੈ ਜੀ। ਕਦੋਂ ਲਿਖੀ ਸੀਗੀ? 1704 ਨੂੰ ਲਿਖੀ ਸੀਗੀ, ਠੀਕ ਹੈ ਜੀ। ਤਾਂ ਇਹਨੂੰ ਲੈ ਕੇ ਕੌਣ ਜਾਂਦੇ ਆ? ਦੋ ਪਿਆਰੇ ਲੈ ਕੇ ਜਾਂਦੇ ਆ, ਕਿਉਂਕਿ ਤਿੰਨ ਪਿਆਰੇ ਤਾਂ ਸ਼ਹੀਦ ਹੋ ਗਏ ਸੀਗੇ, ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਲੈ ਕੇ ਜਾਂਦੇ ਆ, ਠੀਕ ਹੈ ਜੀ। ਦਇਆ ਸਿੰਘ ਜੀ ਤੇ ਧਰਮ ਸਿੰਘ ਜੀ ਲੈ ਕੇ ਜਾਂਦੇ ਆ, ਕਿੱਥੇ ਲੈ ਕੇ ਜਾਂਦੇ ਆ? ਅਹਿਮਦ ਨਗਰ, ਠੀਕ ਹੈ ਜੀ। ਕਿੱਥੇ ਲੈ ਕੇ ਜਾਂਦੇ ਆ ਰਾਜੇ? ਅਹਿਮਦ ਨਗਰ ਲੈ ਕੇ ਜਾਂਦੇ ਆ, ਠੀਕ ਹੈ। ਇਹ ਯਾਦ ਰੱਖਣਾ ਤੁਸੀਂ, ਕਿੱਥੇ ਲੈ ਕੇ ਜਾਂਦੇ ਆ ਜੀ? ਅਹਿਮਦ ਨਗਰ ਲੈ ਕੇ ਜਾਂਦੇ ਆ। ਤੇ ਇਹਦੇ ਵਿੱਚ ਕੀ ਆ ਜੀ? 111 ਪਦ ਨੇ, ਤੇ ਇਹਦੇ ਵਿੱਚ ਮਹਾਰਾਜ ਨੇ ਵਿਗਾਰਿਆ ਸੀਗਾ ਕਿਹਨੂੰ? ਆਪਣੇ ਔਰੰਗਜ਼ੇਬ ਨੂੰ। ਤੇ ਪਿੰਡ ਕਿਹੜਾ ਸੀਗਾ ਜੀ? ਦੀਨਾ ਕਾਂਗੜ, ਜਿੱਥੇ ਬੈਠ ਕੇ ਮਹਾਰਾਜ ਨੇ ਕੀ ਕੀਤਾ ਜੀ? ਇਹ ਚਿੱਠੀ ਲਿਖੀ ਸੀਗੀ, ਠੀਕ ਹੈ, ਇਹ ਯਾਦ ਰੱਖਣਾ। ਅੱਗੇ ਆ ਗਿਆ ਜੀ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਕਿਹੜੀ ਲੜਾਈ ਲੜੀ ਗਈ ਹੈ ਰਾਜੇ ਤੁਹਾਡੀ? ਤਾਂ ਇਹ ਭੰਗਾਣੀ ਦਾ ਯੁੱਧ ਹੋਇਆ ਮਹਾਰਾਜ ਦਾ, ਠੀਕ ਹੈ ਜੀ। ਭੰਗਾਣੀ ਦਾ ਯੁੱਧ ਹੋਇਆ ਤੁਹਾਡਾ, ਤਾਂ ਇਹ ਮਹਾਰਾਜ ਨੇ ਲੜਾਈ ਲੜੀ ਸੀਗੀ 1688 ਦੇ ਵਿੱਚ। ਅੱਗੇ ਆ ਗਿਆ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ? ਤਾਂ ਮੈਂ ਤੁਹਾਨੂੰ ਕਿਹਾ ਸੀਗਾ 30 ਮਾਰਚ 1699, ਤੁਹਾਨੂੰ ਮੈਂ ਹੁਣ ਦੱਸ ਕੇ ਗਿਆ ਸੀ ਨਾ 30 ਮਾਰਚ। ਇਹ ਕਿਉਂ ਕਾਰਨ ਆ ਰਾਜੇ? ਕਿਉਂਕਿ ਨਾ ਪੁਰਾਣੇ ਟਾਈਮ 'ਚ ਨਾ ਬਿਕਰਮੀ ਸੰਮਤ ਚੱਲਦੀ ਸੀਗੀ, ਤਾਂ ਇੱਕ ਵਿਸਾਖ, ਠੀਕ ਹੈ ਜੀ, ਜੇ ਮੈਂ ਗੱਲ ਕਰੂੰਗਾ ਤਾਂ 1556 ਬਿਕਰਮੀ ਸੰਮਤ ਸੀਗਾ। ਹੁਣ 1556 ਦੇ ਵਿੱਚ ਤੁਸੀਂ 57 ਮਾਈਨਸ ਕਰ ਲਓਗੇ ਤਾਂ 1699 ਬਣ ਜਾਊਗਾ, ਤਾਂ ਉਦੋਂ ਦੇਸੀ ਮਹੀਨੇ ਤਰੀਕ ਚੱਲਦੀ ਸੀ, ਤਾਂ ਇਸ ਕਰਕੇ ਇਹ 13 ਅਪ੍ਰੈਲ ਨਹੀਂ ਬਣਦਾ, 30 ਮਾਰਚ ਬਣਦਾ, ਠੀਕ ਹੈ, ਇਹ ਯਾਦ ਰੱਖਿਓ। ਅੱਗੇ ਆ ਗਿਆ ਜੀ ਦੀਵਾਨ ਦੇ ਵਿੱਚ ਸਭ ਤੋਂ ਪਹਿਲਾਂ ਬਲੀਦਾਨ। ਤਾਂ ਜਦੋਂ ਮਹਾਰਾਜ ਨੇ ਦੀਵਾਨ ਸਜਾਇਆ ਸੀਗਾ ਸਾਰੇ ਦੂਰ ਦੁਰਾਡੋ ਪੂਰੇ ਹਿੰਦੁਸਤਾਨ ਦੇ ਸਾਰੇ ਸਾਧੂ ਸੰਤ ਆਏ ਸੀਗੇ, ਤਾਂ 5 ਬੰਦੇ ਉੱਠੇ ਸੀ ਨਾ ਸਿਰ ਦੇਣ ਵਾਸਤੇ। ਸਭ ਤੋਂ ਪਹਿਲਾਂ ਸਿਰ ਕਿਹਨੇ ਦਿੱਤਾ ਸੀਗਾ? ਤੁਹਾਨੂੰ ਮੈਂ ਦੱਸਿਆ, ਸਭ ਤੋਂ ਪਹਿਲਾਂ ਕੌਣ ਆਏ ਸੀਗੇ? ਭਾਈ ਦਇਆ ਸਿੰਘ, ਫਿਰ ਧਰਮ, ਫਿਰ ਹਿੰਮਤ, ਫਿਰ ਮੋਹਕਮ ਤੇ ਫਿਰ ਸਾਹਿਬ। ਇਹ ਆਪਾਂ ਕਰ ਲਿਆ, ਠੀਕ ਹੈ, ਬਹੁਤ ਵਧੀਆ ਢੰਗ ਨਾਲ ਪੜ੍ਹਿਆ ਆਪਾਂ। ਚਲੋ ਜੀ ਅੱਗੇ ਮੂਵ ਕਰਦੇ ਹਾਂ ਆਪਾਂ। ਅੱਗੇ ਆ ਗਿਆ ਜੀ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ। ਤੁਹਾਨੂੰ ਦੱਸਿਆ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਦੇ ਵਿੱਚ ਹੁੰਦੀ ਹੈ, ਤੇ ਦੂਜੀ ਲੜਾਈ ਕਦੋਂ ਹੁੰਦੀ ਹੈ? 1704 ਦੇ ਵਿੱਚ, ਜਦੋਂ ਮਹਾਰਾਜ ਕੀ ਕਰਦੇ ਨੇ? ਕਿਲ੍ਹਾ ਛੱਡਦੇ ਨੇ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਇਹ ਲਿਖਿਆ ਵਿੱਚੋਂ ਕਿਸ ਸਰੋਵਰ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਕੀਤਾ? ਤਾਂ ਰਾਮਸਰ ਸਰੋਵਰ ਜਿਹੜਾ ਅੰਮ੍ਰਿਤਸਰ ਵਾਲਾ ਤੇ ਨਾਲ ਨਾਲ ਸੰਤੋਖਸਰ ਸਰੋਵਰ, ਇਹ ਦੋਨਾਂ ਦਾ ਨਿਰਮਾਣ ਕਿਹਨੇ ਕਰਵਾਇਆ? ਗੁਰੂ ਅਰਜਨ ਦੇਵ ਜੀ ਨੇ ਕਰਵਾਇਆ। ਕਿੰਨੇ ਭਗਤਾਂ ਦੀ ਬਾਣੀ ਦਰਜ ਹੈ ਰਾਜੇ? 15 ਭਗਤ, 11 ਭੱਟ ਤੇ 4 ਗੁਰਸਿੱਖ। ਕਿਸ ਮੁਗਲ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਸੀਗਾ? ਤਾਂ ਜਹਾਂਗੀਰ ਨੇ ਕੀਤਾ। ਤੇ ਔਰੰਗਜ਼ੇਬ ਨੇ ਕਿਹਨੂੰ ਸ਼ਹੀਦ ਕੀਤਾ ਸੀਗਾ? 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ। ਇਹਦੇ ਵਿੱਚ ਨਾ ਕਨਫਿਊਜ਼ ਹੋਣਾ, ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ, ਕਹਿੰਦਾ ਜੀ ਕੀਰਨੇ ਕਿਸ ਦੇ ਨਾਲ ਸੰਬੰਧਿਤ ਹੈ? ਕੀਰਨੇ ਹੁੰਦੇ ਆ ਰਾਜੇ, ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਵਿਅਕਤੀ ਦੀ, ਤਾਂ ਉਦੋਂ ਔਰਤਾਂ ਵੱਲੋਂ ਪਾਏ ਜਾਂਦੇ ਆਪਣੇ ਅੰਦਰ ਦਾ ਗੁਬਾਰ ਕੱਢਣ ਵਾਸਤੇ, ਠੀਕ ਹੈ ਜੀ। ਇਹ ਕੀਰਨੇ, ਘੋੜੀਆਂ, ਠੀਕ ਹੈ ਜੀ, ਇਹ ਸਾਰਾ ਕੁਛ ਜਿਹੜਾ ਹੈਗਾ ਰਚਨਾ ਕਿਹਦੀ ਹੈ? 3ਜੇ ਪਾਤਸ਼ਾਹ ਦੀ। ਅੱਗੇ ਗੱਲ ਕਰਦੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਜੈਸ਼ ਦੇ ਨਾਲ ਸ਼ੁਰੂ ਹੁੰਦਾ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ ਰਾਜੇ? ਆਪਣੇ ਕੋਲੇ ਜਪਜੀ ਸਾਹਿਬ। ਪਰ ਜਪਜੀ ਸਾਹਿਬ ਤੋਂ ਪਹਿਲਾਂ ਕੀ ਆ ਜਾਂਦਾ? ਮੂਲ ਮੰਤਰ। ਜੇ ਤਾਂ ਆਪਸ਼ਨ ਦੇ ਵਿੱਚ ਜਪਜੀ ਸਾਹਿਬ ਹੋਊਗਾ ਤਾਂ ਆਨਸਰ ਜਪਜੀ ਸਾਹਿਬ ਆਜੂਗਾ, ਜੇ ਨਾਲ ਮੂਲ ਮੰਤਰ ਪਿਆ ਹੋਇਆ ਤਾਂ ਰਾਜੇ ਮੂਲ ਮੰਤਰ ਆਜੂਗਾ ਆਪਸ਼ਨ, ਠੀਕ ਹੈ ਜੀ, ਆਪਣਾ ਮੂਲ ਮੰਤਰ ਹੈ। ਅੱਗੇ ਆ ਗਿਆ ਜੀ ਚੋਲਾ ਸਾਹਿਬ ਮੇਲਾ, ਇਹ ਲਿਖਿਆ ਵਿੱਚੋਂ ਕਿਸ ਸਥਾਨ ਤੇ ਲੱਗਦਾ ਹੈ? ਚੋਲਾ ਸਾਹਿਬ ਮੇਲਾ ਲੱਗਦਾ ਰਾਜੇ ਡੇਰਾ ਬਾਬਾ ਨਾਨਕ, ਕਿਉਂਕਿ ਇੱਥੇ ਗੁਰੂ ਨਾਨਕ ਦੇਵ ਜੀ ਦਾ ਕੀ ਪਿਆ? ਚੋਲਾ ਪਿਆ, ਠੀਕ ਹੈ ਜੀ। ਇੱਕ ਚੋਲਾ ਪਿਆ ਤੇ ਇੱਕ ਬੇਬੇ ਨਾਨਕੀ ਜੀ ਦਾ ਇਤਿਹਾਸਿਕ ਰੁਮਾਲ ਪਿਆ, ਠੀਕ ਹੈ। ਆ ਬੇਦੀ ਜੀ ਜਿਹੜੇ ਹੈਗੇ ਨੇ, ਬਾਬਾ ਬੇਦੀ ਜੀ, ਇਹ ਇੱਥੇ ਕੀ ਕਰਦੇ ਸੀਗੇ? ਸੇਵਾ ਕਰਦੇ ਸੀਗੇ। ਅੱਗੇ ਅਗਰ ਆਪਾਂ ਗੱਲ ਕਰੀਏ, ਅਗਲੇ ਕੁਸ਼ਚਨ ਵੱਲ ਮੂਵ ਕਰੀਏ, ਤਾਂ ਅੱਗੇ ਆਪਣੇ ਕੋਲ ਆ ਜਾਂਦਾ ਜੀ ਸੱਸੀ ਪੁੰਨੂ ਦੀ ਰਚਨਾ, ਜੇ ਆਪਾਂ ਪੜ੍ਹ ਲਿਆ ਵੈਸੇ, ਹੈ ਨਾ, ਮੇਰਾ ਦੁਬਾਰਾ ਰਿਪੀਟ ਹੋ ਗਿਆ ਕੁਸ਼ਚਨ ਇਹ, ਤਾਂ ਹਾਸ਼ਮ ਸ਼ਾਹ, ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਸਾਹਿਤ ਵਿੱਚ ਕਿੱਸਾ ਕੀ ਹੈ? ਕਿੱਸੇ ਕਦ, ਮਤਲਬ ਪੰਜਾਬ ਦੇ ਸਾਹਿਤ ਵਿੱਚ ਕਿੱਸੇ ਕੀ ਹੁੰਦੇ ਰਾਜੇ? ਪ੍ਰੇਮ ਦੀ ਕਹਾਣੀ ਨੂੰ ਕਿੱਸਾ ਕਿਹਾ ਜਾਂਦਾ ਹੈ।
ਜਿਵੇਂ ਹੀਰ ਰਾਂਝੇ ਦਾ ਕਿੱਸਾ, ਮਿਰਜ਼ਾ ਸਾਹਿਬਾਂ ਦਾ ਕਿੱਸਾ। ਅੱਗੇ ਆ ਗਿਆ ਜੀ, ਭਾਈ ਗੁਰਦਾਸ ਜੀ ਦੀਆਂ ਲਿਖੀਆਂ ਵਾਰਾਂ ਵਿੱਚੋਂ ਕਿਹੜੀਆਂ ਵਾਰਾਂ ਇਤਿਹਾਸਿਕ ਤੌਰ ਤੇ ਮਹੱਤਵਪੂਰਨ ਨੇ? ਜਿਹੜੀ ਪਹਿਲੀ ਤੇ 11ਵੀਂ ਵਾਰ ਹੈ ਰਾਜੇ, ਉਹ ਜ਼ਿਆਦਾ ਮਹੱਤਵਪੂਰਨ ਹੈ। ਵਚਿੱਤਰ ਨਾਟਕ ਕਿਸ ਗੁਰੂ ਸਾਹਿਬ ਜੀ ਦੀ ਸਵੈ ਜੀਵਨੀ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਮੈਂ ਤੁਹਾਨੂੰ ਦੱਸਤਾ। ਅੱਗੇ ਆ ਗਿਆ ਜੀ ਗੁਰੂ ਕੀ ਕਾਸ਼ੀ, ਠੀਕ ਹੈ ਜੀ, ਇਹ ਦਮਦਮਾ ਸਾਹਿਬ ਨੂੰ ਕਿਹਾ ਜਾਂਦਾ ਹੈ। ਅੱਗੇ ਗੱਲ ਕਰਦੇ ਹਾਂ ਜੀ, ਪੰਜਾਬ ਦੇ ਵਿੱਚ ਅਕਾਲ ਤਖਤ ਸਾਹਿਬ ਕਿਸਨੇ ਬਣਵਾਇਆ? ਠੀਕ ਹੈ ਜੀ, ਇਹ 1609 ਦੇ ਵਿੱਚ ਬਣਵਾਇਆ ਸੀਗਾ। ਠੀਕ ਹੈ ਜੀ, ਕਿਹਨੇ ਬਣਵਾਇਆ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਵਾਇਆ ਸੀਗਾ ਅਕਾਲ ਤਖਤ ਸਾਹਿਬ। ਸਭ ਤੋਂ ਪੁਰਾਣਾ ਤਖਤ ਹੈ ਜੀ ਪੰਜਾਂ ਤਖਤਾਂ ਦੇ ਵਿੱਚੋਂ। ਹਿੰਦ ਦੀ ਚਾਦਰ ਕਿਹੜੇ ਗੁਰੂ ਸਾਹਿਬ ਜੀ ਨੂੰ ਕਿਹਾ ਜਾਂਦਾ? ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਜਾਂਦਾ ਹੈ। ਤਾਂ ਪੰਜਾਬ ਦਾ ਪਹਿਲਾ ਸੂਫੀ ਕਵੀ ਜਿਸਨੇ ਆਪਣੇ ਰਹੱਸਵਾਦੀ ਵਿਚਾਰਾਂ ਨੂੰ ਪ੍ਰਗਟ ਕਰਨ ਵਾਸਤੇ ਕਾਫੀ ਰੂਪ ਨੂੰ ਅਪਣਾਇਆ? ਤਾਂ ਚਲੋ, ਇਹ ਮੈਨੂੰ ਲੱਗਦਾ ਕੁਸ਼ਚਨ ਆਪਣਾ ਵਾਰ ਵਾਰ ਰਿਪੀਟ ਹੋ ਗਿਆ ਇੱਕ ਅੱਧਾ ਕੁਸ਼ਚਨ, ਉਹਦੇ ਵਾਸਤੇ ਮਾਫੀ ਚਾਹੁੰਦਾ, ਕਿਉਂਕਿ ਕਈ ਵਾਰੀ ਜਦੋਂ ਆਪਾਂ ਕਲਾਸ ਬਣਾਉਣੇ ਹੁੰਦੇ ਧਿਆਨ ਨਹੀਂ ਹੁੰਦਾ, ਤਾਂ ਸ਼ਾਹ ਹੁਸੈਨ, ਠੀਕ ਹੈ, ਪਿੱਛੇ ਮੈਂ ਤੁਹਾਨੂੰ ਕਰਵਾ ਕੇ ਗਿਆ। ਦਾ ਨੇਕਟ ਟ੍ਰਾਈਐਂਗਲ, ਇਹ ਕਿਹਦੀ ਆਤਮਕਥਾ ਹੈ? ਇਹ ਆਪਣੀ ਆਤਮਕਥਾ ਹੈਗੀ ਹੈ ਜੀ ਬਲਵੰਤ ਗਾਰਗੀ ਦੀ। ਠੀਕ ਹੈ ਜੀ, ਅੱਗੇ ਗੱਲ ਕਰਦੇ ਹਾਂ ਜੀ, ਪੰਜਾਬ ਦੇ ਵਿੱਚ ਸ਼ੀਤਲਾ ਦੇਵੀ ਦੇ ਸਨਮਾਨ ਦੇ ਵਿੱਚ ਕਿਹੜਾ ਮੇਲਾ ਲੱਗਦਾ ਰਾਜੇ? ਜਰਗ ਦਾ ਮੇਲਾ, ਹਨਾ, ਇਹ ਆਪਾਂ ਬਹੁਤ ਪੜ੍ਹਿਆ, ਜਿਹਦੇ ਵਿੱਚ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਚੱਪੜ ਚਿੜੀ ਦੀ ਲੜਾਈ ਹੋਈ ਸੀ ਰਾਜੇ, ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਤੇ ਵਜ਼ੀਰ ਖਾਂ ਦੇ ਵਿਚਕਾਰ ਹੋਈ ਸੀ 12 ਮਈ 1710 ਨੂੰ। ਠੀਕ ਹੈ, ਚੱਪੜ ਚਿੜੀ, ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦ, ਇਹ ਸਮਾਣੇ ਦੇ ਜਲਾਦ ਨੇ ਰਾਜੇ, ਸ਼ਾਸ਼ਲ ਬੇਗ ਤੇ ਬਾਸ਼ਲ ਬੇਗ। ਠੀਕ ਹੈ ਜੀ, ਸ਼ਾਸ਼ਲ ਬੇਗ ਤੇ ਬਾਸ਼ਲ ਬੇਗ, ਤੇ ਜਿਹੜਾ ਜਲਾਦ ਸੀਗਾ ਸੈਯਦ ਜਲਾਲਉਦੀਨ, ਇਹਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀਗਾ, ਇਹ ਵੀ ਸਮਾਣੇ ਦਾ ਸੀਗਾ, ਤਾਂ ਹੀ ਤਾਂ ਸਮਾਣੇ ਤੇ ਹਮਲਾ ਕਰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ। ਅੱਗੇ ਆ ਗਿਆ ਜੀ, ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਗੁਰੂ ਸਾਹਿਬ ਜੀ ਦੇ ਕਿਹੜੇ ਦੋ ਸਾਹਿਬਜ਼ਾਦੇ ਸ਼ਹੀਦ ਹੋਏ? ਤਾਂ ਇਹ ਆਪਣੇ ਦੇਖੋ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ। ਠੀਕ ਹੈ, ਜਦੋਂ ਵੱਡੇ ਸਾਹਿਬਜ਼ਾਦੇ ਹੈਗੇ ਆ ਨਾ, ਉਹ ਦੋਨੇ ਸਾਹਿਬਜ਼ਾਦੇ ਸ਼ਹੀਦ ਹੋਏ ਸੀਗੇ। ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ ਹੈ ਰਾਜੇ? 1704 ਨੂੰ ਹੋਈ ਹੈ। ਠੀਕ ਹੈ ਜੀ, ਬਿਕਰਮੀ ਸੰਮਤ 1761। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕਿੰਨੀ ਸੀਗੀ? 9 ਸਾਲ ਸੀਗੀ। ਠੀਕ ਹੈ ਜੀ, 9 ਸਾਲ ਦੀ ਉਮਰ 'ਚ ਗੱਦੀ ਤੇ ਬੈਠਦੇ ਆ ਮਹਾਰਾਜ। ਗੁਰੂ ਤੇਗ ਬਹਾਦਰ ਜੀ ਨੇ ਕਿਹੜਾ ਨਗਰ ਵਸਾਇਆ ਸੀਗਾ? ਆਨੰਦਪੁਰ ਸਾਹਿਬ, ਜਿਹਦਾ ਨਾਮ ਕੀ ਸੀਗਾ? ਚੱਕ ਨਾਨਕੀ ਤੇ ਮਾਖੋਵਾਲ। ਗੁਰੂ ਤੇਗ ਬਹਾਦਰ ਜੀ ਦਾ ਗੁਰਤਾ ਗੱਦੀ ਜਾਂ ਗੁਰਤਾ ਗੱਦੀ ਗੱਦੀ ਤੇ ਕਦੋਂ ਬਿਰਾਜਮਾਨ ਹੁੰਦੇ ਆ ਗੁਰੂ ਤੇਗ ਬਹਾਦਰ ਜੀ ਮਹਾਰਾਜ? ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇਖੋ 30 ਮਾਰਚ 1664 ਨੂੰ ਹੁੰਦੇ ਆ। ਠੀਕ ਹੈ ਜੀ, ਇਹ ਯਾਦ ਰੱਖਣਾ। ਗੁਰੂ ਤੇਗ ਬਹਾਦਰ ਜੀ ਦੀ ਪਹਿਚਾਣ ਗੁਰੂ ਦੇ ਰੂਪ ਦੇ ਵਿੱਚ ਕਿਹਨੇ ਕੀਤੀ ਸੀਗੀ? ਤਾਂ ਗੁਰੂ ਰਾਧੋ ਰੇ ਗਾਧੋ ਰੇ ਮੱਖਣ ਸ਼ਾਹ ਲਵਾਣਾ। ਅੱਗੇ ਆ ਗਿਆ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਅੰਤਲੇ ਸ਼ਬਦ ਕੀ ਸੀਗੇ? ਬਾਬਾ ਬਕਾਲਾ, ਉਹਨਾਂ ਨੇ ਕਿਹਾ ਸੀ ਬਾਬਾ ਬਕਾਲਾ, ਬਸ ਉਸ ਤੋਂ ਬਾਅਦ ਫਿਰ 22 ਮੰਜੀਆਂ ਲੱਗੀਆਂ ਸੀ, ਤੁਹਾਨੂੰ ਪਤਾ ਹੀ ਹੈ। ਮਾਤਾ ਗੁਜਰੀ ਜੀ ਕਿੱਥੋਂ ਦੇ ਵਸਨੀਕ ਸੀਗੇ? ਤਾਂ ਮਾਤਾ ਗੁਜਰੀ ਜੀ ਕਰਤਾਰਪੁਰ ਦੇ, ਠੀਕ ਹੈ ਜੀ, ਕਰਤਾਰਪੁਰ ਜਿਹੜਾ ਕਿ ਜਲੰਧਰ ਦੇ ਕੋਲੇ ਆ, ਠੀਕ ਹੈ, ਉੱਥੋਂ ਦੇ ਵਸਨੀਕ ਸੀਗੇ ਮਾਤਾ ਗੁਜਰੀ ਜੀ, ਇਹ ਨੋਟ ਕਰ ਲਿਓ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਗੁਰੂ ਤੇਗ ਬਹਾਦਰ ਜੀ ਦੇ ਬਚਪਨ ਵਿੱਚ ਕਿਸ ਲੜਾਈ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਥ ਦਿੱਤਾ ਸੀਗਾ, ਜਿੱਥੇ ਉਹਨਾਂ ਦਾ ਨਾਮ ਕੀ ਪੈ ਗਿਆ ਸੀਗਾ ਰਾਜੇ? ਤੇਗ ਬਹਾਦਰ ਪੈ ਗਿਆ ਸੀ। ਕਰਤਾਰਪੁਰ ਦੀ ਜੰਗ 1635 ਦੇ ਵਿੱਚ ਹੋਈ ਸੀ। ਗੁਰੂ ਤੇਗ ਬਹਾਦਰ ਜੀ ਦੇ ਮਾਤਾ ਦਾ ਨਾਮ ਕੀ ਸੀਗਾ? ਬੇਬੇ ਨਾਨਕੀ, ਠੀਕ ਹੈ ਜੀ, ਬੇਬੇ ਨਾਨਕੀ ਜਾਂ ਬੀਬੀ ਨਾਨਕੀ ਕਹਿ ਸਕਦੇ ਹਾਂ ਆਪਾਂ। ਅੱਗੇ ਗੱਲ ਕਰਦੇ ਹਾਂ ਜੀ, ਗੁਰੂ ਤੇਗ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ? ਤਾਂ ਗੁਰੂ ਤੇਗ ਬਹਾਦਰ ਜੀ ਦਾ ਜਨਮ ਅੰਮ੍ਰਿਤਸਰ ਹੋਇਆ ਭਾਈ, ਕਿਉਂਕਿ ਜਿਹੜੇ 6ਵੇਂ ਪਾਤਸ਼ਾਹ ਸੀ ਗੁਰੂ ਹਰਗੋਬਿੰਦ ਸਾਹਿਬ ਜੀ, ਉਸ ਟਾਈਮ ਤੇ ਉੱਥੇ ਰਹਿੰਦੇ ਸੀਗੇ, ਤਾਂ ਉੱਥੇ ਹੀ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੀ ਕਰ ਲਿਆ ਸੀਗਾ? ਕੈਦ ਕਰ ਲਿਆ ਗਿਆ ਸੀਗਾ। ਠੀਕ ਹੈ, ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਆ ਗਿਆ ਜੀ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ, ਤਾਂ ਇਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ, ਆਪਾਂ ਪੜ੍ਹ ਲਿਆ ਕੁਸ਼ਚਨ। ਠੀਕ ਹੈ ਜੀ, ਅੱਗੇ ਆ ਗਿਆ ਜੀ, ਲੂਣਾ ਪੂਰਨ ਭਗਤ ਦੀ ਕੀ ਲੱਗਦੀ ਸੀਗੀ? ਤਾਂ ਮਤਰੇਈ ਮਾਂ। ਤਾਂ ਹਾਲਾਂ ਤੁਸੀਂ ਮੰਨਣਾ ਨਹੀਂ, ਯਕੀਨ ਨਹੀਂ ਕਰਨਾ, ਇੱਕ ਵਾਰੀ ਨਾ ਇਹ ਕੁਸ਼ਚਨ ਮੈਂ ਆਪ ਬਣਾ ਲਿਆ, ਵੈਸੇ ਬੈਠੇ ਬੈਠੇ ਪਤਾ ਨਹੀਂ ਕੀ ਦਿਮਾਗ 'ਚ ਆਇਆ, ਤੇ ਅਗਲੇ ਦਿਨ ਪੇਪਰ ਦੇ ਵਿੱਚ ਆ ਗਿਆ ਸੀਗਾ ਵੀ ਪੂਰਨ ਭਗਤ ਦੀ ਅਸਲੀ ਮਾਂ ਕਿਹੜੀ ਹੈ? ਤਾਂ ਮੈਂ ਉਸ ਟਾਈਮ ਦੱਸਿਆ ਸੀਗਾ ਇਸ਼ਰਾਂ ਉਹਦੀ ਅਸਲੀ ਮਾਂ ਹੈ, ਤੇ ਲੂਣਾ ਜਿਹੜੀ ਸੀਗੀ ਮਤਰੇਈ ਮਾਂ ਸੀਗੀ। ਸ਼ਾਹ ਹੁਸੈਨ ਕਿਸ ਕਾਵਿ ਧਾਰਾ ਦਾ ਕਵੀ ਹੈ?
ਤਾਂ ਸ਼ਾਹ ਹੁਸੈਨ ਕਿਸ ਤਰ੍ਹਾਂ ਦਾ ਕਵੀ ਹੈ ਰਾਜੇ? ਤਾਂ ਸ਼ਾਹ ਹੁਸੈਨ ਹੈਗਾ ਜੀ ਸੂਫੀ ਕਵੀ, ਸੂਫੀ ਕਾਵਿ ਦੇ ਵਿੱਚ ਆਉਂਦਾ ਹੈ। ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਸੀ ਰਾਜੇ? ਭਤੀਜੇ ਲੱਗਦੇ ਸੀਗੇ, ਠੀਕ ਹੈ ਜੀ, ਇਹ ਯਾਦ ਰੱਖਿਓ। ਲੰਗਰ ਪ੍ਰਥਾ ਦਾ ਵਿਸਥਾਰ ਕਿਹੜੇ ਗੁਰੂ ਨੇ ਕੀਤਾ? ਗੁਰੂ ਅਮਰਦਾਸ ਜੀ ਨੇ, ਠੀਕ ਹੈ ਜੀ, ਉਹ ਅਕਬਰ ਵਾਲੀ ਕਹਾਣੀ ਯਾਦ ਰੱਖ ਲਿਓ। ਆਨੰਦ ਪਿਆ ਮੇਰੀ ਮਾਏ, ਤਾਂ ਤੁਹਾਨੂੰ ਪਤਾ ਹੀ ਹੈ ਰਾਮਕਲੀ ਮਹੱਲਾ ਤੀਜਾ, ਯਾਨੀ ਕਿ ਆਨੰਦ ਸਾਹਿਬ, ਆਨੰਦ ਸਾਹਿਬ ਦੇ ਵਿੱਚ ਕਿੰਨੀਆਂ ਪੌੜੀਆਂ ਹੁੰਦੀਆਂ ਰਾਜੇ? 40 ਪੌੜੀਆਂ ਹੁੰਦੀਆਂ, ਇਹ ਵੀ ਯਾਦ ਰੱਖ ਲਿਓ। ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਹਵਾ ਕਿਸ ਦੇ ਸਮਾਨ ਹੈ? ਤਾਂ ਮਹਾਰਾਜ ਕਹਿੰਦੇ ਨੇ ਕਿ ਪਵਨ ਗੁਰੂ, ਠੀਕ ਹੈ ਜੀ, ਪਵਨ ਗੁਰੂ, ਪਾਣੀ ਪਿਤਾ, ਤਾਂ ਗੁਰੂ ਦੇ ਸਮਾਨ ਹੈ ਭਾਈ ਹਵਾ, ਪਾਣੀ ਪਿਤਾ ਦੇ ਸਮਾਨ ਹੈ, ਧਰਤੀ ਮਾਤਾ ਦੇ ਸਮਾਨ ਹੈ, ਤਾਂ ਕੋਈ ਮੰਨਦਾ ਹੀ ਨਹੀਂ ਅੱਜ ਕੱਲ੍ਹ। ਦੇਖੋ ਆਪਾਂ ਸਭ ਕੁਛ ਕੀ ਕਰ ਰਹੇ ਹਾਂ, ਨਸ਼ਟ ਕਰ ਰਹੇ ਹਾਂ ਭਾਈ, ਇਹ ਸਾਰਾ ਕੁਛ ਹੀ, ਤਾਂ ਆਪਾਂ ਨੂੰ ਗੁਰੂ ਸਾਹਿਬ ਦੀ ਗੱਲ ਮੰਨਣੀ ਚਾਹੀਦੀ ਹੈ। ਅੱਜ ਕੱਲ੍ਹ ਨਾ ਤਰਾਸਗੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤਾਂ ਸਾਰੇ ਮੰਨਦੇ ਆ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਨਹੀਂ ਮੰਨਦਾ ਗਾ, ਵੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਉਪਦੇਸ਼ ਦੇ ਰਹੇ ਆ, ਇਹ ਨਹੀਂ ਮੰਨਦੇ, ਬਸ ਗੁਰੂ ਮੰਨਦੇ ਨੇ। ਅੱਗੇ ਗੱਲ ਕਰਦੇ ਹਾਂ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਕੁੱਲ ਕਿੰਨੀਆਂ ਵਾਰਾਂ, ਠੀਕ ਹੈ, ਇੱਕ ਮਿੰਟ, ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਕੁੱਲ ਕਿੰਨੀਆਂ ਵਾਰਾਂ ਨੇ? ਤਾਂ ਵਾਰਾਂ ਸਾਰੀਆਂ ਯਾਦ ਰੱਖਣੀਆਂ, ਟੋਟਲ 22 ਵਾਰਾਂ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਇੱਕ ਵਾਰ ਹੈਗੀ ਹੈ ਸੱਤੇ ਤੇ ਬਲਵੰਡ ਦੀ, ਠੀਕ ਹੈ ਜੀ, ਤਾਂ ਗੁਰੂ ਅਰਜਨ ਦੇਵ ਜੀ ਦੀਆਂ 6 ਵਾਰਾਂ ਮਿਲਦੀਆਂ ਆਪਾਂ ਨੂੰ, ਤੁਹਾਨੂੰ ਮੈਂ ਸਾਰੀਆਂ ਕਰਵਾ ਦਿੰਦਾ ਯਾਰ, ਮੈਂ ਲਿਖੀਆਂ ਸੀ ਸਾਰੀਆਂ ਵਾਰਾਂ ਨਾ ਇੱਥੇ, ਚਲੋ ਸ਼ਾਇਦ ਅੱਗੇ ਹੋਊਗਾ ਕੁਸ਼ਚਨ, ਠੀਕ ਹੈ ਜੀ। ਚਲੋ ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਆਦਿ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਮੇਤ ਕਿੰਨੇ ਗੁਰੂਆਂ ਦੀ ਬਾਣੀ ਦਰਜ ਕੀਤੀ ਹੈ? ਤਾਂ ਆਪਣੇ ਸਮੇਤ ਤੇ ਹੁਣ ਗੱਲ ਆ ਰਹੀ ਹੈ, ਤਾਂ ਆਦਿ ਗ੍ਰੰਥ ਸਾਹਿਬ ਦੇ ਵਿੱਚ 5 ਗੁਰੂਆਂ ਦੀ ਬਾਣੀ ਹੈ, ਪਹਿਲੇ ਪਾਤਸ਼ਾਹ ਤੋਂ ਲੈ ਕੇ 5ਵੇਂ ਪਾਤਸ਼ਾਹ ਤੱਕ। ਅੱਗੇ ਗੱਲ ਕਰਦੇ ਹਾਂ ਜੀ ਦਸਵੰਧ ਪ੍ਰਥਾ, ਤਾਂ ਇਹ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤੀ ਸੀਗੀ ਰਾਜੇ। ਗੁਰੂ ਅਰਜਨ ਦੇਵ ਜੀ ਨੇ ਤਾਂ ਸ਼ੁਰੂ ਕੀਤੀ ਸੀ, ਉਸ ਟਾਈਮ ਤੇ ਜਿਹੜਾ ਰਾਮਸਰ ਸਰੋਵਰ ਸੀ ਉਹ ਕੱਚਾ ਸੀ, ਉਹਨੂੰ ਪੱਕਾ ਕਰਨਾ ਸੀਗਾ, ਫਿਰ ਵਿੱਚ ਆਪਾਂ ਹਰਿਮੰਦਰ ਸਾਹਿਬ ਦੀ ਸਥਾਪਨਾ ਹੋਈ ਹੈ, ਠੀਕ ਹੈ ਜੀ। ਇਸ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਨੇ ਘੋੜਿਆਂ ਦਾ ਵਪਾਰ ਕਰਨ ਵਾਸਤੇ ਵੀ ਕਿਹਾ ਸਿੱਖਾਂ ਨੂੰ, ਕੁਸ਼ਚਨ ਆਉਂਦਾ ਹੁੰਦਾ ਘੋੜਿਆਂ ਦਾ ਵਪਾਰ ਕਰਨ ਵਾਸਤੇ ਕਿਹਨੇ ਪ੍ਰੇਰਿਤ ਕੀਤਾ? ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤਾ ਸੀਗਾ। ਅੱਗੇ ਆ ਗਿਆ ਜੀ, ਗੁਰੂ ਅਰਜਨ ਦੇਵ ਜੀ ਨੇ ਲਾਹੌਰ ਦੇ ਦੱਬੀ ਬਾਜ਼ਾਰ ਦੇ ਵਿੱਚ ਬੌਲੀ ਸਾਹਿਬ ਦਾ ਨਿਰਮਾਣ ਕਦੋਂ ਕਰਵਾਇਆ? ਤਾਂ 1599 ਦੇ ਵਿੱਚ ਕਰਵਾਇਆ ਸੀਗਾ। ਗੁਰੂ ਅਰਜਨ ਦੇਵ ਜੀ ਨੇ ਹਰਗੋਬਿੰਦਪੁਰਾ, ਤਾਂ ਤਿੰਨ ਸ਼ਹਿਰ ਵਸਾਏ ਆ ਗੁਰੂ ਮਹਾਰਾਜ ਨੇ। ਹਰਗੋਬਿੰਦਪੁਰਾ ਕੀ ਸੀਗਾ? ਪਹਿਲਾ ਪਿੰਡ ਸੀਗਾ ਰੋਹੇਲਾ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਤਾਂ ਇਹਨਾਂ ਨੇ ਨਾਮ ਰੱਖਤਾ ਹਰਗੋਬਿੰਦਪੁਰਾ। ਇਹ 1595 ਦੇ ਵਿੱਚ ਜ਼ਿਕਰ ਆਉਂਦਾ ਹੈ, ਕਿ ਜਗ੍ਹਾ ਤੇ 1594 ਵੀ ਮਿਲ ਜੂਗਾ ਪਰ 1595 ਆਊਗਾ। ਤੇ ਇੱਕ ਇਹਨਾਂ ਨੇ ਵਸਾਇਆ ਜੀ ਜਲੰਧਰ ਕੋਲੇ ਕਰਤਾਰਪੁਰ, ਇਹ ਹੈਗਾ ਜੀ 1593 ਦੇ ਵਿੱਚ। ਤੇ ਇੱਕ ਇਹਨਾਂ ਨੇ ਵਸਾਇਆ ਜੀ ਤਰਨ ਤਾਰਨ 1590 ਦੇ ਵਿੱਚ। ਇਹ ਸਾਰੇ ਯਾਦ ਰੱਖਣੇ ਨੇ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ, ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਦੋਂ ਕੀਤਾ ਜਾਂਦਾ ਹੈ? ਠੀਕ ਹੈ ਜੀ, ਜਹਾਂਗੀਰ ਸ਼ਹੀਦ ਕਰਦਾ ਰਾਜੇ, ਤੱਤੀ ਤਵੀ ਤੇ ਬਿਠਾ ਕੇ, ਸਿਰ ਦੇ ਵਿੱਚ ਤੱਤੀ ਰੇਤ ਵੀ ਪਾਈ ਜਾਂਦੀ ਹੈ ਮਹਾਰਾਜ ਦੇ, ਤਾਂ 30 ਮਈ 1606 ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਕੁੱਲ ਕਿੰਨੇ ਸ਼ਬਦ ਮਿਲਦੇ ਰਾਜੇ? ਆਪਾਂ ਨੂੰ 2218 ਮਿਲਦੇ ਆ, ਕਈ ਜਗ੍ਹਾ ਤੁਹਾਨੂੰ 2216 ਮਿਲੂਗਾ, ਪਰ 2218 ਰਾਈਟ ਆਂਸਰ ਹੈ। ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸੀਗੇ? ਜਹਾਂਗੀਰ ਤੇ ਅਕਬਰ ਦੋਨੇ ਹੀ ਸੀਗੇ, ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ, ਗੁਰੂ ਅਰਜਨ ਦੇਵ ਜੀ ਦੇ ਮਹਿਲ ਦਾ ਨਾਮ ਕੀ ਸੀਗਾ? ਗੁਰੂ ਅਰਜਨ ਦੇਵ ਜੀ ਕਿਹਨਾਂ ਨਾਲ ਵਿਆਹੇ ਸੀਗੇ? ਮਾਤਾ ਗੰਗਾ ਜੀ ਨਾਲ। ਪਹਿਲੇ 5 ਗੁਰੂਆਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਨੇ ਕਿਸ ਤੋਂ ਪ੍ਰਾਪਤ ਕੀਤੀ? ਆਪਣੇ ਮਾਮੇ ਕੋਲੋਂ। ਕੌਣ? ਮਾਮਾ ਮੋਹਣ, ਠੀਕ ਹੈ ਜੀ। ਮਾਮਾ ਮੋਹਰੀ ਤੇ ਮਾਮਾ ਮੋਹਣ ਜਿਹੜੇ ਹੈਗੇ ਨੇ ਨਾ, ਇਹ ਕਿਹਨਾਂ ਦੇ ਹੈਗੇ ਨੇ? ਗੁਰੂ ਅਮਰਦਾਸ ਜੀ ਦੇ ਮੁੰਡੇ ਨੇ, ਠੀਕ ਹੈ ਜੀ। ਤਾਂ ਗੁਰੂ ਅਮਰਦਾਸ ਜੀ ਦੀ ਬੇਟੀ ਕੌਣ ਨੇ? ਬੀਬੀ ਭਾਨੀ ਜੀ, ਬੀਬੀ ਦਾਨੀ ਜੀ, ਠੀਕ ਹੈ ਜੀ, ਇਹ ਯਾਦ ਰੱਖ ਲਿਓ। ਅੱਗੇ ਚੱਲਦੇ ਹਾਂ ਜੀ ਆਪਾਂ, ਅੱਗੇ ਆ ਗਿਆ ਜੀ ਮਸੰਦ ਦਾ ਸ਼ਾਬਦਿਕ ਅਰਥ, ਹਨਾ, ਤੁਹਾਨੂੰ ਦੱਸਿਆ ਨਾ ਮਸੰਦ ਦਾ ਅਰਥ ਆਪੇ ਸੀਗੇ। ਮਸੰਦ ਦਾ ਮਤਲਬ ਹੁੰਦਾ ਉੱਚਾ ਸਥਾਨ, ਉੱਚੀ ਪਦਵੀ, ਠੀਕ ਹੈ ਜੀ। ਤੁਹਾਨੂੰ ਮੈਂ ਦੱਸਿਆ ਵੀ ਜਿਵੇਂ ਅੱਜ ਕੱਲ੍ਹ ਜਥੇਦਾਰ ਦੀ ਆਪਾਂ ਜਿਹੜੀ ਪਦਵੀ ਹੈਗੀ ਆ ਬਹੁਤ ਉੱਚੀ ਮੰਨੀ ਜਾਂਦੀ ਹੈ, ਤਾਂ ਉਸ ਟਾਈਮ ਤੇ ਮਸੰਦਦਾਰ ਹੁੰਦੇ ਸੀਗੇ। ਸੂਫੀ ਸੰਤ ਮੀਆਂ ਮੀਰ ਜੀ ਕਿੱਥੋਂ ਦੇ ਰਹਿਣ ਵਾਲੇ ਆ? ਲਾਹੌਰ ਦੇ ਰਹਿਣ ਵਾਲੇ ਸੀਗੇ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀਗੀ।
ਗੁਰੂ ਰਾਮਦਾਸ ਜੀ ਦੀਆਂ ਕੁੱਲ ਕਿੰਨੀਆਂ ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਨੇ, ਹੁਣ ਇੱਥੇ ਆ ਜਾਊਗਾ ਥੋੜਾ ਸਾਰਾ, ਠੀਕ ਹੈ ਜੀ। ਤਾਂ ਕੁੱਲ 8 ਵਾਰਾਂ ਨੇ, ਜਿਵੇਂ ਉੱਥੇ ਆਪਾਂ 6 ਪੜ੍ਹੀਆਂ ਨੇ ਨਾ, ਕੁੱਲ 8 ਵਾਰਾਂ ਨੇ, ਠੀਕ ਹੈ ਜੀ, ਇਹ ਯਾਦ ਰੱਖਣਾ। ਅੱਗੇ ਆ ਗਿਆ ਜੀ, ਲਾਵਾਂ ਕਿਸ ਰਾਗ ਦੇ ਵਿੱਚ ਰਚੀਆਂ ਗਈਆਂ? ਤਾਂ 4 ਲਾਵਾਂ ਨੇ ਰਾਜੇ ਸੂਹੀ ਰਾਗ ਦੇ ਵਿੱਚ ਰਚੀਆਂ ਗਈਆਂ, 4 ਪਦਾਂ ਦੇ ਵਿੱਚ ਰਚੀਆਂ ਗਈਆਂ। ਅੰਮ੍ਰਿਤਸਰ ਸਰੋਵਰ ਦਾ ਕੰਮ ਕਿਸ ਦੀ ਦੇਖ ਰੇਖ ਹੇਠ ਕੀਤਾ ਗਿਆ? ਤਾਂ ਬਾਬਾ ਬੁੱਢਾ ਜੀ ਦੀ ਦੇਖ ਰੇਖ ਹੇਠ, ਇੱਥਾਂ ਨਾਲ ਭਾਈ ਗੁਰਦਾਸ ਜੀ ਵੀ ਹੁੰਦੇ ਸੀਗੇ, ਤਾਂ ਇਹਨਾਂ ਦੀ ਦੇਖ ਰੇਖ ਹੇਠਾਂ ਕੀ ਕੀਤਾ ਗਿਆ ਸੀ ਰਾਜੇ? ਆਪਣਾ ਅੰਮ੍ਰਿਤਸਰ ਸਰੋਵਰ ਕੀ ਕੀਤਾ ਗਿਆ ਸੀ? ਪੱਕਾ ਕੀਤਾ ਗਿਆ ਸੀ, ਰਾਮਦਾਸ ਸਰੋਵਰ ਜਿਹਨੂੰ ਕਹਿ ਦਿੰਦੇ ਆਪਾਂ। ਗੁਰੂ ਰਾਮਦਾਸ ਜੀ ਕਦੋਂ ਤੇ ਕਿੱਥੇ ਜੋਤੀ ਜੋਤ ਸਮਾਏ? ਤਾਂ ਗੁਰੂ ਰਾਮਦਾਸ ਜੀ ਦੀ ਅਗਰ ਆਪਾਂ ਗੱਲ ਕਰੀਏ ਰਾਜੇ, ਤਾਂ ਇਹ ਗੋਇੰਦਵਾਲ ਸਾਹਿਬ ਵਿਖੇ 1 ਸਤੰਬਰ 1581 ਨੂੰ ਕੀ ਕੀਤੇ ਸੀਗੇ? ਜੋਤੀ ਜੋਤ ਸਮਾਏ ਸੀਗੇ, ਇਹ ਯਾਦ ਰੱਖ ਲਿਓ ਤੁਸੀਂ, ਠੀਕ ਹੈ ਜੀ, ਇਹ ਬਹੁਤ ਮਹੱਤਵਪੂਰਨ ਹੈ ਤੁਹਾਡੇ ਵਾਸਤੇ। ਅੱਗੇ ਗੱਲ ਕਰਦੇ ਆ ਜੀ ਆਪਾਂ, ਉਦਾਸੀ ਮਤ ਦੇ ਨਾਲ ਸਮਝੌਤਾ ਕਿਸ ਗੁਰੂ ਸਮੇਂ ਹੋਇਆ? ਉਦਾਸੀ ਮਤ ਸਮਝ ਗਏ ਬਾਬਾ ਸ਼੍ਰੀ ਚੰਦ ਜੀ, ਹਾਲਾਂਕਿ ਕੋਈ ਰੌਲਾ ਨਹੀਂ ਸੀਗਾ, ਪਰ ਨਾਲ ਦੇ ਜਿਵੇਂ ਮੰਨ ਲਓ ਥੋੜਾ ਬਹੁਤਾ ਕੀ ਹੁੰਦਾ, ਵਖਰੇਵਾਂ ਹੋ ਜਾਂਦਾ ਹੈ ਨਾ, ਮਤ ਮੰਜ਼ਿਲ ਤਾਂ ਇੱਕ ਹੀ ਹੈ। ਤਾਂ ਜਦੋਂ ਫਿਰ ਬਾਬਾ ਸ਼੍ਰੀ ਚੰਦ ਜੀ ਨਾ 5ਵੇਂ ਪਾਤਸ਼ਾਹ ਨੂੰ, 4ਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਮਿਲਣ ਆਉਂਦੇ ਆ, ਕਿੱਥੇ ਆਉਂਦੇ ਆ? ਅੰਮ੍ਰਿਤਸਰ। ਤਾਂ ਉਹਨਾਂ ਦਾ ਦਾੜਾ ਦੇਖ ਕੇ, ਪ੍ਰਕਾਸ਼ ਦੇਖ ਕੇ ਕਹਿੰਦੇ ਵੀ ਤੁਹਾਡਾ ਦਾੜਾ ਬਹੁਤ ਸੋਹਣਾ ਹੈ। ਤਾਂ ਗੁਰੂ ਮਹਾਰਾਜ ਅੱਗੋਂ ਬੜੀ ਨਿਮਰਤਾ ਨਾਲ ਕੀ ਕਰਦੇ ਆ, ਆਨਸਰ ਕਰਦੇ ਆ ਵੀ ਇਹ ਦਾੜਾ ਤੁਹਾਡੇ ਅੱਗੇ ਮਹਾਂਪੁਰਸ਼ਾਂ ਦੇ ਚਰਨ ਪੂੰਜਣ ਵਾਸਤੇ ਰੱਖਿਆ ਮੈਂ ਐਡਾ ਲੰਮਾ। ਤਾਂ ਇਹ ਇੰਨਾ ਖੁਸ਼ ਹੋ ਜਾਂਦੇ ਆ ਵੀ ਇੰਨੀ ਨਿਮਰਤਾ ਯਾਰ। ਤਾਂ ਇਸ ਟਾਈਮ ਮੰਨਿਆ ਜਾਂਦਾ ਵੀ ਮਤਲਬ ਆਪਸ ਵਿੱਚ ਕੀ ਹੋ ਗਿਆ ਸੀ, ਸਮਝੌਤਾ ਹੋ ਗਿਆ ਸੀਗਾ, ਹਾਲਾਂਕਿ ਕੋਈ ਵਿਖੜੇਵਾ ਨਹੀਂ ਸੀਗਾ, ਪਰ ਗੁਰੂ ਰਾਮਦਾਸ ਜੀ ਟਾਈਮ ਕੀ ਹੋ ਗਿਆ ਸੀਗਾ, ਸਮਝੌਤਾ ਹੋ ਗਿਆ ਸੀਗਾ। ਤੇ ਗੁਰੂ ਰਾਮਦਾਸ ਜੀ ਦੁਆਰਾ ਕਿਸ ਪ੍ਰਥਾ ਦੀ ਸ਼ੁਰੂਆਤ ਕੀਤੀ ਗਈ? ਆ ਦੇਖੋ, ਗੁਰੂ ਰਾਮਦਾਸ ਜੀ ਦੇ, ਮੈਂ ਤੁਹਾਨੂੰ ਦੱਸਿਆ ਨਾ, ਗੁਰੂ ਰਾਮਦਾਸ ਜੀ ਨੇ ਕੀ ਕੀਤਾ ਸੀਗਾ ਰਾਜੇ? ਮਸੰਦ ਪ੍ਰਥਾ, ਠੀਕ ਹੈ, ਲਾਵਾਂ, ਠੀਕ ਹੈ ਜੀ, ਇਹ ਦੋਨੇ ਕੀ ਆ ਜਾਊਗਾ ਤੁਹਾਡਾ? ਗੁਰੂ ਰਾਮਦਾਸ ਜੀ। ਤੇ ਜਿਹੜਾ ਮੰਜੀ ਤੁਹਾਨੂੰ ਦੱਸਿਆ, ਮੰਜੀ ਪ੍ਰਥਾ ਕਿਹਨੇ ਸ਼ੁਰੂ ਕੀਤੀ ਆ? 3ਜੇ ਪਾਤਸ਼ਾਹ ਨੇ, ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਰਾਮਦਾਸਪੁਰ ਜਿਹਨੂੰ ਆਪਾਂ ਅੰਮ੍ਰਿਤਸਰ ਕਹਿ ਦਿੰਦੇ ਹਾਂ ਰਾਜੇ, ਇਹਦੀ ਸਥਾਪਨਾ ਕਦੋਂ ਕੀਤੀ ਗਈ ਹੈ ਰਾਮਦਾਸਪੁਰ ਦੀ? ਤਾਂ ਰਾਮਦਾਸਪੁਰ ਦੀ ਸਥਾਪਨਾ ਕੀਤੀ ਗਈ ਸੀ ਰਾਜੇ 1577 ਦੇ ਵਿੱਚ। ਅੱਗੇ ਆ ਗਿਆ ਜੀ, ਗੁਰੂ ਰਾਮਦਾਸ ਜੀ ਨੇ ਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਸ਼ਬਦ ਮਿਲਦੇ ਆ? ਤਾਂ ਗੁਰੂ ਰਾਮਦਾਸ ਜੀ ਦੇ ਕੁੱਲ 679 ਸ਼ਬਦ ਮਿਲਦੇ ਆ ਆਪਾਂ ਨੂੰ। ਅੱਗੇ ਆ ਗਿਆ ਜੀ, ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਆ ਗੁਰੂ ਰਾਮਦਾਸ ਜੀ ਨੇ? ਤਾਂ ਧਿਆਨ ਰੱਖਣਾ ਰਾਜੇ, ਹੁਣ ਤੁਸੀਂ ਮਾਸਟਰ ਕੇਡਰ ਤੇ ਜੇ ਜਾ ਰਹੇ ਹੋ, ਤੁਸੀਂ ETT ਵਾਸਤੇ, PSPCL ਵਾਸਤੇ 29 ਲਾ ਕੇ ਆਉਣਾ, ਜੇ P++ ਬੋਰਡ ਵਾਸਤੇ ਜਾ ਰਹੇ ਹੋ ਤਾਂ 30, ਠੀਕ ਹੈ ਜੀ। ਹੁਣ ਦੇਖੋ ਐਗਜ਼ਾਮ ਦੇ ਅਕੋਰਡਿੰਗ ਹੀ ਆਪਾਂ ਨੂੰ ਕੀ ਕਰਨਾ ਪਊਗਾ, ਯਾਦ ਕਰਨਾ ਪਊਗਾ। ਹਾਲਾਂਕਿ ਇਤਿਹਾਸ ਦੇ ਵਿੱਚ ਜਿਹੜਾ ਸਹੀ ਜ਼ਿਕਰ ਮਿਲਦਾ ਉਹ 29 ਰਾਗਾਂ ਦਾ ਹੀ ਮਿਲਦਾ। ਗੁਰੂ ਰਾਮਦਾਸ ਜੀ ਦੇ ਸਮਕਾਲੀ ਮੁਗਲ ਕੌਣ ਸੀਗੇ? ਤਾਂ ਗੁਰੂ ਰਾਮਦਾਸ ਜੀ ਦੇ ਟਾਈਮ ਤੇ ਸਮਕਾਲੀ ਮੁਗਲ ਕੌਣ ਸੀਗਾ ਜੀ? ਅਕਬਰ ਸੀਗਾ। ਅੱਗੇ ਆ ਗਿਆ ਜੀ, ਗੁਰੂ ਰਾਮਦਾਸ ਜੀ ਨੇ ਆਪਣਾ ਵਾਰਸ ਕਿਸ ਨੂੰ ਚੁਣਿਆ? ਤਾਂ ਆਪਣੇ ਸਭ ਤੋਂ ਛੋਟੇ ਬੇਟੇ ਗੁਰੂ ਅਰਜਨ ਦੇਵ ਜੀ ਨੂੰ। ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਕਦੋਂ ਤੇ ਕਿੱਥੇ ਮਿਲਦੀ ਹੈ? ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਰਾਜੇ ਗੋਇੰਦਵਾਲ ਸਾਹਿਬ ਵੀ ਮਿਲਦੀ ਹੈ, ਠੀਕ ਹੈ ਜੀ, 3ਜੇ ਪਾਤਸ਼ਾਹ ਤੋਂ ਮਿਲਦੀ ਹੈ, ਬੀਬੀ ਭਾਨੀ ਜੀ ਦੇ ਕਹਿਣ ਤੇ ਮਿਲਦੀ ਹੈ 1 ਸਤੰਬਰ 1574 ਨੂੰ, ਠੀਕ ਹੈ, ਭਾਨੀ ਜੀ ਦੇ ਕਹਿਣ ਤੇ। ਇਸ ਕਰਕੇ ਕਿਉਂਕਿ ਉਸ ਟਾਈਮ ਤੇ ਨਾ ਆਸੇ ਪਾਸੇ ਮਤਲਬ ਜਿਹੜੇ ਲੋਕ ਬਹੁਤ ਗੁਰੂ ਬਣ ਕੇ ਬੈਠੇ ਸੀਗੇ, ਤਾਂ ਬੀਬੀ ਭਾਨੀ ਜੀ ਚਾਹੁੰਦੇ ਸੀਗੇ ਵੀ ਕੱਲ ਨੂੰ ਇਤਿਹਾਸ ਦੇ ਨਾਲ ਛੇੜਖਾਨੀ ਨਾ ਹੋਵੇ, ਇਸ ਕਰਕੇ ਗੱਦੀ ਘਰੇ ਰਹਿਣੀ ਚਾਹੀਦੀ ਹੈ। ਤਾਂ ਕਰਕੇ ਇਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਬੀਬੀ ਭਾਨੀ ਜੀ ਦੇ, ਯਾਨੀ ਕਿ ਗੁਰੂ ਰਾਮਦਾਸ ਜੀ ਦੇ ਸਹੁਰਾ ਸਾਹਿਬ ਗੁਰੂ ਅਮਰਦਾਸ ਜੀ ਦੇ ਕੋਲੇ ਉਹਨਾਂ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਇੱਕ ਵਾਰ ਵਰ ਮੰਗਿਆ ਸੀਗਾ, ਤਾਂ ਇਹੀ ਵਰ ਮੰਗਿਆ ਸੀ ਵੀ ਗੱਦੀ ਘਰ ਦੀ ਘਰ ਵਿੱਚ ਰਵੇ, ਠੀਕ ਹੈ ਜੀ, ਉਹਦਾ ਕੋਈ ਨਾ ਕੋਈ ਕਾਰਨ ਸੀਗਾ। ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਦਾ ਨਾਮ ਕੀ ਸੀਗਾ? ਤਾਂ ਆਪਾਂ ਬਹੁਤ ਮਤਲਬ ਆਪਾਂ ਨੂੰ ਇਹ ਕੁਐਸਚਨ ਕੀ ਕਰਦਾ, ਕਨਫਿਊਜ਼ ਕਰਦਾ, ਤਾਂ ਬਾਬਾ ਹਰੀਦਾਸ ਜੀ ਤੇ ਮਾਤਾ ਦਇਆ ਕੌਰ ਜੀ, ਠੀਕ ਹੈ ਜੀ। ਅੱਗੇ ਆ ਗਿਆ ਜੀ, ਗੁਰੂ ਰਾਮਦਾਸ ਜੀ ਕਿਸ ਜਾਤੀ ਨਾਲ ਸੰਬੰਧ ਰੱਖਦੇ ਆ? ਤਾਂ ਆਪਾਂ ਬਹੁਤ ਪੜ੍ਹਦੇ ਹਾਂ ਨਾ ਸੋਢੀ ਸੁਲਤਾਨ, ਹਨਾ, ਸੋਢੀ ਜਾਤ ਨਾਲ ਸੰਬੰਧ ਰੱਖਦੇ ਆ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਤੇ ਕਿਸ ਸਾਲ ਹੋਇਆ? ਤਾਂ ਚੂਨਾ ਮੰਡੀ ਲਾਹੌਰ ਹੋਇਆ ਸੀਗਾ, ਹਨਾ, ਮਹਾਰਾਜ ਦਾ ਜਨਮ ਕਿੱਥੇ ਹੋਇਆ ਸੀਗਾ? ਚੂਨਾ ਮੰਡੀ ਲਾਹੌਰ।
24 ਸਤੰਬਰ 1534 ਨੂੰ ਹੋਇਆ ਸੀਗਾ। ਗੁਰੂ ਰਾਮ ਅਮਰਦਾਸ ਜੀ ਦੁਆਰਾ ਹੇਠ ਲਿਖਿਆਂ ਵਿੱਚੋਂ ਕਿਹੜੇ ਸਮਾਜ ਸੁਧਾਰਕ ਕੰਮ ਕੀਤੇ ਗਏ? ਪਰਦਾ ਪ੍ਰਥਾ ਦੀ ਮਨਾਹੀ, ਵਿਧਵਾ ਦੀ ਪੁਨਰਵਿਆਹ ਦੀ ਆਗਿਆ, ਸਤੀ ਪ੍ਰਥਾ ਦਾ ਵਿਰੋਧ, ਇਹ ਸਾਰੇ ਕੰਮ ਕੀਤੇ ਆ ਗੁਰੂ ਅਮਰਦਾਸ ਮਹਾਰਾਜ ਨੇ। ਤੇ ਕਿੰਨੀਆਂ ਵਾਰਾਂ ਮਿਲਦੀਆਂ ਨੇ ਗੁਰੂ ਅਮਰਦਾਸ ਮਹਾਰਾਜ ਦੀ? ਮੈਨੂੰ ਲੱਗਦਾ ਵਾਰਾਂ ਤਾਂ ਮੈਂ ਸਾਰੀਆਂ ਕਰਵਾਤੀਆਂ ਲਗਭਗ ਤੁਹਾਨੂੰ, ਤਾਂ ਗੁਰੂ ਅਮਰਦਾਸ ਜੀ ਦੀਆਂ 4 ਵਾਰਾਂ ਮਿਲਦੀਆਂ ਨੇ, ਠੀਕ ਹੈ ਜੀ, ਇਹ ਯਾਦ ਰੱਖਣਾ ਤੁਸੀਂ। ਆ ਗਿਆ ਦੇਖੋ ਸਾਰੀਆਂ ਵਾਰਾਂ, ਟੋਟਲ ਰਾਜੇ ਆਪਣੇ ਕੋਲ 22 ਵਾਰਾਂ ਨੇ, 21 ਵਾਰਾਂ ਗੁਰੂ ਸਾਹਿਬਾਨਾਂ ਦੀਆਂ ਨੇ, 1 ਵਾਰ ਭਾਈ ਸੱਤੇ ਤੇ ਬਲਵੰਡ ਦੀ ਹੈ। ਭਾਈ ਸੱਤਾ ਤੇ ਬਲਵੰਡ ਜੀ ਕੌਣ ਨੇ? ਇਹ ਕੀਰਤਨੀਏ ਸੀਗੇ, ਗੁਰੂ ਅੰਗਦ ਦੇਵ ਜੀ ਦੇ ਟਾਈਮ ਤੇ ਵੀ ਮੰਨਿਆ ਜਾਂਦਾ ਤੇ ਗੁਰੂ ਅਰਜਨ ਦੇਵ ਜੀ ਟਾਈਮ ਤੇ ਵੀ ਮੰਨੇ ਜਾਂਦੇ ਆ, ਠੀਕ ਹੈ ਜੀ। ਹੁਣ ਦੇਖੋ ਗੁਰੂ ਨਾਨਕ ਸਾਹਿਬ ਜੀ ਦੀਆਂ 3 ਵਾਰਾਂ ਨੇ, ਕਿਹੜੇ ਕਿਹੜੇ ਵਾਰਾਂ ਨੇ? ਰਾਗ ਰਾਗ ਕੀ ਕਿਹੜੇ ਕਿਹੜੇ ਰਾਗਾਂ ਦੇ ਵਿੱਚ ਨੇ? ਰਾਗ ਮਾਝ, ਆਸਾ ਤੇ ਮਲਾਰ, 3 ਵਾਰਾਂ ਮਿਲਦੀਆਂ। ਮਾਝ ਕੀ ਵਾਰ, ਆਸਾ ਕੀ ਵਾਰ ਤੇ ਮਲਾਰ ਕੀ ਵਾਰ? ਗੁਰੂ ਅਮਰਦਾਸ ਜੀ ਦੀਆਂ ਕਿੰਨੀਆਂ ਵਾਰਾਂ ਮਿਲਦੀਆਂ ਨੇ ਰਾਜੇ ਆਪਾਂ ਨੂੰ? ਠੀਕ ਹੈ ਜੀ, ਕੁੱਲ 4 ਵਾਰਾਂ ਮਿਲਦੀਆਂ ਨੇ, ਗੁਜਰੀ ਰਾਗ ਦੇ ਵਿੱਚ, ਸੂਈ ਰਾਗ ਦੇ ਵਿੱਚ, ਰਾਮਕਲੀ ਤੇ ਮਾਰੂ ਰਾਗ ਦੇ ਵਿੱਚ। ਗੁਰੂ ਰਾਮਦਾਸ ਜੀ ਦੀਆਂ ਸਭ ਤੋਂ ਵੱਧ ਵਾਰਾਂ ਮਿਲਦੀਆਂ ਨੇ ਆਪਾਂ ਨੂੰ, 8 ਵਾਰਾਂ। ਸ੍ਰੀ ਰਾਗ ਗੌੜੀ, ਵਿਹਾਗੜਾ, ਵਡਹੰਸ, ਸੋਰਠ, ਬਲਾਵਲ ਤੇ ਸਾਰੰਗ ਤੇ ਕਾਨੜਾ ਦੇ ਵਿੱਚ। ਤੇ ਜੇ ਆਪਾਂ ਨੂੰ ਆਪਾਂ ਗੱਲ ਕਰੀਏ 4 ਵਾਰਾਂ ਮਿਲਦੀਆਂ ਨੇ, 4 ਕਹੀ ਜਾਂਦਾ ਆਪਾਂ ਨੂੰ ਮਿਲਦੀਆਂ, 6 ਵਾਰਾਂ ਮਿਲਦੀਆਂ ਨੇ, ਠੀਕ ਹੈ ਜੀ, ਕਿਹਦੀਆਂ? ਗੁਰੂ ਅਰਜਨ ਦੇਵ ਜੀ ਦੀਆਂ, ਰਾਜ ਗੌੜੀ ਦੇ ਵਿੱਚ, ਗੁਜਰੀ ਵਿੱਚ, ਤਾਸਰੀ, ਰਾਮਕਲੀ, ਮਾਰੂ ਤੇ ਬਸੰਤ ਦੇ ਵਿੱਚ, ਠੀਕ ਹੈ ਜੀ। ਬਸੰਤ ਕੀ ਵਾਰ ਦੀ ਆਪਾਂ ਗੱਲ ਕੀਤੀ ਸੀ ਨਾ, ਤਾਂ ਬਸੰਤ ਕੀ ਵਾਰ ਦੀ ਰਾਗ ਆਪਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। ਕਹਿੰਦਾ ਜੀ, ਕਿਸ ਦੇ ਕਹਿਣ ਤੇ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਦਿੱਤੀ? ਤਾਂ ਬੀਬੀ ਭਾਨੀ ਜੀ ਦੇ ਕਹਿਣ ਤੇ, ਠੀਕ ਹੈ ਜੀ। ਅੱਗੇ ਆ ਗਿਆ ਜੀ, ਦੋਤਾ ਬਾਣੀ ਕਾ ਬਹੋਥਾ, ਬਹੋਥਾ ਹੁੰਦਾ ਜਹਾਜ਼, ਠੀਕ ਹੈ ਜੀ। ਦੇਖੋ ਗੁਰੂ ਅਰਜਨ ਦੇਵ ਜੀ ਛੋਟੇ ਜਿਹੇ ਸੀਗੇ ਤੇ ਗੁਰੂ ਅਮਰਦਾਸ ਜੀ ਦੇ ਇਹ ਕੀ ਕੀਤਾ, ਖੇਡਦੇ ਖੇਡਦੇ ਆਸਣ ਤੇ ਜਾ ਕੇ ਬੈਠ ਗਏ। ਤਾਂ ਗੁਰੂ ਅਮਰਦਾਸ ਜੀ ਯਾਨੀ ਕਿ ਇਹਨਾਂ ਦੇ ਨਾਨਾ ਜੀ ਲੱਗਦੇ ਆ ਗੁਰੂ ਅਰਜਨ ਦੇਵ ਜੀ ਦੇ, ਤਾਂ ਉਹਨਾਂ ਨੇ ਪਿਆਰ ਦੇ ਨਾਲ ਚੱਕ ਕੇ ਕਿਹਾ ਸੀਗਾ ਵੀ ਜਿਹੜਾ ਮੇਰਾ ਦੋਤਾ ਹੈਗਾ ਨਾ, ਇੱਕ ਦਿਨ ਬਾਣੀ ਦਾ ਕੀ ਬਣ ਜੂਗਾ, ਜਹਾਜ਼ ਬਣ ਜੂਗਾ। ਤੇ ਦੇਖੋ ਮਹਾਂਪੁਰਖਾਂ ਦੇ ਕਹੇ ਬਚਨ ਸਹੀ ਸਾਬਤ ਹੋਏ, ਜਿੰਨੀ ਬਾਣੀ ਗੁਰੂ ਅਰਜਨ ਦੇਵ ਜੀ ਨੇ ਲਿਖੀ ਹੈ ਕਿਸੇ ਵੀ ਗੁਰੂ ਨੇ ਨਹੀਂ ਲਿਖੀ ਹੈ ਨਾ, 2218 ਸ਼ਬਦ ਮਿਲਦੇ ਆ। ਤਾਂ ਦੋਤਾ ਬਾਣੀ ਕਾ ਬਹੋਥਾ ਇਹ ਕੌਣ ਕਹਿ ਰਹੇ ਨੇ? ਗੁਰੂ ਅਮਰਦਾਸ ਜੀ ਕਹਿ ਰਹੇ ਨੇ। ਗੁਰੂ ਅਮਰਦਾਸ ਜੀ ਦੇ ਕਹਿਣ ਤੇ ਅਕਬਰ ਦੁਆਰਾ ਕਿਹੜਾ ਕਰ ਹਟਾਇਆ ਗਿਆ ਸੀਗਾ? ਜਿਹੜੇ ਯਾਤਰਾ ਕਰ ਹਟਾਇਆ ਗਿਆ ਸੀ, ਕਈ ਜਗ੍ਹਾ ਤੇ ਜਜੀਆ ਕਰ ਆਉਂਦਾ ਪਰ ਯਾਤਰਾ ਕਰ, ਠੀਕ ਹੈ ਜੀ, ਗੁਰੂ ਅਮਰਦਾਸ ਜੀ ਦੇ ਕਹਿਣ ਤੇ ਸਿਰਫ ਯਾਤਰਾ ਕਰ ਹਟਾਇਆ ਸੀ ਉਹਨੇ। ਆਨੰਦ ਸਾਹਿਬ ਦੇ ਵਿੱਚ ਕੁੱਲ ਕਿੰਨੀਆਂ ਪੌੜੀਆਂ ਨੇ ਰਾਜੇ? 40 ਪੌੜੀਆਂ ਨੇ। ਆਨੰਦ ਸਾਹਿਬ ਦੀ ਰਚਨਾ ਦੇਖੋ, ਰਾਮਕਲੀ ਮਹੱਲਾ ਤੀਜਾ। ਜੇ ਤਾਂ ਆਨੰਦ ਸਾਹਿਬ ਦੀ ਗੱਲ ਆਊਗੀ ਤਾਂ ਰਾਜੇ ਗੁਰੂ ਅਮਰਦਾਸ ਜੀ, ਜੇ ਗੱਲ ਆ ਜਾਊਗੀ ਆਨੰਦ ਕਾਰਜ ਦੀ, ਠੀਕ ਹੈ ਜੀ, ਆਨੰਦ ਕਾਰਜ ਵੀ ਕਿਹਨੇ ਸ਼ੁਰੂ ਕੀਤੇ? ਰਾਜੇ ਗੁਰੂ ਅਮਰਦਾਸ ਜੀ ਨੇ ਕੀਤੇ ਹੈ, ਕਿਉਂਕਿ ਇਹਨਾਂ ਦੀ ਬੇਟੀ ਬੀਬੀ ਭਾਣੀ ਜੀ ਦਾ ਜਦੋਂ ਵਿਆਹ ਹੋਇਆ ਭਾਈ ਏਠਾ ਜੀ ਨਾਲ, ਯਾਨੀ ਕਿ ਗੁਰੂ ਰਾਮਦਾਸ ਜੀ ਨਾਲ, ਤਾਂ ਆਨੰਦ ਕਾਰਜ ਹੀ ਹੋਏ ਸੀਗੇ। ਤੇ ਜੇ ਗੱਲ ਲਾਵਾਂ ਦੀ ਆਊਗੀ ਰਾਜੇ, ਲਾਵਾਂ ਕਿਹਨੇ ਕੀਤੀਆਂ ਨੇ? ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ। ਅੱਗੇ ਆ ਗਿਆ ਜੀ, ਗੁਰੂ ਅਮਰਦਾਸ ਜੀ ਨੇ ਕਿਸ ਦੇ ਮੁਖ ਤੋਂ ਗੁਰੂ ਅੰਗਦ ਦੇਵ ਜੀ ਦੀ ਬਾਣੀ ਸੁਣੀ? ਬੀਬੀ ਅਮਰੋ ਜੀ। ਬੀਬੀ ਅਮਰੋ ਜੀ ਕੌਣ ਸੀਗੇ? ਬੀਬੀ ਅਮਰੋ ਜੀ ਸੀਗੇ ਗੁਰੂ ਅਮਰਦਾਸ ਜੀ ਦੇ ਭਰਾ ਦੀ ਨੌਂ, ਠੀਕ ਹੈ ਜੀ, ਤਾਂ ਉਹਨਾਂ ਦੇ ਮੁਖ ਤੋਂ ਸੁਣੀ ਸੀ ਬਾਣੀ। ਅੱਗੇ ਆ ਗਿਆ ਜੀ, ਗੁਰੂ ਅਮਰਦਾਸ ਜੀ ਨੇ ਬੌਲੀ ਸਾਹਿਬ ਦਾ ਨਿਰਮਾਣ ਕਿੱਥੇ ਕੀਤਾ? ਗੋਇੰਦਵਾਲ ਸਾਹਿਬ, ਜਿੱਥੇ 84 ਪੌੜੀਆਂ ਨੇ, ਹਨਾ, ਮਹਾਰਾਜ ਨੇ 84 ਪੌੜੀਆਂ ਵੀ ਬਣਾਈਆਂ ਨੇ ਉੱਥੇ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਗੁਰੂ ਅਮਰਦਾਸ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਚੁਣਿਆ? ਤਾਂ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਯਾਨੀ ਕਿ ਗੁਰੂ ਰਾਮਦਾਸ ਜੀ ਨੂੰ, ਠੀਕ ਹੈ ਜੀ, ਗੁਰੂ ਰਾਮਦਾਸ ਜੀ ਨੂੰ ਆਪਣਾ ਜਵਾਈ ਬਣਾਇਆ ਸੀਗਾ ਤੇ ਨਾਲੇ ਕੀ ਜੀ ਆਪਣਾ ਉੱਤਰਾਧਿਕਾਰੀ ਵੀ। ਅੱਗੇ ਆ ਗਿਆ ਜੀ, ਕੁੱਲ ਕਿੰਨੀਆਂ ਮੰਜੀਆਂ ਸਥਾਪਿਤ ਕੀਤੀਆਂ ਗੁਰੂ ਅਮਰਦਾਸ ਜੀ ਨੇ? 22 ਮੰਜੀਆਂ, ਠੀਕ ਹੈ। ਆ 22 ਮੰਜੀਆਂ ਦੇਖੋ, ਆਵੇ ਇਹ 22 ਮੰਜੀਆਂ ਦੇ ਵਿੱਚ 2 ਸਿਰਫ ਲੇਡੀਜ਼ ਨੇ, ਕਿਹੜੀਆਂ ਕਿਹੜੀਆਂ? ਮਾਈ ਸੇਵਾ ਤੇ ਮਾਈ ਭਾਗੋ। ਮਾਈ ਭਾਗੋ ਉਹ ਨਹੀਂ ਜਿਹਦੀ ਮੈਂ ਗੱਲ ਕਰਦਾ, ਇਹ ਬੀਬੀ ਭਾਗੋ ਅਲੱਗ ਹੈ, ਮਾਈ ਭਾਗੋ ਅਲੱਗ ਹੈ। ਅੱਗੇ ਆ ਗਿਆ ਜੀ, ਗੁਰੂ ਅਮਰਦਾਸ ਜੀ ਦੇ ਕੁੱਲ ਕਿੰਨੇ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ? ਤਾਂ ਗੁਰੂ ਅਮਰਦਾਸ ਜੀ ਦੇ ਵੀ ਸਲੋਕ ਯਾਦ ਰੱਖਣੇ ਰਾਜੇ, 907। ਅਕਬਰ ਕਿੱਥੇ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ? ਇਹ ਆਪਾਂ ਪੜ੍ਹ ਲਿਆ ਰਾਜੇ, ਗੋਇੰਦਵਾਲ ਸਾਹਿਬ, ਠੀਕ ਹੈ ਜੀ, ਕਿੱਥੇ ਮਿਲਣ ਆਇਆ ਸੀਗਾ? ਗੋਇੰਦਵਾਲ ਸਾਹਿਬ ਮਿਲਣ ਆਇਆ ਸੀਗਾ।
ਤੇ ਇੱਕ ਪੁੱਛਦੇ ਹੁੰਦੇ ਆ ਹਮਾਯੂ ਵੀ ਮਿਲਣ ਆਇਆ ਸੀਗਾ, ਹਮਾਯੂ ਹਾਰਨ ਤੋਂ ਬਾਅਦ ਕਿਹਨੂੰ ਮਿਲਣ ਆਇਆ ਸੀ? ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਇਆ ਸੀਗਾ, ਤੇ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ? ਖਡੂਰ ਸਾਹਿਬ, ਉਹ ਖਡੂਰ ਸਾਹਿਬ ਮਿਲਣ ਆਇਆ ਸੀਗਾ। ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਕਦੋਂ ਤੇ ਕਿੱਥੇ ਮਿਲਦੀ ਹੈ? ਸਭ ਤੋਂ ਵਡੇਰੀ ਉਮਰ ਚ ਮਿਲਦੀ ਹੈ ਭਾਈ ਗੁਰਤਾ ਗੱਦੀ, ਜੇ ਤੁਹਾਨੂੰ ਪਤਾ ਹੈਗਾ ਤੁਸੀਂ ਕਮੈਂਟ ਕਰ ਸਕਦੇ ਹੋ ਵੀ ਕਿੰਨੇ ਸਾਲ ਦੇ ਵਿੱਚ ਮਿਲੀ ਸੀ। 1552 ਦੇ ਵਿੱਚ ਮਿਲੀ ਸੀ ਖਡੂਰ ਸਾਹਿਬ, ਤਾਂ ਮਹਾਰਾਜ ਨੇ ਬਹੁਤ ਸੇਵਾ ਕੀਤੀ ਹੈ ਗੁਰੂ ਅੰਗਦ ਦੇਵ ਜੀ ਦੀ। ਤਾਂ ਗੁਰੂ ਅਮਰਦਾਸ ਜੀ ਦੇ ਸਮਕਾਲੀ ਮੁਗਲ ਕੌਣ ਸੀਗੇ? ਤਾਂ ਅਕਬਰ ਜਿਹੜਾ ਹੈਗਾ ਮੇਨ ਉਹ ਕੀ ਹੈ ਜੀ, ਸਮਕਾਲੀ ਹੈ ਗੁਰੂ ਅਮਰਦਾਸ ਜੀ ਦਾ। ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦੇ ਨਾਮ ਦੱਸੋ। ਗੁਰੂ ਅਮਰਦਾਸ ਜੀ ਦੇ ਦੋ ਪੁੱਤਰ ਸੀਗੇ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਤੇ ਦੋ ਬੇਟੀਆਂ ਸੀਗੀਆਂ ਬੀਬੀ ਭਾਨੀ ਜੀ ਤੇ ਬੀਬੀ ਦਾਨੀ ਜੀ। ਠੀਕ ਹੈ ਜੀ, ਬੀਬੀ ਭਾਨੀ ਜੀ ਤੇ ਬੀਬੀ ਦਾਨੀ ਜੀ, ਯਾਦ ਰੱਖ ਲਿਓ। ਅੱਗੇ ਆ ਗਿਆ ਜੀ, ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਤੇ ਇਹਨਾਂ ਦਾ ਬਾਸ ਰੱਖੇ ਹੋਇਆ ਸੀਗਾ 1479 ਨੂੰ, ਅੰਮ੍ਰਿਤਸਰ ਦੇ ਵਿੱਚ ਹੈ ਜਗ੍ਹਾ। ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਸਾਹਿਬ ਦੀ ਉਸਾਰੀ ਕਦੋਂ ਸ਼ੁਰੂ ਕੀਤੀ? ਠੀਕ ਹੈ ਜੀ, ਹੁਣ ਕਹਿਣਗੇ ਕਈ, ਤੁਸੀਂ ਕਹੋਗੇ ਸਰ ਵੀ ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਦੀ ਉਸਾਰੀ ਕਿਉਂ ਸ਼ੁਰੂ ਕਰਵਾਉਣੀ ਸੀਗੀ? ਗੋਇੰਦਵਾਲ ਸਾਹਿਬ ਤਾਂ ਵਸਾਇਆ ਜੀ ਆਪਣੇ ਤੀਜੇ ਪਾਤਸ਼ਾਹ ਨੇ। ਹਾਂ ਭਾਈ, ਵਸਾਇਆ ਤੀਜੇ ਪਾਤਸ਼ਾਹ ਨੇ, ਹੁਕਮ ਕੀਤਾ ਸੀ ਗੁਰੂ ਅੰਗਦ ਦੇਵ ਜੀ ਨੇ, ਪਰ ਇਹਦੀ ਸਾਰੀ ਸ਼ੁਰੂ ਕਰਵਾਉਣ ਦੇ ਪਿੱਛੇ ਜਿਹੜਾ ਹੱਥ ਸੀਗਾ ਉਹ ਗੁਰੂ ਅੰਗਦ ਦੇਵ ਜੀ ਦਾ ਸੀਗਾ। ਠੀਕ ਹੈ, ਭਾਈ ਗੋਂਦੇ ਦੇ ਨਾਮ ਤੇ ਇਹ ਨਗਰ ਵਸਾਇਆ ਗਿਆ। ਠੀਕ ਹੈ ਜੀ, ਤਾਂ ਇਹ 1546 ਦੇ ਵਿੱਚ ਮਹਾਰਾਜ ਨੇ ਹੁਕਮ ਕੀਤਾ ਸੀ ਗੁਰੂ ਅਮਰਦਾਸ ਜੀ ਨੂੰ। ਗੁਰੂ ਅੰਗਦ ਦੇਵ ਜੀ ਦੀ ਮੁਲਾਕਾਤ ਗੁਰੂ ਨਾਨਕ ਸਾਹਿਬ ਜੀ ਨਾਲ ਕਿੱਥੇ ਹੁੰਦੀ ਹੈ ਰਾਜੇ? ਕਰਤਾਰਪੁਰ ਹੁੰਦੀ ਹੈ। ਕਰਤਾਰਪੁਰ ਕਿਹੜਾ? ਜਿਹੜਾ ਪਾਕਿਸਤਾਨ ਵਿੱਚ ਹੈ। ਠੀਕ ਹੈ ਜੀ, ਉੱਥੇ ਗੁਰੂ ਸਾਹਿਬ ਜੀ ਦਾ ਨਾਮ ਬਦਲ ਕੇ ਕੀ ਕਰ ਦਿੰਦੇ ਆ? ਗੁਰੂ ਅੰਗਦ, ਯਾਨੀ ਕਿ ਮੇਰਾ ਅੰਗ। ਗੁਰੂ ਅੰਗਦ ਦੇਵ ਜੀ ਕਿਸ ਜਾਤੀ ਨਾਲ ਸੰਬੰਧ ਰੱਖਦੇ ਆ ਰਾਜੇ? ਤ੍ਰੈਣ ਖੱਤਰੀ ਜਾਤੀ ਸੀ ਗੁਰੂ ਅੰਗਦ ਦੇਵ ਜੀ ਦੀ। ਗੁਰੂ ਅੰਗਦ ਦੇਵ ਜੀ ਨੇ ਲਿਖਿਆ ਵਿੱਚੋਂ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਹੈ? ਤਾਂ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ ਰਾਜੇ? ਖਡੂਰ ਸਾਹਿਬ। ਠੀਕ ਹੈ ਜੀ, ਹੁਣ ਸਾਰੇ ਸ਼ਹਿਰਾਂ ਦੇ ਨਾਮ ਹੈ, ਤੁਹਾਨੂੰ ਕਿਹਾ ਵੀ ਐਂਡ ਦੇ ਵਿੱਚ ਮੈਂ ਸਲਾਈਡ ਲੈ ਕੇ ਆਊਂਗਾ, ਉਹਦੇ ਵਿੱਚ ਸਾਰਾ ਕੁਝ ਦੱਸੂਗਾ। ਗੁਰੂ ਅੰਗਦ ਦੇਵ ਜੀ ਨੇ ਲਿਖਿਆ ਵਿੱਚੋਂ ਕਿਹੜੇ ਕਿਹੜੇ ਮਹੱਤਵਪੂਰਨ ਕੰਮ ਕੀਤੇ? ਇਹਨਾਂ ਨੇ ਮਾਲਾ ਅਖਾੜੇ ਦੀ ਸਥਾਪਨਾ ਕੀਤੀ, ਗੁਰਮੁਖੀ ਲਿਪੀ ਦਾ ਵਿਕਾਸ ਕੀਤਾ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਇਕੱਠੀ ਕੀਤੀ ਜਿਹੜੀ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਕਿਤੋਂ ਲਿਖਵਾਈ ਹੈ? ਭਾਈ ਪੈੜਾ ਮੋਖਾ ਤੋਂ। ਤਾਂ ਸਾਰੇ ਕੰਮ ਕਿਹਨੇ ਕੀਤੇ ਆ? ਗੁਰੂ ਅੰਗਦ ਦੇਵ ਜੀ ਨੇ ਕੀਤੇ ਆ। ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਮੁਗਲ ਸ਼ਾਸਕ ਕਿਹੜਾ? ਰਾਜੇ ਹਮਾਯੂ ਹੈ। ਦੱਸਿਆ ਨਾ ਮੈਂ ਹਮਾਯੂ ਹਾਰਨ ਤੋਂ ਬਾਅਦ ਆਇਆ ਸੀਗਾ, ਤਾਂ ਮਹਾਰਾਜ ਨੇ ਵਰ ਵੀ ਦਿੱਤਾ ਸੀਗਾ, ਫਿਰ ਦੁਬਾਰਾ ਇਹ ਸਿੰਘਾਸਨ ਤੇ ਬੈਠਿਆ ਸੀਗਾ। ਗੁਰੂ ਅੰਗਦ ਦੇਵ ਜੀ ਦੇ ਪੁੱਤਰ ਕੌਣ ਕੌਣ ਸੀਗੇ ਭਾਈ? ਠੀਕ ਹੈ ਜੀ, ਕੌਣ ਕੌਣ ਸੀਗੇ? ਦੋਵੇਂ ਬੀ ਤੇ ਸੀ। ਠੀਕ ਹੈ ਜੀ, ਭਾਈ ਦਾਸੂ ਜੀ, ਭਾਈ ਦਾਤੂ ਜੀ। ਬੀਬੀ ਕਿਹੜੀ ਸੀਗੀ? ਬੀਬੀ ਅਨੋਖੀ ਜੀ। ਠੀਕ ਹੈ ਜੀ, ਬੀਬੀ ਅਨੋਖੀ ਜੀ ਤੇ ਬੀਬੀ ਅਮਰੋ ਜੀ। ਠੀਕ ਹੈ ਜੀ, ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਅੱਗੇ ਆ ਗਿਆ ਜੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਸਾਥੀ। ਗੁਰੂ ਅੰਗਦ ਦੇਵ ਜੀ ਦੇ ਜੀਵਨ ਸਾਥੀ ਅੱਗੇ ਮਾਤਾ ਖੀਵੀ ਜੀ, ਜਿਨ੍ਹਾਂ ਨੇ ਲੰਗਰਾਂ ਵਿੱਚ ਖੀਰ ਚਲਾਈ ਸੀਗੀ। ਗੁਰੂ ਅੰਗਦ ਦੇਵ ਜੀ ਦੇ ਮਾਤਾ ਪਿਤਾ ਦਾ ਨਾਮ ਤਾਂ ਆਪਾਂ ਸਭ ਨੂੰ ਪਤਾ ਹੈ, ਤੇਜਭਾਨ ਜੀ ਜਿਹੜੇ ਸੀਗੇ। ਠੀਕ ਹੈ ਜੀ, ਤੇਜਭਾਨ ਕਹੀ ਜਾਂਦਾ, ਬਾਬਾ ਫੇਰੂਮੱਲ ਜੀ, ਸੋਰੀ, ਬਾਬਾ ਫੇਰੂਮੱਲ ਜੀ ਤੇ ਮਾਤਾ ਰਾਮੋ ਜੀ। ਮਾਤਾ ਰਾਮੋ ਜੀ ਦਾ ਜਿਹੜਾ ਨਾਮ ਹੈਗਾ ਨਾ ਇਤਿਹਾਸ ਦੇ ਵਿੱਚ, ਮਾਤਾ ਦਇਆ ਕੌਰ ਵੀ ਆਉਂਦਾ ਹੈ ਤੇ ਮਾਤਾ ਮਨਸਾ ਵੀ, ਮਨਸਾ ਕੌਰ ਵੀ ਆਉਂਦਾ ਹੈ, ਮਨਸਾ ਦੇਵੀ ਵੀ ਆਉਂਦਾ ਹੈ। ਠੀਕ ਹੈ ਜੀ, ਮਾਤਾ ਮਨਸਾ ਦੇਵੀ ਵੀ ਆਉਂਦਾ, ਠੀਕ ਹੈ, ਧਿਆਨ ਰੱਖਿਓ। ਸਾਰੇ ਨਾਮ ਵੀ ਪੁੱਛੇ ਜਾ ਸਕਦੇ, ਕਈ ਵਾਰੀ ਨਾ ਨਾਮ ਕੋਈ ਹੋਰ ਲਿਖਿਆ ਹੁੰਦਾ, ਤੁਸੀਂ ਕਨਫਿਊਜ਼ ਨਹੀਂ ਹੋਣਾ ਗਾ। ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਰਾਜੇ? ਇਹ ਮੱਤੇ ਦੀ ਸਰਾਏ, ਜਿਹਨੂੰ ਸਰਾਏ ਨਾਗਾ ਕਹਿੰਦੇ ਆ, ਮੁਕਤਸਰ ਦੀ ਵੀ ਜਗ੍ਹਾ ਹੈ। ਠੀਕ ਹੈ ਜੀ, 31 ਮਾਰਚ 1504 ਨੂੰ ਹੋਇਆ ਮਹਾਰਾਜ ਦਾ ਜਨਮ। ਠੀਕ ਹੈ ਜੀ, ਇਹ ਨੋਟ ਕਰ ਲਿਓ। ਚਲੋ ਜੀ, ਅੱਗੇ ਚੱਲਦੇ ਹਾਂ ਜੀ ਆਪਾਂ। ਪੰਜਾ ਸਾਹਿਬ ਕਿਸ ਸਥਾਨ ਦਾ ਨਾਮ ਹੈ? ਤਾਂ ਹਸਨ ਅਬਦਾਲ ਦਾ ਨਾਮ, ਜਿੱਥੇ ਕੀ ਹੈ, ਇੱਕ ਪੀਰ ਰਹਿੰਦਾ ਸੀਗਾ ਬਲੀ ਕੰਧਾਰੀ, ਜਿਹਨੇ ਭਾਈ ਮਰਦਾਨਾ ਜੀ ਨੂੰ ਪਾਣੀ ਦੇਣ ਤੋਂ ਮਨਾ ਕਰਤਾ ਸੀ ਨਾ, ਉੱਤੋਂ ਪੱਥਰ ਸਿੱਟਤਾ ਸੀਗਾ, ਜਿੱਥੇ ਮਹਾਰਾਜ ਨੇ ਪੱਥਰ ਰੋਕਿਆ ਸੀਗਾ। ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਕੌਣ ਨੇ ਰਾਜੇ? ਸਾਰੇ ਨੇ, ਬਾਬਰ ਹੋ ਗਿਆ, ਇਬਰਾਹਿਮ ਲੋਧੀ, ਸਿਕੰਦਰ ਲੋਧੀ, ਇਹ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਕੀ ਨੇ? ਸਮਕਾਲੀ ਨੇ। ਬਾਬਰ ਨੂੰ ਜਾਬਰ ਵੀ ਕਿਹਾ ਸੀ ਮਹਾਰਾਜ ਨੇ। ਠੀਕ ਹੈ, ਗੁਰਦੁਆਰਾ ਚੱਕੀ ਸਾਹਿਬ ਹੈ। ਅੱਗੇ ਗੱਲ ਕਰਦੇ ਹਾਂ ਜੀ, ਗੁਰੂ ਨਾਨਕ ਦੇਵ ਜੀ ਨੇ ਕਿਸ ਬਾਣੀ ਵਿੱਚ ਬਾਬਰ ਦੇ ਹਮਲੇ ਦਾ ਜ਼ਿਕਰ ਕੀਤਾ?
ਤਾਂ ਗੁਰੂ ਸਾਹਿਬ ਜੀ ਇੱਕ ਬਾਣੀ ਆ ਬਾਬਰ ਬਾਣੀ, ਉਹਦੇ ਵਿੱਚ ਮਹਾਰਾਜ ਬਾਬਰ ਜਦੋਂ ਹਿੰਦੁਸਤਾਨ ਤੇ ਹਮਲਾ ਕਰਦਾ ਨਾ ਤਾਂ ਉਹਦਾ ਜ਼ਿਕਰ ਕੀਤਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ਦੇ ਉੱਪਰ ਕੈਦ ਕੀਤਾ ਗਿਆ? ਤਾਂ ਗੁਰੂ ਨਾਨਕ ਸਾਹਿਬ ਜੀ ਨੂੰ, ਠੀਕ ਹੈ ਜੀ, ਜਿਸ ਟਾਈਮ ਗੁਰੂ ਸਾਹਿਬ ਜੀ ਕਿੱਥੇ ਸੀਗੇ? ਸੈਯਦਪੁਰ, ਜਿਹਨੂੰ ਸੈਦਪੁਰ ਵੀ ਕਹਿੰਦੇ ਆ, ਤਾਂ ਉੱਥੇ ਸੀਗੇ ਮਹਾਰਾਜ। ਉੱਥੇ ਨਾ ਇਹਨਾਂ ਨੂੰ ਕੈਦ ਕਰ ਲਿਆ ਤੇ ਕੈਦ ਕਰਕੇ ਕਿਹਾ ਵੀ ਤੁਸੀਂ ਚੱਕੀ ਚਲਾਓ। ਤੇ ਜਦੋਂ ਉਹਨਾਂ ਨੇ ਦੇਖਿਆ ਵੀ ਗੁਰੂ ਸਾਹਿਬ ਜੀ ਤਾਂ ਭਗਤੀ ਦੇ ਬੈਠੇ ਹੁੰਦੇ, ਚੱਕੀ ਆਪਣੇ ਆਪ ਚੱਲੀ ਜਾਂਦੀ ਹੁੰਦੀ ਆ, ਤਾਂ ਫਿਰ ਇਹਨੇ ਮਾਫੀ ਵੀ ਮੰਗੀ ਸੀ ਬਾਬਰ ਨੇ ਆ ਕੇ, ਤਾਂ ਬਾਬਰ ਨੇ ਮਾਫੀ ਮੰਗੀ ਸੀਗੀ। ਭਾਈ ਲਾਲੋ ਜੀ ਕੌਣ ਸੀਗੇ? ਇੱਕ ਗਰੀਬ ਤਰਖਾਣ ਸੀਗੇ। ਜਦੋਂ ਮਹਾਰਾਜ ਸੈਦਪੁਰ ਜਾਂਦੇ ਆ ਨਾ, ਤਾਂ ਉੱਥੇ ਇੱਕ ਗਰੀਬ ਤਰਖਾਣ ਹੁੰਦਾ, ਉਹਦੀ ਰੋਟੀ ਵਿੱਚੋਂ ਕੀ ਨਿਕਲਦਾ ਹੈ ਰਾਜੇ? ਉਹਦੀ ਰੋਟੀ ਵਿੱਚੋਂ ਨਿਕਲਦਾ ਜੀ ਦੁੱਧ, ਠੀਕ ਹੈ ਜੀ। ਚਲੋ ਅੱਗੇ ਆ ਗਿਆ ਜੀ ਮਲਕ ਭਾਗੋ, ਠੀਕ ਹੈ ਜੀ। ਮਲਕ ਭਾਗੋ ਕੌਣ ਸੀਗਾ? ਮਲਕ ਭਾਗੋ ਉਹ ਸੀਗਾ ਜਿਹਦੀ ਰੋਟੀ ਵਿੱਚੋਂ ਖੂਨ ਨਿਕਲਦਾ, ਜਿਹੜਾ ਕਿ ਹੰਕਾਰੀ ਸੀਗਾ। ਤੇ ਭਾਈ ਲਾਲੋ ਕੀ ਸੀਗਾ? ਕਿਰਤੀ ਤਰਖਾਣ ਸੀਗਾ। ਇਹ ਸਾਰੇ ਕਿੱਥੇ ਮਿਲਦੇ ਆ ਮਹਾਰਾਜ? ਇਹਨੂੰ ਸੈਯਦਪੁਰ ਮਿਲਦੇ ਆ, ਜਿਹਨੂੰ ਆਪਾਂ ਅੱਜ ਕੱਲ੍ਹ ਸੈਦਪੁਰ ਵੀ ਕਹਿ ਦਿੰਦੇ ਹਾਂ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਤੁਮ ਜਗ ਚਾਨਣ ਹੋਇਆ, ਇਹ ਕਿਹਨਾਂ ਨੇ ਕਿਹਾ? ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਵਿੱਚ ਕਿਹਾ, ਪਹਿਲੀ ਵਾਰ ਦੇ ਵਿੱਚ ਹੀ ਕਿਹਾ, ਠੀਕ ਹੈ ਜੀ, ਇਹ ਯਾਦ ਰੱਖ ਲਿਓ। ਜਪਜੀ ਸਾਹਿਬ ਦੀ ਰਚਨਾ ਦੇ ਵਿੱਚ ਕੁੱਲ ਕਿੰਨੀਆਂ ਪੌੜੀਆਂ? ਜਪਜੀ ਸਾਹਿਬ 'ਚ 36 ਪੌੜੀਆਂ ਨੇ, 2 ਸਲੋਕ ਨੇ ਤੇ ਰਾਗ ਮੁਕਤ ਬਾਣੀ ਹੈ। ਜਪਜੀ ਸਾਹਿਬ ਦੀ ਬਾਣੀ ਗੁਰੂ ਸਾਹਿਬ ਜੀ ਦੁਆਰਾ ਕਿੱਥੇ ਰਚੀ ਗਈ? ਜਪਜੀ ਸਾਹਿਬ ਜਿਹੜੀ ਬਾਣੀ ਹੈ ਰਾਜੇ, ਕਰਤਾਰਪੁਰ ਸਾਹਿਬ ਜਦੋਂ ਮਹਾਰਾਜ ਕੀ ਕਰਦੇ ਸੀ? ਖੇਤੀਬਾੜੀ ਕਰਦੇ ਸੀ। 18 ਸਾਲ ਰਹੇ ਆ ਮਹਾਰਾਜ, ਆਪਣੀ ਲਾਈਫ ਦੇ ਲਾਸਟ 18 ਸਾਲ ਉੱਥੇ ਬਿਤਾਏ ਮਹਾਰਾਜ ਨੇ, ਖੇਤੀਬਾੜੀ ਕੀਤੀ ਹੈ। ਅੱਗੇ ਆ ਗਿਆ ਜੀ ਜਨੇਊ ਪਾਉਣ ਦੀ ਰਸਮ ਦਾ ਵਰਣਨ ਗੁਰੂ ਸਾਹਿਬ ਜੀ ਨੇ ਕਿਸ ਬਾਣੀ 'ਚ ਕੀਤਾ? ਤਾਂ ਮਹਾਰਾਜ ਨੇ ਜਨੇਊ ਨਹੀਂ ਪਾਇਆ ਸੀ ਨਾ, ਤਾਂ ਆਸਾਂ ਦੀ ਵਾਰ 'ਚ ਮਹਾਰਾਜ ਕਹਿੰਦੇ ਆ, ਠੀਕ ਹੈ ਜੀ। ਗੁਰੂ ਨਾਨਕ ਸਾਹਿਬ ਜੀ ਦੇ ਉੱਤਰਾਧਿਕਾਰੀ ਕੌਣ ਬਣੇ ਨੇ? ਭਾਈ ਲਹਿਣਾ ਜੀ, ਜਿਹਨੂੰ ਆਪਾਂ ਗੁਰੂ ਅੰਗਦ ਦੇਵ ਜੀ ਕਹਿੰਦੇ ਆ। ਗੁਰੂ ਨਾਨਕ ਦੇਵ ਜੀ ਦੀ ਜੋਤੀ ਜੋਤ ਕਦੋਂ ਸਮਾਉਂਦੇ ਆ? 22 ਸਤੰਬਰ 1547 ਨੂੰ, ਠੀਕ ਹੈ ਜੀ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਕੁੱਲ ਕਿੰਨੇ ਰਾਗਾਂ 'ਚ ਆ ਰਾਜੇ? ਗੁਰੂ ਨਾਨਕ ਸਾਹਿਬ ਜੀ ਦੀ ਬਾਣੀ 19 ਰਾਗਾਂ ਦੇ ਵਿੱਚ ਹੈ। ਗੁਰੂ ਨਾਨਕ ਸਾਹਿਬ ਜੀ ਦੇ ਕੁੱਲ ਕਿੰਨੇ ਸਲੋਕ ਜਾਂ ਸ਼ਬਦ ਕਿੰਨੇ ਦਰਜ ਨੇ? 974 ਸਲੋਕ ਤੇ ਸ਼ਬਦ ਦਰਜ ਨੇ ਰਾਜੇ। ਸਲੋਕ ਤੇ ਸ਼ਬਦ ਦੇ ਵਿੱਚ ਫਰਕ ਹੁੰਦਾ, ਸਲੋਕ ਛੋਟਾ ਹੁੰਦਾ, ਸ਼ਬਦ ਵੱਡਾ ਹੁੰਦਾ। ਸਲੋਕ 4 ਤੁਕਾਂ ਦਾ ਵੀ ਹੋ ਸਕਦਾ ਹੈ ਤੇ ਸ਼ਬਦ ਇਸ ਤੋਂ ਵੱਡਾ ਹੁੰਦਾ। ਅੱਗੇ ਗੱਲ ਕਰਦੇ ਹਾਂ ਆਪਾਂ, ਇਹ ਲਿਖਿਆਂ ਵਿੱਚੋਂ ਕਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਰਚਨਾਵਾਂ ਹਨ? ਦੱਖਣੀ ਓਂਕਾਰ, ਸਿੱਧ ਗੋਸ਼ਟ, ਆਸਾਂ ਦੀ ਵਾਰ, ਸਾਰੀਆਂ ਹੀ ਗੁਰੂ ਨਾਨਕ ਸਾਹਿਬ ਜੀ ਦੀਆਂ ਰਚਨਾਵਾਂ ਨੇ। ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰ ਕੌਣ ਸੀਗੇ ਰਾਜੇ? ਆਪਾਂ ਪੜ੍ਹਿਆ ਹੀ ਆ, ਸ਼੍ਰੀ ਚੰਦ ਜੀ ਤੇ ਲਖਮੀ ਦਾਸ ਦੋਨੇ ਪੁੱਤਰ ਨੇ। ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਮਰਦਾਨਾ ਜੀ ਕਿੱਥੇ ਮਿਲਦੇ ਆ? ਤਾਂ ਇਹ ਸੁਲਤਾਨਪੁਰ ਲੋਧੀ ਆ ਕੇ ਮਿਲਦੇ ਆ। ਹਾਲਾਂਕਿ ਇਹ ਤਾਂ ਇਕੱਠੇ ਰਹਿੰਦੇ ਸੀਗੇ, ਠੀਕ ਹੈ ਜੀ, ਰਾਏ ਭੋਏ ਕੀ ਤਲਵੰਡੀ ਨਨਕਾਣਾ ਸਾਹਿਬ। ਮਿਲਣ ਦੀ ਗੱਲ ਤਾਂ ਹੋਈ ਆ ਜਦੋਂ ਗੁਰੂ ਨਾਨਕ ਸਾਹਿਬ ਜੀ ਜਦੋਂ ਸੁਲਤਾਨਪੁਰ ਲੋਧੀ ਆਪਣੀ ਭੈਣ ਕੋਲੇ ਆ ਜਾਂਦੇ ਆ, ਜੀਜੇ ਕੋਲੇ ਆ ਜਾਂਦੇ ਆ, ਤਾਂ ਇਹ ਨਵਾਬ ਦੇ ਉੱਥੇ ਨੌਕਰੀ ਕਰਨ ਲੱਗ ਜਾਂਦੇ ਆ, ਤਾਂ ਵਾਪਸ ਲੈਣ ਭੇਜਦੇ ਆ। ਮਤਲਬ ਕੌਣ ਲੈਣ ਭੇਜਦੇ ਆ? ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਲੈਣ ਭੇਜਦੇ ਆ ਗੁਰੂ ਸਾਹਿਬ ਜੀ ਨੂੰ ਵਾਪਸ। ਤਾਂ ਉੱਥੇ ਫਿਰ ਜਦੋਂ ਆਉਂਦੇ ਆ ਭਾਈ ਮਰਦਾਨਾ ਜੀ, ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ, ਚੰਗਾ ਵੀ ਮਰਦਾਨਿਆ ਤੂੰ ਆ ਗਿਆ, ਚੱਲ ਆਪਾਂ ਚੱਲੀਏ। ਫਿਰ ਉੱਥੋਂ ਹੀ ਸ਼ੁਰੂ ਹੁੰਦੀ ਇਹਨਾਂ ਦੀ ਉਦਾਸੀਆਂ ਵੀ ਅਸਲੀ ਘਰ ਚੱਲੀਏ, ਆਪਾਂ ਅਸਲੀ ਜਿਹੜਾ ਕੰਮ ਕਰਨਾ ਹੈ ਨਾ ਉਹ ਕੰਮ ਕਰੀਏ। ਚਲੋ ਜੀ ਅੱਗੇ ਗੱਲ ਕਰਦੇ ਹਾਂ ਜੀ, ਗੁਰੂ ਨਾਨਕ ਦੇਵ ਜੀ ਨੇ ਕਿੱਥੇ ਤੇ ਕਿਸ ਮੁਸਲਿਮ ਨਵਾਬ ਦੇ ਅਧੀਨ ਨੌਕਰੀ ਕੀਤੀ? ਆਪਾਂ ਹੁਣੇ ਪੜ੍ਹ ਕੇ ਆਏ ਹਾਂ, ਨਵਾਬ ਦੌਲਤ ਖਾਂ ਦੇ ਅੰਡਰ ਇਹਨਾਂ ਨੇ ਨੌਕਰੀ ਕੀਤੀ ਹੈ ਸੁਲਤਾਨਪੁਰ ਲੋਧੀ, ਜਿੱਥੇ ਮਹਾਰਾਜ ਜੀ 13-13 ਕਰਕੇ ਕੀ ਕਰਦੇ ਰਹੇ ਆ? ਤੋਲਦੇ ਰਹੇ ਆ, ਠੀਕ ਹੈ। ਅੱਗੇ ਗੱਲ ਕਰਦੇ ਹਾਂ ਜੀ, ਗੁਰੂ ਨਾਨਕ ਦੇਵ ਜੀ ਦੀਆਂ 4 ਉਦਾਸੀਆਂ ਦਾ ਸਮਾਂ ਕਾਲ, ਇਹ ਵੀ ਸਭ ਤੋਂ ਮਹੱਤਵਪੂਰਨ ਕੁਐਸਚਨ ਮੰਨ ਜਾਂਦਾ ਤੁਹਾਡੇ ਵਾਸਤੇ, ਠੀਕ ਹੈ ਜੀ। ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ 1499 ਤੋਂ ਲੈ ਕੇ 1521, ਤਾਂ ਕਈ ਜਗ੍ਹਾ ਤੁਹਾਨੂੰ 3 ਉਦਾਸੀਆਂ ਮਿਲਣਗੀਆਂ ਜਿਹੜੀਆਂ ਕਿ ਗਲਤ ਆ, 4 ਉਦਾਸੀਆਂ ਕੀਤੀਆਂ ਨੇ ਵਿੱਚ, ਠੀਕ ਹੈ ਜੀ। ਹੁਣ ਪਹਿਲੀ ਉਦਾਸੀ ਦੀ ਆਪਾਂ ਗੱਲ ਕਰਦੇ ਹਾਂ, ਠੀਕ ਹੈ ਜੀ, ਮੈਨੂੰ ਸਲੇਟ ਜੀ ਦੇਖ ਲੈਣ ਦਿਓ, ਸਾਈਡ ਤੇ ਹੋ ਜਾਂਦੀ ਆ, ਬੰਦ ਹੀ ਹੋ ਗਈ, ਠੀਕ ਹੈ ਜੀ। ਪਹਿਲੀ ਉਦਾਸੀ ਮਹਾਰਾਜ ਨੇ ਕੀਤੀ ਆ ਪੂਰਬ ਵਾਲੇ ਪਾਸੇ, ਠੀਕ ਹੈ ਜੀ, ਜਦੋਂ ਇਹਨਾਂ ਨੇ 1499 ਦੇ ਵਿੱਚ ਸ਼ੁਰੂ ਕੀਤੀ ਹੈ। ਤੇ ਜੇ ਮੈਂ ਦੂਜੀ ਉਦਾਸੀ ਦੀ ਗੱਲ ਕਰਾਂ ਰਾਜੇ, ਠੀਕ ਹੈ ਜੀ, ਇਹਨਾਂ ਨੇ ਦੂਜੀ ਉਦਾਸੀ ਕੀਤੀ ਹੈ ਆਪਣੀ ਦੱਖਣ ਦੇ ਵੱਲ, ਠੀਕ ਹੈ ਜੀ, 1510 ਤੋਂ ਲੈ ਕੇ 1515 ਤੱਕ ਕੀਤੀ ਹੈ, ਠੀਕ ਹੈ ਜੀ। ਤੀਜੀ ਉਦਾਸੀ ਕੀਤੀ ਹੈ ਆਪਣੀ ਉੱਤਰ ਵੱਲ,
1516 ਤੋਂ ਲੈ ਕੇ 1518 ਤੇ ਲਾਸਟ ਉਦਾਸੀ ਜਿਹੜੀ ਕੀਤੀ ਆ ਮਹਾਰਾਜ ਨੇ, ਠੀਕ ਹੈ ਜੀ, ਉਹ ਕਿਹਦੇ ਵੱਲ ਕੀਤੀ ਹੈ? ਪੱਛਮ ਵੱਲ ਕੀਤੀ ਹੈ। ਇਹ ਕਦੋਂ ਕੀਤੀ ਹੈ ਜੀ? 1518 ਤੋਂ ਲੈ ਕੇ, ਜਾਣੀ ਕਿ 19 ਕਹਿ ਸਕਦੇ ਹਾਂ, 1519 ਤੋਂ ਲੈ ਕੇ 1521, ਠੀਕ ਹੈ ਜੀ, ਇਹ ਆ ਜੀ। ਅੱਗੇ ਗੱਲ ਕਰੀਏ ਜੀ, ਗੁਰੂ ਨਾਨਕ ਸਾਹਿਬ ਜੀ ਦੇ ਸਹੁਰਾ ਸਾਹਿਬ ਦਾ ਨਾਮ ਕੀ ਸੀਗਾ? ਤੇ ਇਹਨਾਂ ਦਾ ਨਾਮ ਸੀਗਾ ਜੀ ਮੂਲ ਚੰਦ, ਠੀਕ ਹੈ ਜੀ। ਇਹ ਵੀ ਕਈ ਜਗ੍ਹਾ ਤੇ ਇਤਿਹਾਸ ਜ਼ਿਕਰ ਆਉਂਦਾ, ਖਜ਼ਾਨਚੀ ਹੈ, ਕਈ ਜਗ੍ਹਾ ਤੇ ਪਟਵਾਰੀ ਹੈ, ਪਰ ਜਿਹੜਾ ਜ਼ਿਆਦਾ ਅਥੈਂਟੀਕੇਟ ਜਿੰਨਾ ਕੁ ਮੈਨੂੰ ਪਤਾ ਲੱਗਿਆ ਵੀ ਉਹ ਪਟਵਾਰੀ ਹੀ ਸੀਗੇ, ਠੀਕ ਹੈ ਜੀ। ਕਈ ਜਗ੍ਹਾ ਤੇ ਖਜ਼ਾਨਚੀ ਵੀ ਆਉਂਦਾ, ਪਰ ਤੁਸੀਂ ਨਾਮ ਯਾਦ ਰੱਖ ਲਿਓ ਮੂਲ ਚੰਦ ਹੈ, ਠੀਕ ਹੈ ਜੀ, ਕਿੱਤਾ ਬਹੁਤ ਘੱਟ ਪੁੱਛਿਆ ਜਾਊਗਾ। ਅੱਗੇ ਆ ਗਿਆ ਜੀ, ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਕਿਸ ਨਾਲ ਤੇ ਕਿਸ ਸ਼ਹਿਰ ਤੇ ਹੋਇਆ? ਤਾਂ ਮਾਤਾ ਸੁਲੱਖਣੀ ਜੀ ਨਾਲ ਹੋਇਆ ਸੀਗਾ, ਬਟਾਲੇ ਹੋਇਆ ਸੀ ਰਾਜੇ। ਤਾਂ ਬਟਾਲੇ ਉੱਥੇ ਗੁਰਦੁਆਰਾ ਕੰਧ ਸਾਹਿਬ ਵੀ ਹੈਗਾ, ਜਿੱਥੇ ਮਹਾਰਾਜ ਬਰਾਤ ਯਾਨੀ ਕਿ ਵਿਆਹ ਤੋਂ ਪਹਿਲਾਂ ਉੱਥੇ ਬੈਠੇ ਸੀਗੇ। ਤੇ ਇੱਕ ਮਾਈ ਆ ਕੇ ਕਹਿ ਦਿੰਦੀ ਆ ਵੀ ਤੁਸੀਂ ਕੰਧ ਦੇ ਨਾਲ ਢੋਲਾ ਕੇ ਨਾ ਬੈਠੋ, ਕੰਧ ਬੜੀ ਕਮਜ਼ੋਰ ਆ, ਡਿੱਗ ਪੂਗੀ। ਤਾਂ ਮਹਾਰਾਜ ਨੇ ਬਚਨ ਕੀਤੇ ਸੀ, ਮਾਈ ਵੀ ਇਹ ਤਾਂ ਸਦੀਆਂ ਸਦੀਆਂ ਨੇ ਡਿੱਗਦੀ ਗਈ ਤੇ ਕੰਧ ਅੱਜ ਵੀ ਖੜੀ ਹੈ। ਤੇ ਮਹਾਰਾਜ ਦਾ ਵਿਆਹ ਕਦੋਂ ਹੋਇਆ? ਵਿਆਹ ਹੋਇਆ ਸੀ ਉਸ ਟਾਈਮ ਤੇ ਦੇਸੀ ਮਹੀਨਾ 24 ਜੇਠ 1544 ਸੰਮਤ ਨੂੰ, ਬਿਕਰਮੀ ਸੰਮਤ ਨੂੰ ਹੋਇਆ। ਜੇ ਮੈਂ ਈਸਵੀ ਦੀ ਗੱਲ ਕਰੂੰਗਾ ਤਾਂ ਉਹ 57 ਕਟਵਾ ਦਿਓ, ਠੀਕ ਹੈ ਜੀ, 1487 ਕੁ ਬਣਦਾ, ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ ਜੀ, ਗੁਰੂ ਨਾਨਕ ਦੇਵ ਜੀ ਨੇ ਫਾਰਸੀ ਦੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਹੈ? ਬਹੁਤ ਮਤਲਬ ਮਹੱਤਵਪੂਰਨ ਕੁਐਸਚਨ ਬਣ ਜਾਂਦੇ ਆ, ਠੀਕ ਹੈ। ਇਹਨਾਂ ਸਿੱਖਿਆਵਾਂ ਨੂੰ ਲੈ ਕੇ ਤਾਂ ਮੌਲਵੀ ਕੁਤਬਦੀਨ ਤੋਂ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਸੰਸਕ੍ਰਿਤ ਦੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਹੈ? ਤਾਂ ਪੰਡਿਤ ਤੋਂ ਹੀ ਕੀਤੀ ਹੋਊਗੀ ਨਾ ਸੰਸਕ੍ਰਿਤ ਦੀ ਸਿੱਖਿਆ, ਤਾਂ ਪੰਡਿਤ, ਠੀਕ ਹੈ ਜੀ, ਪੰਡਿਤ ਇਹ ਜਿਹੜੀ ਸਿੱਖਿਆ ਪ੍ਰਾਪਤ ਕਰਦੇ ਆ ਨਾ, ਇਹ ਪੰਡਿਤ ਗੋਪਾਲ ਦਾਸ ਤੋਂ ਕਰਦੇ ਆ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਗੁਰੂ ਨਾਨਕ ਸਾਹਿਬ ਜੀ ਨੇ ਬਚਪਨ ਵਿੱਚ ਆਪਣੀ ਮੁੱਢਲੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਹੈ, ਠੀਕ ਹੈ ਜੀ। ਹੁਣ ਇੱਥੇ ਮੁੱਢਲੀ ਸਿੱਖਿਆ ਦੀ ਗੱਲ ਆ ਰਹੀ ਹੈ, ਤਾਂ ਮੁੱਢਲੀ ਸਿੱਖਿਆ ਇਹਨਾਂ ਨੇ ਕੀਤੀ ਸੀਗੀ ਪੰਡਿਤ ਗੋਪਾਲ ਦਾਸ ਤੋਂ। ਸੋਰੀ, ਇਹ ਪਿਛਲਾ ਕੁਐਸਚਨ ਮੈਂ ਸ਼ਾਇਦ ਗਲਤ ਕਰ ਗਿਆ, ਇਹਨਾਂ ਨੇ ਸੰਸਕ੍ਰਿਤ ਦੀ ਸਿੱਖਿਆ ਜਿਹੜੀ ਹੈਗੀ ਨਾ ਪੰਡਿਤ ਬ੍ਰਿਜਨਾਥ ਤੋਂ ਕੀਤੀ ਹੈ, ਠੀਕ ਹੈ ਜੀ। ਇਹ ਮੈਂ ਥੋੜ੍ਹਾ ਜਿਹਾ ਗਲਤ ਕਰ ਗਿਆ, ਸੋਰੀ, ਪੰਡਿਤ ਬ੍ਰਿਜਨਾਥ ਤੋਂ ਕੀਤੀ ਹੈ ਜੀ, ਇਹਨਾਂ ਨੇ ਸੰਸਕ੍ਰਿਤ ਦੀ ਸਿੱਖਿਆ ਪ੍ਰਾਪਤ ਕੀਤੀ ਹੈ, ਠੀਕ ਹੈ ਜੀ, ਇਹ ਨੋਟ ਕਰ ਲਿਓ। ਜਿਹੜੀ ਮੁੱਢਲੀ ਸਿੱਖਿਆ ਹੈ ਤਾਂ 7 ਸਾਲ ਦੀ ਉਮਰ ਦੇ ਵਿੱਚ ਇਹ ਪਾਂਧੇ ਕੋਲੇ ਗਏ ਸੀ, ਨਾ ਇਹਨਾਂ ਕੋਲੇ ਗਏ ਸੀਗੇ। ਪਾਂਧਾ ਕਿਹਨੂੰ ਕਹਿ ਦਿੰਦੇ ਆ? ਪੰਡਿਤ ਨੂੰ ਹੀ ਕਹਿ ਦਿੰਦੇ ਆ। ਤਾਂ ਗੋਪਾਲ ਦਾਸ ਜੀ ਕੋਲੇ ਗਏ ਸੀਗੇ ਤੇ ਪੰਡਿਤ ਹਰਦਿਆਲ ਤੋਂ ਕੀ ਹੋਇਆ ਸੀਗਾ? ਜਨੇਊ ਪਾਉਣ ਦੀ ਰਸਮ ਹੋਈ ਸੀਗੀ, ਠੀਕ ਹੈ ਜੀ। ਅੱਗੇ ਕਹਿੰਦੇ ਆ ਜੀ, ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕਿਸ ਦੇ ਅਧੀਨ ਪਟਵਾਰੀ ਦੀ ਨੌਕਰੀ ਕਰਦੇ ਸੀਗੇ? ਤਾਂ ਰਾਏ ਬੁਲਾਰ ਦੇ ਅਧੀਨ, ਠੀਕ ਹੈ। ਰਾਏ ਬੁਲਾਰ ਜੀ ਬਹੁਤ ਮੰਨਦੇ ਸੀ ਗੁਰੂ ਨਾਨਕ ਸਾਹਿਬ ਜੀ ਨੂੰ, ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ, ਤਾਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀਗਾ ਤੇ ਕਿੱਤਾ ਕੀ ਸੀਗਾ? ਇਹ ਆਪਾਂ ਪੜ੍ਹਿਆ ਹੀ ਆ ਰਾਜੇ। ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਪਿਤਾ ਸੀਗੇ ਉਹ ਮਹਿਤਾ ਕਲਿਆਣ ਚੰਦ ਦਾਸ ਬੇਦੀ ਸੀਗੇ, ਜਿਹਨਾਂ ਨੂੰ ਆਪਾਂ ਪਿਤਾ ਮਹਿਤਾ ਕਾਲੂ ਵੀ ਕਹਿ ਦਿੰਦੇ ਹਾਂ। ਤਾਂ ਉਹ ਪਟਵਾਰੀ ਸੀਗੇ ਰਾਏ ਬੁਲਾਰ ਜੀ ਦੇ ਅਧੀਨ, ਠੀਕ ਹੈ ਜੀ, ਪਟਵਾਰੀ ਦਾ ਕੰਮ ਕਰਦੇ ਸੀਗੇ। ਤੇ ਅੱਜ ਦਾ ਹੈਗਾ ਜੀ ਲਾਸਟ ਕੁਐਸਚਨ, ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਤਾਂ ਰਾਏ ਭੋਏ ਕੀ ਤਲਵੰਡੀ ਨਨਕਾਣਾ ਸਾਹਿਬ। ਕਦੋਂ ਹੁੰਦਾ ਜੀ? 1469 ਨੂੰ ਮਹਾਰਾਜ ਦਾ ਜਨਮ ਹੁੰਦਾ ਹੈ, ਰਾਏ ਭੋਏ ਕੀ ਤਲਵੰਡੀ ਨਨਕਾਣਾ ਸਾਹਿਬ। ਆਈ ਹੋਪ ਤੁਹਾਨੂੰ ਇਹ 300 ਕੁਐਸਚਨ ਐਗਜ਼ਾਮ ਦੇ ਵਿੱਚ ਕਾਫੀ ਹੈਲਪਫੁਲ ਰਹਿਣਗੇ। ਤੇ ਮੈਂ ਪੂਰੀ ਮਿਹਨਤ ਕਰਕੇ ਅੱਜ ਪੂਰਾ ਦਿਨ, ਠੀਕ ਹੈ ਜੀ, ਕੀਤੀ ਹੈ ਕਲਾਸ ਤਿਆਰ। ਪ੍ਰਮਾਤਮਾ ਅੱਗੇ ਅਰਦਾਸ ਇਹੀ ਹੈ ਵੀ ਤੁਹਾਡੇ ਕੰਮ ਆਵੇ। ਇਸ ਤੋਂ ਇਲਾਵਾ ਕੁਝ ਚੀਜ਼ਾਂ ਤੁਹਾਨੂੰ ਮੈਂ ਦੱਸ ਕੇ ਜਾਣਾ, ਸਾਰੀਆਂ ਤੁਸੀਂ ਪੜ੍ਹ ਕੇ ਜਾਣੀਆਂ ਨੇ ਚੀਜ਼ਾਂ। ਆ ਦੇਖੋ, ਸਭ ਤੋਂ ਪਹਿਲਾਂ ਆਪਾਂ ਰਾਗਾਂ ਦੀ ਗੱਲ ਕਰਦੇ ਹਾਂ ਰਾਜੇ। ਪਹਿਲੇ ਪਾਤਸ਼ਾਹ ਜਾਣੀ ਕਿ ਗੁਰੂ ਨਾਨਕ ਸਾਹਿਬ ਜੀ ਦੇ 19 ਰਾਗਾਂ ਦੇ ਵਿੱਚ ਬਾਣੀ ਰਚੀ ਹੈ, ਦੂਜੇ ਪਾਤਸ਼ਾਹ ਦੇ ਕੋਈ ਰਾਗ ਨਹੀਂ ਮਿਲਦੇ ਗੇ, ਤੀਜੇ ਪਾਤਸ਼ਾਹ ਨੇ 17 ਰਾਗਾਂ ਦੇ ਵਿੱਚ, ਚੌਥੇ ਪਾਤਸ਼ਾਹ ਨੇ, ਹੁਣ ਤੁਸੀਂ ਦੇਖੋ ਮੈਂ, ਤੁਸੀਂ ਜਿਹੜੇ ਹੈਗੇ ਆ ਤੁਸੀਂ ਯਾਦ ਰੱਖਣੇ ਆ 29, ਠੀਕ ਹੈ ਜੀ। ਗੁਰੂ ਅਰਜਨ ਦੇਵ ਜੀ ਦੇ 30 ਰਾਗਾਂ ਦੇ ਵਿੱਚ ਬਾਣੀ ਤੇ ਗੁਰੂ ਤੇਗ ਬਹਾਦਰ ਜੀ ਦੀ 15 ਰਾਗਾਂ ਦੇ ਵਿੱਚ ਬਾਣੀ। ਇਹ ਤਾਂ ਰਾਗਾਂ ਦੀ ਗੱਲ ਹੋ ਗਈ ਆ, ਠੀਕ ਹੈ ਜੀ। ਹੁਣ ਸ਼ਬਦਾਂ ਦੀ ਗੱਲ ਕਰਦੇ ਹਾਂ। ਗੁਰੂ ਨਾਨਕ ਸਾਹਿਬ ਜੀ ਦੇ 974 ਸ਼ਬਦ ਮਿਲਦੇ ਨੇ, ਸ਼ਬਦ ਤੇ ਸ਼ਲੋਕ ਇਕੱਠੇ ਮਿਲਦੇ ਨੇ, ਠੀਕ ਹੈ ਜੀ। ਇਹਨਾਂ ਦੇ ਮਿਲਦੇ ਨੇ ਜੀ 63, ਠੀਕ ਹੈ ਜੀ। 907 ਮਿਲਦੇ ਆ ਜੀ ਆਪਣੇ ਗੁਰੂ ਅਮਰਦਾਸ ਜੀ ਦੇ, ਰਾਮਦਾਸ ਜੀ ਦੇ 679, 2218 ਮਿਲਦੇ ਆ ਗੁਰੂ ਅਰਜਨ ਦੇਵ ਜੀ ਦੇ, ਤੇ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸ਼ਬਦ ਤੇ ਸ਼ਲੋਕ ਹੈਗੇ ਨਾ, ਇਹਦੇ 'ਚ ਬਹੁਤ ਪੰਗਾ ਪੈਂਦਾ। ਤੁਸੀਂ ਯਾਦ ਕਿਵੇਂ ਰੱਖਣਾ? ਸ਼ਬਦ ਵੱਡਾ ਹੁੰਦਾ ਨਾ ਤਾਂ ਵੱਡੀ ਰਕਮ ਕੀ ਆ ਜੀ? 59।
ਸਲੋਕ ਛੋਟਾ ਹੁੰਦਾ ਤਾਂ ਸਲੋਕ ਕਿੰਨੇ ਆ ਜੀ 57। ਇਹ ਉਹ ਸਲੋਕ ਨੇ ਜਿਹੜੇ ਮਹਾਰਾਜ ਨੇ ਭਾਈ ਜੈਤਾ ਜੀ ਯਾਨੀ ਕਿ ਭਾਈ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਕਾ ਬੇਟਾ ਉਹਦੇ ਹੱਥ ਦੇ ਕੇ ਭੇਜੇ ਸੀਗੇ। ਠੀਕ ਹੈ, ਜਦੋਂ ਉਹ ਸ਼ੀਸ਼ ਲੈ ਕੇ ਜਾਂਦੇ ਉਸ ਤੋਂ ਪਹਿਲਾਂ ਵੀ ਇੱਕ ਵਾਰੀ ਜਾਂਦੇ ਅਨੰਦਪੁਰ ਸਾਹਿਬ। ਠੀਕ ਹੈ ਜੀ, ਤਾਂ 57 ਸਲੋਕ ਲੈ ਕੇ ਗਏ ਸੀਗੇ ਉਹ। ਇਸ ਤੋਂ ਇਲਾਵਾ ਵਾਰਾਂ ਦੀ ਆਪਾਂ ਗੱਲ ਕਰ ਲਈ ਹੈ, ਗੁਰੂ ਨਾਨਕ ਸਾਹਿਬ ਜੀ ਦੀਆਂ 3 ਵਾਰਾਂ ਨੇ, ਗੁਰੂ ਅਮਰਦਾਸ ਜੀ ਦੀਆਂ 4, ਰਾਮਦਾਸ ਜੀ ਦੀਆਂ 8 ਵਾਰਾਂ, ਗੁਰੂ ਅਰਜਨ ਦੇਵ ਜੀ ਦੀਆਂ 6 ਵਾਰਾਂ, ਭਾਈ ਸਤਿਦੇਵ ਬਲਵੰਡ ਦੀ ਕੀ ਹੈ ਜੀ 1 ਵਾਰ, ਟੋਟਲ 22 ਵਾਰਾਂ ਨੇ। ਸ਼ਹਿਰ ਹੁਣ ਦੇਖੋ ਜੀ, ਕਰਤਾਰਪੁਰ ਜਿਹੜਾ ਪਾਕਿਸਤਾਨ ਦੇ ਵਿੱਚ ਹੈ, ਗੁਰੂ ਨਾਨਕ ਸਾਹਿਬ ਜੀ ਨੇ ਸਥਾਪਨਾ ਕੀਤੀ, ਖਡੂਰ ਸਾਹਿਬ ਜੀ ਦੀ ਗੁਰੂ ਅੰਗਦ ਦੇਵ ਜੀ ਨੇ, ਗੋਇੰਦਵਾਲ ਸਾਹਿਬ ਜੀ ਗੁਰੂ ਅਮਰਦਾਸ ਜੀ ਨੇ, ਗੁਰੂ ਕਾ ਚੱਕ ਜੀ ਨੂੰ ਰਾਮਦਾਸਪੁਰ ਵੀ ਕਹਿੰਦੇ ਆ ਆਪਾਂ, ਅੰਮ੍ਰਿਤਸਰ ਵੀ ਕਹਿੰਦੇ ਆ, ਗੁਰੂ ਰਾਮਦਾਸ ਜੀ ਨੇ ਸਥਾਪਨਾ ਕੀਤੀ ਹੈ। ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ 1590 ਦੇ ਵਿੱਚ, ਕਰਤਾਰਪੁਰ 1593 ਦੇ ਵਿੱਚ, ਤੇ ਹਰਗੋਬਿੰਦਪੁਰਾ 1595 ਦੇ ਵਿੱਚ। ਠੀਕ ਹੈ ਜੀ, ਤੇ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਦੀ ਸਥਾਪਨਾ ਕੀਤੀ ਹੈ 1627 ਦੇ ਵਿੱਚ। ਠੀਕ ਹੈ ਜੀ, ਰਾਜਾ ਤਾਰਾ ਚੰਦ ਤੋਂ ਲਈ ਸੀ ਜ਼ਮੀਨ, ਗੁਰੂ ਤੇਗ ਬਹਾਦਰ ਜੀ ਨੇ ਚੱਕ ਨਾਨਕੀ ਮਾਖੋਵਾਲ ਅਨੰਦਪੁਰ ਸਾਹਿਬ ਰਾਣੀ ਚੰਪਕ ਤੋਂ ਜ਼ਮੀਨ ਲਈ ਸੀਗੀ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੌਂਟਾ ਸਾਹਿਬ ਜਮੁਨਾ ਨਦੀ ਦੇ ਕੰਢੇ ਤੇ ਸ਼ਹਿਰ ਦੀ ਸਥਾਪਨਾ ਕੀਤੀ ਹੈ। ਹੁਣ ਕਿਹੜੀ ਕਿਹੜੀ ਪ੍ਰਥਾ ਦੀ ਸ਼ੁਰੂਆਤ ਕੀਤੀ ਹੈ ਰਾਜੇ? ਗੁਰੂ ਨਾਨਕ ਸਾਹਿਬ ਜੀ ਨੇ ਲੰਗਰ ਪ੍ਰਥਾ ਦੀ ਸ਼ੁਰੂਆਤ ਕੀਤੀ ਹੈ, ਤੇ ਇਹਦਾ ਵਿਸਥਾਰ ਕਿਹਨੇ ਕੀਤਾ? ਗੁਰੂ ਅਮਰਦਾਸ ਜੀ ਨੇ। ਮੱਲ ਅਖਾੜਾ, ਗੁਰਮੁਖੀ ਲਿਪੀ, ਠੀਕ ਹੈ ਜੀ, ਇਹਦਾ ਸ਼ੁਰੂਆਤ ਕੀਤੀ ਦੂਜੇ ਪਾਤਸ਼ਾਹ ਨੇ। ਮੰਜੀ ਪ੍ਰਣਾਲੀ, ਪੰਗਤ ਮਸਤ ਪ੍ਰਸੀਡ ਸੰਗਤ, ਪੰਗਤ 'ਚ ਬੈਠਣਾ, ਪਰਦਾ ਪ੍ਰਥਾ ਦੀ ਮਨਾਈ, ਵਿਧਵਾ ਦਾ ਪੁਨਰ ਵਿਆਹ, ਸਤੀ ਪ੍ਰਥਾ ਦਾ ਵਿਰੋਧ ਹੋ ਗਿਆ, ਇਹ ਸਾਰਾ ਕਿਹਨੇ ਕੀਤਾ? ਗੁਰੂ ਅਮਰਦਾਸ ਜੀ ਨੇ। ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ, ਲਾਵਾਂ, ਘੋੜੀਆਂ, ਸ਼ੰਤ ਕੀਰਨੇ, ਇਹ ਸਾਰਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਠੀਕ ਹੈ ਜੀ, ਕੀਤਾ। ਦਸਵੰਧ ਦੀ ਪ੍ਰਥਾ ਕਿਹਨੇ ਸ਼ੁਰੂ ਕੀਤੀ? ਗੁਰੂ ਅਰਜਨ ਦੇਵ ਜੀ ਨੇ। ਘੋੜਿਆਂ ਦਾ ਵਪਾਰ ਕਿਹਨੇ ਸ਼ੁਰੂ ਕੀਤਾ? ਗੁਰੂ ਅਰਜਨ ਦੇਵ ਜੀ ਨੇ। ਕੀਰਤਨ ਦੀ ਪ੍ਰਥਾ ਕਿਹਨੇ ਸ਼ੁਰੂ ਕੀਤੀ? ਗੁਰੂ ਅਰਜਨ ਦੇਵ ਜੀ ਨੇ। ਮੀਰੀ ਤੇ ਪੀਰੀ ਦੀ ਦੋ ਤਲਵਾਰਾਂ ਕਿਹਨੇ ਪੈਣੀਆਂ ਨੇ? ਠੀਕ ਹੈ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਈਆਂ ਨੇ। ਠੀਕ ਹੈ ਜੀ, ਸੱਚੇ ਪਾਤਸ਼ਾਹ ਵੀ ਕਿਹਨੂੰ ਕਹਿੰਦੇ ਆ? ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦੇ ਆ। ਆਯੁਰਵੈਦਿਕ ਹਰਬਲ ਮੈਡੀਸਨ ਹਸਪਤਾਲ ਕਿਹਨੇ ਖੋਲਿਆ? ਜੀ ਗੁਰੂ ਹਰਰਾਏ ਜੀ ਨੇ। ਤੇ 10ਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਹੈ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ। ਠੀਕ ਹੈ ਜੀ, 5 ਕਕਾਰ, ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ, ਮਸੰਦ ਪ੍ਰਥਾ ਦਾ ਖਾਤਮਾ ਕੀਤਾ, ਚਰਨ ਪੌਲ ਪ੍ਰਥਾ ਦਾ ਵੀ ਖਾਤਮਾ ਕੀਤਾ। ਕਿਹਨੇ ਕੀਤਾ? ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ। ਤੇ ਇਹ ਸੀਗੀ ਜੀ ਤੁਹਾਡੀ ਕਲਾਸ। ਕਿਰਪਾ ਕਰਕੇ ਜੇ ਕਲਾਸ ਵਧੀਆ ਲੱਗਦੀ ਹੈ, ਮੈਨੂੰ ਲੱਗਦਾ ਵੀ ਰਾਤ ਦੇ ਲਗਭਗ ਟਾਈਮ ਜਿਹੜਾ ਹੋ ਗਿਆ ਹੈ 11 ਕੁ ਵੱਜ ਗਏ ਹੈ, ਤੇ ਇਹ ਸਵੇਰੇ ਮੈਨੂੰ ਲੱਗਦਾ ਵੀ ਮੈਂ 10 ਵਜੇ ਬੈਠ ਗਿਆ ਸੀ ਲਗਾਤਾਰ, ਮੈਨੂੰ ਲੱਗਦਾ ਵੀ ਵਿੱਚੋਂ ਸਿਰਫ ਬਾਥਰੂਮ ਕਰਨ ਹੀ ਉੱਠਦਾ ਸੀਗਾ। ਮੈਂ ਦੱਸਣਾ ਦਾ ਫਰਜ਼ ਇਸ ਕਰਕੇ ਆ ਵੀ ਜੇ ਕੋਈ ਟੀਚਰ ਤੁਹਾਡੇ ਵਾਸਤੇ ਇੰਨੀ ਮਿਹਨਤ ਕਰ ਰਿਹਾ, ਤੁਹਾਡਾ ਫਰਜ਼ ਕੀ ਬਣਦਾ? ਬਸ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ, ਕਿਉਂਕਿ ਜੇ ਮੈਂ ਐਡਾ ਵੱਡਾ ਸਟੈਪ ਚੱਕਿਆ ਰਾਜੇ, ਨੌਕਰੀ ਛੱਡੀ ਆ, ਘਰਦਿਆਂ ਦੇ ਵਰਖਲਾਫ ਜਾ ਕੇ, ਇਹ ਮੈਂ ਪਹਿਲੀ ਵਾਰੀ ਨਹੀਂ ਆ, ਤੀਜੀ ਵਾਰੀ ਛੱਡੀ ਹੈ, ਹਾਲਾਂਕਿ ਪਹਿਲਾਂ ਚਲੋ ਘਰ ਦੀਆਂ ਮਜਬੂਰੀਆਂ ਕਰਕੇ ਛੱਡੀ, ਪਰ ਇਸ ਵਾਰੀ ਮੇਰਾ ਜਮਾਂ ਘਰ ਦੇ ਕੋਲੇ ਸੀਗਾ ਸਟੇਸ਼ਨ। ਠੀਕ ਹੈ, ਮੇਰਾ ਜਿਹੜਾ ਥਾਣਾ ਸੀਗਾ ਨਾ, ਅਨਾਜ ਮੰਡੀ, ਬਿਲਕੁਲ ਸਾਡੇ ਘਰ ਦੇ ਕੋਲੇ ਸੀਗਾ, ਸਭ ਕੁਝ ਓਕੇ ਸੀਗਾ, ਪਰ ਮੈਨੂੰ ਲੱਗਿਆ ਵੀ ਸ਼ਾਇਦ ਮਹਾਰਾਜ ਨੇ ਬਹੁਤ ਵੱਡੀ ਜ਼ਿੰਮੇਵਾਰੀ ਬਖਸ਼ੀ ਹੈ। ਮੈਂ ਬਹੁਤ ਚੀਜ਼ਾਂ ਮਹਿਸੂਸ ਕੀਤੀਆਂ ਵੀ ਕਈ ਅਜਿਹੇ ਬੱਚੇ ਆ ਜਿਹੜੇ ਕੋਰਸ ਨਹੀਂ ਖਰੀਦ ਸਕਦੇ, ਮਹਿੰਗੇ ਕੋਰਸ ਨਹੀਂ ਖਰੀਦ ਸਕਦੇ, ਉਹ ਆਪਣੇ ਚੈਨਲ ਤੇ ਬਹੁਤ ਡਿਪੈਂਡੈਂਟ ਨੇ। ਬਸ ਬੇਨਤੀ ਇਹੀ ਆ ਵੀ ਆਪਾਂ ਚੈਨਲ ਤੇ ਕਾਫੀ ਦੇਰ ਬਾਅਦ ਆਏ ਆ, ਥੋੜੀ ਜਿਹੀ ਚੈਨਲ ਦੀ ਰੀਚ ਘਟੀ ਹੋਈ ਹੈ, ਜਿੰਨੀ ਅੱਗੇ ਵੀਡੀਓ ਚੱਲਦੀ ਸੀ ਉਹਨੇ ਚੱਲ ਨਹੀਂ ਰਹੀ, ਇਹ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਜਾਣਾ। ਤਾਂ ਕਿਰਪਾ ਕਰਕੇ ਬਸ ਇੰਨਾ ਕੁ ਆਪਣਾ ਫਰਜ਼ ਸਮਝਦੇ ਹੋਏ ਸ਼ੇਅਰ ਕਰ ਦਿਓ। ਕਈ ਬੱਚਿਆਂ ਨੂੰ ਐਂ ਲੱਗਦਾ ਵੀ ਅਸੀਂ ਪੜ੍ਹ ਲਈ, ਅਸੀਂ ਨਾ ਸ਼ੇਅਰ ਕਰੀਏ, ਅਗਲਾ ਕਿਉਂ ਪੜ੍ਹ ਲੇ? ਜੇ ਇਦਾਂ ਦੀ ਸੋਚ ਰੱਖੋਗੇ, ਸੱਚ ਜਾਣਿਓ, ਮੇਰੇ ਬੋਲ ਕੜਵੇ ਹੋ ਸਕਦੇ ਆ, ਆਪਣਾ ਕਦੇ ਪੇਪਰ ਨਹੀਂ ਕਲੀਅਰ ਹੁੰਦਾ। ਜੇ ਤੁਸੀਂ ਪਹਿਲਾਂ ਕਿਸੇ ਬਾਰੇ ਸੋਚ ਲੈਣਾ ਵੀ ਉਹਨੂੰ ਮੈਂ ਸ਼ੇਅਰ ਕਰਦਾ, ਉਹਦਾ ਭਲਾ ਹੋ ਜਾਵੇ, ਤੁਹਾਡਾ ਭਲਾ ਆਪਣੇ ਆਪ ਹੀ ਹੋ ਜਾਊਗਾ। ਠੀਕ ਹੈ ਜੀ, ਕਰ ਭਲਾ, ਹੋ ਭਲਾ, ਅੰਤ ਭਲੇ ਕਾ ਭਲਾ। ਤੇ ਜੇ ਤੁਸੀਂ ਕਿਸੇ ਨੇ ਅੱਗੇ ਪੇਪਰ ਦੀ ਤਿਆਰੀ ਕਰਨੀ ਹੈ ਰਾਜੇ, ਆਪਣਾ ਪੇਪਰ ਏ ਦਾ ਸਪੈਸ਼ਲ ਕੋਰਸ ਵੀ ਚੱਲਦਾ, ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ, 500 ਰੁਪਏ ਦਾ ਕੋਰਸ ਹੈ, 1 ਸਾਲ ਵਾਸਤੇ ਮਿਲਦਾ ਹੈ, ਮੈਨੂੰ ਲੱਗਦਾ ਮਹੀਨੇ ਦੇ 25 ਰੁਪਏ ਵੀ ਨਹੀਂ ਬਣਦੇ ਹੋਣੇ। ਤਾਂ ਇਹਦੇ ਵਿੱਚ ਮੈਂ ਸਾਰਾ ਕੁਝ ਕਰਵਾਇਆ ਹੋਇਆ, ਪੰਜਾਬੀ ਸੱਭਿਆਚਾਰ, ਪੰਜਾਬੀ ਸਾਹਿਤ, ਵੀਡੀਓ, ਪੁਰਾਣੇ ਗਿਣਤੀ ਹੋ ਗਈ, ਗੁਰਮੁਖੀ ਗਿਣਤੀ ਹੋ ਗਈ, ਮਹੀਨੇ ਨਾਂ, ਦਿਨਾਂ ਦੇ ਨਾਂ, ਪੰਜਾਬੀ ਵਿਆਕਰਨ, ਲਗਭਗ ਸਾਰਾ ਕੁਝ ਕਰਵਾਇਆ ਹੋਇਆ। ਤੁਸੀਂ ਇਹ ਕੋਰਸ ਅੱਖਾਂ ਬੰਦ ਕਰਕੇ ਲੈ ਸਕਦੇ ਆ। ਹੁਣ ਤੱਕ ਮੈਨੂੰ ਲੱਗਦਾ 1-1.5 ਸਾਲ ਹੋ ਗਿਆ, ਜਿੰਨੇ ਪੰਜਾਬੀ ਪੇਪਰ ਆਏ ਆ ਸਾਰੇ ਇਹਦੇ ਵਿੱਚੋਂ ਹੀ ਆਏ ਆ। ਠੀਕ ਹੈ ਜੀ, ਕੋਰਸ ਬਣੇ ਨੂੰ ਅੱਜ ਤੋਂ ਸਾਲ ਪਹਿਲਾਂ ਬਣਾਇਆ ਸੀਗਾ, ਪੇਪਰ ਉਸ ਤੋਂ ਬਾਅਦ ਹੋਏ, ਤੁਸੀਂ ਚੈੱਕ ਵੀ ਕਰ ਸਕਦੇ ਕੋਈ ਪੇਪਰ ਲੈ ਕੇ, ਜੇ ਤੁਹਾਡੇ ਕੋਈ ਭੈਣ ਭਰਾ ਕੋਲ ਕੋਰਸ ਚੱਲਦਾ ਉਹਦਾ ਕੋਰਸ ਚੈੱਕ ਕਰ ਲਿਓ।
ਮੈਂ ਕਹਿੰਦਾ ਵੀ ਗਰੰਟੀ ਹੈ, ਪਹਿਲਾਂ ਪਰਖੋ ਫਿਰ ਚੀਜ਼ ਲਓ। ਆਪਾਂ ਕਮੀਜ਼ ਲੈਣ ਵੀ ਜਾਂਦੇ ਹਾਂ ਨਾ ਬਾਜ਼ਾਰ ਦੇ ਵਿੱਚ 500 ਰੁਪਏ ਦੀ, ਆਪਾਂ ਦੋ ਦੁਕਾਨਾਂ ਗਾਹ ਕੇ ਫਿਰ ਲੈਂਦੇ ਹਾਂ। ਤੁਸੀਂ ਅੱਜ ਜ਼ਿੰਦਗੀ ਦਾ ਸਵਾਲ ਹੈ, ਕਿਤੇ ਕੰਟੈਂਟ ਖਰੀਦਣਾ, ਕਿਤੇ ਪੜ੍ਹਨਾ, ਪਹਿਲਾਂ ਵੇਖੋ ਵੀ ਸਰ ਦਾ ਪੜ੍ਹਾਇਆ ਕੁਛ ਆ ਰਿਹਾ, ਪਹਿਲਾਂ ਫ੍ਰੀ ਵਾਲੀਆਂ ਕਲਾਸਾਂ ਦੇਖੋ, ਫਿਰ ਪੇਡ ਵਾਲੀਆਂ ਦੇਖੋ। ਠੀਕ ਹੈ ਜੀ, ਪਰਖੋ, ਸਿਆਣੇ ਬਣੋ। ਠੀਕ ਹੈ ਜੀ, ਤਾਂ ਆਈ ਹੋਪ ਇਹ ਕਲਾਸ ਤੁਹਾਡੇ ਵਾਸਤੇ ਬਹੁਤ ਹੀ ਮਹੱਤਵਪੂਰਨ ਰਹੀ ਹੋਊਗੀ। ਕਲਾਸ ਨੂੰ ਲਾਈਕ ਸ਼ੇਅਰ ਕਰ ਦਿਓ, ਤੇ ਜਿਨ੍ਹਾਂ ਨੇ ਐਪ ਡਾਊਨਲੋਡ ਨਹੀਂ ਕੀਤੀ ਉਹ ਪੋਜ਼ਿਟਿਵ ਵੇ ਪੰਜਾਬ ਨਾਂ ਦੀ ਐਪ ਡਾਊਨਲੋਡ ਕਰ ਦਿਓ। ਇੱਥੇ ਕਈ ਵਾਰੀ ਫ੍ਰੀ ਕੰਟੈਂਟ ਵੀ ਦਿੰਦਾ ਰਹਿੰਦਾ। ਐਪਲ ਵਾਲਿਆਂ ਨੇ ਕੀ ਕਰਨਾ, ਕਲਾਸ ਪਲੱਸ ਨਾਂ ਦੀ ਐਪਲੀਕੇਸ਼ਨ ਡਾਊਨਲੋਡ ਕਰਨੀ ਹੈ ਰਾਜੇ, ਆਹ ਕੋਡ ਭਰਨਾ ਚੱਲ ਜੂਗੀ। ਤੇ ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਦਿੱਕਤ ਹੈ ਤਾਂ ਕੋਈ ਕੁਐਰੀ ਤੁਹਾਡੀ ਇਸ ਨੰਬਰ ਤੇ, ਤੁਸੀਂ ਮੈਨੂੰ ਕੀ ਕਰ ਸਕਦੇ ਹੋ, WhatsApp ਮੈਸੇਜ ਕਰ ਸਕਦੇ ਹੋ, ਵੀਡੀਓ ਥੱਲੇ ਕਮੈਂਟ ਕਰ ਸਕਦੇ ਹੋ। ਤੇ ਜੇ ETT ਵਾਲਿਆਂ ਦਾ ਵੈਸੇ ਐਗਜ਼ਾਮ ਕੀ ਹੈ ਜੀ, ਤੁਹਾਡਾ ਪਰਸੋਂ ਐਗਜ਼ਾਮ ਹੈ, ਤੁਹਾਡੇ ਵਾਸਤੇ ਸ਼ੁਭ ਕਾਮਨਾਵਾਂ, ਤੁਹਾਡੇ ਵਾਸਤੇ ਮੈਂ ਸਪੈਸ਼ਲ ਮੈਸੇਜ ਵੀ ਲਿਖੂੰਗਾ, ਦੁਆ ਵੀ ਕਰਾਂਗੇ ਤੁਹਾਡੀ ਸਾਡੀ ਮਿਹਨਤ ਰਲ ਕੇ ਕੰਮ ਆਵੇ। ਬਹੁਤ ਸਾਰੇ ਘਰਾਂ ਦੇ ਵਿੱਚ 99 ਘਰਾਂ ਦੇ ਵਿੱਚ ਰੋਜ਼ਗਾਰ ਦਾ ਚੁੱਲ੍ਹਾ ਬਲਣਾ ਹੈ। ਮਹਾਰਾਜ ਕਰੇ ਜਿਹੜਾ ਬੰਦਾ ਡਿਜ਼ਰਵ ਕਰਦਾ, ਜਿਹਨੇ ਤਨ ਮਨ ਤੋਂ ਮਿਹਨਤ ਕੀਤੀ ਹੈ, ਸੱਚੀ ਸੋਚ ਰੱਖ ਕੇ ਜਾ ਰਿਹਾ, ਅੱਗੇ ਸਮਾਜ ਦੇ ਵਿੱਚ ਚੰਗਾ ਕੰਮ ਕਰੂਗਾ, ਮਹਾਰਾਜ ਉਹਨੂੰ ਕੀ ਕਰਨ, ਨੌਕਰੀ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।